उस दौरान कितने ना कितने कांग्रेस पार्टी दे विच भी सब अच्छा ने, राज बब्बर, कपिल सिब्बल ते होर इस तरह दे जिहड़े मुख नेता सीगे, ते ओह सारे जिहड़े ने हुण कांग्रेस दे विरोध दे विच नित्तर रहे ने, ते कितने ना कितने कांग्रेस नूं अपना कोई वधिया प्रधान चुणन दीआं गुजारिशां वी करदे ने। अपने नाल इस वक्त एक स्रोते जुड़े ने, स्वागत उहनां दा वी करदे हां। सति श्री अकाल जी, तुसीं ऑन एयर हो, कौन बोल रहे हो? हेलो हेलो हेलो, माफ़ी चाहुंदा कि लाइन इहनां दी डिसकनैक्ट हो गई है। ते इस दे वास्ते जे जिक्र किया जाए कि सियासतदान अपना अपना वक्त भुल जाते हैं, वो पंजाबी च मुहावरा है कि अपने तू दिन भुल गई साढ़े नाल करें तकड़ाइयाँ। सो ये हालात जदों बनते ने तो कितने ना कितने फिर पब्लिक दोनों पास्यों पिसदी है। सत श्री अकाल जी, तुसीं ऑन एयर हो। सत सत श्री अकाल जी, कौन बोल रहे हो, की कहना चाहुंदे हो, स्वागत है तुहाडा। जसवीर मल्ली बोल रहे जी। अच्छा जी, आपका पहली बार कीती है प्रोग्राम, तुहाडा बहुत चक्के सुनदे हां जी। हां जी हां जी, ते हां जी की हां जी, कहना तो की मैं ना कहना ऐसे ना जिहड़ा हुण MSP दा हुण कणक क्या सारे इह इंडिया च खरीदण गए, MSP ते खरीद तां सकदे नहीं जी। हां जी। ਜਿਵੇਂ ਮੋਦੀ ਕਹਿ ਰਹੇ ਹਨ ਵੀ MSP ਪਹਿਲਾਂ ਸੀ ਰਹੂਗੀ, ਕੀ ਹੁਣ ਇਹ ਕਣਕ ਸਾਰੇ ਇੰਡੀਆ 'ਚ MSP 'ਤੇ ਖਰੀਦਣਗੇ? जी कोई नहीं, गल करते हैं, तुसीं तुहाडे विचार जा चुके ने, मैनूं पूरी तरह स्पष्ट नहीं सुन रहे, बाद गल कर रहे हैं। थैंक यू जी, मेहरबानी। सो इस दौरान तुसीं कोई गल करनी है तो 9876306955 ते कॉल की जा सकती है। ते इस दौरान एक होर कॉलर जुड़े ने, उन्हां नाल सांझ पाउंदे हां। स्वागत है सर, वेलकम जी। हाँ जी, गल करो, कौन बोल रहे हो? हाँ जी, आवाज नहीं क्लियर है जी, कनेडा तो कॉल आई। हाँ आप पीछे जी आवाज आ रही थोड़े रेडियो सेट दी, प्लीज बंद करके गल करो। जी आवाज तो टमा साहब आ रही है, क्योंकि टमा साहब ना बड़े अच्छे कमिश्नर जानते हैं, उन्होंने कहो जी राम शर्मा का, कि राम शर्मा की कॉल है। अच्छा, शर्मा साहब बोल रहे हो? हेलो, हाँ, थोड़ी साउंड की दिक्कत मैं आ रही है, प्लीज़ तुसी दोबारा कॉल करो सर, माफ़ी चाहते हैं। तो कुछ देर बाद आप कॉल दोबारा लेने हैं। ਤੇ ਗੱਲਬਾਤ ਆਪਣੀ ਚੱਲ ਰਹੀ ਸੀ ਕਿ ਰਾਹੁਲ ਗਾਂਧੀ ਨੇ ਆਪਣੀ ਦਾਦੀ ਦੇ ਵਕਤ ਜੋ ਕੁਝ ਐਮਰਜੈਂਸੀ ਦੇ ਦੌਰਾਨ ਲੋਕਾਂ ਦੇ ਨਾਲ ਵਾਪਰਿਆ, ਉਸ 'ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਕਿ ਉਹ ਵੀ ਜੋ ਕੁਝ ਹੋਇਆ ਉਹ ਵੀ ਗਲਤ ਸੀ, ਅਤੇ ਉਸ ਗਲਤੀ ਨੂੰ ਹੁਣ ਦੀ ਗਲਤ ਜੋ ਕੁਝ ਹੋ ਰਿਹਾ ਉਸ ਦੇ ਨਾਲ ਨਹੀਂ ਤੁਲਨਾਇਆ ਜਾ ਸਕਦਾ। ਅਤੇ ਪਰ ਕਿਤੇ ਨਾ ਕਿਤੇ ਇਹਦੇ 'ਚ ਸੋਚਣਾ ਬਣਦਾ ਹੈ ਕਿ ਸਿਆਸਤਦਾਨ ਇਦਾਂ ਦੇ ਵਰਤਾਰੇ ਕਰਦੇ ਕਿਉਂ ਨੇ, ਅਤੇ ਕਿਉਂ ਉਹਨਾਂ ਨੂੰ ਆਪਣਾ ਇਸ ਦਾ ਅਹਿਸਾਸ ਜਿਹੜਾ ਨਹੀਂ ਹੁੰਦਾ ਕਿ ਅਸੀਂ ਜਨਤਾ ਜਨਾਰਦਨ ਦੇ ਨਾਲ ਜੇ ਇਸ ਤਰ੍ਹਾਂ ਦੀਆਂ ਜ਼ੋਰ ਜ਼ਬਰਦਸਤੀਆਂ ਕਰਾਂਗੇ ਤਾਂ ਫਿਰ ਅਖੀਰ ਕੀ ਹੋਣਾ। ਅਤੇ ਨਾਨੀ ਦੀਆਂ ਕੀਤੀਆਂ ਚੱਟੀਆਂ ਦੋਹਤੇ ਨੂੰ ਭਰਨੀਆਂ ਪੈਂਦੀਆਂ ਨੇ, ਇਸ ਗੱਲ ਦਾ ਅਹਿਸਾਸ। ਨਾਨੀ ਹੋਈ, ਦਾਦੀ ਹੋਈ, ਚਲੋ ਰਿਸ਼ਤੇ ਤਾਂ ਉਹੀ ਪੈ ਜਾਂਦੇ ਨੇ ਗ੍ਰੈਂਡ, ਪਰ ਗ੍ਰੈਂਡ ਨੇ ਜੋ ਗ੍ਰੈਂਡ ਕੀਤਾ ਤਾਂ ਉਸ ਦਾ ਗਰੂਰ ਵੀ ਹੁੰਦਾ ਅਤੇ ਉਸ 'ਤੇ ਮਯੂਸੀ ਵੀ ਹੁੰਦੀ ਹੈ, ਜੋ ਰਾਹੁਲ ਦਾ ਇਹ ਬਿਆਨ ਆਇਆ। ਪਰ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰ੍ਹਾਂ ਗੁਲਾਮ ਨਫੀ ਆਜ਼ਾਦ ਹੋ ਰਹੇ ਨੇ, ਕਾਂਗਰਸ ਦੇ ਖਾਸ ਕਰਕੇ ਗਾਂਧੀਗਿਰੀ ਦੇ ਖਿਲਾਫ਼ ਜੋ ਗਾਂਧੀਇਜ਼ਮ ਕਰ ਰਿਹਾ ਜਾਂ ਰਾਹੁਲ ਪਰਿਵਾਰ ਕਰ ਰਿਹਾ ਉਸ ਦੇ ਖਿਲਾਫ਼ ਜਿਸ ਤਰ੍ਹਾਂ ਦਾ ਝੰਡਾ ਚੁੱਕਿਆ, ਅਤੇ ਉਸ ਤੋਂ ਕਿਤੇ ਨਾ ਕਿਤੇ ਲੱਗਦਾ ਕਿ ਇਹ ਸਿਆਸਤਦਾਨ ਜੋ ਕੁਛ ਕਰਦੇ ਨੇ ਅਤੇ ਕਿਤੇ ਨਾ ਕਿਤੇ ਖਮਿਆਜਾ ਫਿਰ ਉਹਨਾਂ ਨੂੰ ਭੁਗਤਣਾ ਪੈਣਾ। ਅਤੇ ਜੰਮੂ ਕਸ਼ਮੀਰ ਕਾਂਗਰਸ ਵੱਲੋਂ ਹੁਣ ਗੁਲਾਮ ਨਬੀ ਆਜ਼ਾਦ ਦੇ ਖਿਲਾਫ਼ ਰੋਸ ਮੁਜ਼ਾਹਰੇ ਜੰਮੂ ਦੇ ਵਿੱਚ ਕੀਤੇ ਗਏ ਨੇ, ਅਤੇ ਗੁਲਾਮ ਨਬੀ ਆਜ਼ਾਦ ਦੇ ਪੁਤਲੇ ਨੇ ਜਿਹੜੇ ਕਾਂਗਰਸੀ ਵਰਕਰਾਂ ਨੇ ਜੰਮੂ ਦੇ ਵਿੱਚ ਸਾੜੇ ਨੇ, ਕਿਉਂਕਿ ਪਾਰਟੀ ਦੇ ਵਿੱਚ ਅੰਦਰੂਨੀ ਖੋਰਾ ਲਾਉਣ ਜਾਂ ਪਾਰਟੀ ਨੂੰ ਤੋੜਨ ਦੀ ਜਿਹੜੀ ਕਵਾਇਦ ਜੰਮੂ ਕਸ਼ਮੀਰ ਤੋਂ ਸ਼ੁਰੂ ਹੋਈ ਹੈ, ਜਿੱਥੇ ਭਾਰਤੀ ਜਨਤਾ ਪਾਰਟੀ ਆਪਣੀ ਜ਼ਮੀਨ ਤਲਾਸ਼ ਰਹੀ ਹੈ, ਕਿਉਂਕਿ PDP ਦੇ ਨਾਲ ਮਿਲ ਕੇ ਇਹਨਾਂ ਨੇ ਕੁਝ ਸਮਾਂ ਰਾਜ ਕੀਤਾ ਸੀ,
ਅਤੇ ਇਸ ਦੌਰਾਨ ਕਿਤੇ ਨਾ ਕਿਤੇ ਗੁਲਾਮ ਨਬੀ ਆਜ਼ਾਦ ਦੇ ਵਾਧੇ ਕਾਰਵੇ ਨੂੰ ਰੋਕਣ ਦੀ ਕਵਾਇਦ ਹੈ। ਦੂਸਰੇ ਪਾਸੇ ਕੁਛ ਆਮ ਰਿਪੋਰਟਸ ਕਿ ਦੇਸ਼ ਦੇ ਵਿੱਚ ਆਪਾਂ ਵੈਸੇ ਕਹਿ ਦਿੰਦੇ ਹਾਂ ਕਿ ਮਹਿਲਾਵਾਂ ਨੂੰ ਹਰ ਨੌਕਰੀ ਫਟਾਫਟ ਮਿਲ ਜਾਂਦੀ ਹੈ, ਪਰ ਮਹਿਲਾਵਾਂ ਨੂੰ ਨੌਕਰੀ ਦੇ ਦੌਰਾਨ ਮਰਦਾਂ ਤੋਂ ਕਾਫੀ ਘੱਟ ਵੇਤਨ ਮਿਲਦਾ ਹੈ। ਸੋ ਕਰੋਨਾ ਦੇ ਕਾਰਨ 85% ਮਹਿਲਾਵਾਂ ਨੂੰ ਪ੍ਰਮੋਸ਼ਨ ਨਹੀਂ ਮਿਲ ਸਕੀ। ਇੱਕ ਸਰਵੇ ਆਇਆ ਕਿ ਵਿਸ਼ਵ ਦੇ ਵਿੱਚ ਜਿਸ ਤਰ੍ਹਾਂ ਮਹਾਂਮਾਰੀ ਕਰੋਨਾ ਹੋਇਆ, ਇਸ ਦੌਰਾਨ ਇਹਨਾਂ ਚੀਜ਼ਾਂ ਦੇ ਨਾਲ ਜੋ ਜੂਝ ਰਹੇ ਲੋਕ ਨੇ ਉਸ ਸੰਬੰਧੀ ਜਿਹੜੀ ਇੱਕ ਰਿਪੋਰਟ ਦੱਸਦੀ ਹੈ। ਸੋ ਇਸ ਸੰਬੰਧੀ ਸਿੱਟੇ ਕੱਢੇ ਗਏ ਨੇ ਕਿ ਔਨਲਾਈਨ ਜਿਹੜੇ ਪੇਸ਼ਾਵਰ ਨੈਟਵਰਕ ਲਿੰਕਡਇਨ ਅਪਰਚੁਨਿਟੀ, ਉਸ ਦੀ 2021 ਦੀ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਰਵੇ ਦੇ ਮੁਤਾਬਕ ਕਰੋਨਾ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਦੀ ਤੁਲਨਾ ਦੇ ਵਿੱਚ ਦੇਸ਼ ਦੇ ਵਿੱਚ ਜਿਹੜੀਆਂ ਕੰਮਕਾਜੀ ਮਹਿਲਾਵਾਂ ਨੇ ਉਹਨਾਂ 'ਤੇ ਜ਼ਿਆਦਾ ਪ੍ਰਭਾਵ ਪਿਆ। 90% ਜਿਹੜੀਆਂ ਮਹਿਲਾਵਾਂ ਨੇ ਉਹਨਾਂ 'ਤੇ ਕਰੋਨਾ ਦੇ ਦਬਾਅ ਦੇ ਚੱਲਦਿਆਂ ਇਹ ਆਸਾਰ ਬਣੇ ਨੇ। ਸੋ ਪੂਰੇ ਏਸ਼ੀਆ ਪੈਸੀਫਿਕ ਦੇ ਵਿੱਚ ਮਹਿਲਾਵਾਂ ਨੂੰ ਕੰਮ ਅਤੇ ਸੈਲਰੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਦੋ ਚਾਰ ਹੋਣਾ ਪਿਆ, ਅਤੇ ਕਈ ਜਗ੍ਹਾ ਉਹਨਾਂ ਦੇ ਨਾਲ ਮਹਿਲਾ ਹੋਣ ਦੀ ਬਿਨਾਂ 'ਤੇ ਪੱਖਪਾਤ ਹੋ ਰਿਹਾ। ਸੋ 22% ਮਹਿਲਾਵਾਂ ਦਾ ਕਹਿਣਾ ਕਿ ਉਹਨਾਂ ਨੂੰ ਪੁਰਸ਼ਾਂ ਦੀ ਤੁਲਨਾ ਦੇ ਵਿੱਚ ਓਨੀ ਮਹੱਤਤਾ ਨਹੀਂ ਦਿੱਤੀ ਜਾਂਦੀ। 85% ਮਹਿਲਾਵਾਂ ਦਾ ਕਹਿਣਾ ਕਿ ਔਸਤਨ 60% ਖੇਤਰ ਜਿਹੜਾ ਹੈਗਾ, ਇੱਕ ਸੈਕਿੰਡ, ਇੱਕ ਕਾਲ ਆਈ ਹੈ ਇੰਦਰਪ੍ਰੀਤ ਟਿਵਾਣਾ ਹੋਰਾਂ ਦੀ, ਸਾਂਝ ਪਾਉਂਦੇ ਹਾਂ। ਟਿਵਾਣਾ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਇੰਦਰਪ੍ਰੀਤ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਦੋ ਗੱਲਾਂ ਕਰਨੀਆਂ ਸੀਗੀਆਂ। ਇੱਕ ਤਾਂ ਜੀ ਇਹਦੇ ਤੇ ਜ਼ਰੂਰ ਵਿਚਾਰ ਦਿਓ ਕਿ ਜਿਹੜਾ ਆਪਾਂ, ਚਲੋ ਵਿਚਾਰਕ ਕੈਨੇਡਾ ਦੇ ਵਿੱਚ ਸਭ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈਗੀ ਆ, ਪਰ ਇੱਥੇ ਹੁਣ ਆਪਣੇ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਹੈ। ਮੁੰਡਿਆਂ ਨੇ ਧੱਕੇ ਧੁੱਕੇ ਮਾਰੇ ਨੇ, ਕਿਉਂਕਿ ਕਈ ਲੋਕ ਮੋਦੀ ਦੇ ਸਪੋਰਟ ਦੇ ਵਿੱਚ ਮਤਲਬ ਰੈਲੀ ਕੱਢ ਰਹੇ ਸੀ ਮੁੰਡੇ ਨਾ, ਤੇ ਹੁਣ ਇੰਟਰਨੈਟ ਤੇ ਉਹ ਚੀਜ਼ ਘੁੰਮ ਰਹੀ ਹੈ, ਧੱਕਾ ਮਾਰਿਆ ਮੁੰਡਾ ਗਿਰ ਗਿਆ। ਮੈਨੂੰ ਲੱਗਦਾ ਜਿਹੜਾ ਇੰਡੀਆ ਦੇ ਵਿੱਚ ਬੀਜ ਬੀਜਿਆ ਗਿਆ ਵੀ ਹੁਣ ਪਾੜ ਪਾੜਨ ਦੀ ਦੋ ਧਿਰਾਂ ਦੇ ਵਿੱਚ, ਸਰਕਾਰ ਵੀ ਚਾਹੁੰਦੀ ਹੈ ਕਿ ਜੇ ਇਹ ਦੋਨੇ ਧਿਰਾਂ ਆਪਸ ਚ ਲੜਦੀਆਂ ਰਹਿਣਗੀਆਂ ਉਹਨਾਂ ਦਾ ਕੰਮ ਸੌਖਾ ਹੋ ਜਾਂਦਾ। ਬਿਲਕੁਲ, ਤੇ ਉਹ ਇੰਡੀਆ ਵਾਲਾ ਹੀ ਕੰਮ ਕੈਨੇਡਾ ਦੇ ਵਿੱਚ ਲੈ ਕੇ ਆਏ ਨੇ, ਤੇ ਲੋਕਾਂ ਨੇ ਜਿਵੇਂ ਹੁਣ ਆਪਣੇ, ਚਲੋ ਦੇਖੋ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨੇ ਇਸ ਚੀਜ਼ ਨੂੰ ਕੰਡੈਮ ਨਹੀਂ ਕੀਤਾ, ਚੁੱਪ ਕਰਕੇ ਦੇਖ ਰਹੇ ਨੇ, ਤਾਂ ਕਿ ਇਹ ਚੀਜ਼ ਮੈਨੂੰ ਲੱਗਦਾ ਵੀ ਵਧਣ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕਣਾ ਚਾਹੀਦਾ। ਗਲਤੀ ਉਹਨਾਂ ਦੀ ਵੀ ਸੀਗੀ ਜਿਹੜੇ ਮੋਦੀ ਸਾਹਿਬ ਦੇ ਹੱਕ 'ਚ ਕੱਢ ਰਹੇ ਨੇ, ਗਲਤੀ ਕਿਤੇ ਨਾ ਕਿਤੇ ਉਹਨਾਂ ਦੀ ਵੀ ਹੈ, ਉਹ ਵੀ ਚੜਾਉਂਦੇ ਨੇ, ਇਹ ਗੱਲ ਮੰਨਣੀ ਪਏਗੀ, ਹੈ ਨਾ? ਕਿਉਂਕਿ ਹਰਿਆਣੇ 'ਚ ਵੀ ਇਹ, ਜਦੋਂ ਦੇਖੋ ਇੰਦਰਪ੍ਰੀਤ ਤੁਹਾਡੀ ਗੱਲ ਵਿਚਾਲਿਆ, ਜਦੋਂ ਹਰਿਆਣੇ 'ਚ ਵੀ ਇਸ ਤਰ੍ਹਾਂ ਕੁਛ ਪੇਡ ਬੰਦੇ ਲਿਆਂਦੇ ਗਏ ਜਾਂ ਭਾਰਤੀ ਜਨਤਾ ਪਾਰਟੀ ਦੇ ਸਪੋਰਟਰ ਲਿਆਂਦੇ ਗਏ, ਕਿਉਂਕਿ ਸਾਰੀਆਂ ਯੂਨੀਅਨਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਬੰਦੇ ਹੈਗੇ ਨੇ, ਅਤੇ ਉਸ ਦੌਰਾਨ ਇੱਥੇ ਵੀ ਵਿਰੋਧ ਹੋਇਆ। ਪੰਜਾਬ ਦੇ ਵਿੱਚ ਵੀ ਭਾਜਪਾਈਆਂ ਨੇ ਰੈਲੀ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਪਰ ਜਦੋਂ ਦੇਖਿਆ ਦੂਸਰੇ ਪਾਸੇ ਵਿਰੋਧ ਜ਼ਿਆਦਾ। ਸੋ ਇਹ ਸਰਕਾਰ ਦੀ ਤਰਫ ਜਦੋਂ ਪਬਲਿਕ ਧਿਰ ਬਣੇਗੀ, ਤਾਂ ਫਿਰ ਇਹਦਾ ਦੂਜਾ ਜਿਹੜੇ ਵਿਰੋਧੀ ਧਿਰ ਹੈ ਉਹ ਤਾਂ ਉਹਨਾਂ ਨੂੰ ਘੇਰੇਗੀ, ਪਰ ਇਹਨੂੰ ਮਤਲਬ ਇਸ ਤਰ੍ਹਾਂ ਫਿਜ਼ੀਕਲ ਜਿਹੜਾ ਧੱਕਾ ਮੁੱਕੀ ਕਰਨਾ ਜਾਂ ਮਾੜੇ ਸ਼ਬਦ ਬੋਲਣੇ, ਗਲਤ ਸ਼ਬਦ ਬੋਲਣੇ, ਇਹ ਗਲਤ ਹੈ। ਸਗੋਂ ਜਿਸ ਤਰ੍ਹਾਂ ਕੱਲ੍ਹ ਅਮਿਤ ਵੀ ਕਹਿ ਕੇ ਗਿਆ ਸੀ, ਇਹਦੇ ਨਾਲ ਬੀਜੇਪੀ ਨੂੰ ਹੋਰ ਸਪੋਰਟ ਮਿਲੇਗੀ। ਹੁਣ ਜੇ ਇੱਥੇ ਮੋਦੀ ਦੇ ਹੱਕ ਦੇ ਵਿੱਚ ਕੁਛ ਜਿਹੜੀਆਂ ਹਿੰਦੂ ਜਥੇਬੰਦੀਆਂ ਰੈਲੀ ਕੱਢ ਰਹੀਆਂ ਨੇ, ਗੱਲ ਇਹ ਨਹੀਂ ਕਿ ਹਿੰਦੂ ਹੈ, ਤੁਸੀਂ ਵੇਖੋ ਭਾਜਪਾ ਦਾ ਆਰਪੀ ਸਿੰਘ, ਪੰਜਾਬ 'ਚ ਗੱਲ ਕਰ ਲਓ ਹਰਜੀਤ ਗਰੇਵਾਲ, ਉਹ ਤਾਂ ਸਿੱਖ ਨੇ, ਜ਼ਰੂਰੀ ਥੋੜ੍ਹਾ ਕਿ ਹਿੰਦੂ ਹੀ ਬੀਜੇਪੀ ਦੇ ਨਾਲ ਨੇ। ਕਿੰਨੇ ਹਿੰਦੂ ਨੇਤਾ ਨੇ, ਰਕੇਸ਼ ਟਿਕੈਤ ਹੈ ਜਾਂ ਹੋਰ ਨੇ, ਜਿਹੜੇ ਬੀਜੇਪੀ ਦੇ ਵਿਰੋਧ 'ਚ ਨੇ ਜਾਂ ਕਾਂਗਰਸ ਪਾਰਟੀ ਨੂੰ ਸਮਰਥਨ ਕਰਦੇ ਨੇ, ਇਹ ਵਿਦੇਸ਼ਾਂ ਦੇ ਵਿੱਚ। ਪਰ ਅਫਸੋਸ ਹੈ ਕਿ ਮਸਲਾ ਹਿੰਦੂ ਸਿੱਖ ਦਾ ਬਣਾ ਲਿਆ ਜਾਂਦਾ, ਉਹ ਕਹਿੰਦੇ ਤੁਸੀਂ ਮੂਤ ਪੀਣੇ ਫਲਾਂ ਢਮਕਾਂ, ਇਹਦੇ ਨਾਲ ਪੂਰੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਸਗੋਂ ਇੰਦਰਪ੍ਰੀਤ, ਉਹ ਲੋਕ ਰੋਸ ਵਜੋਂ ਉਹਨਾਂ ਦੇ ਨਾਲ ਜ਼ਿਆਦਾ ਜੁੜਦੇ ਨੇ ਲੋਕ ਸਰਕਾਰ ਨਾਲ, ਕਿ ਆਹ ਦੇਖੋ ਗੁੰਡਾਗਰਦੀ ਕਰਦੇ ਆ, ਖਾਲਿਸਤਾਨੀ ਕਰਦੇ ਆ ਜਾਂ ਪੰਜਾਬੀ ਕਰਦੇ ਆ। ਸੋ ਇਹ ਬੀਜ ਤਾਂ ਸਰਕਾਰ ਨੇ ਬੀਜਿਆ ਜਿਸ ਦੀ ਫਸਲ ਵੱਢੀ ਜਾ ਰਹੀ ਹੈ, ਹਾਲਾਂਕਿ ਗਲਤੀ ਭਾਵੇਂ ਉਹਨਾਂ ਦੀ ਤਰਫੋਂ ਵੀ ਹੋਈ ਹੈ, ਪਰ ਜਿਹੜੇ ਉਹਨਾਂ ਦਾ ਵਿਰੋਧ ਕਰ ਰਹੇ ਲੋਕ ਨੇ, ਜਿਨ੍ਹਾਂ ਨੇ ਉਹਨਾਂ ਨੂੰ ਮਾੜੇ ਸ਼ਬਦ ਕਰੇ ਨੇ, ਉਹਨਾਂ ਨੇ ਜਦੋਂ ਜ਼ਿਆਦਾ ਗਲਤੀ ਕੀਤੀ ਹੈ, ਇਹਦੇ ਨਾਲ ਨੁਕਸਾਨ ਅੰਦੋਲਨ ਨੂੰ ਹੋਏਗਾ। ਜੀ ਇੰਦਰਪ੍ਰੀਤ। ਹਾਂਜੀ ਬਾਈ ਜੀ, ਚਲੋ ਤੁਸੀਂ ਕਰਤਾ ਕੰਪਾਇਲ। ਦੂਸਰੀ ਗੱਲ, ਇੱਕ ਜਿਹੜਾ ਹੁਣ ਆਪਾਂ ਕਾਂਗਰਸ ਦਾ ਦੇਖ ਰਹੇ ਹਾਂ, ਭਾਰਤ ਦੇ ਪੂਰੇ ਭਾਰਤ 'ਚ ਉਹਨਾਂ ਦੀ ਕਮਜ਼ੋਰੀ ਹੈ, ਟਿਵਾਣਾ ਸਾਹਿਬ ਕੀ ਲੱਗਦਾ ਵੀ ਜਿਹੜੀ ਬੀਜੇਪੀ ਹਾਲੇ ਤਾਂ ਵੇਟ ਕਰ ਰਹੀ ਸੀ, ਉਹਨਾਂ ਨੂੰ ਪਤਾ ਹੈ ਵੀ ਕਾਂਗਰਸ ਸਾਡੇ ਨਾਲ ਬਰਾਬਰ ਨਹੀਂ ਆ ਸਕਦੀ, ਤੇ ਜਦੋਂ ਉਹਨਾਂ ਨੂੰ ਲੱਗੂਗਾ, ਉਹ ਤਾਂ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਬੀਜੇਪੀ ਦੀ ਸਟ੍ਰੈਟਜੀ ਆ, ਉਹ ਤਾਂ ਬੰਦੇ ਹੀ ਖਰੀਦ ਲੈਣਗੇ ਇਹਨਾਂ ਦੇ, ਜਿਹੜੇ ਮੇਨ ਮੇਨ 5-7 ਲੀਡਰ ਨੇ ਜਾਂ ਖਰੀਦ ਕੇ ਵਿੱਚੋਂ ਟੁੱਟ ਉਹਨਾਂ 'ਚ ਫੁੱਟ ਪਵਾ ਕੇ ਕਾਂਗਰਸ ਤਾਂ ਕਦੇ ਵੀ ਮੈਨੂੰ ਲੱਗਦਾ ਮਿੱਟੀ ਦੀ ਢੇਰੀ ਮੰਗ ਗਿਰ ਸਕਦੀ ਆ। ਇਹਦੇ ਤੇ ਜ਼ਰੂਰ ਦੱਸਿਓ, ਮੈਨੂੰ ਲੱਗਦਾ ਹਾਲੇ ਤੱਕ ਬੀਜੇਪੀ ਨੂੰ ਇਹੀ ਹੈ ਵੀ ਇਹ ਇੱਕ ਮਤਲਬ ਕਹਿੰਦੇ ਨੇ ਵੀ ਆਖਰੀ ਸਾਹਾਂ ਤੇ ਪਾਰਟੀ ਹੈਗੀ ਹੈ, ਜਿੰਨੀ ਦੇਰ ਜਿਉਂਦੀ ਰਹੂਗੀ ਬੀਜੇਪੀ ਦਾ ਰਾਜ ਕਰਨਾ
ਸੌਖਾ ਹੈ ਕਿਉਂਕਿ ਲੋਕਾਂ ਦੇ ਉਹ ਲੋਕ ਉਹਦੇ ਵੱਲ ਝਾਕੀ ਜਾਣਗੇ ਜਿਹੜੀ ਪਾਰਟੀ ਦੀ ਹਵਾ ਆਲਰੇਡੀ ਨਿਕਲ ਚੁੱਕੀ ਹੈ। ਬਾਈ ਜੀ ਮੈਂ ਆਫ ਦੀ ਅਰਥ ਸੁਣਦਾ, ਧੰਨਵਾਦ ਜੀ। ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਬਿਲਕੁਲ, ਕਾਂਗਰਸ ਪਾਰਟੀ ਜਿਸ ਪਾਵਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਨਹੀਂ ਆਉਂਦੀ, ਕਿਉਂਕਿ ਰਾਹੁਲ ਅਤੇ ਪ੍ਰਿਅੰਕਾ ਨੇ ਇਸ ਵਕਤ ਪੂਰਾ ਢਿੱਲ ਲਾ ਲਿਆ। ਆਸਾਮ ਦੇ ਵਿੱਚ ਉਹ ਕਦੇ ਮੰਦਰਾਂ 'ਚ ਜਾਂਦੇ ਨੇ, ਕਦੇ ਉਹ ਪੱਤੀਆਂ ਤੋੜਦੇ ਨੇ ਚਾਹ ਦੀਆਂ, ਅਤੇ ਉੱਧਰ ਰਾਹੁਲ ਬੈਠਕਾਂ ਲਾਉਂਦੇ ਨੇ, ਅਤੇ ਉਹਨਾਂ ਨੇ ਆਪਣੀ ਦਾਦੀ ਦੀਆਂ ਕੀਤੀਆਂ ਗਲਤੀਆਂ ਨੂੰ ਵੀ ਉਹਨਾਂ ਨੇ ਭੰਡਿਆ ਕਿ ਉਹਨਾਂ ਨੇ ਜਿਹੜੀ ਐਮਰਜੈਂਸੀ ਲਾਈ ਸੀ ਉਹ ਗਲਤ ਸੀ। ਪਰ ਉਸ ਐਮਰਜੈਂਸੀ ਨੂੰ ਅੱਜ ਦੀ ਐਮਰਜੈਂਸੀ ਨਾਲ ਨਹੀਂ ਤੁਲਨਾਇਆ ਜਾ ਸਕਦਾ, ਜਾਣੀ ਕਿ ਇਹ ਮੋਦੀ ਵਾਲੀ ਜ਼ਿਆਦਾ ਮਾੜੀ ਹੈ, ਉਹਨਾਂ ਦਾ ਇਹ ਕਹਿਣਾ ਸੀ। ਸੋ ਇਸ ਕਰਕੇ ਇਸ ਵਰਤਾਰੇ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਲਗਾਤਾਰ ਕਮਜ਼ੋਰ ਹੋਣਾ ਉਹਨਾਂ ਦੇ ਲਈ ਇਹ ਗਲਤ ਸਾਬਤ ਹੋ ਸਕਦਾ। ਇੱਕ ਸਰੋਤੇ ਹੋਰ ਜੁੜੇ ਨੇ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਬਾਈ ਜੀ, ਗੱਲ ਕਰੋ ਜ਼ਰਾ ਪਲੀਜ਼। ਵੈਲਕਮ ਮੰਡੇਰ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੰਡੇਰ ਸਾਹਿਬ ਜੀ। ਭਾਅ ਜੀ ਆਪਣੇ ਇਹ ਜਿਹੜੀ ਕੱਲ, ਮੈਂ ਵੀ ਇੱਥੇ ਬ੍ਰੈਂਪਟਨ 'ਚ ਹੀ ਰਹਿੰਦਾ, ਇਹ ਜਿਹੜੀ ਲੜਾਈ ਹੋਈ ਆ ਕੱਲ ਇਹਨਾਂ ਆਪਣੇ ਦੋਵਾਂ ਬੰਦੇ ਦੋਵਾਂ ਪਾਰਟੀਆਂ ਦੇ ਵਿੱਚ ਨਾ, ਇਹਨਾਂ ਦੀ ਦੋਵਾਂ ਦੀ ਸਪੋਰਟ ਕਰਨ ਦੀ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਜੀ। ਸਾਹਿਬ ਮਤਲਬ ਇਹ ਦੋਵੇਂ ਇੱਕੋ ਜਿਹੇ ਨੇ। ਉੱਧਰੋਂ ਜਿਹੜੇ ਪ੍ਰੋ ਆਪਣੇ ਆਪ ਨੂੰ ਇੰਡੀਅਨ ਕਹਿੰਦੇ ਨੇ, ਬੀਜੇਪੀ ਦੇ ਸਪੋਰਟਰ ਨੇ ਜਿਹੜੇ, ਜਾਂ ਕਿ ਜਿਹੜੇ ਸਾਡੇ ਵਾਲੇ ਹੋ ਗਏ ਜਿਹੜੇ ਬੰਦੇ, ਇੱਕੋ ਜਿਹਾ ਹੀ ਆ, ਇਹਨਾਂ 'ਚ ਕੋਈ ਫਰਕ ਨਹੀਂ ਹੈਗਾ ਦੋਵਾਂ ਦੇ ਵਿੱਚ ਹੈ ਨਾ। ਦੋਵੇਂ ਅੰਨੇ ਭਗਤ ਨੇ, ਇਹ ਵੀ ਅੰਨੇ ਭਗਤ ਨੇ, ਉਹ ਵੀ ਅੰਨੇ ਭਗਤ ਨੇ। ਉਹ ਚੜਾਉਂਦੇ ਆ ਇਹਨਾਂ ਨੂੰ ਤੇ ਇਹ ਚੜੇ ਆ, ਤੇ ਦੋਵਾਂ ਦੀ ਗਲਤੀ ਆ ਹਨਾ। ਪਰ ਇਹਦੇ 'ਚ ਬਾਈ ਜੀ ਜਿਹੜਾ ਅਸਲ ਮੁੱਦਾ ਅੰਦੋਲਨ ਦਾ, ਜਿਹੜਾ ਅਸਲ ਮੁੱਦਾ, ਉਹ ਮੁੱਦੇ ਤੋਂ ਨਹੀਂ ਭਟਕੇਗਾ ਹੈ ਨਾ। ਧਿਰ ਖੜੀ ਹੋ ਗਈ ਹੈ ਨਾ, ਬਰਾਬਰ ਧਿਰ ਖੜੀ ਹੋ ਗਈ ਹੈ। ਜੇ ਤੁਸੀਂ ਕਿਸੇ ਨਾਲ ਜ਼ਿਆਦਤੀ ਕਰਦੇ ਹੋ ਤੇ ਉਹਨਾਂ ਦੇ ਸਪੋਰਟਰ ਵੀ ਹੋਣਗੇ ਇੰਡੀਆ 'ਚ, ਪ੍ਰੋਟੈਸਟ ਜਦੋਂ ਆਏਗਾ ਕਿ ਦੇਖੋ ਬਾਹਰ, ਉਹਨਾਂ ਨੇ ਇਹ ਨਹੀਂ ਕਹਿਣਾ ਕਿਸਾਨ ਕਰਦੇ ਨੇ, ਉਹਨਾਂ ਨੇ ਕਹਿਣਾ ਦੇਖੋ ਖਾਲਿਸਤਾਨੀ ਅਤੇ ਸਿੱਖ ਕਰਦੇ ਨੇ, ਕਿਉਂਕਿ ਜਦੋਂ ਨਾਅਰੇ ਖਾਲਿਸਤਾਨ ਦੇ ਜਾਂ ਸਿੱਖੀ ਦੇ ਵੱਜਦੇ ਨੇ, ਉਹਨਾਂ ਕੋਲ ਝੰਡੇ ਨਿਸ਼ਾਨ ਸਾਹਿਬ ਨੇ ਸਿੱਖੀ ਦਾ ਜੋ ਸਿੰਬਲ ਹੈ, ਅਤੇ ਉਹ ਫਿਰ ਲੜਾਈ ਕਿਸਾਨ ਬਨਾਮ ਬੀਜੇਪੀ ਹਿੰਦੂ ਨਹੀਂ ਹੋਏਗੀ, ਲੜਾਈ ਸਿੱਖ ਬਨਾਮ ਹਿੰਦੂ ਬਣਾਈ ਜਾਏਗੀ। ਪ੍ਰੋਬਲਮ ਇਸ ਗੱਲ ਦੀ ਹੈ, ਉਹ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਉਹ ਭੰਡਿਆ ਜਾਏਗਾ, ਟੁੱਟੇਗਾ ਜੀ। ਬੀਜੇਪੀ ਨੂੰ ਤਾਂ ਇਸ ਚੀਜ਼ ਦਾ ਫਾਇਦਾ ਆ, ਹਾਂ ਫਾਇਦਾ, ਜਿਹੜੇ ਖਾਲਿਸਤਾਨੀ ਧਿਰ ਆਏ ਉਹਨਾਂ ਨੂੰ ਵੀ ਫਾਇਦਾ ਹੀ ਹੈ, ਇਹਨਾਂ ਦੋਵਾਂ ਨੂੰ ਫਾਇਦਾ ਹੀ ਆ, ਦੋਨਾਂ ਦੀ ਕਿਸਾਨ ਕਿਹਦਾ ਨੁਕਸਾਨ, ਨੁਕਸਾਨ ਕਿਸਾਨਾਂ ਦਾ ਆ ਬਸ, ਹੋਰ ਦੋਵਾਂ ਦਾ ਫਾਇਦਾ ਆ, ਨੁਕਸਾਨ ਕਿਸਾਨਾਂ ਦਾ ਆ ਹਨਾ ਜੀ। ਤੇ ਇੱਕ ਜਿਹੜੀ ਮਹਿਬੂਬਾ ਮੁਫਤੀ ਦਾ ਬਿਆਨ ਮੈਂ ਅੱਜ ਦੇਖ ਰਿਹਾ ਸੀਗਾ ਕਿ ਆਇਆ ਆ, ਉਹਨੇ ਕਸ਼ਮੀਰੀਆਂ ਨੂੰ ਇਹ ਤਕਰੀਰ ਕੀਤੀ ਆ ਕਿ ਆਪਾਂ ਨੂੰ ਕਿਸਾਨ ਐਜੂਕੇਸ਼ਨ ਤੋਂ ਕੁਝ ਸਿੱਖਣਾ ਚਾਹੀਦਾ ਆ, ਕਿ ਆਪਾਂ ਨੂੰ ਕਿਸਾਨ ਐਜੂਕੇਸ਼ਨ ਜਿੱਦਾਂ ਪੀਸਫੁਲੀ ਚੱਲ ਰਿਹਾ ਵੀ, ਆਪਾਂ ਨੂੰ ਵੀ ਆਪਣੇ ਹੱਕ ਦੁਬਾਰਾ ਵਾਪਸ ਲੈਣ ਲਈ ਵੀ ਕਿਸਾਨ ਐਜੂਕੇਸ਼ਨ ਜਿੱਦਾਂ ਚੱਲਿਆ ਪੀਸਫੁਲੀ, ਏਦਾਂ ਦਾ ਅੰਦੋਲਨ ਕਰਨਾ ਚਾਹੀਦਾ, ਨਾ ਕਿ ਕੋਈ ਹਥਿਆਰਬੰਦ ਲੜਾਈ ਲੜਨੀ ਚਾਹੀਦੀ। ਉਹ ਮੈਨੂੰ ਬਹੁਤ ਵਧੀਆ ਲੱਗਿਆ ਕਿ ਉਹ ਵੀ ਇੱਕ ਆਪਣੇ ਕਿਸਾਨਾਂ ਦੀ ਜਿੱਦਾਂ ਜਥੇਬੰਦੀਆਂ ਦੀ, ਮੈਨੂੰ ਤਾਂ ਇੱਕ ਉਹ ਵੀ ਵੱਡੀ ਜਿੱਤ ਲੱਗਦੀ ਆ ਕਿ ਕਸ਼ਮੀਰ ਦੇ ਲੋਕ ਵੀ ਏਦਾਂ ਦੀ ਉਦਾਹਰਨਾਂ ਦੇਣ ਲੱਗ ਪਏਗੀ ਆਪਣੇ ਕਿਸਾਨ ਅੰਦੋਲਨ ਦੀਆਂ। ਉਹਦੇ ਬਾਰੇ ਤੁਹਾਡਾ ਜੀ ਜੀ, ਥੈਂਕ ਯੂ ਥੈਂਕ ਯੂ। ਬਿਲਕੁਲ ਗੱਲ ਦੇਖੋ ਦਰੁਸਤ ਹੈ, ਕਿਉਂਕਿ ਧਾਰਾ 370 ਜਾਂ ਕਸ਼ਮੀਰ ਦੇ ਮੁਤਲਕ ਜਿਹੜੇ ਵੀ ਰੂਲ ਐਂਡ ਰੈਗੂਲੇਸ਼ਨ ਸੀ ਉਹ ਸਾਰਾ ਠੱਪ ਹੋ ਗਿਆ, ਉਹ ਲੋਕ ਚੁੱਪ ਕਰਕੇ ਬੈਠ ਗਏ ਨੇ। ਭਾਰਤ ਦਾ ਪਾਕਿਸਤਾਨ ਦੇ ਨਾਲ, ਭਾਰਤ ਦਾ ਚੀਨ ਦੇ ਨਾਲ ਜਿਹੜਾ ਸਰਹੱਦੀ ਵਿਵਾਦ ਸੀਗਾ, ਰੌਲਾ ਰੱਪਾ ਸੀ, ਉਹ ਸਾਰਾ ਮੱਠਾ ਪੈ ਗਿਆ। ਹੁਣ ਸਿਰਫ ਅਤੇ ਸਿਰਫ ਭਾਰਤੀ ਜਨਤਾ ਪਾਰਟੀ ਕੋਲ, ਜਿਵੇਂ ਪਹਿਲਾਂ ਪੁਲਵਾਮਾ ਦੇ ਬਿਨਾਂ 'ਤੇ ਭਾਰਤ ਦੀ ਸਰਕਾਰ ਬਣ ਗਈ ਸੀ ਮੋਦੀ ਸਾਹਿਬ ਦੀ, ਹੁਣ ਭਾਰਤ ਕੋਲ, ਭਾਰਤ ਸਰਕਾਰ ਕੋਲ, ਬੀਜੇਪੀ ਕੋਲ ਇੱਕੋ ਹੀ ਮੁੱਦਾ ਬਚਦਾ, ਪੰਜਾਬ। ਪੰਜਾਬ ਦੇ ਵਿੱਚ ਜਿੰਨੀ ਖਾਲਿਸਤਾਨ ਦੀ ਗੱਲ ਹੋਏਗੀ, ਜਿੰਨੀ ਪੰਜਾਬ ਦੇ ਵਿੱਚ ਨਫ਼ਰਤ ਵਧੇਗੀ ਬੀਜੇਪੀ ਸਰਕਾਰ ਪ੍ਰਤੀ, ਉਸ ਨੂੰ ਕੈਸ਼ ਕਰੇਗੀ ਕਿ ਦੇਖੋ ਖਾਲਿਸਤਾਨੀ ਨੇ ਸਿੱਖ ਧਰਮ ਦੇ ਝੰਡੇ ਨੂੰ, ਨਿਸ਼ਾਨ ਸਾਹਿਬ ਦੇ ਝੰਡੇ ਨੂੰ ਇਹਨਾਂ ਨੇ ਖਾਲਿਸਤਾਨ ਦਾ ਝੰਡਾ ਬਣਾ ਕੇ ਪੇਸ਼ ਕਰ ਦਿੱਤਾ। ਇਸੇ ਕਰਕੇ ਜਦੋਂ ਰਾਜੇਵਾਲ ਨੇ ਆਖਿਆ ਸੀ ਕਿ ਸਾਨੂੰ ਇਹਨਾਂ ਨਿਸ਼ਾਨ ਸਾਹਿਬ ਰੂਪੀ ਝੰਡਿਆਂ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ, ਤਾਂ ਫਿਰ ਉਹ ਸਿੱਖ ਧਿਰਾਂ ਨੇ ਇਸ਼ੂ ਬਣਾ ਲਿਆ, ਇਹ ਤਾਂ ਜੀ ਕਾਮਰੇਡ ਹੈ, ਇਹ ਤਾਂ ਜੀ ਨਾਸਤਿਕ ਹੈ, ਝੰਡੇ ਦਾ ਅਪਮਾਨ ਕਰਦਾ। ਬਾਅਦ 'ਚ ਕੀ ਨਿਕਲਿਆ ਕਿ ਨਿਸ਼ਾਨ ਸਾਹਿਬ ਲਹਿਰਾ ਕੇ ਲਾਲ ਕਿਲੇ 'ਤੇ ਕੁਛ ਖੱਟ ਲਿਆ, ਉਲਟਾ ਅਸੀਂ ਅੰਦੋਲਨ ਦੇ ਵਿੱਚ ਬਹੁਤ ਵੱਡਾ ਡੈਂਟ ਪਾ ਲਿਆ। ਇਸ ਅੰਦੋਲਨ ਨੂੰ ਜੇ ਤੁਸੀਂ ਧਰਮ ਨਾਲ ਜੋੜੋਗੇ, ਇੱਥੋਂ ਤੱਕ ਕਿ ਜੇ ਪੰਜਾਬ ਨਾਲ ਵੀ ਜੋੜੋਗੇ ਤਾਂ ਫੇਲ ਹੋਵੋਗੇ, ਬੁਰੀ ਤਰ੍ਹਾਂ ਫੇਲ ਹੋਵੇਗੇ। ਸਵਾਗਤ ਬਾਈ ਜੀ, ਤੁਸੀਂ ਆਨਰ ਹੋ, ਵੈਲਕਮ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ? ਹਾਂਜੀ ਸਵਾਗਤ ਵੀਰ ਜੀ। ਗੱਲ ਕੀਤੀ
ਟੋਰਾਂਟੋ ਦੇ ਵਿੱਚ ਰੌਲਾ ਤਾਂ ਤੁਹਾਡਾ ਹੀ ਸਟੇਸ਼ਨ ਤੇ ਕਿਸੇ ਗੱਲ ਨੇ ਪਾਤਾ ਸੀਗਾ, ਦੂਜੇ ਦਿਨ ਗੱਲ ਚੱਲੀ ਨੀ, ਤੁਸੀਂ ਬੜੇ ਸੁਚੇਤ ਨਾਲ ਜਵਾਬ ਦੇ ਕੇ ਤੁਸੀਂ ਵਾਕ ਆਊਟ ਕਰਕੇ ਸੀਗੇ ਪ੍ਰੋਗਰਾਮ ਤੋਂ, ਤੇ ਹੁਣ ਉੱਥੇ ਦੀ ਜਿਹੜੀ ਮੋਦੀ ਭਗਤ ਹੈ ਉੱਥੇ ਉਹਨਾਂ ਨੂੰ ਗੱਲ ਰੱਖਣੀ ਚਾਹੀਦੀ ਸੀ ਹਨਾ, ਵੀ ਇਹ ਇੱਕ ਪਾਸੇ ਤੇ ਕਹਿੰਦੇ ਆ ਵੀ ਅਸੀਂ ਗੱਲ ਸਾਂਝੀ ਵਾਸਤੇ ਹਰੇਕ ਨੂੰ ਰੱਖਣੀ ਚਾਹੀਦੀ ਆ, ਜੇ ਹੁਣ ਤੁਹਾਡੇ ਦੀ ਟਿੱਪਣੀ ਤੇ ਟਾਂਟੋ ਦੀ ਮੀਡੀਆ ਦੀ ਕੋਈ ਗੱਲ ਕਰਦਾ ਤੁਹਾਨੂੰ ਨਾਲ ਵੀ ਸਕਦੇ ਆਪਾਂ ਹਾਂ ਤੁਸੀਂ ਕਹਿ ਦਿਓ ਗੱਲ ਤਾਂ ਜੋ ਪਤਾ ਲੱਗ ਜਾਵੇ ਆਪਾਂ ਐਵੇਂ ਬੋਝੇ 'ਚ ਗੁੜ ਵੀ ਹਾਂ ਤਹਿਲਕਾ 'ਤੇ ਪ੍ਰੋਗਰਾਮ ਹੋਇਆ ਸੀ, ਆਰ ਐੱਸ ਐੱਸ ਦਾ ਸੈਕਟਰੀ ਉੱਥੇ ਆਇਆ ਸੀ ਜਿਹਨੇ ਜਿਸ ਦੌਰਾਨ ਇੱਕ ਕਾਲਰ ਨੇ ਉਹਨਾਂ ਨੇ ਕਿਹਾ ਸੀ ਕਿ ਪਰਮਿੰਦਰ ਟਿਵਾਣਾ ਹਿੰਦੂ ਅਤੇ ਸਿੱਖਾਂ 'ਚ ਨਫ਼ਰਤ ਫੈਲਾਉਂਦਾ, ਅਤੇ ਜਦੋਂ ਮੈਂ ਆਪਣੀ ਗੱਲ ਰੱਖਣ ਲੱਗਿਆ ਤਾਂ ਪੱਡਾ ਸਾਹਿਬ ਨੇ ਮੈਨੂੰ ਰੋਕ ਦਿੱਤਾ, ਪਰ ਅਫਸੋਸ ਕਿ ਉਦੋਂ ਇਹ ਜਿਹੜੇ ਕਾਲਰ ਸੀਗੇ ਜਿਹੜੇ ਕਹਿੰਦੇ ਨੇ ਕਿ ਮੈਨੂੰ ਆਪਣਾ ਪੱਖ ਰੱਖਣ ਤੋਂ ਜੇ ਰੋਕਿਆ ਤਾਂ ਉਦੋਂ ਇਹਨਾਂ ਕਾਲਰ ਇਹ ਤਾਂ ਅੰਦਰੋਂ ਖੁਸ਼ ਹੋ ਗਏ ਆਰ ਐੱਸ ਐੱਸ ਵਾਲੇ ਕਿ ਠੀਕ ਹੈ ਬਹਾਨੇ ਸਿਰ ਟਿਵਾਣੇ ਨੂੰ ਕੱਢ ਦਿੱਤਾ, ਉੱਥੇ ਇਹਨਾਂ ਇੱਕ ਵੀ ਕਾਲਰ ਨੇ ਨਹੀਂ ਆਖਿਆ ਕਿ ਹਾਂ ਟਿਵਾਣੇ ਨਾਲ ਧੱਕਾ ਹੋਇਆ, ਹਾਲਾਂਕਿ ਮੈਨੂੰ ਧੱਕੇ ਦਾ ਜਾਂ ਨੁਕਸਾਨ ਦਾ, ਕਿਉਂਕਿ ਉੱਥੇ ਵੀ ਤੁਸੀਂ ਬੋਲੋ ਉੱਥੇ ਨਹੀਂ ਬੋਲਦੇ, ਡਬਲ ਸਟੈਂਡਰਡ ਹੈ ਨਾ ਸਾਡੇ ਇਹਨਾਂ ਲੋਕਾਂ ਦਾ। ਆਪਣੇ ਉਹ ਬਾਈ ਦਲਗਾ ਜੀ ਆ ਜਿਹੜੇ ਵੀ ਚਲੋ ਆਪਾਂ ਸਤਿਕਾਰ ਕਰਦੇ ਹਾਂ, ਕਲਰ ਹੁੰਦੇ ਹਰੇਕ ਦੇ ਹੋਸਟ ਹੋਣੇ ਚਾਹੀਦੇ, ਪਰ ਦੋ ਨੀਤੀਆਂ ਵਿੱਚ ਨੀ ਪੈ ਰੱਖਣਾ ਚਾਹੀਦਾ, ਠੀਕ ਨੀ ਜੀ। ਹੁਣ ਜਿਵੇਂ ਹੁਣ ਹਿੰਦੂ ਰਾਸ਼ਟਰ ਮੋਦੀ ਬਣਾ ਰਿਹਾ ਇਸ ਟਾਈਮ ਹਨਾ, ਗਲਤ ਹੈ। ਜੇ ਸਿੱਖ ਖਾਲਸਾ ਮੰਗਦੇ ਆ ਅੱਤਵਾਦੀ, ਠੀਕ ਨੀ, ਨਹੀਂ ਉਹ ਉਦੋਂ ਵੀ ਗਲਤ ਹੈ। ਦੇਖੋ ਮੈਂ ਥੋੜਾ ਜਿਹਾ ਬਾਈ ਜੀ ਤੁਸੀਂ ਇੱਕ ਮਿੰਟ, ਮੈਨੂੰ ਤੁਹਾਡਾ ਨਾਂ ਨਹੀਂ ਸੁਣਿਆ, ਹਿੰਦੂ ਰਾਸ਼ਟਰ ਬਣਾ ਰਿਹਾ ਉਹ ਸਾਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਰਹੇ ਨੇ, ਕਿਉਂਕਿ ਇੱਥੇ ਮੁਸਲਮਾਨ ਵੀ ਨੇ, ਇੱਥੇ ਬੋਧੀ ਵੀ ਨੇ, ਇੱਥੇ ਸਿੱਖ ਵੀ ਨੇ। ਚਲੋ ਠੀਕ ਹੈ ਮੁਸਲਮਾਨਾਂ ਨੇ ਆਪਣਾ ਵੱਖਰਾ ਖਿੱਤਾ ਪਾਕਿਸਤਾਨ ਲੈ ਲਿਆ, ਪਰ ਫਿਰ ਵੀ ਜਿਹੜੇ ਇੱਥੇ ਲਿਬਰਲ ਰਹਿਣਾ ਚਾਹੁੰਦੇ ਸੀਗੇ ਉਹਨਾਂ ਨੂੰ ਜਾਂ ਸਿੱਖਾਂ ਨੂੰ ਤੁਸੀਂ ਹਿੰਦੂ ਕਿਵੇਂ ਬਣਾ ਦਿਓ, ਹਿੰਦੂ ਰਾਸ਼ਟਰ ਕਿਵੇਂ ਬਣਾ ਦਿਓਗੇ। ਮੋਹਨ ਭਾਗਵਤ ਤਾਂ ਉਸ ਤੋਂ ਵੀ ਜਾਤੀ ਕਰਦਾ ਕਿ ਇਹ ਸਾਰੇ ਲੋਕ ਇੱਥੇ ਹਿੰਦੂ ਨੇ, ਇਹ ਗਲਤ ਹੈ। ਸਾਰੇ ਲੋਕ ਹਿੰਦੂ ਨਹੀਂ, ਇਹ ਸਾਰੇ ਲੋਕ ਅੱਡ ਅੱਡ ਧਰਮਾਂ ਦੇ ਨੇ, ਸਾਰੇ ਲੋਕ ਭਾਰਤੀ ਨੇ ਜਾਂ ਇੰਡੀਅਨ ਨੇ ਇਹ ਕਹਿ ਸਕਦੇ ਹਾਂ, ਕਿਉਂਕਿ ਹਿੰਦੂ ਇੱਕ ਧਰਮ ਵਿਸ਼ੇਸ਼ ਹੋ ਗਿਆ। ਪਰ ਉਹ ਤਾਂ ਸਾਰੇ ਰਾਸ਼ਟਰ ਨੂੰ ਸਾਰੇ ਲੋਕਾਂ ਨੂੰ ਹਿੰਦੂ ਰਾਸ਼ਟਰ ਬਣਾ ਰਹੇ ਨੇ ਜਾਂ ਹਿੰਦੂ ਕਹਿ ਰਹੇ ਨੇ, ਇਹ ਤਾਂ ਉਦੋਂ ਵੀ ਗਲਤ ਹੈ। ਜੇ ਖਾਲਿਸਤਾਨੀ ਕਹਿ ਰਹੇ ਨੇ ਉਹ ਆਪਣਾ ਇੱਕ ਵੱਖਰਾ ਸੂਬਾ ਮੰਗ ਰਹੇ ਨੇ, ਵੱਖਰਾ ਮੁਲਕ ਮੰਗ ਰਹੇ ਨੇ, ਉਹ ਉਨਾ ਗਲਤ ਨਹੀਂ ਹੈ ਜਿੰਨਾ ਗਲਤ ਹਿੰਦੂ ਰਾਸ਼ਟਰ ਬਣਾਉਣਾ। ਕਿਉਂਕਿ ਜੇ ਪਾਕਿਸਤਾਨ ਨੂੰ ਮੁਸਲਮਾਨਾਂ ਨੂੰ ਆਪਣਾ ਵੱਖਰਾ ਖਿੱਤਾ ਲੈ ਲਿਆ, ਭਾਰਤੀਆਂ ਨੇ ਆਪਣਾ ਲੈ ਲਿਆ ਸਾਰਿਆਂ ਨੇ, ਹੁਣ ਭਾਰਤੀਆਂ ਨੂੰ ਹਿੰਦੂ ਬਣਾਉਣਾ, ਹਿੰਦੂ ਰਾਸ਼ਟਰ ਬਣਾਉਣਾ ਉਹ ਨਿਹਾਇਤ ਗਲਤ ਹੈ। ਇਹ ਠੀਕ ਹੈ ਕਿ ਜੇ ਤਾਂ ਉਹ ਜਿਹੜੇ ਹਿੰਦੂ ਰਾਸ਼ਟਰ ਬਣਾਉਂਦੇ ਨੇ ਉਹ ਕਹਿਣ ਸਾਨੂੰ ਬਿਹਾਰ ਜਾਂ ਯੂਪੀ 'ਚ ਅਲੱਗ ਹਿੰਦੂ ਰਾਸ਼ਟਰ ਦੇ ਦਿਓ, ਫਿਰ ਤਾਂ ਉਹ ਖਾਲਿਸਤਾਨ ਦੇ ਬਰਾਬਰ ਹੋ ਸਕਦਾ। ਪਰ ਇਹ ਤਾਂ ਸਾਰੇ ਭਾਰਤ ਨੂੰ ਹੀ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ, ਜਿਹੜਾ ਕਿ ਨਿਹਾਇਤ ਗਲਤ ਹੈ। ਇਹਦੇ ਮੁਕਾਬਲਤਨ ਖਾਲਿਸਤਾਨੀ ਥੋੜ੍ਹੇ ਠੀਕ ਨੇ, ਕਿਉਂਕਿ ਉਹ ਸਾਰੇ ਭਾਰਤ 'ਚ ਖਾਲਿਸਤਾਨ ਨਹੀਂ ਬਣਾਉਣਾ ਚਾਹੁੰਦੇ, ਉਹ ਇੱਕ ਵੱਖਰਾ ਆਪਣਾ ਖਿੱਤਾ ਮੰਗਦੇ ਨੇ, ਆਪਣਾ ਰਾਜ ਮੰਗਦੇ ਨੇ ਕਿ ਸਾਨੂੰ ਆਪਣੀ ਵੱਖਰੀ ਸਟੇਟ ਜਾਂ ਵੱਖਰੀ ਕੰਟਰੀ ਮਿਲੇ। ਸੋ ਇੱਥੇ ਹਿੰਦੂ ਰਾਸ਼ਟਰ ਮੰਗਣ ਵਾਲੇ ਖਾਲਿਸਤਾਨੀਆਂ ਨਾਲੋਂ ਜ਼ਿਆਦਾ ਗਲਤ ਨੇ, ਕਿਉਂਕਿ ਸੰਵਿਧਾਨ ਮੁਤਾਬਕ, ਲੋਕ ਹਕੂਕ ਮੁਤਾਬਕ ਕਿਸੇ ਨੂੰ ਵੀ ਆਪਣਾ ਮੁਲਕ ਵੱਖਰਾ ਮੰਗਣ ਦਾ ਅਧਿਕਾਰ ਹੈ। ਪਿਓ ਵੀ ਜਦੋਂ ਆਪਣੇ ਪੁੱਤਰਾਂ ਦੀ ਜਾਇਦਾਦ ਅੱਡ ਕਰਦਾ, ਹਰ ਪੁੱਤਰ ਆਪਣੀ ਵੱਖਰੀ ਜਾਇਦਾਦ ਚਾਹੁੰਦਾ। ਸੋ ਇਸ ਕਰਕੇ ਇਹ ਇੱਕ ਸਮਾਜਿਕ ਜਾਂ ਇੱਕ ਸੋਸ਼ਲ ਵਰਤਾਰਾ ਸਦੀਆਂ ਤੋਂ ਚੱਲਿਆ ਆਉਂਦਾ ਹੈ। ਖਾਲਿਸਤਾਨ ਮੰਗਣਾ ਕੋਈ ਗੁਨਾਹ ਨਹੀਂ ਹੈ, ਪਰ ਸਾਰੇ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਇਹ ਗੁਨਾਹ ਆ। ਇਹ ਤਾਂ ਉਹੀ ਰੰਗਜੇ ਵਾਲੀ ਨੀਤੀ ਹੋ ਗਈ ਕਿ ਸਾਰਿਆਂ ਨੂੰ ਧੱਕੇ ਨਾਲ ਮੁਸਲਮਾਨ ਬਣਾਉਣਾ, ਇੱਥੇ ਹਿੰਦੂ ਰਾਸ਼ਟਰ ਬਣਾਉਣਾ ਜ਼ਿਆਦਾ ਗਲਤ ਹੈ, ਖਾਲਿਸਤਾਨ ਮੰਗਣਾ ਉਸ ਤੋਂ ਘੱਟ ਹੈ। ਜੀ ਕੰਟੀਨਿਊ ਪਲੀਜ਼। ਹਾਂਜੀ ਭਾਈ ਸਹੀ ਗੱਲ ਹੈ, ਤੁਹਾਡੀ ਗੱਲ ਵਿਚਾਰ ਤੁਹਾਡੇ ਵਧੀਆ ਲੱਗੇ। ਤਾਂ ਗੱਲ ਹੁਣ ਇਹ ਵੀ ਹੈ, ਜੇ ਹੁਣ ਸਿੱਖ ਭਾਈਚਾਰੇ ਦੇ ਵਿੱਚ ਅਸੀਂ ਆਪਣਾ ਤਿਉਹਾਰ ਮਨਾਉਂਦੇ ਹਾਂ, ਸਾਰਾ ਹਿੰਦੂ ਰਾਸ਼ਟਰ ਦੇ ਅਧੀਨ ਤੇ ਮਨਾ ਰਹੇ, ਪਾਤਸ਼ਾਹਾਂ ਦਾ ਜਨਮ ਦਿਨ ਗਲਤ ਤਰੀਕਾ ਨਾਲ ਚੰਦਰਮਾ ਦੇਵ ਦੇ ਮਾਰ ਰਹੀ, ਜੇ ਸਾਡੇ ਸਿੱਖਾਂ ਨੇ ਪਹਿਲਾਂ ਸੋਝੀ ਵਰਤੀ ਹੁੰਦੀ ਵੀ ਸਾਡੇ ਦਿਨ ਆ ਰਿਹਾ, ਤੁਸੀਂ ਜੋ ਮਰਜ਼ੀ ਕਟਰਤਾ ਕਰੋ ਪਰ ਅਸੀਂ ਇੱਥੋਂ ਪਿੱਛੇ ਨਹੀਂ ਹਟਣਾ। ਪਰ ਸਾਡੇ ਜਿਵੇਂ ਆਪਣੇ ਬਾਦਲ ਸਾਹਿਬ ਹੁਣੀ ਹੁਣ ਰਲ ਮਿਲ ਕੇ ਸਾਰਾ ਤਾਕਤ ਜਾਂ ਪੰਜਾਂ ਦੇ ਪਿਆਰਿਆਂ ਨਾਲ ਰਲਾ ਮਿਲ ਕੇ ਸਾਰਾ ਘਾਲਾ ਮਾਲਾ ਕਰ ਦਿੱਤਾ, ਠੀਕ ਨੀ। ਅੱਜ ਵੀ ਇਸੇ ਕਰਕੇ ਭਾਈ ਰਣਜੀਤ ਸਿੰਘ ਸਾਡੇ ਤੋਂ ਦਿਨ ਇਹ ਤਾਂ ਸਟੈਂਡ ਲੈ ਰਿਹਾ, ਬਾਈ ਤੁਸੀਂ ਤਾਂ ਸਾਰਾ ਕੁਝ ਰਲ ਗੱਲ ਕਰ ਦਿੱਤਾ, ਜੇ ਉਹ ਇਸ ਚੀਜ਼ ਦੀ ਟਿੱਪਣੀ ਕਰਦੇ ਆ ਤਾਂ ਉਹ ਹੋ ਗਿਆ ਵੀ ਪੰਥ ਵਿੱਚ ਦਰਾਰ ਪਾਉਂਦਾ, ਉਹ ਵੀ ਗਲਤ ਗੱਲ ਹੈ ਨਾ। ਗਲਤ ਹੁਣ ਜਿਵੇਂ ਗੋਰਸੇ ਨੂੰ ਗੋਲੀ ਮਾਰੀ, ਗਾਂਧੀ ਨੂੰ ਗੋਰਸੇ ਨੇ ਗੋਲੀ ਮਾਰੀ ਸੀ, ਉਹ ਅੱਤਵਾਦੀ ਕੋਈ ਹਿੰਦੂ ਧਾਰਾ ਕੋਈ ਹੋਇਆ ਨੀ। ਜੇ ਇੰਦਰਾ ਗਾਂਧੀ ਨੇ ਗੋਲੀ ਮਾਰਤੀ ਪੰਜਾਬੀਆਂ ਨੇ ਤਾਂ ਉਹ ਹੋ ਗਏ ਆਪਣੇ ਅੱਤਵਾਦੀ, ਇਹ ਵੀ ਗਲਤ ਗੱਲ ਦੇ ਰਹੇ ਨਾ। ਬਿਲਕੁਲ ਬਿਲਕੁਲ, ਸਾਡੇ ਸਾਡੇ ਪਾਉਣਾ ਭਾਜੀ, ਜੇ ਆਪਣੇ ਪਹਿਲਾਂ ਸਿੱਖਾਂ ਨੇ ਹਨਾ ਇਤਿਹਾਸ ਆਪਣਾ ਤਰੀਕਾਂ ਡੇਟਾਂ ਸਹੀ ਤਰੀਕੇ ਨਾਲ ਅੱਜ ਵੀ ਰੱਖ ਲਏ, ਬੰਦਾ ਅੱਜ ਵੀ ਟੋਰਾਂਟੋ ਦੇ ਵਿੱਚ ਬੈਠਾ, ਮੈਂ ਨਾਂ ਭੁੱਲ ਗਿਆ ਜਿਹਨੇ ਪਾਲ ਸਿੰਘ ਭੁਰੇਵਾਲ ਕਲੈਕਟਰ ਬਣਾਇਆ ਸੀਗਾ,
ਪਾਲ ਸਿੰਘ ਭੋਰੇਵਾਲ ਉਹ, ਪਰ ਗੱਲ ਇਹ ਹੈ ਨਾ ਵੀਰ, ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਈਵਨ ਟਕਸਾਲ ਵਾਲੇ ਜਾਂ ਹੋਰ ਜਥੇਬੰਦੀਆਂ, ਇਹ ਵੱਖਰਾ ਕੈਲੰਡਰ ਬਣਨ ਹੀ ਨਹੀਂ ਦੇਣੇ ਚਾਹੁੰਦੀਆਂ। ਹੁਣ ਤੁਸੀਂ ਨਿਹੰਗ ਸਿੰਘਾਂ ਨੂੰ ਪੁੱਛ ਲਓ, ਉਹ ਕਹਿਣਗੇ ਇਹ ਜਿਹੜਾ ਸਿਰ 'ਤੇ ਕੜਾ ਪਾਇਆ ਹੋਇਆ ਵਿਸ਼ਨੂੰ ਦਾ ਸ਼ਾਸਤਰ ਹੈ, ਉਹਨਾਂ 'ਤੇ ਹਿੰਦੂ ਤਵੀ ਪ੍ਰਭਾਵ ਨੇ। ਟਕਸਾਲ ਵੀ ਕਈ ਮਾਮਲਿਆਂ 'ਚ ਹਿੰਦੂ ਤਵੀ ਪ੍ਰਭਾਵ ਕਬੂਲਦੀ ਹੈ ਜੀ। ਪਰ ਉਹ ਗੱਲ ਇਹ ਹੈ ਵੀਰ ਜੀ, ਗੱਲ ਇਹ ਹੈ ਕਿ ਸਿੱਖ ਜਥੇਦਾਰੀਆਂ 'ਚ, ਸਿੱਖ ਟਕਸਾਲਾਂ 'ਚ, ਸਿੱਖ ਤਖਤਾਂ 'ਤੇ ਉਹ ਲੋਕ ਸ਼ਾਮਲ ਹੋ ਗਏ ਨਾ ਜਿਹੜੇ ਸਿੱਖ ਧਰਮ ਦੇ ਉੱਤੇ ਹਿਡਨ ਏਜੰਡਾ ਲਾਗੂ ਕਰਦੇ ਨੇ। ਹੁਣ ਸਾਡਾ ਤਾਂ ਜਥੇਦਾਰ ਗਿਆਨੀ ਪੂਰਨ ਸਿੰਘ, ਉਹਨੂੰ ਰੰਜ ਕੀ ਸੀ ਬੀਬੀ ਜਗੀਰ ਕੌਰ ਨਾਲ? ਸਿਰਫ ਇਹੀ ਕਿ ਉਹਨੇ ਵੱਖਰਾ ਕੈਲੰਡਰ ਅਤੇ ਬੀਬੀਆਂ ਨੂੰ ਸੇਵਾ ਦਾ ਮੌਕਾ ਦਿੱਤਾ ਸੀ ਜਿਹੜਾ ਕਿ ਹੋਣਾ ਚਾਹੀਦਾ ਸੀਗਾ। ਪਰ ਉਹ ਦੇਖੋ ਕਿ ਗੂਨੇ ਜਾਂਦੇ ਆ, ਮੱਧ ਪ੍ਰਦੇਸ਼ ਜਿੱਥੇ RSS ਦਾ ਹੈੱਡਕੁਆਰਟਰ ਆ ਉੱਥੇ ਜਾਂਦੇ ਆ, ਗਿਆਨੀ ਪੂਰਨ ਸਿੰਘ ਨੇ ਫੈਕਸ 'ਤੇ ਹੁਕਮਨਾਮੇ ਜਾਰੀ ਕਰਤੇ ਸੀ ਬੀਬੀ ਜਗੀਰ ਕੌਰ ਦੇ ਖਿਲਾਫ, ਹੈ ਨਾ। ਸੋ ਇਹ ਜਿਹੜਾ ਸਾਰਾ ਸਿਲਸਿਲਾ ਨਾ ਕਿ ਧਰਮ 'ਤੇ ਹਿਡਨ ਪ੍ਰਭਾਵ ਹੈ, ਕੁਲਬੀਰ ਸਿੰਘ ਕੌੜਾ ਦੀ ਕਿਤਾਬ ਪੜ੍ਹੋ, ਸਿੱਖ ਵੀ ਨਿਗਲਿਆ ਗਿਆ, ਉਹ 'ਚ ਸਾਰਾ ਕੁਛ ਦੱਸਿਆ ਹੈਗਾ ਕਿ ਕਿਵੇਂ ਮਤਲਬ ਸਿੱਖਾਂ ਦੇ ਜਿਹੜੇ ਧਾਰਮਿਕ ਅਕੀਦੇ ਨੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜੀ। ਤਾਂ ਹੀ ਮੈਂ ਕਿਹਾ ਸੀਗਾ ਕਿ ਦੇਖੋ, ਬਹੁਤ ਬਹੁਤ ਧੰਨਵਾਦ ਬਾਈ ਜੀ। ਮੈਂ ਜੀ ਜੀ ਥੈਂਕ ਯੂ ਥੈਂਕ ਯੂ। ਮੈਂ ਤਾਂ ਹੀ ਕਿਹਾ ਸੀ ਕਿ ਦੇਖੋ, ਅਕਾਲੀ ਦਲ ਬਾਦਲ ਦਾ ਜੇ BJP ਦਾ ਤੋੜ ਵਿਛੋੜਾ ਹੁੰਦਾ, ਹੋਰ ਤਾਂ ਪਤਾ ਨਹੀਂ, ਘੱਟੋ ਘੱਟ ਸਿੱਖ ਧਰਮ ਜਾਂ SGPC ਵਾਸਤੇ ਇਹ ਬਿਹਤਰ ਹੈ। ਕਿਉਂਕਿ ਇਹ ਕਿਹਾ ਜਾਂਦਾ ਕਿ ਬਾਦਲ ਅਕਾਲੀ ਦਲ ਦੀਆਂ ਸਾਂਝਾਂ ਭਾਜਪਾ ਨਾਲ ਨੇ, ਭਾਜਪਾ ਦੀ ਮਾਂ RSS ਹੈ, ਅਤੇ ਫਿਰ RSS ਦਾ ਏਜੰਡਾ ਅਕਾਲੀਆਂ 'ਤੇ ਜਾਂ ਸਾਡੇ SGPC 'ਤੇ ਲਾਗੂ ਹੁੰਦਾ। ਖੈਰ, ਹਰਵਿੰਦਰ ਸਿੰਘ ਪਾਂਸਟਾ ਨੇ ਬੜਾ ਵਧੀਆ ਸਵਾਲ ਦਿੱਤਾ ਕਿ ਇਹਨਾਂ ਦਾ ਫਰਕ ਕੀ ਹੈ। ਕਹਿੰਦੇ ਜੀ, ਸੰਬਤ ਪਾਤਰਾ ਰਾਸ਼ਟਰੀ ਬੁਲਾਰੇ ਨੇ ਇੱਕ TV ਪ੍ਰੋਗਰਾਮ ਦੇ ਵਿੱਚ ਇੱਕ ਮੁਸਲਮਾਨ ਬੁਲਾਰੇ ਨੂੰ ਉਹਨਾਂ ਨੇ ਆਖਿਆ ਕਿ ਇਸ ਦੇ ਪੁਰਖੇ ਜੈ ਸ਼੍ਰੀ ਰਾਮ ਕਹਿੰਦੇ ਨੇ, ਕੱਲ੍ਹ ਨੂੰ ਇਹ ਸਿੱਖਾਂ ਨੂੰ ਵੀ ਕਹਿਣਗੇ ਕਿ ਹਿੰਦੂ ਰਾਸ਼ਟਰ ਧੱਕੇ ਨਾਲ ਬਣਾਉਣਗੇ। ਬਿਲਕੁਲ, ਜਦੋਂ ਸਾਡੇ ਜਥੇਦਾਰ ਉਸ ਸ਼੍ਰੀ ਰਾਮ ਮੰਦਿਰ ਸਮਾਗਮ ਦੇ ਵਿੱਚ ਇਹ ਕਹਿੰਦੇ ਨੇ ਕਿ ਸਿੱਖ ਤਾਂ ਲਵ ਅਤੇ ਕੁਛ ਦੀ ਔਲਾਦ ਨੇ, ਅਗਿਆਨੀ ਇਕਬਾਲ ਸਿੰਘ ਕਹਿੰਦੇ ਨੇ ਨਾ, ਫਿਰ ਉਹਨੇ ਪ੍ਰੂਵ ਕਰਦਾ ਤੁਹਾਡੇ ਜਥੇਦਾਰ ਨੇ, ਤੁਹਾਡੀਆਂ ਕਿਤਾਬਾਂ 'ਚ ਲਿਖਿਆ ਗਿਆ, ਈਵਨ ਟਕਸਾਲ ਦੀਆਂ ਕਿਤਾਬਾਂ 'ਚ ਲਿਖਿਆ ਹੋਇਆ, ਜਿਹੜੀ ਟਕਸਾਲ ਸੰਤ ਭਿੰਡਰਾਂ ਵਾਲੇ ਮਤਲਬ ਆਜ਼ਾਦਾਨਾ ਗੱਲ ਕਰਦੇ ਨੇ ਕਿ ਸਿੱਖਾਂ ਦੀ ਵੱਖਰੀ ਹੈਸੀਅਤ ਹੋਵੇ, ਹਰਨਾਮ ਸਿੰਘ ਧੁੰਮਾਂ ਵੀ ਕਰਦੇ ਨੇ, ਪਰ ਉਹ ਟਕਸਾਲ ਦੀਆਂ ਕਿਤਾਬਾਂ ਕੀ ਕਹਿੰਦੀਆਂ ਨੇ, ਉਹ ਕਿਵੇਂ ਹਿੰਦੂਆਂ ਨਾਲ ਜੋੜਦੀਆਂ ਨੇ? ਉਹ ਮੈਨੂੰ ਕਿਤਾਬ ਦਾ ਨਾਂ ਇਕਦਮ ਯਾਦ ਨਹੀਂ ਆ, ਉਸ ਕਿਤਾਬ ਦੇ ਵਿੱਚ ਲਿਖਿਆ ਕਿ ਸਿੱਖ ਵੀ ਨੇ ਨਾ ਜਿਹੜੇ ਖਾਸ ਕਰਕੇ ਗੁਰੂ ਸਾਹਿਬਾਨ ਲਵ ਅਤੇ ਕੁਛ ਦੀ ਔਲਾਦ ਨੇ। ਫਿਰ ਤੁਸੀਂ ਕਿਵੇਂ ਵੱਖ ਹੋ ਜਾਓਗੇ? ਇਹ ਹਿਡਨ ਏਜੰਡਾ ਚੱਲ ਰਿਹਾ। ਆ ਸਵਾਗਤ ਸਰ ਤੁਹਾਡਾ, ਵੈਲਕਮ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਬਾਈ ਪਰਮਿੰਦਰ ਜੀ, ਮੇਰਾ ਨਾਂ ਗੁਰਤੇਜ ਹੈ ਜੀ। ਗੁਰਤੇਜ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬਾਈ ਤੋਂ ਵਿਨੀਪੈਗ ਤੋਂ ਬੋਲਦਾ। ਹਾਂਜੀ, ਗੱਲ ਕਰੋ ਗੁਰਤੇਜ ਜੀ, ਸਵਾਗਤ ਤੁਹਾਡਾ। ਹਾਂਜੀ ਵੀਰੇ, ਮੈਂ ਨਾ ਤੁਹਾਡਾ ਪ੍ਰੋਗਰਾਮ ਆਪਣਾ ਕਹਿੰਦੇ ਪਹਿਲਾਂ ਵੇਖਿਆ ਸੀ ਗਲੋਬਲ, ਤੇ ਤੁਹਾਡੀ ਪੱਗ ਤੇ ਉਹ ਕੀ ਗਲੂਬੰਦ ਕਹਿੰਦੇ ਆ, ਮਫਲਰ ਕਹਿੰਦੇ ਜਿਹੜਾ ਅੰਦਰ ਦੀ ਪਾਇਆ ਹੋਇਆ, ਉਹਦਾ ਨਾਮ ਉਹਨੂੰ ਅੰਗਰੇਜ਼ੀ 'ਚ ਤਾਂ ਕਰੈਵਟ ਕਹਿੰਦੇ ਆ, ਵੈਸੇ ਗਲੂਬੰਦ ਹੁੰਦਾ ਜਿਵੇਂ ਆਪਾਂ ਪਰਨਾ ਬੰਨਦੇ ਆ, ਮਾਫਰਲ ਬੰਨਦੇ ਆ ਨਾ, ਉਹ ਉਹਦਾ ਗਲੂਬੰਦ ਬਣਦਾ, ਇਹ ਕਰੈਵਟ ਕਹਿੰਦੇ ਆ ਇਹਨੂੰ। ਉਦੋਂ ਆਈਡੀਆ ਸੀਗਾ ਇੱਕ ਤੁਹਾਡੀ ਪੱਗ ਤੋਂ, ਮੈਂ ਇੱਕ ਦੋ ਵਾਰੀ ਮਾੜਾ ਮਾੜਾ ਜਿਹਾ ਪ੍ਰੋਗਰਾਮ ਵੇਖਿਆ ਸੀਗਾ, ਤੇ ਉਦੋਂ ਵੀ ਤੁਸੀਂ ਆਈ ਏਦਾਂ ਹੀ ਆ ਲਹਿਜੇ ਜੇ ਚ ਗੱਲਾਂ ਕਰਦੇ ਸੀ, ਮੈਂ ਬੜਾ ਧਿਆਨ ਜਿਹਾ ਨਹੀਂ ਦਿੱਤਾ ਹਨਾ। ਅੱਛਾ, ਤੇ ਮੈਂ ਕਿਹਾ ਛੱਡ ਯਾਰ, ਹਨਾ ਵੀ ਕਿੱਥੇ ਮੱਥਾ ਮਾਰਾਂਗੇ, ਵੀ ਬੰਦੇ ਦੀ ਪੱਗ ਪੁੱਗ ਘੈਂਟ ਆ ਗਈ, ਤੇ ਮੁੜ ਕੇ ਚਲੋ ਮੈਂ ਸੁਣਦਾ ਸਾਰਿਆਂ ਨੂੰ ਹੀ ਆ ਹਨਾ, ਵਧੀਆ ਵਧੀਆ ਬੰਦਿਆਂ ਨੂੰ ਪੂਰਿਆਂ ਨੂੰ। ਫਿਰ ਜਦੋਂ ਆਪਣਾ ਆਇਆ ਇਹਦਾ
ਆਪਣਾ ਕੀ ਕਹਿੰਦੇ ਆ ਕਿਸਾਨ ਅੰਦੋਲਨ, ਕਹਿੰਦੇ ਆ ਕਿਸਾਨ ਅੰਦੋਲਨ ਐਜੀਟੇਸ਼ਨ ਹੈ ਨਾ ਆਹੋ ਆ ਜਿਹੜਾ ਆਪਣਾ ਬਿੱਲਾਂ ਵਾਲਾ। ਫਿਰ ਚਲੋ ਆਮ ਹੈ ਵੀ ਜਿਵੇਂ ਰਵੀਸ਼ ਕੁਮਾਰ, ਅਜੀਤ ਅੰਜਮ, ਪ੍ਰਸੁੰਨ ਬਾਜਪਾਈ, ਮਿੰਟੂ ਗੁਰੂਸਰੀਆ, ਜਤਿੰਦਰ ਪੰਨੂ, ਬਲਤੇਜ ਪੰਨੂ, ਇਹਨਾਂ ਨੂੰ ਮੈਂ ਸਾਰਿਆਂ ਨੂੰ ਰੈਗੂਲਰ ਸੁਣਦਾ ਹੈ ਨਾ। ਤੇ ਫਿਰ ਮੈਂ ਕਿਹਾ ਵੀ ਹੁਣ ਉਹ ਬੰਦਾ ਵੇਖੀ ਉੱਥੇ, ਫਿਰ ਮੈਂ ਤੁਹਾਡਾ ਜਦੋਂ ਤੁਹਾਡਾ ਲਾਸਟ ਵਾਲਾ ਪ੍ਰੋਗਰਾਮ ਸੀਗਾ ਗਲੋਬਲ ਉੱਤੇ ਹੈ ਨਾ, ਉਹ ਵੇਖਿਆ ਤਾਂ ਫਿਰ ਮੈਨੂੰ ਬਹੁਤ ਵਧੀਆ ਲੱਗਿਆ। ਫਿਰ ਮੈਂ ਲਗਾਤਾਰ ਮੈਂ ਚੈੱਕ ਕੀਤਾ ਤਾਂ ਤੁਸੀਂ ਲੱਭੇ ਨਾ, ਫਿਰ ਮੈਂ ਸਰਚ ਮਾਰੀ ਤਾਂ ਫਿਰ ਤੁਸੀਂ ਆਏ। ਹੁਣ ਮੈਂ ਤੁਹਾਡਾ 2 ਘੰਟੇ 5 ਮਿੰਟਾਂ ਦਾ ਜਿੰਨਾ ਵੀ ਪ੍ਰੋਗਰਾਮ ਹੁੰਦਾ ਮੈਂ ਸਾਰਾ ਵੇਖ। ਥੈਂਕ ਯੂ ਵੀ ਕੱਲਾ ਕੱਲਾ ਵੀ ਮੈਂ ਕਹਿੰਦਾ ਵੀ ਜਿਹੜਾ ਮਰਜ਼ੀ ਤੁਸੀਂ ਸੁਣ ਲਓ, ਵੀ ਜੀ ਚ ਤੁਸੀਂ ਕੋਈ ਸੌਂਫ ਬਾਰੇ ਦੱਸਿਆ, ਕਿਸੇ ਚ ਤੁਸੀਂ ਆਪਣੇ ਵਿਰਾਸਤ ਬਾਰੇ ਦੱਸਿਆ, ਜਾਂ ਚੰਗਾ ਲੱਗਾ ਹਰ ਇੱਕ ਚੀਜ਼ ਹਰ ਇੱਕ। ਮੈਂ 2 ਘੰਟੇ ਹਰ ਰੋਜ਼ ਤੁਹਾਨੂੰ ਦਿੰਦਾ, ਰਾਈਟ? ਮਿਹਰਬਾਨੀ। ਮੈਂ ਤੁਹਾਡੇ 2 ਘੰਟੇ, ਰਵੀਸ਼ ਦਾ ਪ੍ਰਾਈਮ ਟਾਈਮ, ਅਜੀਤ ਅੰਜਮ ਦੇ ਦੋਨੇ ਵੀਡੀਓ ਹਨਾ, ਪ੍ਰਸੁੰਨ ਬਾਜਪਾਈ ਦਾ ਡਿਸਕਸ਼ਨ, ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਦੀ ਹਨਾ, ਤੇ ਬਲਤੇਜ ਪੰਨੂ ਦਾ ਖਬਰਨਾਮਾ, ਤੁਹਾਡਾ 2 ਘੰਟਿਆਂ ਦਾ ਜੀ ਜੀ, ਪੂਰਾ ਪੂਰਾ ਵਧੀਆ ਪ੍ਰੋਗਰਾਮ ਆ ਬਾਈ। ਆਪਣਾ ਕਹਿੰਦੇ ਜਿਵੇਂ ਮੈਂਟੂ ਵਾਲੀ ਗੱਲ ਆ ਵੀ ਫੈਨ ਵਾਲੀ ਗੱਲ, ਉਹ ਤਾਂ ਫਿਰ ਮੜੀ ਨਾਲ ਗੱਲ ਹੋ ਜਾਂਦੀ ਆ। ਤੁਸੀਂ ਬਹੁਤ ਮਿਹਰਬਾਨੀ, ਸੱਚੇ ਪੂਰੇ ਉਹਦੇ ਭਰਪੂਰ ਵਾਲੇ ਹੋ, ਪਰ ਵੀ ਘੈਂਟ ਹੈਗਾ ਪੂਰਾ ਕੰਮ, ਤੇ ਪੂਰਾ ਵਧੀਆ ਤੁਸੀਂ ਉਹ ਦਿੰਦੇ ਹੋਗੇ ਆਪਣਾ ਕਹਿੰਦੇ ਹੁੰਦੇ ਵੀ ਨੌਲੇਜ ਬਿਨਾ ਥੈਂਕ ਯੂ ਬਿਨਾ ਕਿਸੇ ਹੋਰ। ਥੈਂਕ ਯੂ ਸੋ ਮਚ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਬਾਈ ਜੀ। ਜਜ਼ਬਾਤ ਪੇਸ਼ ਕਰ ਰਹੇ ਸੀ, ਕਹਿੰਦੇ ਉਹ ਕਰੈਵਟ, ਕਹਿੰਦੇ ਵੈਸੇ ਉਹਨੂੰ ਬਹੁਤ ਸੋਹਣਾ ਲੱਗਦਾ, ਲਾਉਣਾ ਚਾਹੀਦਾ। ਟਾਈ ਦੇ ਨਾਲੋਂ ਜ਼ਿਆਦਾ ਕੰਫਰਟੇਬਲ ਹੈ ਵੈਸੇ ਉਹ, ਬਣੇ ਬਣਾਏ ਮਿਲ ਜਾਂਦੇ ਆ, ਤੁਰੇ ਜਾਂਦੇ ਬੰਦਾ ਲਾ ਲੈਂਦਾ, ਕੋਈ ਇੱਦਾਂ ਦੀ ਗੱਲ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਹੈਲੋ, ਸੋਰੀ ਕਾਲ ਕੱਟ ਗਈ। ਹਾਂਜੀ, ਆਸਟ੍ਰੇਲੀਆ ਤੋਂ ਸਵਾਗਤ ਹੈ ਸਰ ਤੁਹਾਡਾ, ਵੈਲਕਮ। ਹਾਂਜੀ ਸਵਾਗਤ ਸਰ, ਵੈਲਕਮ। ਬਿਲਕੁਲ ਬਿਲਕੁਲ, ਥੈਂਕ ਯੂ ਥੈਂਕ ਯੂ ਥੈਂਕ ਯੂ। ਬਿਲਕੁਲ, ਦੇਖੋ ਇਹ ਅੰਦੋਲਨ ਨੂੰ ਦੇਖੋ, ਹੁਣ ਹਰਿਆਣਾ ਦੇ ਵਿੱਚ ਜਿਹੜੀ ਸਤਰੌਲ ਖਾਪ ਪੰਚਾਇਤ ਹੈ, ਉਹਨੇ ਐਲਾਨ ਕਰ ਦਿੱਤਾ ਕਿ ਅਸੀਂ ਤਾਂ ਭਾਈ, ਰੱਬ ਤੁਹਾਡਾ ਭਲਾ ਕਰੇ, ਦੁੱਧ ਹੈ ਨਾ ਜਿਹੜਾ ਪੈਟਰੋਲ ਦੇ ਰੇਟ ਵੇਚਾਂਗੇ। ਅਤੇ ਈਵਨ ਕਾਂਡਲਾ ਖਾਪ ਪੰਚਾਇਤ ਆ, ਜਿੱਥੇ ਹਰਿਆਣੇ 'ਚ ਪਹਿਲੀ ਵਾਰੀ ਰਿਕੁਐਸਟ ਕੀਤਾ ਹੈ, ਉਸ ਖਾਪ ਪੰਚਾਇਤ ਨੇ ਰਿਜੈਕਟ ਕੀਤਾ ਕਿ ਨਹੀਂ, ਦੁੱਧ ਇਸ ਰੇਟ ਨਹੀਂ ਵੇਚਿਆ ਜਾ ਸਕਦਾ, ਕਿਉਂਕਿ ਇਹਦਾ ਅੰਦੋਲਨ ਨੂੰ ਨੁਕਸਾਨ ਹੋਏਗਾ। ਕਿਉਂਕਿ ਹਰਿਆਣੇ ਦੇ ਚੀਫ ਮਿਨਿਸਟਰ ਮਨੋਹਰ ਖੱਟਰ ਨੇ ਵੀ ਕਹਿ ਦਿੱਤਾ ਕਿ ਦੁੱਧ ਜੇ ਪੈਟਰੋਲ ਦੇ ਰੇਟ ਵਿਕਦਾ, ਇਹਦਾ ਕਿਸਾਨ ਅੰਦੋਲਨ ਨੂੰ ਨੁਕਸਾਨ ਹੋਏਗਾ। ਭਾਵੇਂ ਕਿ ਬਹੁਤ ਸਾਰੀਆਂ ਗੱਡੀਆਂ ਖਾਲੀ ਮੁੜੀਆਂ ਦਿੱਲੀ ਤੋਂ ਜੋ ਦੁੱਧ ਲੈ ਕੇ ਜਾਂਦੀਆਂ ਨੇ, ਪਰ ਫਿਰ ਵੀ ਜਿਹੜਾ ਦੁੱਧ ਹੈ ਉਹ ਪੈਟਰੋਲ ਦੇ ਰੇਟ ਨਹੀਂ ਵਿਕਣ ਦਿੱਤਾ ਜਾ ਰਿਹਾ ਹੈ। ਠੀਕ ਹੈ, ਕੁਛ ਲੋਕ ਵਿਰੋਧ ਕਰ ਰਹੇ ਨੇ, ਕਿਉਂਕਿ ਜਿਸ ਚੀਜ਼ ਦਾ ਅੰਦੋਲਨ ਨੂੰ ਨੁਕਸਾਨ ਹੁੰਦਾ, ਮੈਂ ਪਹਿਲੇ ਦਿਨ ਹੀ ਆਖਿਆ ਸੀ ਕਿ ਜਿਹੜੇ 3 ਬਿੱਲ ਆਏ ਨੇ, ਇਹਨਾਂ ਦੇ ਨਾਲ ਸਿੱਖਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜੀ ਗਈ ਹੈ। ਪਰ ਇਸ ਨੂੰ ਅਸੀਂ ਸਿੱਖ ਅੰਦੋਲਨ, ਇੱਥੋਂ ਤੱਕ ਕਿ ਜੇ ਪੰਜਾਬ ਦਾ ਅੰਦੋਲਨ ਬਣਾ ਕੇ ਲੜਾਂਗੇ ਨਾ, ਇਹ ਫੇਲ ਹੋ ਜਾਏਗਾ। ਗਲੋਬਲ ਪੰਜਾਬ 'ਤੇ ਮੇਰੇ ਪਹਿਲੇ ਦਿਨਾਂ ਦੀ ਰਿਪੋਰਟਿੰਗ ਕੱਢ ਲਓ, ਹਾਲਾਂਕਿ ਮੇਰਾ ਕਈ ਸੱਜਣਾਂ ਨੇ ਉਦੋਂ ਆਖਿਆ, ਕਿੰਤੂ ਵੀ ਕੀਤਾ ਸੀਗਾ, ਹਰਵਿੰਦਰ ਸਿੰਘ ਬਰਾੜ ਹੋਰਾਂ ਨੇ ਜਾਂ ਹੋਰਾਂ ਨੇ, ਕਹਿੰਦੇ ਜੀ ਸਿੱਖਾਂ ਦੇ ਉੱਤੇ ਕਿਵੇਂ ਹਮਲਾ ਹੋ ਗਿਆ। ਕਿਉਂਕਿ ਦੇਖੋ, ਪੰਜਾਬ ਨੂੰ, ਹਰਿਆਣੇ ਨੂੰ MSP ਜ਼ਿਆਦਾ ਮਿਲਦਾ, ਪੰਜਾਬ ਅਤੇ ਹਰਿਆਣੇ 'ਚ ਬਹੁਤੀ ਕਿਸਾਨੀ ਸਿੱਖ ਹੈ। ਜ਼ਮੀਨਾਂ ਜੇ ਉਹ ਖੇਤੀ ਨਹੀਂ ਕਰਦੇ ਤਾਂ ਜਿਹੜੀਆਂ ਜ਼ਮੀਨਾਂ ਨੇ ਉਹ ਸਿੱਖਾਂ ਦੀਆਂ ਨੇ, ਜੇ ਜ਼ਮੀਨ ਦੀ ਉਪਜ ਘਟੇਗੀ ਮਾਮਲਾ ਘਟੇਗਾ। ਸੋ ਇੱਥੇ ਪੰਜਾਬ ਦਾ ਜਿਹੜਾ, ਖਾਸ ਕਰਕੇ ਜੇ ਜ਼ਮੀਨ ਦਾ ਰੇਟ ਘਟਿਆ ਤਾਂ ਜਿਹੜੀ ਕੋਠੀ ਤੁਹਾਡੀ ਸ਼ਹਿਰ 'ਚ 50 ਲੱਖ ਦੀ ਹੈ, ਭਾਵੇਂ ਮਹਾਜਨ ਦੀ ਹੈ, ਭਾਵੇਂ ਭਾਪੇ ਦੀ ਹੈ, ਭਾਵੇਂ ਕਿਸੇ ਹੋਰ ਦੀ ਹੈ, ਉਹ 25 ਲੱਖ ਦੀ ਰਹਿ ਜਾਏਗੀ।
ਕਿੱਲੇ ਦਾ ਰੇਟ 20 ਤੋਂ 10 ਲੱਖ ਰਹਿ ਜਾਏਗਾ ਐਮ ਐਸ ਪੀ ਟੁੱਟਣ ਨਾਲ। ਤੁਸੀਂ ਵੇਖੋ ਕਿ ਹਾੜੀ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ, ਪਰ ਅਜੇ ਤੱਕ ਵੀ 70-80% ਜ਼ਮੀਨਾਂ ਅਗਲੇ ਸਾਲ ਵਾਸਤੇ ਚੁਕੋਤੇ 'ਤੇ ਨਹੀਂ ਚੜ੍ਹੀਆਂ, ਮਾਮਲੇ 'ਤੇ ਨਹੀਂ ਚੜ੍ਹੀਆਂ, ਕਿਉਂਕਿ ਜਿੰਨੀ ਦੇਰ ਇਹ ਕਾਨੂੰਨ ਲਾਗੂ ਨਹੀਂ ਹੁੰਦਾ, ਇਹ ਮਤਲਬ ਹਟਦੇ ਨਹੀਂ, ਉਨੀ ਦੇਰ ਲੋਕਾਂ ਨੂੰ ਭੰਬਲ ਭੁੱਸਾ ਹੈ। ਜਾਂ ਕਈ ਮਾਮਲਿਆਂ 'ਚ ਭਾਵੇਂ ਰੇਟ ਇਹੀ ਮਿਲੀ ਜਾਵੇ ਪਰ ਕਿਸਾਨ ਰਿਸਕ ਨਹੀਂ ਲੈਂਦਾ, ਉਹ ਜ਼ਮੀਨਾਂ ਨਹੀਂ ਲੈ ਰਹੇ। ਸੋ ਇਸ ਕਰਕੇ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਇਹਦਾ ਹੈਗਾ। ਬਾਈ ਜੀ ਤੁਸੀਂ ਆਉਣਾ ਰਹੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸ਼ਰਮਾ ਸਾਹਿਬ ਆ ਹਾ ਹਾ 1947 ਤੁਹਾਡਾ ਤਾਂ ਨੰਬਰ ਬੜਾ ਪਿਆਰਾ, ਮੈਂ ਤੇ ਅੱਜ ਵੇਖਿਆ। ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ। 1947 ਕਿਆ ਬਾਤ ਹੈ ਬਾਬੂ ਰਜਵਾਲੀ ਸਾਹਿਬ। ਜੀ ਹਾਂਜੀ ਸ਼ਰਮਾ ਸਾਹਿਬ, ਸਵਾਗਤ ਹੈ ਤੁਹਾਡਾ। ਤੁਸੀਂ ਤਾਂ ਸ਼ਹਿਬਰਾਂ ਲਾਤੀਆਂ ਬਾਬੂ ਰਜਵਾਲੀ ਦੀਆਂ, ਕਿਆ ਬਾਤ ਹੈ ਜੀ? ਨਹੀਂ ਨਹੀਂ ਅਸੀਂ ਤਾਂ ਘੜੇ ਦੀ ਮੱਛੀ ਹਾਂ, ਜਦੋਂ ਮਰਜ਼ੀ ਫੜ ਲਓ ਸ਼ਰਮਾ ਸਾਹਿਬ। ਨਹੀਂ ਨਹੀਂ ਚਲੋ ਇਹ ਤਾਂ ਆਪਾਂ ਨਾ ਕਹੀਏ, ਵਸਦੇ ਰਹਿਣ ਸਾਰੇ ਆਪਣੀ ਜਗ੍ਹਾ, ਪਰ ਇਹ ਪਰਖ ਦਾ ਸਮਾਂ ਸੀਗਾ ਜਿਹਦੇ ਚ ਫੇਲ ਹੋਏ ਆ। ਪ੍ਰੋਗਰਾਮ ਦਾ ਨਾਂ ਹੀ ਬਦਲ ਕੇ ਉਸ ਗੱਲਬਾਤ ਦੇ ਉੱਤੇ ਉਹਨੂੰ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਐਸਟੈਬਲਿਸ਼ ਕਰ ਲਈਏ, ਪਰ ਨਹੀਂ ਹੋਇਆ। ਹੁਣ ਫਿਰ ਗਲੋਬਲ ਗੱਲਬਾਤ ਦੇ ਉੱਤੇ ਉਹੀ ਬੰਦਾ ਜਿਹੜਾ ਹੈਗਾ, ਜੇ ਜਿਹੜਾ ਬੰਦਾ ਉਸ ਪੋਜੀਸ਼ਨ ਤੇ ਜਾਣ ਯੋਗਾ ਨੀ, ਜਦੋਂ ਉਹਨੂੰ ਉੱਥੇ ਬਿਠਾਇਆ ਜਾਂਦਾ ਤੇ ਉਹਦਾ ਫਿਰ ਕੰਪਨੀਆਂ ਨੂੰ ਨੁਕਸਾਨ ਹੀ ਹੁੰਦਾ ਜੀ। ਜੀ ਉਹ ਮੈਨੂੰ ਚੰਗੇ ਭਲੇ ਨੂੰ ਬਿਮਾਰ ਕਰੀ ਗਏ, ਪਹਿਲਾਂ ਤਾਂ 15 ਦਿਨਾਂ ਖੇ ਟਿਵਾਣਾ ਬਿਮਾਰ ਹੋ ਗਿਆ, ਹਾਲਾਂਕਿ ਮੈਨੂੰ ਆਪ ਵੀ ਜਾਣਦੇ ਨੇ ਜੀ। ਥੈਂਕ ਯੂ, ਥੈਂਕ ਯੂ ਸ਼ਰਮਾ ਸਾਹਿਬ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਮਿਹਰਬਾਨੀ ਮਿਹਰਬਾਨੀ। ਥੈਂਕ ਯੂ ਜੀ, ਮਿਲਦੇ ਹਾਂ ਸ਼ਾਮ ਨੂੰ। ਸੋ ਦੇਖੋ ਮੀਡੀਏ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਦੇਖੋ ਇਹ ਚੀਜ਼ਾਂ ਝੱਲਣੀਆਂ ਪੈਂਦੀਆਂ ਨੇ। ਅਦਾਰੇ ਨੂੰ ਵੀ ਨੁਕਸਾਨ ਹੋਇਆ, ਗਲੋਬਲ ਨੂੰ ਵੀ ਨੁਕਸਾਨ ਹੋਇਆ ਬਹੁਤ ਵੱਡਾ, ਉਹਨਾਂ ਦੀ ਆਡੀਅੰਸ ਟੁੱਟੀ, ਆਰਥਿਕ ਨੁਕਸਾਨ ਹੋਇਆ, ਮੈਨੂੰ ਵੀ ਆਰਥਿਕ ਨੁਕਸਾਨ ਹੋਇਆ, ਬਲਕਿ ਮੈਨੂੰ ਤਾਂ ਡਬਲ ਫਿਜ਼ੀਕਲ ਨੁਕਸਾਨ ਵੀ ਹੋਇਆ। ਅਦਾਰੇ ਨੂੰ ਤਾਂ ਆਰਥਿਕ ਨੁਕਸਾਨ ਹੀ ਹੋਇਆ, ਮੈਨੂੰ ਫਿਜ਼ੀਕਲ ਨੁਕਸਾਨ ਵੀ ਹੈ, ਕਿਉਂਕਿ ਜਿਵੇਂ ਕੁਛ ਅਖੌਤੀ ਟਕਸਾਲ ਦੇ ਨਾਂ 'ਤੇ ਪਤਾ ਨਹੀਂ ਕੌਣ ਨੇ ਬੰਦੇ ਧਮਕੀਆਂ ਦੇ ਰਹੇ ਨੇ, ਦੀਪ ਸਿੱਧੂ ਦੇ ਸਪੋਰਟਰ, ਕਿ ਜਾਨੋ ਮਾਰ ਦਿਆਂਗੇ, ਇਹ ਕਰ ਦਿਆਂਗੇ, ਵੋ ਕਰ ਦਿਆਂਗੇ। ਦੇਖੋ ਜਾਨ ਲੈਣੀ ਦੇਣੀ ਉਹ ਪਰਮਾਤਮਾ ਦੇ ਹੱਥ ਹੈ, ਵਾਹਿਗੁਰੂ ਦੇ ਹੱਥ ਹੈ, ਪਰ ਫਿਰ ਫਰਕ ਕੀ ਰਹਿ ਗਿਆ? ਗੋਦੀ ਮੀਡੀਆ, ਬੋਦੀ ਮੀਡੀਆ, ਫਰਕ ਕੀ ਰਹਿ ਗਿਆ? ਮੈਂ ਪਹਿਲੇ ਦਿਨ ਤੋਂ ਹੀ ਇਹ ਗੱਲ ਆਖੀ ਕਿ ਇਹ ਕਿਸਾਨੀ ਅੰਦੋਲਨ ਹੈ, ਇਹਨੂੰ ਕਿਸਾਨੀ ਅੰਦੋਲਨ ਰਹਿਣ ਦਿੱਤਾ ਜਾਵੇ। ਖਾਲਿਸਤਾਨੀਆਂ ਨੇ ਲੜਾਈ ਲੜਨੀ ਹੈ, ਉਹ ਆਪਣੀ ਜੀ ਸੱਦ ਕੇ ਲੜਨ, ਪਰ ਇਸ ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀ ਲੜਾਈ ਬਣਾ ਕੇ ਪੇਸ਼ ਕਰਨਾ, ਇਹਦੇ 'ਚ ਖਾਲਿਸਤਾਨ ਦਾ ਤਾਂ ਨੁਕਸਾਨ ਹੋਏਗਾ ਹੀ ਹੋਏਗਾ, ਇਹਦੇ 'ਚ ਨੁਕਸਾਨ ਕਿਸਾਨਾਂ ਦਾ ਹੋਏਗਾ। ਖਾਲਿਸਤਾਨ ਦੀ ਗੱਲ ਇਹ 'ਚ ਕਿੱਥੋਂ ਆ ਗਈ? ਇੱਥੇ ਸਭ ਧਰਮਾਂ ਦੇ ਲੋਕ ਨੇ, ਹੁਣ ਉਹ ਪਰਵਾਨੇ ਉਹ ਨਹੀਂ ਕਹੀ ਜਾਂਦੇ ਨੇ, ਇਹ ਜ਼ਮੀਰਾਂ ਦੀ ਲੜਾਈ ਹੈ ਜੀ, ਜ਼ਮੀਨਾਂ ਦੀ ਲੜਾਈ ਨਹੀਂ। ਆਖੇ ਬੱਚੀ ਨਵਦੀਪ ਕੌਰ ਨਾਲ ਰੇਪ ਹੋ ਗਿਆ, ਯਾਰ ਕਿਹੜਾ ਰੇਪ ਉਸ ਬੱਚੀ ਨਾਲ ਹੋਇਆ, ਕਿਉਂ ਉਹ 'ਤੇ ਕਲੰਕ ਲਾਉਂਦੇ ਹੋ ਬਸ ਉਸ ਧਿਆਣੀ 'ਤੇ? ਜਿਹੜਾ ਤੁਸੀਂ ਹੁਣ ਰੇਪ ਰੇਪ ਕਹੀ ਜਾਂਦੇ ਹੋ, ਵੀਡੀਓ ਮਿਟਣੀਆਂ ਨਹੀਂ, ਕੱਲ੍ਹ ਨੂੰ ਅਗਲੀ ਦਾ ਵਿਆਹ ਵੀ ਹੋਣਾ, ਕਿਵੇਂ ਤੁਸੀਂ ਇੱਕ ਪਾਕ ਪਵਿੱਤਰ ਕੁੜੀ ਦੇ ਕਿਰਦਾਰ ਦੀ ਕਿਰਦਾਰ ਕੁਸ਼ੀ ਕਰਦੇ ਹੋ ਆਪਣੀ TRP ਜਾਂ ਆਪਣਾ ਇਕੱਠ ਬਟੋਰਨ ਦੇ ਵਾਸਤੇ? ਇਹ ਠੀਕ ਹੈ ਜੇ ਉਹਨੂੰ ਫਿਜ਼ੀਕਲੀ ਅਸੋਲਟ ਕੀਤਾ ਗਿਆ, ਧੱਕਾ ਮੁੱਕੀ ਕੀਤੀ ਗਈ, ਉਹਦੀ ਜਾਂਚ ਹੋਵੇ, ਪਰ ਤੁਸੀਂ ਤਾਂ ਰੈਲੀਆਂ 'ਚ ਕਿਰਪਾਨਾਂ ਤੁਹਾਡੇ ਪਾਈਆਂ ਹੋਈਆਂ ਨੇ, ਅੰਮ੍ਰਿਤ ਤੁਹਾਡੇ ਛਕੇ ਹੋਏ ਨੇ, ਅਤੇ ਤੁਸੀਂ ਇਹ ਗੱਲ ਬੋਲ ਰਹੇ ਹੋ ਕਿ ਉਹਦੇ ਨਾਲ ਰੇਪ ਹੋ ਗਿਆ, ਇਹ ਝੂਠ ਨਹੀਂ ਤਾਂ ਹੋਰ ਕੀ ਹੈ? ਇਹ ਤੁਹਾਡੀਆਂ ਵੀਡੀਓ ਪਈਆਂ ਸਾਰਿਆਂ ਦੀਆਂ, ਉਹਦੀ ਮਾਂ ਨੂੰ ਪੁੱਛੋ, ਉਹਦੀ ਭੈਣ ਨੂੰ ਪੁੱਛੋ, ਅਸੀਂ ਸਾਡਾ ਨਿੱਕਾ ਜਿਹਾ ਰੇਡੀਓ ਸਟੇਸ਼ਨ ਦਾ ਅਦਾਰਾ ਹੈਗਾ, ਅਸੀਂ ਉਹਨੂੰ ਜਦੇ ਬੁਲਾ ਕੇ ਪੁੱਛਿਆ, ਉਹ ਕਹਿੰਦੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਉਹਦੇ ਨਾਲ ਨਹੀਂ ਹੋਈ, ਪਰ ਤੁਸੀਂ ਉਹਨੂੰ ਰੇਪ ਪੀੜਿਤ ਕਰਾਰ ਦਿੱਤਾ, ਕਿ ਥਾਣੇ 'ਚ ਵੀ ਅਤੇ ਜੇਲ੍ਹ 'ਚ ਵੀ ਉਹਦੇ ਨਾਲ ਰੇਪ ਹੋਇਆ, ਮਜ਼ਾਕ ਬਣਾ ਦਿੱਤਾ ਤੁਸੀਂ ਸਿਸਟਮ ਦਾ, ਸਿਰਫ ਆਪਣੀ ਭੀੜ ਇਕੱਠੀ ਕਰਨ ਵਾਸਤੇ, ਇਹ ਗਲਤ ਹੈ। ਆਪਦਾ ਸਵਾਗਤ ਜੀ, ਵੈਲਕਮ। ਸਤਿ ਸ਼੍ਰੀ ਅਕਾਲ ਬਨਵਾਸ ਸਾਹਿਬ, ਸਵਾਗਤ ਬਾਈ ਜੀ। ਮੈਂ ਕਹਿਣਾ ਚਾਹਾਂਗਾ, ਦੇਖੋ ਅੰਦੋਲਨ ਦੁਬਾਰਾ ਮੁੜ ਕੇ ਫਿਰ ਖੜਾ ਹੋਇਆ 26 ਦੇ ਇੰਸੀਡੈਂਟ ਤੋਂ ਬਾਅਦ।
ਔਰ ਇਹ ਚਾਰੇ ਪਾਸੇ ਹੁਣ ਇਹ ਭਾਰਤ ਦੇ ਅੰਦਰ ਫੈਲ ਰਿਹਾ ਜੀ ਜੀ ਤੇ ਇਸ ਕਰਕੇ ਇਸ ਨੂੰ ਕਿਸੇ ਇੱਕ ਵਾਰ ਵਾਰ ਮੈਂ ਪਿੱਛੇ ਵੀ ਕਹਿੰਦਾ ਰਿਹਾ ਕਿਸੇ ਇੱਕ ਖੇਤਰ ਦੇ ਨਾਲ ਕਿਸੇ ਇੱਕ ਸਟੇਟ ਦੇ ਨਾਲ ਕਿਸੇ ਇੱਕ ਧਰਮ ਨਾਲ ਕਿਸੇ ਇੱਕ ਜਵਾਨ ਨਾਲ ਵੀ ਅਗਰ ਜੋੜ ਕੇ ਚੱਲੋਗੇ ਤੇ ਫਿਰ ਨੁਕਸਾਨ ਪਹੁੰਚਣਾ ਜੀ ਇਸ ਕਰਕੇ ਇਸ ਨੂੰ ਜਦੋਂ ਪੂਰੇ ਭਾਰਤ ਦਾ ਇੱਕ ਅੰਦੋਲਨ ਬਣਦਾ ਜਾ ਰਿਹਾ ਜੇ ਤੇ ਇਸ ਨੂੰ ਪੂਰੇ ਭਾਰਤ ਦੇ ਇੱਕ ਵੱਡੀ ਪਿਕਚਰ ਦੇ ਅੰਦਰ ਦੇਖਣ ਦੀ ਲੋੜ ਹੈਗੀ ਹੈ ਨਾ ਸਿਰਫ ਉਹਨੇ ਭਾਰਤ ਦਾ ਰਿਹਾ ਹੈਗਾ ਬਲਕਿ ਇਹਦੇ ਉੱਤੇ ਵਿਦੇਸ਼ਾਂ ਦੇ ਅੰਦਰ ਬੈਠੇ ਹੋਏ ਲੋਕਾਂ ਦੀ ਨਿਗਾਹਾਂ ਵੀ ਲੱਗੀਆਂ ਹੋਈਆਂ ਨੇ ਇਸ ਕਰਕੇ ਖੂਹ ਦੇ ਡੱਡੂ ਬਣਨ ਦੀ ਜਗ੍ਹਾ ਬਾਹਰ ਨਿਕਲ ਕੇ ਵੱਡੇ ਪਿਕਚਰ ਦੇ ਅੰਦਰ ਆਉਣ ਦੀ ਲੋੜ ਹੈਗੀ ਹੈ ਔਰ ਜਿੰਨੇ ਵੱਧ ਤੋਂ ਵੱਧ ਲੋਕਾਂ ਦੀ ਸਿੰਪੈਥੀ ਸਹਾਨੁਭੂਤੀ ਹਾਸਲ ਕੀਤੀ ਜਾ ਸਕਦੀ ਹੈ ਓਨਾ ਇਸ ਅੰਦੋਲਨ ਨੂੰ ਫਾਇਦਾ ਜੇ ਅਗਰ ਲੋਕਾਂ ਦੇ ਨਾਲ ਪਲਾਈਟ ਹੋ ਕੇ ਚੱਲਾਂਗੇ ਧਰਮਾਂ ਦੇ ਜਵਾਨਾਂ ਦੇ ਬਾਹਰ ਨਿਕਲ ਕੇ ਚੱਲਾਂਗੇ ਤੇ ਵੱਧ ਤੋਂ ਵੱਧ ਲੋਕਾਂ ਦੀ ਸਹਾਨੁਭੂਤੀ ਜਦੋਂ ਮਿਲੇਗੀ ਓਨਾ ਜ਼ਿਆਦਾ ਇਹ ਅੰਦੋਲਨ ਜਿੱਤ ਵਾਲੇ ਪਾਸੇ ਨੂੰ ਜਾਏਗਾ ਜੀ ਔਰ ਐਸੀ ਚੀਜ਼ ਦਾ ਜਿਹੜਾ ਹੈਗਾ ਨੁਕਸਾਨ ਦੂਸਰੇ ਧਿਰ ਨੂੰ ਹੋਣਾ ਜੀ ਔਰ ਉਹ ਚਾਹੁੰਦੇ ਨੇ ਕਿਸੇ ਤਰੀਕੇ ਨਾਲ ਨੁਕਸਾਨ ਉਹਨਾਂ ਦਾ ਨਾ ਹੋ ਕੇ ਇਸ ਅੰਦੋਲਨ ਦਾ ਹੋ ਜਾਵੇ ਜਿਹਦੇ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਨੇ ਜੀ ਨਾ ਕਿ ਉਹਦਾ ਕੋਈ ਹੱਲ ਕੱਢਿਆ ਜਾ ਰਿਹਾ ਜੀ ਬਨਵੈਤ ਸਾਹਿਬ ਬਨਵੈਤ ਸਾਹਿਬ ਜਿਵੇਂ ਕਹਿੰਦੇ ਨੇ ਕਿ ਜਿਹੜੇ ਜਰਨਲਿਸਟ ਹੁੰਦੇ ਨੇ ਜਾਂ ਸੁਚੇਤ ਲੋਕ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕੋਈ ਮਤਲਬ ਸੋਚਣ ਦੀ ਗੱਲ ਹੈ ਕਿ ਕੀ ਹੋ ਸਕਦਾ ਹੈ ਤੁਸੀਂ ਮੇਰੀਆਂ ਪੁਰਾਣੀਆਂ ਰਿਕਾਰਡਿੰਗ ਕਢਾ ਲਓ ਜਦੋਂ ਦੀਪ ਸਿੱਧੂ ਨੇ ਸ਼ੰਭੂ ਮੋਰਚਾ ਲਾਇਆ ਅਤੇ ਬੜੇ ਲੋਕ ਜਾਣ ਇਹਦੀਆਂ ਰਿਕਾਰਡਿੰਗ ਕਰਨ ਮੈਂ ਕਦੇ ਇੱਕ ਵਾਰ ਨਹੀਂ ਗਿਆ ਜਾਣ ਨੂੰ ਮੈਂ ਕਰ ਵੀ ਸਕਦਾ ਸੀਗਾ ਪਰ ਮੈਨੂੰ ਪਤਾ ਸੀ ਮੈਂ ਕਿਹਾ ਸੀ ਉੱਥੇ ਸ਼ੋਅ ਪਿਆ ਹੋਣਾ ਅਜੇ ਵੀ ਪ੍ਰਾਈਵੇਟ ਕਰ ਦਿੱਤਾ ਸੀ ਵੈਸੇ ਉਹ ਡਿਲੀਟ ਤਾਂ ਕਰ ਦਿੱਤਾ ਸੀ ਗਲੋਬਲ ਪੰਜਾਬ ਨੇ ਮੈਂ ਕਿਹਾ ਵੀ ਦੀਪ ਸਿੱਧੂ ਇਸ ਅੰਦੋਲਨ ਨੂੰ ਨੁਕਸਾਨ ਪਹੁੰਚਾਏਗਾ 2-2.5 ਲੱਖ 'ਤੇ ਗਿਆ ਉਹ ਸ਼ੋਅ ਅਤੇ ਉਹ ਡਿਲੀਟ ਕਰਵਾ ਦਿੱਤਾ ਗਿਆ ਪ੍ਰੈਸ਼ਰ ਪਵਾ ਕੇ ਦੀਪ ਸਿੱਧੂ ਦੇ ਲਾਣੇ ਖੇਮੇ ਸਿਆਸੀ ਲੋਕਾਂ ਵੱਲੋਂ ਉਸ ਤੋਂ ਬਾਅਦ ਮੈਂ ਚਲੋ ਗਾਹੇ ਬਗਾਹੇ ਗੱਲ ਕਰਦਾ ਰਿਹਾ ਜਦੋਂ 26 ਤਰੀਕ ਦਾ ਸਾਰਾ ਘਟਨਾਕ੍ਰਮ ਵਾਪਰਿਆ ਮੈਂ ਉਦੋਂ ਵੀ ਕਿਹਾ ਸੀ ਕਿ ਇਸ ਇਹਨੇ ਜੋ ਕੁਛ ਕਰਨਾ ਸੀ ਦੁੱਖ ਦੀ ਗੱਲ ਹੈ ਕਿ ਇੱਕ ਛੋਟਾ ਜਿਹਾ ਬੰਦਾ ਐਡੇ ਅੰਦੋਲਨ ਦੀ ਫੂਕ ਕੱਢ ਗਿਆ ਬਦਾਮਾਂ ਦੇ ਲੰਗਰ ਲੋਕ ਲਾਉਂਦੇ ਰਹਿ ਗਏ ਕਿਸਾਨ ਲਾਉਂਦੇ ਰਹਿ ਗਏ ਪੰਜਾਬੀ ਲਾਉਂਦੇ ਰਹਿ ਗਏ ਪਰ ਜਿਨ੍ਹਾਂ ਨੇ ਮੁੱਠੀ ਭਰ ਬਦਾਮ ਖਾਧੇ ਸੀ ਉਹ ਆਪਣੀ ਅਕਲ ਵਰਤ ਗਏ ਉਹ ਅੰਦੋਲਨ 'ਚ ਕਿੱਡਾ ਡੈਂਟ ਪਿਆ ਅੰਦੋਲਨ ਫਿਰ ਪੈਰੀਂ ਸਰੀ ਹੋਇਆ ਹੁਣ ਫਿਰ ਇਹ ਜਿਹੜੀ ਲੌਬੀ ਹੈ ਨਾ ਭਾਰਤ ਸਰਕਾਰ ਦੇ ਸਹਿਯੋਗ ਦੇ ਨਾਲ ਫਿਰ ਅੰਦੋਲਨ ਨੂੰ ਡੈਂਟ ਪਾਏਗੀ ਹੁਣ ਤੁਸੀਂ ਵੇਖੋ ਕਿ ਲੱਖਾਂ ਸਧਾਣਾ ਨੇ ਮਹਾਰਾਜ ਰੈਲੀ ਕੀਤੀ ਉਸ ਰੈਲੀ 'ਚ ਠੀਕ ਹੈ ਕੋਈ ਕਾਂਗਰਸ ਦੀ ਕਹੀ ਜਾਵੇ ਕੋਈ ਕਿਸੇ ਦੀ ਪਰ ਲੱਖੇ ਸਧਾਣੇ ਦੇ ਨਾਲ ਵੀ ਲੋਕ ਸੀਗੇ ਉਸ ਨੂੰ ਸਪੋਰਟ ਮਿਲੀ ਲੱਖੇ ਸਧਾਣੇ ਦਾ ਕੱਦ ਦੀਪ ਦੇ ਨਾਲੋਂ ਬਹੁਤ ਵਧਿਆ ਜਿਹੜਾ ਕਿ ਇਸ ਲਾਣੇ ਨੂੰ ਜਾਂ ਰਵੀ ਸਿੰਘ ਖਾਲਸਾ ਜਾਂ ਹੋਰ ਲਾਣੇ ਨੂੰ ਵੀ ਪਸੰਦ ਨਹੀਂ ਹੈ ਉਹ ਸਿਰਫ ਲੱਖੇ ਨੂੰ ਤਾਂ ਨਾਲ ਸਟਿੱਪਣੀ ਦੇ ਤੌਰ 'ਤੇ ਰੱਖਦੇ ਨੇ ਦੀਪ ਨੂੰ ਉਭਾਰਦੇ ਨੇ ਲੱਖੇ ਦਾ ਦੀਪ ਤੋਂ ਜ਼ਿਆਦਾ ਉੱਭਰਨਾ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਅਤੇ ਫਿਰ ਭਾਰਤ ਸਰਕਾਰ ਨੂੰ ਵੀ ਬਰਦਾਸ਼ਤ ਨਹੀਂ ਹੋਇਆ ਕਿਉਂਕਿ ਲੱਖਾ RSS ਦੇ ਖਿਲਾਫ ਪੰਜਾਬ ਦੇ ਹੱਕ 'ਚ ਸ਼ਰੇਆਮ ਬੋਲਦਾ ਇਹ ਠੀਕ ਹੈ ਕਿ ਕਈ ਵਾਰੀ ਉਹ ਮੌਕਾ ਪ੍ਰਸਤੀ ਕਰਦਾ ਉਹ ਵੀ ਵਹਿੰਦੀ ਗੱਡੀ 'ਚ ਸਵਾਰ ਹੋਣ ਦੀ ਕੋਸ਼ਿਸ਼ ਕਰਦਾ ਜਿਵੇਂ ਉਹਦੇ ਕਿਲੇ ਵੱਲ ਨੂੰ ਗਿਆ ਹਾਲਾਂਕਿ ਨਾ ਉਹ ਨਾਕੇ ਤੋੜਨ 'ਚ ਸ਼ਾਮਿਲ ਹੈ ਨਾ ਝੰਡਾ ਲਹਿਰਾਉਣ 'ਚ ਸ਼ਾਮਿਲ ਹੈ ਪਰ ਉਸ ਨੂੰ ਮੁਜਰਮ ਓਨਾ ਹੀ ਬਣਾਇਆ ਗਿਆ ਵਾਂਟਡ ਅਨਾਮੀਆ ਮੁਜਰਮ ਬਣਾਇਆ ਗਿਆ ਪਰ ਦੀਪ ਸਿੱਧੂ ਦੀ ID ਬੰਦ ਨਹੀਂ ਹੋਈ ਉਸ 'ਤੇ ਭੰਡੀ ਪ੍ਰਚਾਰ ਲਗਾਤਾਰ ਕਿਸਾਨ ਅੰਦੋਲਨ ਦੇ ਖਿਲਾਫ ਜਾਰੀ ਹੈ ਹਾਲਾਂਕਿ ਉਹ ਜੇਲ੍ਹ 'ਚ ਹੈ ਕਸਟਡੀ 'ਚ ਹੈ ਇੱਕ ਦੋਸ਼ੀ ਦੀ ID ਚੱਲਦੀ ਹੋਵੇ ਜਿਹਨੇ ਐਡਾ ਵੱਡਾ ਦੋਸ਼ ਨੇ ਅਤੇ ਉਹਦੀ ID ਕਿਉਂ ਚੱਲ ਰਹੀ ਹੈ ਅਤੇ ਲੱਖਾਂ ਸਧਾਣਾ ਦੀ ਯਕਦਮ ਬੰਦ ਕਰਵਾ ਦਿੱਤੀ ਸੋ ਇਹ ਜਿਹੜੀ ਲੌਬੀ ਹੈ ਹੁਣ ਤੁਸੀਂ ਇਕਬਾਲ ਨਿਹੰਗ ਸਿੰਘ ਵੇਖ ਲਓ ਕਿ ਉਹਨੇ ਕੀ ਕੁਛ ਕੀਤਾ 1-1.5 ਘੰਟਾ ਉਹਦੀ ਵੀਡੀਓ ਘੁੰਮਦੀ ਫਿਰਦੀ ਹੈ ਅਜੇ ਵੀ ਅਤੇ ਉਹ ਬੰਦਿਆਂ ਦੇ ਹੱਕ ਦੇ ਵਿੱਚ ਹੁਣ ਨਵਰੀਤ ਦਾ ਜਿੱਦਾਂ ਯਾਦਗਾਰੀ ਸਮਾਗਮ ਸੀ ਅਤੇ ਉੱਥੇ ਉਹਨਾਂ ਬੰਦਿਆਂ ਦੇ ਹੱਕ 'ਚ ਗੱਲਾਂ ਹੋਈਆਂ ਅਤੇ ਉਹ ਬੰਦੇ ਹੁਣ ਜਦੋਂ ਜੇਲ੍ਹ 'ਚੋਂ ਬਾਹਰ ਆ ਹੀ ਜਾਣੇ ਅੱਜ ਨਹੀਂ ਜਾਂ ਕੱਲ੍ਹ ਕਿਉਂਕਿ ਸਿਮਰਜੀਤ ਮਾਨ 'ਤੇ 65 ਮੁਕੱਦਮੇ ਸੀਗੇ ਦੇਸ਼ ਧਰੋਹ ਦੇ ਕੀ ਬਣਿਆ ਬਰੀ ਹੋ ਜਾਂਦਾ ਬੰਦਾ ਇਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਉੱਥੇ ਖਾਲਿਸਤਾਨ ਦਾ ਰੌਲਾ ਪਾਇਆ ਉਹ ਬੰਦਿਆਂ ਨੇ ਬਰੀ ਹੋ ਕੇ ਹੀਰੋ ਬਣ ਕੇ ਬਾਹਰ ਨਿਕਲਣਾ ਅਤੇ ਇਹ ਲੋਕ ਫਿਰ ਕੋਈ ਅਜਿਹੀ ਹਰਕਤ ਕਰਨਗੇ ਜਿਸ ਦੇ ਨਾਲ ਅੰਦੋਲਨ ਨੂੰ ਫਿਰ ਵੱਡਾ ਡੈਂਟ ਪਏਗਾ ਦੁੱਖ ਇਸ ਗੱਲ ਦਾ ਹੈ ਤੁਸੀਂ ਯਕੀਨ ਜਾਣਿਓ ਕਿ ਸਰਕਾਰ ਇਸ ਅੰਦੋਲਨ ਨੂੰ ਖਤਮ ਕਰਨ ਵਾਸਤੇ ਫਿਰ ਇਹਨਾਂ ਲੋਕਾਂ ਨੂੰ ਵਾਰ ਵਾਰ ਵਰਤੇਗੀ ਅਤੇ ਗੋਦੀ ਮੀਡੀਆ ਇਹਨਾਂ ਦੇ ਨਾਂ 'ਤੇ ਭੰਡੀ ਪ੍ਰਚਾਰ ਕਰਕੇ ਕਿਸਾਨਾਂ ਦੀ ਸਪੋਰਟ ਤੋੜੇਗਾ ਹੀ ਤੋੜੇਗਾ ਵਾਪਰੇਗਾ ਇਹ ਵੀ ਤੁਸੀਂ ਗੱਲ ਯਾਦ ਰੱਖਿਓ ਜੀ ਕੰਟੀਨਿਊ ਪਲੀਜ਼ ਸਾਰਿਆਂ ਨੂੰ ਚੁਕੰਨੇ ਹੋਣ ਦੀ ਲੋੜ ਹੈ ਕਿਉਂਕਿ ਬੰਦਾ ਜਾਂ ਪਾਰਟੀਆਂ ਦਾ ਪਿਛਲੇ ਇਤਿਹਾਸ ਵੇਖ ਲੈਣੇ ਚਾਹੀਦੇ ਨੇ ਕਿ ਉਹਨਾਂ ਦੀ ਪਿਛਲੀ ਐਕਟੀਵਿਟੀਜ਼ ਕਿਹੋ ਜਿਹੀਆਂ ਰਹੀਆਂ ਨੇ ਬੰਦਾ ਜਿੱਥੇ ਵੀ ਜਾਂਦਾ ਉਹਦੇ ਨਾਲ ਉਹਦੀ ਹੈਬਿਟਸ ਉਹਦੀ ਆਦਤਾਂ ਨਾਲ ਜਾਂਦੀਆਂ ਨੇ ਐਵੇਂ ਪਾਰਟੀਆਂ ਦੀ ਜਿਹੜੀ ਆਦਤਾਂ ਨੇ ਹੈਬਿਟਸ ਨੇ ਜਿਹੜੀ ਉਹਨਾਂ ਦੀ ਪਿਛਲੀ ਐਕਟੀਵਿਟੀਜ਼ ਨੇ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਕਾਰਜਸ਼ੈਲੀ ਰਹੀ ਹੈ
ਉਹਦੇ ਉੱਤੇ ਜਿਹੜਾ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਉਹ ਕੀ ਪਿੱਛੇ ਕਰਦੇ ਰਹੇ ਨੇ ਤੇ ਅੱਗੇ ਵੀ ਉਹਨਾਂ ਦਾ ਨੇਚਰ ਬਿਹੇਵੀਅਰ ਉਹੋ ਜਿਹਾ ਹੀ ਰਹੂਗਾ। ਇਸ ਕਰਕੇ ਉਹਨਾਂ ਦੇ ਹੱਥਕੰਡਿਆਂ ਨੂੰ ਪਿਛਲੇ ਕੀਤੇ ਹੋਏ ਜਿਹੜੇ ਐਕਟੀਵਿਟੀ ਸੀ ਉਹਨਾਂ ਤੋਂ ਸਮਝ ਲੈਣੀ ਤੇ ਸਿੱਖ ਲੈਣੀ ਚਾਹੀਦੀ ਹੈ ਕਿ ਪਿੱਛੇ ਉਹ ਕੀ ਕਰਦੇ ਰਹੇ ਨੇ, ਕਿਵੇਂ ਕਿਵੇਂ ਪਿੱਛੇ ਉਹਨਾਂ ਨੇ ਕਿਹੜੇ ਕਿਹੜੇ ਟਾਈਮ ਦੇ ਅੰਦਰ ਕਿਆ ਕਿਆ ਕੀਤਾ। ਇਸ ਲਈ ਅੱਗੇ ਵਾਸਤੇ ਉਹਨਾਂ ਦੇ ਉਹੀ ਹੱਥਕੰਡੇ ਫਿਰ ਨਾ ਵਰਤੇ ਜਾਣ, ਉਹਦੇ ਲਈ ਚੁਕੰਨੇ ਹੋਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ। ਔਰ ਲੋਕਾਂ ਦੀ ਸਹਾਨੁਭੂਤੀ ਹਾਸਲ ਕਰਨ, ਵੱਡੇ ਮੈਜੋਰਟੀ ਦੀ ਸਹਾਨੁਭੂਤੀ ਹਾਸਲ ਕਰਨ, ਲੋਕੀ ਇਸ ਅੰਦੋਲਨ ਦੇ ਹੱਕ ਚ ਆ ਕੇ ਖੜੇ ਹੋਣ, ਜਿਵੇਂ ਹੁਣ ਮਜ਼ਦੂਰ ਸੰਗਠਨ ਨਾਲ ਜੁੜਦੇ ਜਾ ਰਹੇ ਨੇ ਤੇ ਮਜ਼ਦੂਰਾਂ ਦੇ ਉੱਤੇ ਵੀ ਹੁਣ ਤੁਸੀਂ ਵੇਖੋ ਵੀ 8 ਘੰਟੇ ਦਾ ਜਿਹੜੀ ਸ਼ਿਫਟ ਹੁੰਦੀ ਸੀ ਉਹਨੂੰ ਵਧਾ ਕੇ 12 ਘੰਟੇ ਵੀ ਕਰ ਦਿੱਤੀ, ਲੇਬਰ ਲਾ ਯਾਨੀ ਲੇਬਰ ਲਾ ਚੇਂਜ ਕੀਤਾ। ਤੇ ਉਸ ਲੇਬਰ ਲਾ ਦੇ ਅੰਦਰ ਜੇ ਇੱਕ ਬੰਦੇ ਨੇ 6 ਦਿਨ ਕੰਮ ਕਰਨਾ ਸੀ, ਆਰਥਿਕ 48 ਘੰਟੇ ਬਣਦੇ ਨੇ, ਉਹੀ ਬੰਦਾ ਹੁਣ 12 + 48 ਬਣਾਏਗਾ। 4 ਦਿਨਾਂ ਯਾਨੀ 2 ਦਿਨਾਂ ਦੀ ਉਸ ਤੋਂ ਕੰਮ ਖੋ ਲਿਆ, ਜਾਂ ਉਹਨੂੰ 4 ਦਿਨਾਂ ਦੇ ਅੰਦਰ ਉਨੀ ਕੀ ਸੈਲਰੀ ਦੇਣੀ ਹੈ ਜਿਹੜੀ 6 ਦਿਨਾਂ ਚ ਦੇਣੀ ਸੀਗੀ। ਹੁਣ ਜੇ ਅਸਾਂ ਅੱਗੇ ਕੰਮ ਕਰੇ ਤੁਸੀਂ ਵੇਖੋ ਵੀ ਮਤਲਬ ਕਿੱਥੇ ਨੀ ਐਕਸਪਲੋਇਟੇਸ਼ਨ ਤੇ ਕਿੱਥੇ ਨੀ ਕਾਰਪੋਰੇਟ ਘਰਾਣਿਆਂ ਦੇ ਨਾਲ ਪੂਰੀ ਹੈਲਪ ਕੀਤੀ ਜਾ ਰਹੀ। ਜਿਹੜਾ ਇਹਨਾਂ ਦੇ ਹੱਕ ਚ ਬੋਲੇਗਾ ਉਹਦਾ ਫਾਇਦਾ ਹੋਏਗਾ, ਉਹਨਾਂ ਨੂੰ ਫਾਇਦਾ ਦਿੰਦੇ ਨੇ, ਤੇ ਜਿਹੜਾ ਮਾੜਾ ਮੋਟਾ ਵੀ ਅਗੇਂਸਟ ਬੋਲਦਾ ਜੇ ਉਹਦੇ ਉੱਤੇ ਰਾਜ ਦਰੋਹ, ਦੇਸ਼ ਦਰੋਹ, ਫਲਾਣਾ ਟਮਕਾਣਾ, ਪਤਾ ਨੀ ਕਿਹੜੇ ਕਿਹੜੇ ਲੇਬਲ ਲਗਾ ਦਿੱਤੇ ਜਾਂਦੇ ਨੇ। ਸੋ ਬਹੁਤ ਜ਼ਿਆਦਾ ਜਿਹੜਾ ਮੁਲਕ ਸੀਗਾ ਆਜ਼ਾਦ ਕਰਵਾਇਆ ਔਰ ਜਿਹਦੇ ਅੰਦਰ ਸਾਰਿਆਂ ਦਾ ਸਾਂਝਾ ਸਾਥ ਹੋਣਾ ਚਾਹੀਦਾ ਸੀਗਾ ਉਹ ਨਾ ਹੋ ਕੇ ਇਹ ਕਿੱਧਰਲੇ ਪਾਸੇ ਨੂੰ ਮੁਲਕ ਲੈ ਕੇ ਜਾ ਰਹੇ ਨੇ, ਇਸ ਦੇ ਲਈ ਸਾਰਿਆਂ ਨੂੰ ਦੀ ਲੋੜ ਹੈ। ਖਾਲੀ ਰਵੀਸ਼ ਕੁਛ ਇੱਕ ਬੰਦੇ ਹੀ ਨਾ ਸੋਚਦੇ ਰਹਿ ਜਾਣ, ਬਲਕਿ ਪੂਰਾ ਮੁਲਕ ਜਿਹੜਾ ਹੈਗਾ ਇਸ ਸਮੇਂ ਸੋਚ ਸਮਝ ਲਵੇ ਵੀ ਆਉਣ ਵਾਲੀ ਜਨਰੇਸ਼ਨ ਵਾਸਤੇ ਇਹ ਮੁਲਕ ਨੂੰ ਬਣਾਉਣਾ ਕੀ ਚਾਹੁੰਦੇ ਨੇ ਤੇ ਤੁਸੀਂ ਕੀ ਚਾਹੁੰਦੇ ਹੋ। ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਸੋ ਦੇਖੋ, ਖਾਲਿਸਤਾਨੀ ਆਪਣਾ ਜੀ ਸਭ ਕੇ ਅੰਦੋਲਨ ਚਲਾਉਣ, ਸਾਨੂੰ ਕੋਈ ਦਿੱਕਤ ਨਹੀਂ ਹੈ, ਉਹਨਾਂ ਦਾ ਰਾਈਟ ਹੈ, ਸੁਪਰੀਮ ਕੋਰਟ ਵੀ ਰਾਈਟ ਦਿੰਦੀ ਹੈ, ਇੰਟਰਨੈਸ਼ਨਲ ਜਿਹੜਾ ਲਾਅ ਹੈ ਉਹ ਵੀ ਇਸ ਨੂੰ ਸ਼ਾਦੀ ਭਰਦਾ, ਹਰ ਪੁੱਤਰ ਅਲੱਗ ਹੁੰਦਾ ਆ, ਇਹ ਸੰਵਿਧਾਨਕ ਹੱਕ ਹੈ, ਮੌਲਿਕ ਹੱਕ ਹੈ, ਧਾਰਮਿਕ ਹੱਕ ਹੈ, ਗੱਦੀਆਂ ਵੀ ਵੰਡੀਆਂ ਜਾਂਦੀਆਂ ਨੇ ਧਰਮ ਦੇ ਵਿੱਚ। ਪਰ ਇਹਦੇ 'ਚ ਨੁਕਸਾਨ ਜਿਹੜਾ ਹੈਗਾ ਨਾ, ਉਹ ਇੱਕ ਐਜੀਟੇਸ਼ਨ ਹੋ ਰਿਹਾ, ਕਿਉਂਕਿ ਕਿਸਾਨ ਅੰਦੋਲਨ ਦਾ ਤੁਸੀਂ ਦੇਖੋ ਐਡਾ ਪ੍ਰੈਸ਼ਰ ਕਿ 1.5 ਸਾਲ ਅਸੀਂ ਰਿਪੀਲ ਕਰ ਲੈਂਦੇ ਹਾਂ, ਉਸ ਗੱਲ 'ਤੇ ਆਏ ਹੋਏ ਫਿਰ ਕਿਵੇਂ ਮੁੱਕਰ ਰਹੀ ਹੈ ਮੋਦੀ ਸਰਕਾਰ। ਸੋ ਇਸ ਕਰਕੇ ਉਹ ਫਿਰ ਕੋਈ ਨਾ ਕੋਈ ਅਜਿਹੀ ਹਰਕਤ ਕਰੇਗੀ ਜਿਸ ਦੇ ਨਾਲ ਇਸ ਅੰਦੋਲਨ ਨੂੰ ਡੈਂਟ ਪਏਗਾ। ਜਿਹੜੀਆਂ ਖਾਲਿਸਤਾਨੀ ਵਾਲੀਆਂ ਧਿਰਾਂ ਨੇ ਉਹ ਜੀ ਸਦਕੇ ਕਰਨ, ਆਪਣਾ ਕੋਈ ਦਿੱਕਤ ਨਹੀਂ ਹੈ, ਜਾਂ ਦੀਪ ਸਿੱਧੂ ਆ ਸਿਆਸਤ ਜੀ ਨੇ ਕਰਨੀ ਹੈ, ਜੀ ਸਦਕੇ ਕਰੋ। ਮੈਂ ਤਾਂ ਆਪ ਕੇ ਨਾਲ ਅੱਛੇ ਲੋਕ ਆਉਣੇ ਚਾਹੀਦੇ ਨੇ, ਮੈਨੂੰ ਦੀਪ ਸਿੱਧੂ ਦੇ ਜਾਂ ਲੱਖਾਂ ਦੇ ਸਿਆਸਤ 'ਚ ਆਉਣ ਤੋਂ ਚਿੜ ਨਹੀਂ ਹੈ, ਮੈਨੂੰ ਦਿੱਕਤ ਨਹੀਂ ਹੈ, ਮੈਂ ਕਹਿੰਦਾ ਆਉਣ ਜੀ ਸਦਕੇ ਆਉਣ, ਨੰਗੇ ਚਿੱਟੇ ਆਉਣ, ਪਰ ਕਿਸਾਨੀ ਅੰਦੋਲਨ ਦੀ ਬਿਨਾਹ 'ਤੇ ਸਿਆਸਤ ਨਾ ਚਮਕਾਉਣ। ਉਹ ਤਾਂ ਸ਼ੰਭੂ ਦੇ ਵਿੱਚ ਸ਼ਰੇਆਮ ਕਹਿੰਦੇ ਸੀ ਕਿ ਪਾਰਟੀ ਕੱਢਦੇ ਹਾਂ, ਹੁਣ ਸ਼ੰਭੂ ਦੇ ਵਿੱਚ ਅੰਦੋਲਨ ਤਾਂ ਕਿਸਾਨਾਂ ਦਾ ਸੀ, ਉੱਥੇ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ, ਉੱਥੇ ਪਰਮਿੰਦਰ ਸਿੰਘ ਢੀਂਡਸਾ ਹੋਰੀ, ਉੱਥੇ ਕਿਉਂ SCPC ਦੀਆਂ ਵੋਟਾਂ ਵਾਲਾ ਲਾਣਾ ਉੱਥੇ ਸੀਗਾ, ਉੱਥੇ ਜੋਗਾ ਸਿੰਘ ਚਾਪੜ ਜਿਹੜੇ ਪੰਥਕ ਦਲ 'ਚੋਂ ਨੇ ਉਹ ਉੱਥੇ ਨੇ, ਉਹ ਸਿਆਸਤਦਾਨ ਉੱਥੇ ਫਿਰ ਆਪਣੀ ਗੱਲ ਕਹਿਣ ਦੇ ਲਈ ਉਹਨਾਂ ਨੂੰ ਮੰਚ ਮਿਲਿਆ ਸੀ, ਇਹਨਾਂ ਲੋਕਾਂ ਨੂੰ, ਖਾਸ ਕਰਕੇ ਸੁਖਦੇਵ ਸਿੰਘ ਢੀਂਡਸਾ ਦੀ ਵੱਡੀ ਸਪੋਰਟ ਆ ਦੀਪ ਨੂੰ, ਕਿਹਨੂੰ ਨਹੀਂ ਪਤਾ। ਆਪ ਦਾ ਸਵਾਗਤ ਸਰ, ਵੈਲਕਮ ਜੀ। ਗੁਰਦੀਪ ਸਿੰਘ ਜੀ, ਕੀ ਹਾਲ ਚਾਲ ਹੈ, ਕੀ ਕਹਿਣਾ ਚਾਹੁੰਦੇ? ਚੜ੍ਹਦੀ ਕਲਾ ਤੁਹਾਡੇ ਨਾਲ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਯਾਰ। ਮਿਹਰਬਾਨੀ, ਸਵੇਰੇ ਤੁਹਾਡੇ ਨਾਲ ਚੱਲੀ ਜਾਂਦਾ ਸੀ, ਮੈਸੇਜ ਆ ਗਈ ਉਧਰੋਂ। ਅੱਛਾ, ਉਹ ਤੁਹਾਡੀ ਕੋਈ ਨਾ ਕੋਈ ਛੱਡੀ ਹੁੰਦੀ ਹੈ, ਗੱਲਾਂ ਇਹੋ ਜਿਹੀ ਹੁੰਦੀਆਂ, ਉਹ ਵੀ ਹੱਸਦੇ ਕਹਿੰਦੇ ਵੀ ਗੱਲਾਂ ਇਹ ਵੀ ਬਹੁਤ ਵਧੀਆ ਸੁਣਾਉਂਦੇ। ਮਿਹਰਬਾਨੀ, ਥੈਂਕ ਯੂ ਭੈਣ ਰਾਣੀ, ਕਹਿ ਦੇਣੀ ਆ ਮੈਂ ਕਿ ਸੁਭਾਅ ਹੈ ਤੁਹਾਡੇ ਉਹਦੀ ਬੰਦਿਆਂ ਦਾ। ਥੈਂਕ ਯੂ, ਥੈਂਕ ਯੂ। ਪਰ ਗੱਲ ਇਹ ਵੀਰ, ਆ ਜਿਹੜਾ ਹੈਲੋ ਗਲੋਬਲ ਵਾਲਾ ਤੁਹਾਡਾ ਸੀ ਨਾ, ਗੱਲ ਤਾਂ ਉਹ ਬਣ ਗਈ ਬਾਈ ਜੀ, ਉਹ AS ਕੰਗ ਦਾ ਗਾਣਾ ਸੁਣਿਆ ਸਾਡੇ ਟਾਈਮ ਚ ਹੁੰਦਾ ਸੀ ਕਿ ਮਤਲਬ ਦੀ ਸੁਣੀਆਂ ਸਾਰੀ ਪੈਸੇ ਨੂੰ ਪਿਆਰ ਜੀ, ਸੱਚ ਨੂੰ ਕੋਈ ਸੱਚ ਨੀ ਕਹਿੰਦਾ ਝੂਠ ਪ੍ਰਧਾਨ ਜੀ, ਗੱਲ ਤਾਂ ਵੀਰੇ ਉੱਥੇ ਆ ਕੇ ਨਿਪਟ ਜਾਂਦੀ ਹੈ। ਠੀਕ ਹੈ ਨਾ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸੱਚ ਬੋਲਦੇ ਆ ਤੇ ਬੋਲਦੇ ਹੀ ਰਹੋ, ਮਿਹਰਬਾਨੀ, ਚੜ੍ਹਦੀ ਕਲਾ ਰੱਖੋ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਦੇਖੋ, ਹੁੰਦਾ ਕੁਛ ਨਹੀਂ ਹੈ, ਕੀ ਵਿਪਤਾ ਪੈ ਗਈ ਮੈਨੂੰ, 2-4 ਦਿਨ ਟੈਨਸ਼ਨ ਹੁੰਦੀ ਹੈ, ਪੈਸੇ ਦਾ 2-2.5 ਲੱਖ ਦਾ ਘਾਟਾ ਪੈ ਗਿਆ ਮਹੀਨੇ ਦਾ, 0 ਤਨਖਾਹ ਹੈ। ਮੈਂ ਤਾਂ ਹੱਸਦਾ ਸੀ ਕਿ ਮੇਰਾ ਵਿਆਹ ਹੋਇਆ 24 ਸਾਲ ਪਹਿਲਾਂ, ਉਦੋਂ ਵੀ ਮੈਂ ਕੁਛ ਨਹੀਂ ਸੀ ਕਮਾਉਂਦਾ ਅਤੇ ਹੁਣ ਵੀ ਕੁਛ ਨਹੀਂ ਕਮਾਉਂਦਾ, ਹੈ ਨਾ, ਕੀ ਫਰਕ ਪੈ ਗਿਆ? ਪਰ ਰੂਹ 'ਤੇ ਰਾਜ਼ੀ ਹੈ ਨਾ, ਜੇ ਤੁਸੀਂ ਝੂਠ ਬੋਲ ਕੇ ਹੀ ਪੈਸਾ ਕਮਾਉਣਾ ਤਾਂ ਫਿਰ ਬਾਕੀ ਚੈਨਲ ਕੀ ਮਾੜੇ ਆ, ਅਤੇ ਫਿਰ ਅਰਨਬ ਗੋਸਵਾਮੀ ਕੀ ਮਾੜਾ, ਉਹ ਵੀ ਕਰੋੜਾਂ ਕਮਾ ਰਿਹਾ। ਰਵੀਸ਼ ਕਹਿੰਦਾ ਸੀ ਕਿਆ ਬੰਗਲਾ ਯਾਰ, ਇਹੋ ਜਿਹੇ ਸੋਹਣੇ ਬੰਗਲੇ ਦੇ ਵਿੱਚ ਰਹਿ ਕੇ
ਇੰਨੇ ਸੋਹਣੇ ਬੰਗਲੇ 'ਚ ਰਹਿ ਕੇ ਉਹ ਇੰਨਾ ਹਾਈਪਰ ਕਿਉਂ ਹੁੰਦਾ? ਤੁਸੀਂ ਲੋਕਾਂ ਦੀ ਗੱਲ ਕਰੋ, ਤੁਹਾਨੂੰ ਇਹ ਜਿਹੜੀ ਜੌਬ ਕੁਦਰਤ ਨੇ ਵਾਹਿਗੁਰੂ ਨੇ ਬਖਸ਼ੀ ਹੈ, ਤੁਸੀਂ ਉਸ ਜੌਬ ਨੂੰ ਨਿਭਾਉਣ ਦੀ ਕੋਸ਼ਿਸ਼ ਕਰੋ। ਮਰਨਾ ਜੰਮਣਾ ਤਾਂ ਉਸਦੇ ਹੱਥ ਹੈ ਨਾ। ਅਤੇ ਹੁਣ ਜਿਹੜੇ ਕਹਿੰਦੇ ਨੇ ਧਰਮ ਦੀ ਗੱਲ ਹੋਵੇ, ਉਹ ਕਿਸ ਆਧਾਰ 'ਤੇ ਸੱਚ ਬੋਲਣ ਤੋਂ ਰੋਕਦੇ ਨੇ? ਆਖੇ ਦੀਪ ਸਿੱਧੂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਗੋਦ 'ਚ ਆਨੰਦ ਮਾਣਦਾ ਰਿਹਾ ਅਤੇ ਉਹਨਾਂ ਨੂੰ ਚਾਚਾ ਕਹਿੰਦਾ ਰਿਹਾ, ਕੀ ਸਿਰਫ ਐਸੇ ਗੱਲ ਦੀ ਗਰੰਟੀ ਹੈ ਕਿ ਦੀਪ ਸਿੱਧੂ ਰੱਬ ਹੋ ਗਿਆ? ਉਹ ਭਾਈ ਗੋਦ 'ਚ ਤਾਂ ਉਹ ਸਨੀ ਦਿਓਲ ਦੀ ਮੰਮੀ ਦੇ ਵੀ ਬੈਠਦਾ, ਸਨੀ ਦਿਓਲ ਦੇ ਨਾਲ ਵੀ ਬੈਠਦਾ, ਮੋਦੀ ਸਾਹਿਬ ਨਾਲ ਵੀ ਬੈਠਦਾ। ਫਿਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਜ਼ਿਆਦਾ ਅਸਰ ਰਹੂਗਾ ਜਾਂ ਮੋਦੀ ਦਾ ਰਹੂਗਾ? ਉਦੋਂ ਤਾਂ ਬਚਪਨ ਸੀ, ਹੁਣ ਜਵਾਨੀ ਹੈ ਨਾ। ਹੁਣ ਅਗਲੇ ਨੇ ਆਪਣਾ ਵਿਜ਼ਨ ਵੇਖਣਾ, ਆਪਣਾ ਪਸਾਰਾ ਵੇਖਣਾ। ਕਿਹੜੀਆਂ ਗੱਲਾਂ ਯਾਰ, ਮਤਲਬ ਜੇ ਉਹ ਬੁੱਧ ਸਿੰਘ ਵਾਲਾ ਦੀ ਗੋਦ ਦੇ ਵਿੱਚ ਬੈਠ ਗਿਆ ਤਾਂ ਫਿਰ ਕੋਈ ਰੱਬ ਤਾਂ ਨਹੀਂ ਹੋ ਗਿਆ? ਅਸੀਂ ਸਾਰੇ ਹੀ ਰੱਬ ਦੀ ਗੋਦ 'ਚ ਬੈਠਦੇ ਹਾਂ। ਉਸੇ ਰੱਬ ਤੋਂ ਤਾਂ, ਰੱਬ ਤਾਂ ਬਹੁਤ ਉੱਚਾ ਨਾ ਬੁੱਧ ਸਿੰਘ ਵਾਲਾ ਤੋਂ। ਇਹ ਕਿਸ ਗੱਲ ਦੀ ਗਰੰਟੀ? ਧਮਕੀਆਂ ਦਿੰਦੇ ਹੋ ਕਿ ਜੇ ਦੀਪ ਸਿੱਧੂ ਦੇ ਖਿਲਾਫ਼ ਖ਼ਬਰ ਲਾਈ ਅਸੀਂ ਗਾਟਾ ਵੱਢ ਦਿਆਂਗੇ, ਜੋ ਢੱਡਰੀਆਂ ਵਾਲੇ ਨਾਲ ਕੀਤਾ ਤੁਹਾਡੇ ਨਾਲ ਕਰਾਂਗੇ। ਉਹ ਭਾਈ ਜੋ ਢੱਡਰੀਆਂ ਵਾਲੇ ਨਾਲ ਕਰ ਲਿਆ ਢੱਡਰੀਆਂ ਵਾਲਾ, ਉਹ ਜਾਣੇ, ਪਰ ਜੋ ਮੇਰੇ ਨਾਲ ਕਰੋਗੇ ਉਹ ਮੈਂ ਦੱਸਾਂਗਾ ਕਿ ਤੁਸੀਂ ਕਿੱਥੇ ਖੜੇ ਹੋ ਅਤੇ ਮੈਂ ਕਿੱਥੇ ਖੜਾ। ਆਪਦਾ ਸਵਾਗਤ ਸਰ, ਵੈਲਕਮ ਜੀ। ਹਾਂਜੀ, ਮੁਹੰਮਦ ਅਨਵਰ ਬਰਨਾਲਾ ਤੋਂ ਸਵਾਗਤ ਤੁਹਾਡਾ। ਨਹੀਂ ਜੀ, ਮਾਲਵਿੰਦਰ। ਅੱਛਾ, ਸੌਰੀ, ਮਾਲਵਿੰਦਰ, ਮਾਲਵਿੰਦਰ ਆਪਣਾ ਢਿਲਵਾਂ ਤੋਂ ਸਵਾਗਤ ਹੈ ਤੁਹਾਡਾ। ਅਗਰ ਮੈਂ ਕਹਿੰਦਾ ਸੀ ਵੀ ਜੇ ਮਤਲਬ ਕਿ ਜਥੇਬੰਦੀਆਂ ਸੋਧਾਂ ਤੇ ਮਤਲਬ ਕੰਪਰੋਮਾਈਜ਼ ਕਰਦੀਆਂ ਨੇ, ਮਤਲਬ ਕਿਸੇ ਵੀ ਤਰ੍ਹਾਂ ਕਰੋਨਾ ਨੂੰ ਨਲ ਐਂਡ ਵੋਇਡ ਕਰ ਦਿੰਦੀਆਂ ਨੇ ਵੀ ਸਰਕਾਰ ਦੀ ਬੀਜੀ ਤਰ੍ਹਾਂ ਜੇ ਤੇ ਕਿਸਾਨਾਂ ਦੀ ਬੀਜ ਜੇ, ਪੰਜਾਬ ਚ ਕੀ ਅਸਰ ਹੋਊਗਾ ਵੀ ਇਹ ਜਿਹੜਾ ਦੂਜੇ ਲਾਣਾ ਜਿਹੜਾ ਹੁਣ ਕਹਿੰਦਾ ਕਾਮਰੇਡ ਵਿਕਣਗੇ, ਗੋਲੀ ਮਾਰਾਂਗੇ, ਜੇ ਕਰਾਂਗੇ ਉਹ ਕਰਾਂਗੇ, ਮਤਲਬ ਕੀ ਇਹਦਾ ਮਤਲਬ ਉਹ ਕੀ ਇਸੇ ਗੱਲ ਤੋਂ ਝਿਜਕ ਰਹੀ ਆ? ਮਤਲਬ ਕਿਉਂਕਿ ਜੇ ਸੋਧਾਂ ਵੀ ਹੁੰਦੀਆਂ ਜਿਵੇਂ ਹੁਣ ਆ ਰਹੀ ਆ ਵੀ 3 ਸਾਲ ਤੱਕ ਸਰਕਾਰ ਹੋਲਡ ਕਰਨ ਨੂੰ ਉਹ ਕਹਿ ਰਹੀ ਆ ਵੀ ਇੰਨੇ ਮੂਹਰੇ ਵੋਟਾਂ ਆ ਜਾਣਗੀਆਂ ਵੀ ਜਿਹੜੀ ਵੀ ਪਾਰਟੀ ਹੋਊਗੀ ਉਹਨੂੰ ਇਹੀ ਕਰਨਾ ਪਊਗੀ ਭਾਈ ਅਸੀਂ ਰੱਦ ਕਰਾਂਗੇ ਮੂਹਰੇ ਜੀ, ਤੇ ਇਹਦਾ ਕੀ ਪ੍ਰਭਾਵ ਪੈ ਸਕਦਾ? ਦੇਖੋ, ਜਿਸ ਤਰ੍ਹਾਂ ਦੀ ਹੁਣ ਸਥਿਤੀ ਬਾਈ ਜੀ ਢਿਲਵਾਂ ਸਾਹਿਬ ਬਣੀ ਹੈ ਨਾ, ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਮਜੂਸੀ 'ਚ ਤਾਂ ਆਈਆਂ ਨੇ, ਕਿਉਂਕਿ ਇਸ ਅੰਦੋਲਨ ਨੂੰ ਇੰਨਾ ਲੰਮਾ ਚਲਾਉਣਾ ਬਹੁਤ ਮੁਸ਼ਕਲ ਹੈ। ਸੋ ਹੋ ਸਕਦਾ ਉਹ ਕੰਪਰੋਮਾਈਜ਼ ਦੀ ਕੰਡੀਸ਼ਨ ਦੇ ਵਿੱਚ ਆ ਜਾਣ, ਕਿਉਂਕਿ ਇਹਨਾਂ ਸਾਰੀਆਂ ਜਥੇਬੰਦੀਆਂ ਨੇ ਤਿਲ ਤਿਲ ਕਰਕੇ ਇਸ ਸਾਰੇ ਅੰਦੋਲਨ ਨੂੰ, ਕਾਰਵਾਂ ਨੂੰ ਇਕੱਠਾ ਕੀਤਾ। ਜੇ 3 ਸਾਲ ਲਈ ਉਹ ਐਕਸਟੈਂਡ ਕਰਦੀਆਂ ਨੇ ਤਾਂ ਸੋਚਿਆ ਜਾ ਸਕਦਾ, ਕਿਉਂਕਿ 3 ਸਾਲ ਬਾਅਦ ਜਿਹੜੀ ਨਵੀਂ ਸਰਕਾਰ ਆਊ ਹੈ ਉਹਨੇ ਸੋਚਣਾ, ਕਿਉਂਕਿ ਨਵੀਂ ਸਰਕਾਰ ਜਿਹੜੀ ਆਊਗੀ ਉਹ ਵਾਅਦਾ ਕਰਕੇ ਆਊਗੀ ਕਿ ਅਸੀਂ ਇਹਨੂੰ ਰੱਦ ਕਰਾਂਗੇ ਜਾਂ ਇਹਨੂੰ ਕੰਟੀਨਿਊ ਕਰਾਂਗੇ। 3 ਸਾਲ ਲਈ ਰੱਦ ਹੋ ਜਾਂਦਾ ਜਾਂ ਟੋਟਲ ਕਾਨੂੰਨ ਖਤਮ ਹੋ ਜਾਂਦਾ, ਇਹ ਮਤਲਬ ਥੋੜ੍ਹਾ ਜਿਹਾ ਫਰਕ ਹੈ 2021 ਦਾ। ਅਤੇ ਵੈਸੇ ਇਹਦੇ 'ਚ ਵੀ ਆਪਣੀ ਜਿੱਤ ਹੈ ਕਿਸਾਨਾਂ ਦੀ। ਬਾਕੀ ਜਿਹੜੀ ਰਹੀ ਗੱਲ ਇਹਨਾਂ ਖਾਲਿਸਤਾਨੀ ਧਿਰਾਂ ਦੀ ਜਾਂ ਸ਼ੰਭੂ ਵਾਲਿਆਂ ਦੀ, ਇਹਨਾਂ ਨੇ ਤਾਂ ਚਾਹੇ ਉਹ ਸੋਨੇ ਦੇ ਬਣ ਜਾਣ, ਇਹਨਾਂ ਨੇ ਤਾਂ ਉਹ ਭੰਡਣੇ ਹੀ ਭੰਡਣੇ ਆ। ਇਹ ਤਾਂ ਕਹਿੰਦੇ ਸੀ ਰੋਟੀਆਂ ਪੌਣੇ 'ਚ ਲੈ ਕੇ ਜਾਓ, ਹੁਣ ਦੀਪ ਸਿੱਧੂ ਪੌਣੇ 'ਚ ਲੈ ਕੇ ਜਾਂਦਾ ਸੀਗਾ। ਆਪਦਾ ਸਵਾਗਤ ਪਟਵਾਰੀ ਸਾਹਿਬ, ਵੈਲਕਮ ਬਾਈ ਜੀ। ਹਰਪ੍ਰੀਤ ਸਿੰਘ ਜੀ, ਸਤਿ ਸ੍ਰੀ ਅਕਾਲ ਬਾਈ ਜੀ। ਪਟਵਾਰੀ ਸਾਹਿਬ ਸਵਾਗਤ ਹੈ ਬਾਈ ਜੀ ਤੁਹਾਡਾ। ਤੇ ਮੈਂ ਜੀ ਇੱਕ ਅੱਜ ਸੀਗਾ ਕਿ ਤੁਸੀਂ ਉਹਦੇ ਬਾਰੇ ਵੀ ਪਲੀਜ਼ ਦੱਸਿਓ ਕਿ ਜਿਹੜਾ ਫਰਾਂਸ ਦੇ ਰਾਸ਼ਟਰਪਤੀ ਨੂੰ ਕਰਪਸ਼ਨ ਦੇ ਕੇਸ ਦੇ ਵਿੱਚ ਵੀ ਸਜ਼ਾ ਹੋਈ ਆ, ਜਾਂ ਉਸ ਤੋਂ ਪਹਿਲਾਂ ਆਪਣੇ ਸਾਊਥ ਕੋਰੀਆ ਵਾਲੀ ਜਿਹੜੀ ਮੈਡਮ ਉਹਨੂੰ ਵੀ ਹੋਈ ਸੀ, ਵੀ ਕੀ ਆਪਣੇ ਦੇਸ਼ ਦੇ ਵਿੱਚ ਵੀ ਜਿਹੜੇ ਕਰਪਸ਼ਨ ਬਹੁਤ ਵੱਡੇ ਲੈਵਲ ਤੇ ਪਹੁੰਚੀ ਹੋਈ ਆ? ਆਪਾਂ ਦੇਖਦੇ ਹਾਂ ਵੀ ਲੀਡਰਾਂ ਦੇ ਸਿੱਧੇ ਸਿੱਧੇ ਨਾਮ ਹਜੇ ਤੱਕ ਲਾਲੂ ਪ੍ਰਸ਼ਾਦ ਤੇ ਇੱਧਰ ਚਟਾਲਿਆਂ ਨੂੰ ਹੀ ਹੋਈ ਆ, ਮਤਲਬ ਅੱਗੇ ਵੀ ਹੋਰ ਵੱਡੇ ਬੰਦਿਆਂ ਨੂੰ ਵੀ ਹੱਥ ਪੈ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ, ਕਿ ਨਹੀਂ ਕੋਈ ਆਪਾਂ ਨੂੰ ਆਸ ਨਹੀਂ ਰੱਖ ਸਕਦੇ? ਆਪਾਂ ਤਾਂ ਪਟਵਾਰੀ ਸਾਹਿਬ ਇਸ ਮਾਮਲੇ 'ਚ ਨਾ ਪਾਕਿਸਤਾਨ ਨਾਲੋਂ ਵੀ ਪਛੜੇ ਹੋਏ ਹਾਂ। ਤੁਸੀਂ ਦੇਖੋ ਕਿ ਪਾਕਿਸਤਾਨ ਦੇ ਵਿੱਚ ਪਨਾਮਾ ਪੇਪਰ ਮਾਮਲੇ 'ਚ ਨਵਾਜ਼ ਸ਼ਰੀਫ ਹੋਰੀ ਜਾਂ ਹੋਰ ਲੋਕ ਅੰਦਰ ਗਏ, ਪਰ ਸਾਡੇ ਜਿਨ੍ਹਾਂ ਦਾ ਨਾਂ ਆਇਆ ਸੀ ਪਨਾਮਾ ਪੇਪਰ ਮਾਮਲੇ 'ਚ, ਉਹਨਾਂ ਨੂੰ ਕੁਛ ਵੀ ਨਹੀਂ ਹੋਇਆ। ਅਤੇ ਸਾਡੇ ਜਿਹੜੇ ਛੋਟੇ ਮੋਟੇ ਨੇ CM ਤੱਕ ਤਾਂ ਆ ਜਾਂਦੇ ਨੇ, ਵੱਡਿਆਂ ਨੂੰ ਹੱਥ ਪਾਉਣਾ ਸਾਡੇ ਮੁਸ਼ਕਲ ਹੈ। ਪਰ ਹੁਣ ਜਿਸ ਤਰ੍ਹਾਂ BJP ਕਾਂਗਰਸ ਨੂੰ ਖਾਤਮੇ ਵੱਲ ਲਿਜਾਣਾ ਚਾਹੁੰਦੀ ਹੈ ਨਾ, ਉਸ ਸਿਲਸਿਲੇ ਦੇ ਵਿੱਚ ਰਾਬਰਟ ਵਾਡਰਾ ਕਾਂਗਰਸ ਪਰਿਵਾਰ ਦੇ, ਇਹਨਾਂ ਦੇ ਜਿਹੜੇ ਸੋਨੀਆ ਦੇ ਜਵਾਈ ਨੇ, ਉੱਦਾਂ ਦੇ ਬੰਦਿਆਂ ਨੂੰ ਹੱਥ ਪਾਉਣਗੇ ਇਹ ਪੋਲੀਟੀਕਲ ਮੈਰਿਜ ਵਾਸਤੇ। ਅਤੇ ਆਮ ਜਿਹੜੇ ਹੋਰ ਕਰਪਟ ਲੋਕ ਰਹੇ ਨੇ ਜੋ ਇਹਨਾਂ ਨੂੰ ਰਾਸ ਆਉਂਦੇ ਨੇ, ਉਹਨਾਂ ਨੂੰ ਹੱਥ ਇਹ ਨਹੀਂ ਪਾਉਣਗੇ, ਕਿਉਂਕਿ ਜੁਡੀਸ਼ਰੀ ਤਾਂ ਪਤਾ ਹੀ ਹੈ, ਜਦੋਂ ਭਾਰਤ ਦੀ ਸੁਪਰੀਮ ਕੋਰਟ ਦਾ ਜੱਜ ਇੱਕ ਆਮ ਛੋਟਾ ਜਿਹਾ, ਉਹਦਾ MP ਦਾ ਕਿੱਡਾ ਕੋਹਦਾ ਹੁੰਦਾ? ਮਤਲਬ ਸੁਪਰੀਮ ਕੋਰਟ ਦਾ ਜੱਜ ਰੰਜਨ ਗੋਗੋਈ ਰਿਟਾਇਰ ਹੋ ਕੇ BJP ਦਾ MP ਬਣ ਜਾਵੇ, ਤਾਂ ਤੁਸੀਂ ਕੀ ਉਮੀਦ ਕਰਦੇ ਹੋ ਜੁਡੀਸ਼ਰੀ ਤੋਂ ਉੱਥੇ? ਹੈਨਾ, ਉਸੇ ਤਰੀਕੇ ਹੀ ਆਪਣਾ ਬੋਬੜੇ ਜੀ ਦੀ ਵੀ ਰਿਟਾਇਰਮੈਂਟ ਤਾਂ ਨੇੜੇ ਆ, ਤੇ ਉਹਨਾਂ ਲਈ ਵੀ ਕੋਈ ਨਾ ਕੋਈ ਸੀਟ ਤਾਂ ਜ਼ਰੂਰ ਦੇਖੀ ਜਾ ਰਹੀ ਹੈ। ਬਿਲਕੁਲ। ਬੋਬੜੇ ਸਾਹਿਬ ਦੇ ਤਾਂ, ਬੋਬੜੇ ਸਾਹਿਬ ਦੇ ਤਾਂ ਫਾਦਰ ਸਾਹਿਬ ਆਰ ਆਪ RSS ਦੇ ਵਕੀਲ ਰਹੇ ਨੇ,
तो उस करके अपने नाल इस वक्त बाई जी जुड़े ने समय वाली साहब। समय वाली साहब स्वागत है थोड़ा, वेलकम ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ ਲਖਵਿੰਦਰ ਸਿੰਘ ਜੀ। ਜੀ ਵੀਰ ਜੀ, ਅਦਾਰੇ ਤਾਂ ਚਲੋ ਨਿਰਪੱਖ ਪੱਤਰਕਾਰਾਂ ਨਾਲ ਧੱਕਾ ਕਰਦੇ ਹੀ ਨੇ, ਤੇ ਪਰ ਜਿਹੜੇ ਹੈਗੇ ਨੇ ਸਰ ਪੱਤਰਕਾਰ, ਉਹ ਵੀ ਸੱਚ ਨਹੀਂ ਦੱਸਦੇ। ਜਦੋਂ ਤੁਹਾਡਾ ਨਾਂ ਜਾਂ ਕੋਈ ਰਵੀ ਸਿੰਘ ਖਾਲਸਾ ਦੇ ਉਲਟ ਬੋਲਦਾ ਤੇ ਨਾਲ ਦੀ ਨਾਲ ਆ ਗਈ ਜੀ ਗੱਲ ਤੇ ਕੱਟ ਦਿੰਦੇ ਨੇ ਜੀ। ਇਸ ਚੈਨਲ ਨੂੰ ਤੁਸੀਂ ਕਿੱਥੇ ਖਿੱਚ ਕੇ ਲੈ ਕੇ ਗਏ? ਚਲੋ ਹੁਣ ਤਾਂ ਕਈਆਂ ਲੋਕਾਂ ਨੇ ਮੱਥਾ ਹੀ ਟੇਕ ਦਿੱਤਾ, ਬੜਾ ਚੰਗਾ ਕੀਤਾ, ਥੈਂਕ ਯੂ ਸਰ। ਮਿਹਰਬਾਨੀ ਮਿਹਰਬਾਨੀ। ਦੇਖੋ ਅਦਾਰਿਆਂ ਵਾਸਤੇ ਵੀ ਅਤੇ ਪੱਤਰਕਾਰਾਂ ਵਾਸਤੇ ਵੀ ਇਸ ਤਰ੍ਹਾਂ ਦੇ ਅੰਦੋਲਨ, ਇਸ ਤਰ੍ਹਾਂ ਦਾ ਸਮਾਂ ਪਰਖ ਦੀ ਘੜੀ ਹੁੰਦਾ ਕਿ ਅਸੀਂ ਲੋਕਾਂ ਨਾਲ ਖੜ੍ਹਦੇ ਹਾਂ ਜਾਂ ਅਸੀਂ ਸਰਕਾਰਾਂ ਨਾਲ ਜਾਂ ਜਥੇਬੰਦੀਆਂ ਨਾਲ ਖੜ੍ਹਦੇ ਹਾਂ। ਸੋ ਮੈਂ ਸਮਝਦਾ ਕਿ ਧਰਮ ਤੋਂ ਵੱਡਾ ਬੰਦੇ ਦਾ ਸ਼ੋਭਾ ਹੁੰਦਾ, ਉਹ ਚਾਹੇ ਡਰਾਈਵਰ ਹੈ, ਚਾਹੇ ਉਹ ਜੱਜ ਹੈ, ਚਾਹੇ ਉਹ ਜਰਨਲਿਸਟ ਹੈ। ਮਤਲਬ ਜੇ ਤੁਸੀਂ ਉਸ ਪੇਸ਼ੇ ਨੂੰ ਧੋਖਾ ਦੇ ਜਾਂਦੇ ਹੋ ਤਾਂ ਧਰਮ ਨੂੰ ਧੋਖਾ ਦੇਣਾ ਤਾਂ ਉਸ ਤੋਂ ਵੀ ਵੱਡਾ ਧੋਖਾ ਹੈ। ਸੋ ਇਸ ਕਰਕੇ ਮੇਰਾ ਕਸਬ ਮੇਰੀ ਜੌਬ ਹੈ, ਅਤੇ ਇਸ ਕਰਕੇ ਜੇ ਮੈਂ ਆਪਣੀ ਜੌਬ ਨੂੰ ਧੋਖਾ ਦੇ ਕੇ ਲੱਖ ਗ੍ਰੰਥ ਪੂਜੀ ਜਾਵਾਂ, ਕੋਈ ਫਾਇਦਾ ਨਹੀਂ ਉਹਨਾਂ ਦਾ। ਲੱਖ ਦਾੜੀਆਂ ਵਧਾਈ ਜਾਵਾਂ, ਕੋਈ ਫਾਇਦਾ ਨਹੀਂ। ਲੱਖ ਅੰਮ੍ਰਿਤ ਪਾਨ ਛਕੀ ਜਾਵਾਂ, ਗੰਗਾ ਨਹਾਈ ਜਾਵਾਂ, ਕਾਬੇ ਜਾਈ ਜਾਵਾਂ, ਹੱਜ ਕਰੀ ਜਾਵਾਂ, ਉਹਦਾ ਕੋਈ ਫਾਇਦਾ ਨਹੀਂ ਜੇ ਮੈਂ ਆਪਣੇ ਸ਼ੋਭੇ 'ਚ ਇਮਾਨਦਾਰ ਨਹੀਂ ਹੈ। ਸੋ ਇਸ ਕਰਕੇ ਵਿਦੇਸ਼ਾਂ 'ਚ ਕੋਈ ਰੱਬ ਥੋੜ੍ਹੀ ਹੈ, ਉੱਥੇ ਹਰ ਬੰਦਾ ਭਾਵੇਂ ਉਹ ਡਰਾਈਵਰ ਹੈ, ਭਾਵੇਂ ਉਹ ਬਾਰਬਰ ਹੈ, ਭਾਵੇਂ ਉਹ ਹੋਟਲੇਅਰ ਹੈ ਜਾਂ ਕੁਛ ਵੀ ਹੈ ਜਾਂ ਜੱਜ ਹੈ, ਉਹ ਆਪਣੇ ਪੇਸ਼ੇ 'ਚ ਇਮਾਨਦਾਰ ਹੈ। ਤਾਂ ਹੀ ਉੱਥੇ ਲੋਕ ਆਪਣਾ ਘਰ ਘਾਟ ਵੇਚ ਕੇ ਤਰਸਦੇ ਨੇ, ਹਾਏ ਕੈਨੇਡਾ ਚੱਲ ਜੀ, ਹਾਏ ਅਮਰੀਕਾ ਨਿਊਜ਼ੀਲੈਂਡ ਚੱਲ ਜੀ। ਉੱਥੇ ਕੋਈ ਰੱਬ ਨਹੀਂ ਹੈ, ਉਹ ਸਾਡੇ ਨਾਲੋਂ ਮਾੜੇ ਹਾਲਾਤ ਨੇ ਉਹਨਾਂ ਦੇ, ਮੌਸਮ ਜਾਂ ਹੋਰ ਕਾਰਨਾਂ ਕਰਕੇ, ਪਰ ਉਹਨਾਂ ਨੇ ਇੱਕ ਸਿਸਟਮ ਸੋਹਣਾ ਬਣਾ ਲਿਆ। ਉੱਥੇ ਹਰ ਗਊ ਗਰੀਬ ਦੀ ਮਦਦ ਹੁੰਦੀ ਹੈ, ਪਰ ਸਾਡੇ ਗਊ ਗਰੀਬ ਨੂੰ ਪੁੱਛਦਾ ਕੌਣ ਹੈ? ਆਹ ਗਾਵਾਂ ਨੇ ਕੁਇੰਟਲ ਕੁਇੰਟਲ ਵੇਸਟ ਉਹਨਾਂ ਦੇ ਪੇਟ 'ਚੋਂ ਨਿਕਲ ਰਹੀ ਹੈ। 30 ਕਿੱਲਾਂ ਕੱਚ, ਰੋੜੇ, ਇੱਟਾਂ, ਪੱਥਰ ਆ ਫਰੀਦਾਬਾਦ 'ਚੋਂ ਗਊ ਮਾਤਾ ਦੇ ਪੇਟ 'ਚੋਂ ਕੱਢਿਆ। ਲਾਹਨਤ ਹੈ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਕਹਿੰਦੇ ਨੇ ਅਸੀਂ ਗਊ ਮਾਤਾ ਲਈ ਇਹ ਕੁਛ ਕੀਤਾ। ਆਪ ਦਾ ਸਵਾਗਤ ਸਰ, ਵੈਲਕਮ ਬਾਈ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ? ਹਾਂਜੀ ਭਾਨ ਸਿੰਘ ਜੀ, ਸਵਾਗਤ ਜੀ। ਜੀ ਵੈਲਕਮ। ਮਿਹਰਬਾਨੀ ਸਰ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਵਿਨੀਪੈਗ ਤੋਂ ਬਾਈ ਜੀ ਗੁਰਮੇਲ ਸਿੰਘ ਜੁੜੇ ਨੇ। ਸਾਹ ਗੁਰਮੇਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। ਬੜੀ ਖੁਸ਼ੀ ਹੋਈ, ਬੇਟੀ ਦਾ ਮੈਨੂੰ ਨਾਮ ਭੁੱਲ ਗਿਆ, 14 ਵਰਿਆਂ ਦੀ ਹੈ, ਜਿਹਨੇ ਭਾਰਤੀ ਕਾਨੂੰਨ ਬਾਰੇ ਗੱਲ। ਸਰਕਾਰੀ ਤੰਤਰ ਹੀ ਹੈ ਜ਼ਿਆਦਾ। ਬਿਲਕੁਲ ਜੀ, ਪਹਿਲਾਂ ਤਾਂ ਸਭ ਤੋਂ ਵੱਡੀ ਇਹ ਦੁਖਦਾਈ ਹੈ, ਮੈਨੂੰ ਸ਼ੌਕ ਹੁੰਦਾ ਵੀ ਲੋਕਤੰਤਰ ਦੇ ਵਿੱਚ ਲੋਕ ਤਾਂ ਖਤਮ ਹੀ ਗਾਇਬ ਹੋ ਚੁੱਕਿਆ, ਜਿਹੜਾ ਮਸ਼ੀਨਾਂ ਮੂਹਰੇ ਆ ਜਾਂ ਜੋ ਵਟਐਵਰ। ਜੀ ਜੀ, ਹੁਣ ਜਿਵੇਂ ਤੁਸੀਂ ਦੇਖੋ ਕਿੰਨਾ ਪੋਲਿਟਿਕਸ, ਜਿਹੜਾ ਦੀਪ ਸਿੱਧੂ ਤੇ ਸਿਰਸਾ ਕਹਿੰਦਾ ਵੀ ਮੈਂ ਦੀਪ ਸਿੱਧੂ ਦੇ ਹੱਕ 'ਚ ਆ, ਜਿਵੇਂ ਉਹ ਛੁਡਾਉਣਾ ਸਾਰਾ ਕੁਛ ਕਰਨਾ, ਉਧਰ ਵਿਕਰਮ ਮਜੀਠੀਆ ਕਹਿ ਰਿਹਾ ਵੀ ਨਹੀਂ ਯੋਗ, ਕਿੰਨੀ ਪੋਲਿਟਿਕਸ ਇਹ ਆਮ ਬੰਦੇ ਦੇ ਸਮਝ 'ਚ ਆਉਣ ਵਾਲੀ ਪੋਲਿਟਿਕਸ ਆ, ਮੈਂ ਤਾਂ ਇਹ ਕਹੂੰਗਾ। ਜੀ ਅਕਾਲੀ ਦਲ ਤਾਂ ਦੀਪ ਦੇ ਹੱਕ 'ਚ ਨਹੀਂ ਬੋਲਦਾ, ਤੇ ਸਿਰਸਾ ਹੁਣ ਮਜਬੂਰੀ ਹੈ, ਦਿੱਲੀ 'ਚ ਬੈਠਾ, ਭਾਜਪਾ ਨਾਲ ਉਹਦੀ ਸਾਂਢੀ ਗਾਂਢੀ ਹੈ ਹੀ ਹੈ, ਉਹ ਡਬਲ ਗੇਮ ਕਰਦਾ ਇਸ 'ਤੇ, ਅਕਾਲੀਆਂ ਨਾਲ ਵੀ ਕ੍ਰੋਸ ਆ, ਉੱਧਰ ਵੀ ਕ੍ਰੋਸ ਹੈ।
ਪ੍ਰੋਬਲਮ ਸੁਣਦੇ ਜਿਵੇਂ ਤੁਸੀਂ ਉਹ ਨਾ ਇੱਕ ਪਿੱਛੇ ਚਲਾ ਗਿਆ ਦੁੱਧ ਅਸੀਂ 100 ਰੁਪਏ ਵੇਚਣਾ ਦੁੱਧ ਹਾਂਜੀ ਹਾਂਜੀ ਰਾਈਟ ਬਾਈ ਕੁਦਰਤੀ ਮੈਂ ਗੈਸ ਸਾਡਾ ਮੈਂ ਦਿਨੀ ਪੈਕ ਰਹਿਣਾ ਮੈਂ ਗੈਸ ਵਾਲੀ ਨਿਗਾਹ ਮਾਰੀ ਮੈਂ ਕਿਹਾ ਗੈਸ ਕਿੰਨਾ ਰੇਟ ਆ ਉਹ ਸਾਡੇ ਗੈਸ ਦਾ ਰੇਟ ਆ ਜਿਵੇਂ $1 ਸਮਥਿੰਗ ਆ ਸੋ ਜਦੋਂ ਮੈਂ ਦੁੱਧ ਦਾ ਦੇਖਿਆ ਤੇ ਉਹ 4 ਲੀਟਰ ਦੀ ਢੋਲੀ $5 ਦੇ ਨੇੜੇ ਧੜਿਆ ਮੈਂ ਕਿਹਾ ਯਾਰ ਸਾਡੇ ਤਾਂ ਸੇਮ ਹੀ ਆ ਫਿਰ ਸਾਡੇ ਤਾਂ ਮੈਨੂੰ ਲੱਗਦਾ ਵੀ ਜਿਹੜਾ ਦੁੱਧ ਆ ਉਹ ਮਹਿੰਗਾ ਗੈਸ ਨਾਲੋਂ ਬਿਲਕੁਲ ਬਿਲਕੁਲ ਉਹ ਤੁਹਾਡਾ ਪ੍ਰੋਗਰਾਮ ਦੇਖ ਕੇ ਸਡਨਲੀ ਮੇਰੇ ਦਿਮਾਗ 'ਚ ਆਇਆ ਹੋਰ ਮਹਿੰਗਾ ਹੋਏਗਾ ਜਿੱਦਾਂ ਹਾਂਜੀ ਹਾਂਜੀ ਜਿਹੜੇ ਜਿਵੇਂ ਫੋਕੇ ਬਣ ਰਹੇ ਆ ਪਾਦੀ ਬਣ ਰਹੇ ਆ ਫੋਕੇ ਜਾਂ ਹੋਰ ਉਹ NRI ਦੇ ਲਾ ਲਓ ਕਿਹੜੀਆਂ ਛੱਡਿਆ ਏ ਸਾਰਾ ਕੁਝ ਛੱਡਿਆ ਏ ਇੱਥੇ ਆ ਕੇ ਫੇਰ ਵੀ ਉਹੀ ਉਹੀ ਹਾਲ ਉਹਨਾਂ ਦਾ ਫੇਰ ਵੀ ਉਹੀ ਹਾਲ ਆ ਜੀ 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 ਥੈਂਕ ਯੂ ਮੈਨੂੰ ਨਾ ਇੱਕ ਹਾਂਜੀ ਮੈਨੂੰ ਇੱਕ ਥੋੜ੍ਹਾ ਜਿਹਾ ਮੈਂ ਤੁਹਾਡਾ ਇੱਕ ਮਿੰਟ ਦੋ ਮਿੰਟ ਟਾਈਮ ਲੈਣਾ ਤੇ ਇੱਕ ਨਾ ਮੈਨੂੰ ਇੱਕ ਵੀਰ ਨੇ ਕਿਹਾ ਕਹਿੰਦਾ ਵੀ ਇੱਥੇ 10 ਸਾਲਾਂ ਦੇ ਵਿੱਚ ਜੇ ਤੁਸੀਂ ਟਰੂ ਕੈਨੇਡੀਅਨ ਬਣ ਗਏ ਤਾਂ ਬਣ ਗਏ ਅਦਰਵਾਈਜ਼ ਤੁਸੀਂ ਉਹੀ ਰਹਿਣਾ ਇੰਡੀਆ ਵਾਲੇ ਸਾਰਾ ਕੁਛ ਜੀ ਮੈਂ ਕਿਹਾ ਯਾਰ ਮਤਲਬ ਕੀ ਕਹਿੰਦਾ ਉਹਨੇ ਮੈਨੂੰ ਇੱਕ ਨਾ ਬੜੀ ਮੈਨੂੰ ਬੜੀ ਇੰਪ੍ਰੈਸ ਹੋਈ ਕਹਿੰਦਾ ਕਹਿੰਦਾ ਹਾਓ ਕੈਨ ਆਈ ਹੈਲਪ ਯੂ ਤੇ ਇੰਡੀਆ 'ਚ ਹੁੰਦਾ ਕਹਿੰਦਾ ਦੱਸ ਕੀ ਗੱਲ ਆ ਮੈਂ ਕਿਹਾ ਇਹਦਾ ਮਤਲਬ ਕੀ ਆ ਕਹਿੰਦਾ ਇੰਡੀਆ 'ਚ ਦੇ ਕਿਸੇ ਤੋਂ ਆਫਿਸ ਜਾਵੇਂਗਾ ਜਾਂ ਫੋਨ ਕਰੇਗਾ ਉਹਨੇ ਕਹਿੰਦਾ ਹਾਂ ਦੱਸ ਕੌਣ ਆ ਤੂੰ ਕੀ ਗੱਲ ਆ ਜੀ ਕਹਿੰਦਾ ਕੈਨੇਡਾ ਦਾ ਮਤਲਬ ਹੁੰਦਾ ਵੀ ਹਾਓ ਕੈਨ ਆਈ ਹੈਲਪ ਯੂ ਕਹਿੰਦਾ ਜੇ ਆਪਾਂ ਇੱਥੇ ਆ ਕੇ ਇਹ ਚੀਜ਼ ਦਾ ਫਰਕ ਵੀ ਨਹੀਂ ਨਾ ਸਮਝੇ ਵੀ ਹਾਓ ਕੈਨ ਆਈ ਹੈਲਪ ਯੂ ਤੇ ਹਾਂ ਦੱਸ ਕਹਿੰਦਾ ਬਸ ਵੈਸੇ ਤਾਂ ਆਪਾਂ ਕਹਿੰਦਾ ਉਹੀ ਪੁਰਾਣੇ ਉਹਨਾਂ 'ਚ ਹੀ ਤੁਰੇ ਆਉਣੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਗੁਰਮੇਲ ਸਿੰਘ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਇਸ ਵਕਤ ਬਾਈ ਜੀ ਯੂਕੇ ਤੋਂ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਤੁਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਸਰ ਕੌਣ ਬੋਲ ਰਹੇ ਹੋ ਮੈਂ ਰਵੀਰ ਸਿੰਘ ਬੋਲਦਾ ਜੀ ਉਦਾਂ ਮੈਂ ਗੰਗਾ ਨਗਰ ਰਹਿੰਦਾ ਰਾਜਸਥਾਨ ਅੱਛਾ ਜੀ ਹਾਂਜੀ ਇਸ ਵੇਲੇ ਯੂਕੇ ਜੇ ਹਾਂ ਤੇ ਹੁਣ ਮੈਂ ਇਸ ਵੇਲੇ ਆਸਟ੍ਰੇਲੀਆ ਬੈਠਾ ਜੀ 14 ਮਹੀਨੇ ਹੋ ਗਏ ਮੈਨੂੰ ਆਏ ਨੂੰ ਇੱਥੇ ਮੈਂ ਫਸਿਆ ਬੈਠਾ ਓਹੋ ਬੜੇ ਆਇਆ ਸੀ ਮੈਂ ਅੱਛਾ 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 ਕਰੋਨਾ ਕਰਕੇ ਓਕੇ ਤੇ ਮੇਰੀ ਮੈਂ ਲੱਕੀ ਆ ਜੀ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਤਾਂ ਕੰਬੀ ਜਾਣਾ ਭਈ ਮੇਰਾ ਫੋਨ ਕਿੱਦਾਂ ਲੱਗ ਗਿਆ ਅੱਜ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਵੱਡੇ ਵੀਰ ਕੱਲ ਮੈਂ ਮੁੰਡੇ ਤੋਂ ਮੈਨੂੰ ਇਹਨਾਂ ਜ਼ਿਆਦਾ ਨੌਲੇਜ ਨਹੀਂ ਇਹਦੇ ਬਾਰੇ ਦੂਜੇ ਦੇ ਅੱਛਾ ਮਾਣਾ ਇੰਟਰਨੈਟ ਬਾਰੇ ਕੱਲ ਮੈਂ ਮੁੰਡੇ ਤੋਂ ਸਬਸਕ੍ਰਾਈਬ ਕਰਾਇਆ ਰੇਡੀਓ ਪਹਿਲਾਂ ਤਾਂ ਮੈਂ ਗਲੋਬਲ ਨਹੀਂ 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 ਬਤਾ ਰਿਹਾ ਮੈਂ ਤਾਂ ਗਲੋਬਲ ਕਰਕੇ ਮੈਂ ਤੇ ਆਸਟ੍ਰੇਲੀਆ 'ਚ ਸਾਲ ਕੱਢ ਗਿਆ ਅੱਛਾ ਓਹੋ ਥੈਂਕ ਯੂ ਰੋਜ਼ ਸੁਣੀਦਾ ਸੀ ਉਹ ਪ੍ਰੋਗਰਾਮ ਸਾਰਾ ਹੀ ਜਦੋਂ ਗਲੋਬਲ ਗੱਲਬਾਤ ਹੁੰਦੀ ਸੀ ਤੁਹਾਡਾ ਉਹ ਕਾਲ ਚੈਨਲ ਵਾਲਾ ਤਾਂ ਅਸੀਂ ਇੰਗਲੈਂਡ ਦੇਖਦੇ ਹੁੰਦੇ ਸੀ ਪ੍ਰੋਗਰਾਮ ਅੱਛਾ ਜੀ ਤੇ ਫਿਰ ਮੈਂ ਪਿਛਲੀ ਫਰਵਰੀ ਦਾ ਆਇਆ ਸਾਲ ਹੀ ਹੋ ਗਿਆ ਸਾਨੂੰ ਸਾਲ ਤੋਂ ਦੋ ਤਿੰਨ ਦਿਨ ਉੱਤੇ ਹੋ ਗਿਆ ਤੇ ਹੁਣ ਜਾਣ ਦਾ ਸੋਚਦੇ ਸੀਗੇ ਤੇ ਬਸ ਇਦਾਂ ਹੀ ਕਈ ਕੁਛ ਬਣੀ ਬਣੀ ਜਾਂਦਾ ਹਾਲੇ ਅੱਛਾ ਜਦੋਂ ਰਘਵੀਰ ਬਾਈ ਜੀ ਜਦੋਂ ਤੁਸੀਂ ਇੰਡੀਆ ਰਹਿੰਦੇ ਸੀ ਉਦੋਂ ਮਤਲਬ ਜਿਹੜਾ ਮੀਡੀਆ ਜਾਂ ਇਹ ਚੀਜ਼ਾਂ ਉਹ ਇੰਨਾ ਲੁਤਫ ਨਹੀਂ ਸੀ ਦਿੰਦੀਆਂ ਹਨਾ ਹੁਣ ਤੁਸੀਂ ਮਤਲਬ ਦੂਰ ਰਹਿ ਕੇ ਵੀ ਜੁੜੇ ਹੋ ਪੰਜਾਬ ਨਾਲ ਮਤਲਬ ਇਹ ਬਹੁਤ ਕਾਰਗਰ ਹੈ ਮੀਡੀਆ ਭਾਵੇਂ ਰੇਡੀਓ ਟੈਲੀਵਿਜ਼ਨ ਹੈ ਜਾਂ ਕੋਈ ਵੀ ਹੈ ਨਾ ਅੱਛਾ ਲੱਗਦਾ ਮੈਂ ਤਾਂ ਇੰਗਲੈਂਡ ਨੂੰ ਵੀ ਬੜਾ ਕਾਫੀ ਵੱਡਾ ਹੋ ਕੇ ਆਇਆ ਜੀ ਤੇ ਮੈਨੂੰ ਉਦਾਂ ਵਿੱਚ ਇਦਾਂ ਚੰਗੇ ਬੰਦੇ ਜਿਹੜੇ ਸੱਚ ਬੋਲਦੇ ਮੈਨੂੰ ਉਦਾਂ ਹੀ ਚੰਗੇ ਬਹੁਤ ਲੱਗਦੇ ਆ ਮੈਂ ਆਪ ਵੀ ਥੋੜਾ ਜਿਹਾ ਇਦਾਂ ਦਾ ਹੀ ਆ ਤੇ ਅੱਛੀ ਗੱਲ ਬਾਕੀ ਬਹੁਤ ਜ਼ਿਆਦਾ ਆ ਕਿਉਂਕਿ ਮੈਂ ਉੱਥੇ ਜਦੋਂ ਅਸੀਂ ਲੈਨੇ ਮੈਂ ਲੈਸਟਰ ਸ਼ਹਿਰ ਰਹਿਣਾ ਉੱਥੇ ਜੀ ਅੱਛਾ ਅੱਛਾ ਓਕੇ ਸਾਡੇ ਵੀ ਕਾਫੀ ਇਦਾਂ ਖਾਲਿਸਤਾਨ ਦਾ ਜ਼ੋਰ ਰਹਿੰਦਾ ਉੱਥੇ ਮੁੰਡੇ ਮੁੰਡੇ ਕਾਫੀ ਕਰਦੇ ਕਰਦੇ ਰਹਿੰਦੇ ਪਰ ਮੈਂ ਤਾਂ ਉਹਨਾਂ ਨੂੰ ਹੱਸਦਾ ਉਹਨਾਂ ਕਈ ਵਾਰੀ ਮੈਂ ਕਿਹਾ ਭਰਾਵਾ ਅਸੀਂ ਤਾਂ ਤੁਹਾਡੇ ਤੋਂ ਉੱਦਾਂ ਹੀ ਡਰਦੇ ਆ ਵੀ ਸਾਡੇ ਪਾਣੀ ਆਉਂਦਾ ਤੇ ਸਾਡੀ ਨਹਿਰ ਨਾ ਬੰਦ ਕਰ ਦਿਓ ਬਸ ਰਾਜਸਥਾਨ ਵਾਲੀ ਮੇਰੀ ਡੈਰੀ ਭਰੀ ਪਈ ਆ ਜੀ ਕਿਸਾਨ ਜਿੱਦਣ ਦਾ ਅੰਦੋਲਨ ਚੱਲਿਆ ਲਿਖ ਲਿਖ ਕੇ ਬੀਤ ਕੀ ਰਿਹਾ ਕੋਈ ਨੀ ਤੁਸੀਂ ਵਿਚਾਰ ਦਿਆ ਕਰੋ ਰਘਵੀਰ ਸਿੰਘ ਜੀ ਮੈਂ ਬੇੜਾ ਬੰਨੇ ਲਾਇਓ ਹਾਂ ਦੇਖੋ ਤੁਸੀਂ ਲਾਈਵ ਆ ਜੀ ਇਸ ਵੇਲੇ ਲਾਈਵ ਆ ਆਪਣੀ ਗੱਲਬਾਤ ਜਾ ਰਹੀ ਆ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਲੋਕ ਸੁਣ ਰਹੇ ਆ ਮੈਨੂੰ ਹੁਣ ਟਾਈਮ ਇਸ ਵੇਲੇ ਕੱਲ ਨੂੰ ਇਸ ਵੇਲੇ ਫੇਰ ਕਰ ਸਕਦੇ ਫੋਨ ਜੇ ਕਰਨਾ ਹੋਵੇ ਹਾਂ ਸਵੇਰੇ 8 ਤੋਂ 10 ਹੁਣ ਤੋਂ ਜਾਨੀ 1 ਘੰਟਾ 14 ਮਿੰਟ ਪਹਿਲਾਂ ਸ਼ੁਰੂ ਹੋਇਆ ਤੇ 46 ਮਿੰਟ ਨੂੰ ਖਤਮ ਹੋ ਜਾਣਾ ਹੁਣ ਤੋਂ 9:14 ਮਿੰਟ ਇੰਡੀਆ ਦੇ ਹੋਏ ਆ ਮੈਂ ਤਾਂ ਬਹੁਤ ਲੱਕੀ ਮੈਂ ਉਦਾਂ ਬੈਠੇ ਬੈਠੇ ਨੂੰ ਲਾਇਆ ਤੁਸੀਂ ਗੱਲ ਕਰਦੇ ਸੀ ਨਾ ਇੱਕ ਬੰਦਾ ਕਰਨਪੁਰ ਤੋਂ ਵੀ ਆਇਆ ਸਾਡੇ ਹਾਂ ਗੁਰਦੀਪ ਸਿੰਘ ਆ ਬਾਈ ਜੀ ਕਰਨਪੁਰ ਤੋਂ ਹਾਂ ਤੁਹਾਡੇ ਰਾਜਸਥਾਨ ਤੋਂ ਤੁਹਾਡੇ ਜਸਵੀਰ ਸਿੰਘ ਦਾ ਉਹਦਾ ਮੈਂ ਬਹੁਤ ਇੰਟਰਸਟ ਆ ਉਹਦੀ ਕਾਲ ਦੀ ਵੇਟ ਕਰਦਾ ਗੰਗਾਨਗਰ ਤੋਂ ਜਸਵੀਰ ਸਿੰਘ ਹਾਂ ਉਹਨਾਂ ਦੀ ਕਾਲ ਨਹੀਂ ਆਈ ਜੀ ਜੀ ਸੰਮੇ ਵਾਲੇ ਸਾਹਿਬ ਹੋਰ
ਔਰ ਤੁਹਾਡੇ ਜਿਹੜਾ ਕੈਨੇਡਾ ਵਾਲੇ ਭਾਈ ਕਈ ਆਉਂਦੇ ਹੁੰਦੇ ਸੀ ਜਿਹੜੇ ਸਾਰਿਆਂ ਨੇ ਮੈਂ ਤਾਂ ਜਾਣਦਾ ਜੁਣਦਾ ਸਾਰਿਆਂ ਨੂੰ ਇਹਨਾਂ ਨੂੰ ਮਤਲਬ ਐਂ ਲੱਗਦਾ ਕਿ ਸੱਥ 'ਚ ਬੈਠੇ ਆ ਨਾ ਸਾਡੀ ਵੀ ਕਦੇ ਟਵਾਣੇ ਨਾਲ ਗੱਲ ਹੋਊਗੀ ਨਹੀਂ 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 ਮੈਂ ਕਿਹੜਾ ਜੀ ਕੋਈ ਐਡੀ ਚੀਜ਼ ਹੈ ਕੋਈ ਨਹੀਂ ਕੁਝ ਬੰਦੇ ਮੇਰੇ ਬੈਸਟ ਜਿਹਾ ਜੀ ਮੈਂ ਜ਼ਿੰਦਗੀ 'ਚ ਉਹਨਾਂ ਨੂੰ ਕਦੇ ਮਿਲਣਾ ਚਾਹੁੰਦਾ ਕਦੇ ਲੱਗਿਆ ਸੰਯੋਗ ਤਾਂ ਜ਼ਰੂਰ ਮਿਲਾਂਗੇ ਜੀ ਜੀ ਮੋਸਟ ਵੈਲਕਮ ਮੇਰਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੀ ਤੁਹਾਨੂੰ ਉਮਰ ਅੰਦਾਜ਼ ਕਰੇ ਬਾਕੀ ਮਿਹਰਬਾਨੀ ਡਟੇ ਰਹੋ ਜੀ ਥੈਂਕ ਯੂ ਕਿਦਾਂ ਦਾ ਕਹਿੰਦੇ ਹੁੰਦੇ ਆ ਰਾਗ ਤਾਂ ਉਹੀ ਹੁੰਦਾ ਜਿਹੜਾ ਜੇ ਟਾਈਮ ਨਾਲ ਵਜਾਇਆ ਜਾਵੇ ਹਾਂ ਨਹੀਂ ਤਾਂ ਟੱਕਰਾਂ ਨੇ ਜੀ ਵੇਲੇ ਦਾ ਰਾਗ ਵੇਲੇ ਦੀਆਂ ਟੱਕਰਾਂ ਸਫਾਈਆਂ ਦੇਈ ਜਾਣੀਆਂ ਹੁਣ ਸਾਨੂੰ ਤਾਂ ਇੰਨਾ ਨੌਲੇਜ ਵੀ ਹੈ ਨਹੀਂ ਪਰ ਸਫਾਈਆਂ ਤੇ ਗਲਤ ਜੀਆਂ ਦੇਈ ਜਾਣੀਆਂ ਵੀ ਸਮਝ ਜਾਂਦੇ ਲੋਕੀ ਹੁਣ ਇੱਥੇ ਕਈ ਕੁਝ ਲਿਖਿਆ ਹੁੰਦਾ ਦੇਖੋ ਜੀ ਉਹ ਮੋਦੀ ਨੂੰ ਐਂ ਕਰ ਦਿੰਦਾ ਜਦੋਂ ਪੜ੍ਹੋ ਤਾਂ ਮੂਹਰੇ ਕੋਈ ਨਾ ਕੋਈ ਹੋਰ ਹੀ ਬੈਠਾ ਹੁੰਦਾ ਨਾ ਕੋਈ ਗੱਲ ਨਾ ਕੋਈ ਬਾਤ ਦਿਮਾਗ ਖਰਾਬ ਕਰ ਦਿੰਦੇ ਲੋਕ ਜੀ 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 ਬਿਲਕੁਲ ਬਾਈ ਜੀ ਗੱਲ ਇਹੀ ਹੈ ਕਿ ਮਿਹਰਬਾਨੀ ਸਾਰਗਵੀਰ ਸਿੰਘ ਜੀ ਥੈਂਕ ਯੂ ਸਾਰਗਵੀਰ ਸਿੰਘ ਜੀ ਵੇਲੇ ਦੀ ਨਵਾਜ਼ ਅਤੇ ਕਵੇਲੇ ਦੀਆਂ ਟੱਕਰਾਂ ਬਿਲਕੁਲ ਮੀਡੀਆ ਦੀ ਬਹੁਤ ਵੱਡੀ ਜੋਬ ਹੈ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਵੈਰ ਅਧੀਨ ਜੇ ਸਾਡਾ ਮੀਡੀਆ ਦਰੁਸਤ ਹੋ ਜਾਏ ਨਾ ਬੜਾ ਕੁਝ ਦਰੁਸਤ ਹੋ ਸਕਦਾ ਪਰ ਸਾਡਾ ਮੀਡੀਆ ਜੁਕਾਮੀ ਹੈ ਨਾ ਜੁਕਾਮੀ ਆ ਪੱਤਰਕਾਰੀ ਕਰਦਾ ਜਿਵੇਂ ਉਹ ਇੱਕ ਹਸਾਉਣੀ ਸੁਣਾਈ ਸੀਗੀ ਸੋ ਇਹ ਜੁਕਾਮੀ ਆ ਪੱਤਰਕਾਰੀ ਵੱਡੀਆਂ ਵੱਡੀਆਂ ਗੱਲਾਂ ਸਾਡੇ ਲੀਡਰ ਐਂ ਸਾਡੇ ਲੀਡਰ ਐਂ ਸਾਡੇ ਲੀਡਰ ਮਾੜੇ ਇੱਦਾਂ ਨਹੀਂ ਗੱਲ ਬਣਦੀ ਜਿਹੜਾ ਮਾੜਾ ਉਹਨੂੰ ਬਾਈ ਨੇਮ ਕਹੋ ਇਹ ਟੋਬੇ ਜਿੱਟ ਸਿੱਟਣ ਦਾ ਕੋਈ ਫਾਇਦਾ ਨਹੀਂ ਹੈ ਲੋਕਾਂ ਨੂੰ ਤੁਸੀਂ ਗੁੰਮਰਾਹ ਕਰ ਦਿਓ ਵੱਧ ਤੋਂ ਵੱਧ ਕੀ ਹੋਜੂ ਪਰਚਾ ਹੀ ਹੋਜੂ ਕੀ ਹੋਏਗਾ ਜ਼ਮਾਨਤ ਕਰਾ ਲਓਗੇ 20-50,000 ਰੁਪਈਆ ਲੱਗ ਜੂ ਜਾਨ ਤਾਂ ਨਹੀਂ ਨਿਕਲ ਜੂ ਸੱਚ ਨੂੰ ਸੱਚ ਕਹਿਣ ਦਾ ਹੌਸਲਾ ਆਖੋ ਤੁਹਾਡੇ ਕੋਲ ਸਾਰਾ ਕੁਛ ਆਉਂਦਾ ਹੁਣ ਮੇਰੇ ਕੋਲ ਸੀ ਰਾਣਾ ਗੁਰਜੀਤ ਉਹਨਾਂ ਨੂੰ ਮਤ ਪਏ ਸੀ ਉਹਨਾਂ ਨੇ ਕੇਸ ਕਰਤਾ ਡੈਟਸ ਆਲ ਇਹੀ ਹੋਏਗਾ ਜੇਲ੍ਹ 'ਚ ਸੁੱਟਿਆ ਜਾਊਗਾ ਬੰਦਾ ਜੇ ਤੁਹਾਨੂੰ ਇੰਨਾ ਸਤਿਕਾਰ ਮਿਲਦਾ ਤਾਂ ਦੁਰਕਾਰ ਵੀ ਝੱਲਣਾ ਪੈਣਾ ਗਾਲੀ ਗਲੋਚ ਵੀ ਝੱਲਣਾ ਪੈਣਾ ਸੱਚ ਨੂੰ ਸੱਚ ਨਹੀਂ ਕਹੋਗੇ ਤਾਂ ਤੁਸੀਂ ਵੀ ਝੂਠ ਦੇ ਪੱਲੜੇ 'ਚ ਬਹਿੰਦੇ ਹੋ ਲੰਮੀਆਂ ਚੌੜੀਆਂ ਗੱਲਾਂ ਦਾ ਵਖਿਆਨ ਕਰਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋ ਇਹ ਨਹੀਂ ਹੋਣਾ ਚਾਹੀਦਾ ਜੇ ਤੁਹਾਡੇ ਕੋਲ ਇਨਪੁੱਟ ਆ ਗਈ ਹੈ ਕਿ ਫਲਾਣਾ ਗਲਤ ਹੈ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣਾ ਚਾਹੀਦਾ ਸਵਾਗਤ ਬਾਈ ਜੀ ਤੁਸੀਂ ਆਨਰ ਹੋ ਔਜਲਾ ਸਾਹਿਬ ਹੋਲਡ 'ਤੇ ਰੱਖਿਓ ਹਾਂਜੀ ਜੋਸ਼ਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਮੁੱਦੇ ਚੁੱਕਾਂਗੇ ਲੋਕਾਂ ਦੇ ਮੁੱਦੇ ਕਿੱਥੇ ਰਹਿ ਗਏ ਤੁਸੀਂ ਤਾਂ ਆਪਣੀ ਨਿੱਜੀ ਦੁਸ਼ਮਣਬਾਜ਼ੀ ਦੇ ਉੱਤੇ ਆਏ ਜਦੋਂ ਦੇ ਇਹਨਾਂ ਦੇ ਅੱਗੇ ਮਾਈਕ ਆ ਜਾਂਦਾ ਉਦੋਂ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਦੱਸਣ ਲੱਗ ਪਣਗੇ ਆਫ ਦਾ ਪੀਪਲ ਬਾਏ ਦਾ ਪੀਪਲ ਫੋਰ ਦਾ ਪੀਪਲ ਪਰ ਲੋਕਾਂ ਨੇ ਅੱਛਾ ਐਂਟਰਟੇਨ ਕੀਤਾ ਕੱਲ ਦਾ ਨਾ ਬਿਲਕੁਲ ਬਿਲਕੁਲ ਮੈਨੂੰ ਬੜੀ ਵਧੀਆ ਗੱਲ ਲੱਗਦੀ ਹੁੰਦੀ ਆ ਆਪਣੇ ਪਰਿਵਾਰ ਦੇ ਮੈਂਬਰ ਹੀ ਲਖਵਿੰਦਰ ਸਿੰਘ ਸੰਮੇ ਵਾਲੀ ਵੀ ਇਹਨਾਂ ਤੋਂ ਆਪਾਂ ਨੂੰ ਕੁਝ ਆਸ ਨਹੀਂ ਰੱਖਣੀ ਚਾਹੀਦੀ ਆਪਾਂ ਨੂੰ ਆਪ ਹੀ ਸੁਚੇਤ ਹੋਣਾ ਪੈਣਾ ਹੈ ਜੀ 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 ਬਹੁਤ ਵਧੀਆ ਗੱਲ ਕਹਿੰਦੇ ਹੁੰਦੇ ਉਹ ਬੜੀ ਵਧੀਆ ਤੇ ਇੱਕ ਮੈਂ ਟਵਾਣਾ ਜੀ ਹੋਰ ਤੁਹਾਨੂੰ ਰਿਕੁਐਸਟ ਕਰਨੀ ਸੀ ਇੱਕ ਆਪਣੇ ਗਲੋਬਲ ਪੰਜਾਬ ਤੇ ਜੁੜਦੇ ਹੁੰਦੇ ਸੀ ਚਰਨਵੀਰ ਸਿੰਘ ਰੰਧਾਵਾ ਜੀ ਜੀ ਉਹ ਨਹੀਂ ਮਤਲਬ ਅੱਜ ਕੱਲ ਆਉਂਦੇ ਜੇ ਕੁਝ ਹੋਈ ਹੋਇਆ ਉਹਨਾਂ ਨਾਲ ਕੰਟੈਕਟ ਜ਼ਰੂਰ ਉਹਨਾਂ ਨੂੰ ਕਿਹਾ ਬੜੀ ਵਧੀਆ ਜਿਹੜੀ ਤੁਸੀਂ ਹੁਣੀ ਸੱਥ ਵਾਲੀ ਗੱਲ ਕੀਤੀ ਸੀ ਵਾਕਿਆ ਅਸੀਂ ਵੀ ਇਸ ਵੇਲੇ ਆਲੂਆਂ ਦੀ ਸ਼ਾਂਤੀ ਚੱਲ ਰਹੀ ਹੈ ਉੱਥੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਅੱਛਾ ਅੱਛਾ ਆਲੂ ਦੀ ਪਟਾਈ ਮੈਂ ਵੀ ਥੋੜੇ ਜਿਹੇ ਲਾਏ ਹੋਏ ਨੇ ਮੈਨੂੰ ਦੱਸ ਦਿਓ ਕਦੋਂ ਕੁ ਤੱਕ ਪਟ ਲਾਂ ਵਿੱਚੇ ਨਾ ਗਲ ਜਾਣ ਕਿਤੇ ਮੈਨੂੰ ਇਹ ਤਾਂ ਯਾਦ ਨੀ ਹੁਣ ਮਤਲਬ ਉਹਨਾਂ ਦੀਆਂ ਜਿਹੜੇ ਉੱਤੋਂ ਸਾਰੇ ਤਕਰੀਬਨ ਸੁੱਕ ਗਏ ਨੇ ਉੱਪਰ ਲੋਨ ਲੋਨ ਜਿਹੜਾ ਸੁੱਕ ਗਿਆ ਹੋਣਾ ਹਾਂ 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 ਹਾਂਜੀ ਹਾਂਜੀ ਹੁਣ ਤੇ ਪੱਕੀ ਪਟਾਈ ਚੱਲ ਰਹੀ ਹੈ ਅਸੀਂ ਜਿਹੜੀ ਹੁਣ ਪਟਾਈ ਚੱਲ ਕਰਦੇ ਆ ਨਾ ਅਸੀਂ ਹੁਣ ਡਿੱਗਰ ਨਾ ਕਰਦੇ ਆ ਮਤਲਬ ਕਿਉਂਕਿ ਹੁਣ ਇਸ ਟਾਈਮ ਜਿਹੜੀ ਖੇਲ ਆ ਉਹ ਸਖਤ ਹੋ ਜਾਂਦੀ ਆ ਤੇ ਉਹਦੇ ਵਿੱਚ ਰੰਬਾ ਨਹੀਂ ਵੱਜਦਾ ਫਿਰ ਤਾਂ ਕਰਕੇ ਹੁਣ ਡਿੱਗਰ ਬਣਾਏ ਹੋਏ ਆ ਪੱਕੇ ਤੇ ਨਹੀਂ ਮੈਂ ਤਾਂ ਭਰਾਵਾ ਕਈ ਨਾਲ ਹੀ ਪਟਣਿਆ ਮੇਰੇ ਤਾਂ ਬਗੀਚੀ ਚ ਲਾਏ ਨੇ ਥੋੜੇ ਜੇ ਦੋ ਚਾਰ ਟੋਕਰੇ ਹੋਣੇ ਆ ਫਿਰ ਕੋਈ ਚੱਕਰ ਨਹੀਂ ਆ ਉਹ ਨਹੀਂ ਉਹ ਤੁਸੀਂ ਜਦੋਂ ਮਰਜ਼ੀ ਆ ਮਤਲਬ ਐਸ ਮਹੀਨੇ ਦੇ ਵਿੱਚ ਪੁੱਟ ਲਿਓ ਕਿਉਂਕਿ ਬਾਅਦ ਜਦੋਂ ਜ਼ਿਆਦਾ ਗਰਮੀ ਹੋ ਗਈ ਫਿਰ ਉਹਨੇ ਪਟਾਕਾ ਮਾਰ ਲਾ ਪੈਣਾ ਹਾਂ ਫਟ ਜਾਂਦੇ ਆ ਫਿਰ ਕੋਈ ਨਹੀਂ ਫਿਰ ਮੁਰਗਿਆਂ ਨੂੰ ਖਵਾ ਦੇਾਂਗੇ ਕੋਈ ਗੱਲ ਨਹੀਂ ਹਾਂਜੀ ਤੇ ਬਾਕੀ ਰੰਧਾਵਾ ਸਾਹਿਬ ਦੇ ਬਹੁਤ ਵਧੀਆ ਗੱਲਾਂ ਕਰਦੇ ਹੁੰਦੇ ਆ ਉਹਨਾਂ ਨੂੰ ਜ਼ਰੂਰ ਕਿਹਾ ਵੀ ਜੁੜਿਆ ਕਰਨ ਨਾਲ ਜ਼ਰੂਰ 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 ਇੱਕ ਆਪਣੇ ਸੱਦੇ ਵਾਲੀਆ ਭਾਜੀ ਵੀ ਹੁੰਦੇ ਸੀ ਉਹ ਮਾਨਸੇ ਵਾਲੇ ਸੱਦੇ ਵਾਲੀਆ ਹਾਂ ਉਹ ਬਹੁਤ ਗੁੱਸੇ ਜਾਂਦੇ ਹੁੰਦੇ ਆ ਸੱਦੇ ਵਾਲੀ ਥੈਂਕ ਯੂ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਦੀ ਮਤਲਬ ਉਹ ਆਵਾਜ਼ ਚ ਕਹਿ ਲੋ ਵੀ ਪੰਜਾਬ ਪ੍ਰਤੀ ਦਰਦ ਹੁੰਦਾ ਇੱਕ ਜਿਵੇਂ ਜੀ 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 ਥੈਂਕ ਯੂ ਪਰ ਆਪਣੇ ਲੀਡਰਾਂ ਨੂੰ ਪਤਾ ਨਹੀਂ ਕਦੋਂ ਆਉਗੀ ਇਹ ਤਾਂ ਹੁਣ ਰੱਬ ਹੀ ਰਾਖਾ ਹੈ ਤੁਹਾਡਾ ਜੀ ਥੈਂਕ ਯੂ ਮਿਹਰਬਾਨੀ ਧੰਨਵਾਦ ਤੁਹਾਡਾ ਮਿਹਰਬਾਨੀ ਥੈਂਕ ਯੂ ਲਓ ਦੋਸਤੋ ਰਾਜਨੀਤਿਕ ਮਾਮਲਿਆਂ ਦੇ ਮਾਹਰ ਅਤੇ ਵਕਾਲਤ ਨਾਲ ਵਾਵਸਥਾ ਸਵਾ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਰਹੇ ਨੇ ਸੋ ਵਿਧਾਨ ਸਭਾ ਦੇ ਵਿੱਚ ਕੱਲ੍ਹ ਜਿਸ ਤਰ੍ਹਾਂ ਜੱਫੀ ਵਾਲਾ ਮਾਹੌਲ ਬਣਿਆ ਇੱਕ ਪਾਸੇ ਜੱਫੀ ਵਾਲਾ ਸਿੱਧੂ
ਅਤੇ ਦੂਸਰੇ ਪਾਸੇ ਮੁੱਕੀਆਂ ਵਾਲਾ ਮਜੀਠਾ ਹੈ ਨਾ, ਜਿਹੜਾ ਰਾਣੇ ਗੁਰਜੀਤ ਨੂੰ ਕਹਿੰਦਾ ਸੀ ਮੈਂ ਤੇਰੀਆਂ ਮੁੱਛਾਂ ਪੱਟ ਦੂੰ। ਮੈਨੂੰ ਹੈਰਾਨੀ ਹੋਈ ਵੀ ਇੰਨਾ ਕੁਛ ਜਦੋਂ ਵਿਧਾਨ ਸਭਾ 'ਚ ਵਾਪਰਿਆ, ਕਈ ਪੱਤਰਕਾਰ ਗੱਲ ਯਾਦ ਨਹੀਂ ਕਰਵਾਉਂਦੇ ਲੋਕਾਂ ਨੂੰ, ਹੈ ਨਾ, ਉਹ ਕਹਿਣਗੇ ਜੀ ਉਹ ਇੱਕ MLA ਨੇ ਇੱਦਾਂ ਵੀ ਕਿਹਾ ਸੀ। ਇਹ ਜੁਕਾਮੀ ਆ ਪੱਤਰਕਾਰੀ ਹੈ। ਮੈਂ ਵੇਖਿਆ ਇੱਕ ਬਹੁਤ ਵੱਡੇ ਮੰਚ 'ਤੇ ਦੋ ਜਰਨਲਿਸਟ ਵੀਰ ਲੱਗੇ ਹੋਏ, ਹੈ ਨਾ, ਅਤੇ ਉਹ ਕਹਿਣ ਜੀ ਪਹਿਲਾਂ ਵੀ ਐਂ ਹੋਇਆ ਸੀ, ਇਹਨਾਂ 'ਚੋਂ ਇੱਕ ਨੇਤਾ ਨੇ ਗਾਲਾਂ ਕੱਢੀਆਂ ਸੀ, ਬਿਕਰਮ ਮਜੀਠਾ ਨੇ ਕੱਢੀਆਂ ਸੀ। ਮਹਿੰਦਰ ਕੌਰ ਜੋਸ਼ ਹੈ ਜਿਹੜੀ, ਉਹ ਕੋਲ ਖੜੀ ਸੀ ਜਦੋਂ ਐਡੀਆਂ ਗੰਦੀਆਂ ਗੰਦੀਆਂ ਗਾਲਾਂ ਰਾਣਾ ਗੁਰਜੀਤ ਨੂੰ ਕੱਢੀਆਂ ਸੀਗੀਆਂ, ਹੈ ਨਾ। ਅਤੇ ਉਸ ਵਕਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵਿਧਾਨ ਸਭਾ 'ਚ ਗਾਲੀ ਗਲੋਚ ਹੋਇਆ, ਸਪੀਕਰ ਸਾਹਿਬ ਤੁਸੀਂ ਕੀ ਕਾਰਵਾਈ ਕਰ ਰਹੇ ਹੋ, ਅਤੇ ਸਪੀਕਰ ਅਟਵਾਲ ਸਾਹਿਬ ਕਹਿੰਦੇ ਮੈਨੂੰ ਤਾਂ ਕੁਛ ਸੁਣਿਆ ਹੀ ਨਹੀਂ, ਪਰ ਜਿਹਨੇ ਸੁਣਨਾ ਹੋਵੇ ਨਾ ਯੂਟਿਊਬ 'ਤੇ ਪਿਆ ਸਾਰਾ ਕੁਛ। ਪਰ ਸਾਡੇ ਪੱਤਰਕਾਰ, ਬਹੁਤ ਵੱਡੇ ਅਦਾਰਿਆਂ ਦੇ ਪੱਤਰਕਾਰ ਵੀਰ, ਪਤਾ ਨਹੀਂ ਕਿਉਂ ਘਬਰਾ ਜਾਂਦੇ ਆ। ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਜੀ ਸਵਾਗਤ, ਹਾਂਜੀ ਬੈਦਵਾਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਥੈਂਕ ਯੂ ਬੈਦਵਾਨ ਸਾਹਿਬ। ਅਸਲ ਦੇ ਵਿੱਚ ਨਾ ਇਹ ਵੀ TRP ਬਟੋਰਨ ਵਾਲਾ ਜ਼ਰੀਆ, ਲੋਕ ਖੁਸ਼ ਹੋ ਜਾਂਦੇ ਨੇ ਕਿ ਸਿੱਧੂ ਕਹਿੰਦਾ ਮੈਂ ਗੱਲ ਸਿਰੇ ਲਾਊਂ, ਅਤੇ ਉਹ ਆਪਣਾ ਦੂਸਰੇ ਪਾਸੇ ਆਪਣਾ ਵਿਕਰਮ ਮਜੀਠਾ ਕਹਿੰਦਾ ਮੈਂ ਗੱਲ ਸਿਰੇ ਲਾਊਂ। ਇਹ ਵੀ ਇੱਕ ਦੂਸਰੇ ਨੂੰ ਭੰਡ ਕੇ ਜੇ ਨਾ ਲੋਕਾਂ 'ਚ ਸ਼ਾਖ ਬਣਾ ਜਾਂਦੇ ਨੇ, ਕਿਉਂਕਿ ਸਿੱਧੂ ਦਾ ਵੀ ਜਿਹੜਾ ਗ੍ਰਾਫ ਡਿੱਗਿਆ ਨਾ ਪਿਛਲੇ ਸਮੇਂ, ਉਹਦੀ ਵੀ ਗੱਲ ਕੋਈ ਬਹੁਤੀ ਹੁਣ ਗੋਲਦਾ ਨਹੀਂ। ਸੋ ਸਿੱਧੂ ਸਾਹਿਬ ਨੇ ਵੀ ਆਪਣੇ ਆਪ ਨੂੰ ਫੋਰਮ ਦੇ ਵਿੱਚ ਲਿਆਉਣ ਵਾਸਤੇ ਇਹ ਚੀਜ਼ਾਂ ਚੁੱਕੀਆਂ ਨੇ, ਕਿਉਂਕਿ ਕਿਸਾਨ ਅੰਦੋਲਨ ਦੇ ਦੌਰਾਨ ਸਿੱਧੂ ਦਾ ਗ੍ਰਾਫ ਘਟਿਆ, ਅਤੇ ਉਸ ਦੇ ਨਾਲ ਨਾਲ ਫਿਰ ਜਿਹੜਾ ਉਹਦੀ ਰੇਟਿੰਗ ਕਹਿ ਲਈਏ, TRP ਕਹਿ ਲਈਏ, ਉਹ ਵੀ ਘਟੀ। ਅਤੇ ਇਸ ਕਰਕੇ ਉਹਨੇ ਅਕਾਲੀਆਂ ਨੂੰ ਭੰਡਣ ਦਾ ਇੱਕ ਬਹੁਤ ਵਧੀਆ ਮੰਚ ਸੀ ਉਹ, ਇਸੇ ਕਰਕੇ ਉਦੋਂ ਦਾ ਜਦੋਂ ਦਾ ਉਹ ਹਟਾਇਆ ਗਿਆ, ਉਸਨੇ ਰਿਜ਼ਾਈਨ ਕੀਤਾ ਆਪਣੇ ਅਹੁਦੇ ਤੋਂ ਮਿਨਿਸਟਰ ਦੇ, ਉਦੋਂ ਤੋਂ ਉਹ ਸਾਇਲੈਂਟ ਸੀਗਾ, ਵਿਧਾਨ ਸਭਾ 'ਚ ਨਹੀਂ ਆਇਆ ਇੰਨੇ ਸੈਸ਼ਨ ਲੰਘੇ। ਹੁਣ ਇਹ ਆਖਰੀ ਮੌਕਾ ਸੀ ਆਪਣੀ ਪਰਫੋਰਮੈਂਸ ਨੂੰ, ਆਪਣੇ ਪੋਲੀਟੀਕਲ ਕੈਰੀਅਰ ਨੂੰ ਬੂਸਟ ਕਰਨ ਵਾਸਤੇ ਉਹ ਆਇਆ, ਅਤੇ ਆ ਕੇ ਉਸਨੇ ਮਜੀਠੇ ਦੇ ਖਿਲਾਫ਼ ਆਪਣੀ ਭੜਾਸ ਕੱਢੀ, ਅਤੇ ਆਪਣਾ ਜਿਹੜਾ ਉਸਦਾ ਕੇਡਰ ਸੀਗਾ ਉਸ ਦੇ ਵਿੱਚ ਜਾਨ ਪਾਈ, ਇਹਦੀ ਮਜਬੂਰੀ ਸੀ ਇਹ ਕੁਛ ਕਰਨਾ। ਅਤੇ ਆਪ ਦਾ ਸਵਾਗਤ ਹੈ ਔਜਲਾ ਸਾਹਿਬ, ਵੈਲਕਮ। ਇੱਕ ਸੈਕਿੰਡ, ਹਾਂਜੀ ਔਜਲਾ ਸਾਹਿਬ, ਇੱਕ ਸੈਕਿੰਡ, ਸੁਰਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ, ਇੱਕ ਸਰੋਤ 'ਤੇ ਮੈਂ ਇੰਨੀ ਦੇਰ ਲੈ ਲਾਂ। ਬਲਵੀਰ ਬਾਈ ਜੀ ਸਵਾਗਤ ਹੈ ਤੁਹਾਡਾ, ਵੈਲਕਮ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ, MLA ਨਹੀਂ ਰਹੇ ਪਰ ਸਾਂਝ ਤਾਂ BJP ਨਾਲ ਹੈਗੀ ਹੈ, ਉਹ ਤਾਂ ਨਹੀਂ ਟੁੱਟੀ। ਔਜਲਾ ਸਾਹਿਬ ਰੈਡੀ ਹੋ? ਹੈਲੋ, ਔਜਲਾ ਸਾਹਿਬ ਦੀ ਕਾਲ ਜਿਹੜੀ ਡਿਸਟਰਬ ਹੋ ਗਈ ਹੈ। ਹੈਲੋ ਔਜਲਾ ਸਾਹਿਬ, ਇੱਕ ਸੈਕਿੰਡ, ਇਸ ਵਕਤ ਸੁਰਿੰਦਰ ਸਿੰਘ ਜੀ ਉਹਨਾਂ ਦੀ ਕਾਲ ਹੋਲਡ 'ਤੇ ਪਾ ਦਾਂ ਮੈਂ। ਹਾਂ ਤੁਸੀਂ ਗੱਲ ਕਰੋ ਬਸ, ਜਾਂਦੇ ਜਾਂਦੇ ਪਲੀਜ਼, ਵੈਲਕਮ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਾਲੇ ਸਾਰੇ ਸਰੋਤਿਆਂ ਨੂੰ। ਮੈਂ ਕਿਹਾ ਜੀ ਜੇ ਗੱਲਾਂ ਯਾਦ ਕਰਾਉਣੀਆਂ ਟਵਾਣਾ ਸਾਹਿਬ, ਤੁਸੀਂ ਤਾਂ ਟਾਈਮ ਟਾਈਮ ਤੇ ਕਰਾਉਂਦੇ ਰਹਿੰਦੇ ਹੋ, ਜਾਕੜ ਸਾਹਿਬ ਨੂੰ ਵੀ ਕਰਾ ਦਿਓ, ਉਹ ਜਦ ਮੋਟਰਸਾਈਕਲ ਤੇ ਝੋਨਾ ਬੰਨੀ ਫਿਰਦੇ ਸੀਗੇ ਵਿਚਾਰੇ। ਉਹ ਮੋਟਰਸਾਈਕਲ ਪਤਾ ਨਹੀਂ ਕਿੱਥੇ ਗਿਆ, ਜਾਕੜ ਸਾਹਿਬ ਦਾ 4 ਸਾਲ ਕੱਢਦੇ ਦੇਖ ਲਓ। ਦੇਖੋ ਮਤਲਬ ਮੈਂ ਉਹਨਾਂ ਦਾ ਕਸੂਰ ਨਹੀਂ ਸਮਝਦਾ, ਨੇਤਾ ਤਾਂ ਬੁੱਧੂ ਬਣਾਉਂਦੇ ਨੇ ਆਪਾਂ ਨੂੰ, ਜਿਹੜਾ ਪੱਤਰਕਾਰ ਭਾਈਚਾਰਾ ਉਹ ਕਿੱਥੇ ਆ ਹੁਣ? ਪੱਤਰਕਾਰ ਦਾ ਮੈਂ ਦੱਸਿਆ, ਤੁਹਾਡਾ ਬਹੁਤ ਵੱਡਾ ਮੀਡੀਆ ਜਿਹੜਾ, ਤੁਹਾਡਾ ਮੀਡੀਆ ਉਹਨੂੰ, ਸੁਰਿੰਦਰ ਜੀ ਇੱਕ ਸੈਕਿੰਡ, ਤੁਹਾਡਾ ਜਿਹੜਾ ਬਹੁਤ ਵੱਡਾ ਮੀਡੀਆ NRI ਮੀਡੀਆ, ਉਹ ਵੀ ਗੱਲਾਂ ਗੋਲ ਮੋਲ ਕਰਦਾ ਨਾ, ਰੱਬ ਨੇੜੇ ਕਿ ਕਿਸਨ ਅਗਲੇ ਨੇ ਐਡ ਲੈਣੀ ਹੈ ਜੀ। ਹੈਲੋ, ਮੈਂ ਕਿਸੇ ਨੂੰ ਸੁਣਦਾ, ਮੈਂ ਸੁਣ ਕੇ ਅੱਕ ਗਿਆ, ਅੱਕ ਗਿਆ ਜੀ, ਮੈਂ ਤੁਹਾਨੂੰ ਥੱਕ ਵੀ ਗਿਆ, ਅੱਕ ਵੀ ਗਿਆ ਜੀ, ਦੋਵੇਂ ਗੱਲਾਂ ਕਰ ਲਈਆਂ ਮੈਂ ਜੀ। ਮੈਂ ਨਹੀਂ ਸੁਣਦਾ ਗਿਆ ਇਹਨੂੰ, ਜੇ ਤਾਂ ਤੁਸੀਂ ਸਮਝਦੇ ਹੋ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੱਥੋਂ ਬੋਲਦਾ। ਜੇ ਤੁਸੀਂ ਮਤਲਬ ਕੋਈ ਪੜ੍ਹਨਾ ਜਾਂ ਸਿੱਖਣਾ ਹੈ ਹੀ ਨਹੀਂ, ਇਹ ਤਾਂ ਮਤਲਬ ਬੋਲਦ ਵੀ ਪੱਠੇ ਵੱਢ ਕੇ ਘਰ ਨੂੰ ਆ ਜਾਂਦਾ ਰੋਜ਼ ਜੀ, ਚਾਹੇ ਲੱਦ ਕੇ ਭੇਜ ਦਿਓ, ਉਹ ਵੀ ਆ ਹੀ ਜਾਂਦਾ। ਮੇਰਾ ਜਿਹੜਾ ਦੋਸਤ, ਮੈਂ ਫੋਟੋ ਪਾਈ ਸੀ 100-60 ਲਿਖਿਆ, ਉਹ ਵਿਚਾਰਾ ਪੱਠੇ ਵੱਢ ਕੇ ਆ ਰਿਹਾ ਸੀ, ਉਹ ਡੇੜੀ ਦੇ ਉੱਪਰ ਉਹਦੀ ਡੈਥ ਹੋ ਗਈ ਜੀ, ਬੋਲਦ ਕਰੇ ਲੈ ਆਉਣ। ਓਕੇ, ਓਹੋ
ਜੀ ਜੀ ਤੁਸੀਂ ਮਤਲਬ ਮੈਂ ਚਲੋ ਕੋਈ ਗੱਲ ਨਹੀਂ, ਮੌਤ ਤਾਂ ਕਿਸੇ ਕਿਸੇ ਵੀ ਆ ਸਕਦੀ ਹੈ। ਮੈਂ ਤੁਹਾਨੂੰ ਕਹਿੰਦਾ ਫੇਰ ਤਾਂ ਬੋਰਡ ਵੀ ਲੈ ਆਉਂਦਾ ਨਾ ਘਰੇ ਜੀ, ਫੇਰ ਤਾਂ ਕੋਈ ਗੱਲ ਨਹੀਂ, ਫੇਰ ਤਾਂ ਚਾਹੇ ਕੋਈ ਬੋਲੀ ਜਾਂਦਾ ਬੋਲੀ ਜਾਓ ਸੁਣੀ ਜਾਓ ਵਧੀਆ ਜੀ ਬੱਲੇ ਬੱਲੇ ਆ। ਮੈਂ ਕਹਿੰਦਾ ਪੁੱਛਣਾ ਚਾਹੀਦਾ, ਉਹ ਤੁਹਾਡੀ ਗੱਲ ਮੈਨੂੰ ਯਾਦ ਆਉਂਦੀ ਹੈ ਵੀ ਗੁਲਾਬ ਜਾਮਣਾ ਜਾਂ ਮੂਹਰੇ ਰੱਖ ਦਿੰਦੇ ਨਾ ਮੂੰਹ ਚ ਪੈ ਜਾਂਦੇ, ਉਹ ਪੁੱਛਦੇ ਨੀ। ਉਹ ਪੁੱਛੋ ਭਾਈ ਵੀ ਜਾਕੜ ਸਾਹਿਬ ਜਿਹੜਾ ਬੰਨ ਕੇ ਤੁਰੇ ਸੀ ਉਹ ਕਿੱਥੇ ਆ, ਉਹ ਕਿੱਥੇ ਆ ਮੋਟਰਸਾਈਕਲ, ਬਿਲਕੁਲ ਜਿਹੜੀਆਂ ਗੱਲਾਂ ਤੁਸੀਂ ਉਠਾਈਆਂ ਸੀ ਉਹ ਕਿੱਥੇ ਗਏ। ਬਾਜਵਾ ਸਾਹਿਬ ਕਹਿੰਦੇ ਸੀ ਵੀ ਜੇ ਬੰਨ ਕੇ ਰੱਸਿਆਂ ਨਾਲ ਲੈ ਕੇ ਨਾ ਜੇਲ੍ਹ ਚ ਧੱਕੇ, ਮਤਲਬ ਮੈਨੂੰ ਤਾਂ ਐਂ ਲੱਗੀ ਜਾਂਦਾ ਵੀ ਮਤਲਬ ਉਹ ਹੁੰਦਾ ਨੀ ਵੀ ਫੁੱਟਬਾਲ ਦਾ ਮੈਚ ਤੁਹਾਡੇ ਪਿੰਡ ਨਾਲ ਵੀ ਇੱਕ ਵਾਰੀ ਖੇਲੇ ਕਬੱਡੀ, ਉਹ ਵੀ ਉੱਥੋਂ ਤੁਸੀਂ ਜਿੱਤ ਜਾਓ ਉੱਥੋਂ ਤੁਸੀਂ ਜਿੱਤ ਜਾਓ, ਹੈ ਨਾ। ਉਹਦਾ ਕੀ ਫਾਇਦਾ ਜੀ ਮੈਨੂੰ, ਇਹ ਤਾਂ ਬੁੱਧੂ ਬਣਾਏ, ਬੁੱਧੂ ਉਹ ਨੀ ਜੀ, ਬੁੱਧੂ ਸਾਨੂੰ ਵੀ ਸਮਝਣਾ ਚਾਹੀਦਾ, ਕਿੰਨਾ ਸਾਨੂੰ ਵੀ ਸਮਝਣਾ ਚਾਹੀਦਾ, ਬਿਲਕੁਲ ਬਿਲਕੁਲ। ਟਵਾਣਾ ਸਾਹਿਬ ਮੈਂ ਇੱਥੇ ਸੌਖਾ ਹੈ, ਬਹੁਤ ਵਧੀਆ ਰਹਿਣਾ ਜੀ, ਬਹੁਤ ਵਧੀਆ ਰਹਿ ਰਿਹਾ, ਬਹੁਤ ਵਧੀਆ ਜ਼ਿੰਦਗੀ। ਮੈਂ ਕਾਹਦੇ ਲਈ ਬੋਲ ਰਿਹਾ ਜੀ ਮੈਨੂੰ ਐਂ ਦੱਸੋ, ਕਾਹਦੇ ਲਈ ਬੋਲ ਰਿਹਾ ਜੀ ਮੈਂ? ਤੜਫਣਾ ਇੱਕ ਪੰਜਾਬ ਲਈ ਜ਼ਿੰਮੇਵਾਰੀ ਹੈ। ਹਾਂਜੀ ਜ਼ਿੰਮੇਵਾਰੀ, ਇੱਥੇ ਬੈਠੇ ਕਿਉਂ ਨਹੀਂ ਸੁਣਦੇ? ਇੱਥੇ ਬੈਠੇ ਮੈਂ ਇੱਕ ਤੁਹਾਨੂੰ ਛੋਟੀ ਐਗਜ਼ਾਮਪਲ ਦਿੰਦਾ, ਮੇਰਾ ਇੱਕ ਜਮਾ ਹੀ ਕਲੋਜ ਮੇਰਾ ਭਾਈ ਮੇਰੇ ਨਾਲ ਰਹਿੰਦਾ ਜੀ, ਛੰਬੀ ਦਾ ਛੋਟਾ ਭਾਈ, ਚਲੋ ਤੁਹਾਨੂੰ ਸਮਝਿਆ ਜੀ ਜੀ। ਮੈਂ ਉਹਨਾਂ ਨੂੰ ਕਿਹਾ ਵੀ ਆਮ ਆਦਮੀ ਵੋਟ ਪਾ ਦਿਓ, ਜਦੋਂ ਜ਼ੋਰ ਸੀਗਾ ਸਭ ਦਾ ਹੀ, ਐਨ ਆਰ ਆਈ ਦਾ ਸਾਡਾ ਵੀ ਉਹਦੇ ਵਿੱਚ ਹੱਥ ਸੀਗਾ। ਉਹ ਸਾਡੇ ਘਰਦੇ ਕਹਿੰਦੇ ਵੀ ਭਾਈ ਤੇਰੇ ਨੇੜੇ ਵਾਲੇ ਨੇ ਸਾਨੂੰ ਵੋਟ ਨੀ ਪਾਈ, ਆਮ ਆਦਮੀ ਅਸੀਂ ਤਾਂ ਤੇਰੇ ਕਹੇ ਤੇ ਪਾਤੀ ਆ। ਮੈਂ ਕਿਹਾ ਕਿਹਨੇ? ਕਹਿੰਦੇ ਇਹਨੇ। ਮੈਂ ਉਹਨੂੰ ਪੁੱਛਿਆ, ਚਲੋ ਜਾਂ ਉਹਨੂੰ ਜਵਾਬ ਦਿੱਤਾ, ਮੈਂ ਕਿਹਾ ਭਾਈ ਮੈਨੂੰ ਤੂੰ ਮੈਨੂੰ ਇੱਕ ਐਗਜ਼ਾਮਪਲ ਇਹੋ ਜਿਹੀ ਵਧੀਆ ਮਿਲ ਗਿਆ, ਮੈਂ ਜੇ ਕੋਈ ਪਿੰਡ ਦਾ ਮੈਨੂੰ ਕੱਲ ਨੂੰ ਪੰਚਾਇਤ ਦੀ ਇਲੈਕਸ਼ਨ ਵੀ ਕੋਈ ਫਲਾਣੀ ਨੂੰ ਕਹੇ ਵੋਟ ਪਵਾ, ਉਹਨੂੰ ਕਹੂੰਗਾ ਭਾਈ ਜਾਂ ਮੇਰਾ ਸਾਰਿਆਂ ਨੂੰ ਨੇੜੇ ਵਾਲਾ ਮੈਨੂੰ ਪੁੱਛ ਕੇ ਵੋਟ ਨਹੀਂ ਪਾਉਂਦਾ, ਮੈਂ ਕਿਸੇ ਨੂੰ ਕੀ ਕਹਾਂ। ਸਹੀ ਗੱਲ ਹੈ, ਸਹੀ ਗੱਲ ਹੈ, ਮੈਂ ਕਿਸੇ ਨੂੰ ਕੀ ਕਹਾਂ ਜੀ? ਹੁਣ ਤਾਂ ਜਾਖੜ ਹੋਣੀ ਕਿੱਥੇ ਗਿਆ ਜੀ, ਮੈਨੂੰ ਪੁੱਛਣ ਤਾਂ ਸਹੀ, ਜਾਖੜ ਨੂੰ ਪੁੱਛੋ। ਕੋਈ ਵੀ ਨਹੀਂ, ਨਾ ਜਾਖੜ ਨਾ ਪ੍ਰਸ਼ਾਂਤ ਕਿਸ਼ੋਰ ਜਿਹੜਾ ਸਕੀਮ ਲੈ ਕੇ ਆਇਆ ਸੀ, ਹੁਣ ਫੇਰ ਸਕੀਮ ਲਾਉਣ ਆ ਗਿਆ ਪੰਜਾਬ ਤੇ, ਕਿਉਂਕਿ ਸਕੀਮ ਲੱਗ ਜਾਂਦੀ ਅਗਲੇ। ਮੈਂ ਤਾਂ ਚੁਰਲੂ ਚੁਰਲੂ ਆ ਜੀ, ਚੁਰਲੂ ਫਿਰਦੇ ਆ, ਚੁਰਲੂ ਫਿਰਦੇ ਆ ਜਿਹੜੇ। ਨਹੀਂ ਚਲੋ ਆ ਗਏ ਜੀ, ਮੈਂ ਵੀ ਸਹਿਮਤ ਤੁਹਾਡੇ ਨਾਲ, ਆ ਗਏ ਉਹ ਜਿਹੜੇ 17 ਕੈਪਟਨ ਸਾਹਿਬ ਨੇ ਪਹਿਲਾਂ ਰੱਖੇ ਨੇ, ਉਹ ਕਾਸ ਨੂੰ ਰੱਖੇ ਸੀਗੇ ਜੀ, ਉਹਦਾ ਹੁਣ ਇਹਨਾਂ ਨੂੰ ਖਰਚਾ ਪਰਚਾ ਤਾਂ ਦੇਣੇ ਸੀ, ਹੈਨਾ। ਨਹੀਂ ਜੀ, ਫਿਰ ਉਹ ਪੰਜਾਬ ਦਾ ਸੁਧਾਰ ਕਰਨ ਨੂੰ ਰੱਖੇ ਜੀ, ਕਿ ਮਤਲਬ ਉਹਨਾਂ ਦੇ ਨੋ 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 ਸੁਧਾਰ ਕੀ ਦਾ ਭਰਾ, ਸੁਧਾਰ ਸੁਧੂਰ ਕੁਛ ਨਹੀਂ, ਉਹ ਤਾਂ ਅਪਾਇੰਟਮੈਂਟ ਕਰਨੀ ਸੀ, ਖਰਚੇ ਪੱਤੇ ਚਲਾਉਣੇ ਸੀ, ਅਗਲੇ ਨੂੰ ਲੈਣੇਦਾਰੀਆਂ ਦੇਣੀਆਂ ਸੀਗੀਆਂ, ਖੁਸ਼ ਕਰਨਾ ਸੀ, ਕਰ ਦਿੱਤਾ। ਚਲੋ ਪਟਿਆਲਾ ਰੋਡ ਤੇ ਬਹੁਤ ਵਧੀਆ ਮਹਿਲ ਬਣਾਇਆ, ਚਲੋ ਮੈਂ ਕਹਿੰਦਾ ਵੀ ਸਵਾਲ ਤਾਂ ਪੰਜਾਬ ਦੇ ਲੋਕਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਠੀਕ ਹੈ ਕੈਪਟਨ ਸਾਹਿਬ ਪ੍ਰਸ਼ਾਦ ਕੋਲ ਨੂੰ ਲੈ ਆਏ ਤੁਸੀਂ, ਪਰ ਜਿਹੜੇ 4 ਸਾਲ ਤੋਂ 17 ਬੰਨੇ ਨੇ, ਉਹਨਾਂ ਨੇ ਕੀ ਕੀਤਾ ਪੰਜਾਬ ਲਈ? ਥੈਂਕ ਯੂ, ਬਿਲਕੁਲ ਸਵਾਲ ਤਾਂ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਪੁੱਛ ਰਿਹਾ ਜੀ। ਬਿਲਕੁਲ 17 OSD ਬਾਦਲ ਸਾਹਿਬ ਦੇ ਸੀਗੇ, ਉਹ 4 ਸਾਲ ਲਈ ਜਿਹੜੇ ਚਿੱਟੇ ਹਾਥੀ ਬੰਨੇ ਸੀ ਤੁਸੀਂ ਲਿਆ ਕੇ, ਉਹਨਾਂ ਨੇ ਸਾਡਾ ਕੀ ਕਰਿਆ? ਸਲਾਹਕਾਰ 77 MLA ਜੀ ਜੀ, 3 ਹੋਰ ਜਿੱਤ ਗਏ, ਬਾਕੀ ਸਲਾਹਕਾਰ ਹੋਰ 17 ਦੀ ਕੀ ਲੋੜ ਪੈ ਗਈ ਤੁਹਾਨੂੰ? ਆ ਇੱਕ ਮੁੱਲ ਦਾ ਲਾਣੇਦਾਰ ਹੋਰ ਲਿਆਂਦਾ ਪ੍ਰਸ਼ਾਂਤ ਕਿਸ਼ੋਰ ਪੀ ਕੇ। ਥੈਂਕ ਯੂ ਔਜਲਾ ਸਾਹਿਬ, ਥੈਂਕ ਯੂ। ਲਓ ਇਸ ਵਕਤ ਰਾਜਨੀਤਿਕ ਮਾਮਲਿਆਂ ਦੇ ਮਾਹਰ ਅਤੇ ਵਕਾਲਤ ਨਾਲ ਬਾਬਾ ਸਾਹਿਬ ਸਾਹਿਬ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਰਹੇ ਨੇ, ਅਤੇ ਇਸ ਦੌਰਾਨ ਮੈਂ ਕਾਲ ਸਿਰਫ ਦੂਸਰੇ ਨੰਬਰ 'ਤੇ ਲੈ ਸਕਾਂਗਾ, ਇਸ ਗੱਲ ਦੀ ਮੈਂ ਮਾਫ਼ੀ ਚਾਹੁੰਦਾ। ਅਤੇ ਇਸ ਦੇ ਨਾਲ ਨਾਲ ਸੁਰਿੰਦਰ ਸਿੰਘ ਹੋਰਾਂ ਨਾਲ ਗੱਲ ਕਰਦੇ ਹਾਂ। ਸੁਰਿੰਦਰ ਜੀ ਆ ਚੁੱਕੇ ਹੋ, ਤੁਸੀਂ ਹੋਲਡ ਰੱਖਿਓ। ਸਤਿ ਸ਼੍ਰੀ ਅਕਾਲ ਜੀ, ਕੌਣ? ਜੁਗਰਾਜ ਗਿੱਲ? ਪ੍ਰਗਟ ਸਿੰਘ ਬਲ ਸਾਹਿਬ, ਸੋਰੀ, ਸਵਾਗਤ ਹੈ ਬਲ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਨਹੀਂ ਨਹੀਂ, ਅਸਰ ਤੇ ਹੁੰਦਾ ਬਲ ਸਾਹਿਬ, ਥੋੜਾ ਬਹੁਤਾ ਤੇ ਅਸਰ ਹੁੰਦਾ, ਇਦਾਂ ਦੀ ਗੱਲ ਨਹੀਂ। ਚਲੋ, ਵੀ ਵਿਲ ਟਰਾਈ, ਸਾਡੀ ਜੋਬ ਹੈ ਕਹਿਣਾ, ਮੰਨਣਾ ਅਗਲੇ ਦਾ ਉਹ ਹੈ ਜੀ। ਉਹ ਇਦਾਂ ਵਾ ਜੀ, ਸੱਚ ਬੜਾ ਕੌੜਾ ਲੱਗਦਾ, ਤੁਸੀਂ ਮਾੜਾ ਜਿਹਾ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਨਾ, ਤੇ ਘਰਦੇ ਵੀ ਆਖਣ ਲੱਗ ਪੈਂਦੇ ਆ ਵੀ ਤੁਸੀਂ ਠੇਕਾ ਲਿਆ ਸਾਰੀ ਦੁਨੀਆ ਨੂੰ ਸੋਧਣ ਦਾ ਜੀ। ਤੁਸੀਂ ਮੈਂ ਨਾ ਵੀ ਫੇਰ ਵੀ ਕਿਤੇ ਨਾ ਕਿਤੇ ਹਰਿਆ ਬੂਟਾ ਰਹਿ ਜਾਂਦਾ, ਜਿੰਨੀ ਮਰਜ਼ੀ ਦਵਾਈ ਪਾ ਦੋ। ਜੀ ਜੀ, ਇਹ ਆ ਜੀ ਰਾਜਨੀਤੀ ਜੀ, ਕਿਸੇ ਦੀ ਭਾਈਵਾਲੀ ਨੀ ਹੁੰਦੀ, ਕਿਸੇ ਦਾ ਭਰਾ ਨੀ ਹੁੰਦਾ ਰਾਜਨੀਤੀ ਚ। ਬਿਲਕੁਲ। ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਦੋਵੇਂ ਮੁੰਡੇ ਸਾਰਾ ਸਾਂਝ ਪਿਆੜੀ ਨਾਲ ਕੰਮ ਕਰਦੇ, ਦੋ ਸਰੀਰ ਤੇ ਇੱਕ ਰੂਹ ਸੀ ਉਹਨਾਂ ਦੀ ਕਿਸੇ ਟਾਈਮ ਦੇ। ਬਿਲਕੁਲ। ਤੇ ਬਾਦਲ ਸਾਹਿਬ ਨੇ ਆਪਣਾ ਰਿਸ਼ਤੇਦਾਰੀ ਬਣਾ ਲਈ ਤੇ ਸੁਰਿੰਦਰ ਕੈਰੋਂ ਅਕਾਲੀ ਹੋ ਗਿਆ, ਤੇ ਗੁਰਿੰਦਰ ਨੂੰ ਡੇਟ ਦੇ ਦਿੱਤੀ ਤਰਨ ਤਾਰਨ ਤੋਂ ਜੀ, ਤੇ ਉਧਰੋਂ ਮੋਹਨ ਸਿੰਘ ਤੁਰਦੇ ਮੁੰਡੇ ਨੂੰ ਦੇ ਦਿੱਤੀ ਜੀ। ਰਾਜਨੀਤੀ ਕੀ
ਵੱਖਰੀ ਮਨਾਈ। ਫਿਰ ਉਹ ਬਲ ਸਾਹਿਬ ਇੱਕ ਉਹ ਟਿਪੀਕਲ ਮੁਹਾਵਰਾ ਕਿ ਆਉਣ ਪਰਾਈਆਂ ਜਾਈਆਂ ਲੜਾਉਣ ਸਕੇ ਭਾਈਆਂ। ਬਸ 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 ਫਿਰ ਰਾਜਨੀਤੀ ਦੇ ਐਵੇਂ ਨਾ ਜਿਹੜੇ ਤੀਰ ਵਾਲੀ ਗੱਲ ਹੈ ਜਿਹੜਾ ਦਾ ਲੱਗਦਾ ਨਾ ਉਹ ਲੈ ਲਾਉਂਦਾ ਜਿੱਥੇ ਕੋਈ ਅੱਜ ਤੱਕ ਮੈਂ ਤੇ ਵੇਖਿਆ ਨੀ। ਕਈ ਲੋਕ ਆਖੀ ਜਾਂਦੇ ਜੀ ਕੈਰੋ ਸਾਹਿਬ ਦਾ ਰਾਜ ਭਾਗ ਬਹੁਤ ਵਧੀਆ ਸਾਡੇ ਕੈਪੀਟਲ ਸਿਨੇਮਾ ਸੀ ਗੱਡੀਆਂ ਧੱਕੇ ਨਾਲ ਹੀ ਘੇਰ ਕੇ ਵਾੜ ਲੈਂਦੇ ਸੀਗੇ ਜਿਹੜੀ ਰੇਤੇ ਵਾਲੀ ਬਠਿੰਡੇ ਨੂੰ ਜਾਂਦੀ ਸੀ। ਮੈਂ ਤੁਹਾਨੂੰ ਦੱਸਿਆ ਵੀ ਜੇ ਨੀ ਲੰਘਦੇ ਬਾਦਲ ਸਾਹਿਬ ਨੂੰ ਵੀ ਕਾਕਾ ਕੀ ਕਰਨੇ ਆ ਖੇਡਦੇ ਹੀ ਥੋੜੇ ਚਿਰ ਬਾਅਦ ਇੱਕ ਲੜਕੀ ਵੀ ਹੋ ਗਈ ਸ਼ਾਇਦ ਤੇ ਉਹਨਾਂ ਦਾ ਚਲੋ ਉਹਨੇ ਉਹਨੂੰ ਆਈ ਪੀ ਐਸ ਦੀ ਮਦਦ ਕੀਤੀ ਸਾਰਾ ਕੁਝ ਕੀਤਾ ਮੁੜ ਕੇ ਦੋਸਤ ਨੀ ਆਇਆ ਪਰ ਉਹਦੇ ਵਰਗਾ ਹੀ ਰਿਹਾ ਵੱਖ ਵੱਖ ਰਿਹਾ ਲੱਗ ਪਏ। ਬਿਲਕੁਲ ਚਲੋ ਕੋਈ ਨੀ ਸੰਖੇਪ ਚ ਦੱਸ ਦਿਓ ਪਲੀਜ਼ ਕੋਈ ਜ਼ਰੂਰੀ ਨਹੀਂ ਨਾ ਜੀ ਜੀ ਮੈਨੂੰ ਯਾਦ ਹੈ ਜੁਰਮਾਨੇ ਘਰ ਅੱਗੇ ਨੂੰ ਲਾਉਣਗੇ ਨੀ ਉਹ ਡਰਾਮਾ ਬਹੁਤ ਕਰਦੇ ਆ। ਬਿਲਕੁਲ ਬਿਲਕੁਲ ਗੱਲ ਸਹੀ ਹੈ ਤੁਹਾਡੀ। ਜਦੋਂ ਕਿਰਨ ਬੇਦੀ ਚੰਡੀਗੜ੍ਹ ਲੱਗੇ ਸੀਗੇ ਕਹਾਣੀਆਂ ਲਿਖੀਆਂ ਸੀ ਜੋ ਹੱਡ ਬੀਤੀਆਂ ਸੀ ਉਹਨੇ ਫੋਟੋ ਲਾ ਕੇ ਨਾ ਸਾਡੇ ਸੰਗਮ ਚੋਂ ਵੀ ਜਦੋਂ ਜੀ ਡੀ ਰੋਡ ਵੱਲ ਚੱਲਦੀਆਂ ਵਾ ਉਦੋਂ ਵੈਨਾਂ ਜੀਆਂ ਚੱਲਦੀਆਂ ਸੀ ਮੈਟਾਡੋਰ ਜੀਆਂ ਵੈਨਾਂ ਜੀਆਂ ਤੇ 15-20 ਸਾਈਕਲ ਟੰਗੇ ਉੱਤੇ ਡੋਣੇ ਲੱਦੇ ਅੱਧੇ ਐ ਨੂੰ ਲਮਕਾਏ ਇੱਧਰ ਐ ਨੂੰ ਲਮਕਾਏ ਨਾ ਉਹਦਾ ਕੋਈ ਬੂਹਾ ਨਾ ਕੋਈ ਬਾਰੀ ਤੇ ਡਰਾਈਵਰ ਤੁਰਿਆ ਰਿਹਾ ਜਦੋਂ ਉਹਦੇ ਸਿਪਾਹੀ ਨੇ 5-10 ਹਜ਼ਾਰ ਰੁਪਈਏ ਲਏ ਸਿਪਾਹੀ ਟਾਟਾ ਕਰਨ ਡਿਆ ਉਹਨੂੰ ਉਹ ਵੀ ਉਹਨੂੰ ਟਾਟਾ ਕਰਨ ਡਿਆ ਜੀ ਆਂਦਾ ਵੇਖ ਦੁਨੀਆ ਕਿੰਨੀ ਖੁਸ਼ ਆ ਜਾਰੀ ਰੱਖਣੀ ਚਾਹੀਦੀ ਹੈ। ਬਿਲਕੁਲ ਧੰਨਵਾਦ ਬਲ ਸਾਹਿਬ ਨੇ ਆਪਣੇ ਤਜਰਬੇ ਦੱਸੇ ਕਿ ਕਿਸ ਤਰ੍ਹਾਂ ਬ੍ਰਿਜ ਬੇਦੀ ਨੇ ਇੰਨਾ ਕੁਛ ਕੀਤਾ। ਉਹ ਵੀ ਲਿਖ ਕੇ ਸੀ ਕਿ ਸੁਧਾਰ ਨਹੀਂ ਹੋ ਸਕਦਾ। ਦੇਖੋ ਇੱਥੇ ਇੰਨੇ ਸੰਸਾਰ ਦੇ ਮੁੱਖ ਧਰਮਾਂ ਚੋਂ ਕਿੰਨੇ ਧਰਮ ਇੱਥੇ ਬੁੱਧ ਧਰਮ ਹਿੰਦੂ ਧਰਮ ਸਿੱਖ ਧਰਮ ਇੱਥੇ ਪਨਪੇ ਪਰ ਅਸੀਂ ਧਰਮ ਨੂੰ ਡਰਾਮੇ ਦੇ ਤੌਰ 'ਤੇ ਲੈਂਦੇ ਹਾਂ। ਹਰਵਿੰਦਰ ਪਾਂਸਟਾ ਹੋਰਾਂ ਦਾ ਸਵਾਲ ਹੈ ਕਿ ਬਿਕਰਮ ਮਜੀਠੀਆ ਨੇ ਰਾਣੇ ਨੂੰ ਇਹ ਹੀ ਨਹੀਂ ਕਿਹਾ ਕਿ ਮੁੱਛਾਂ ਪੱਟਦੇ ਹੋ, ਗਾਂ ਵੀ ਬਹੁਤ ਕੁਝ ਕਿਹਾ ਸੀ। ਜਦੋਂ ਵੱਡੇ ਬਾਦਲ ਨੂੰ ਇੱਕ ਬੀਬਾ ਪੱਤਰਕਾਰ ਨੇ ਪੁੱਛਿਆ ਸੁਖਬੀਰ ਨੂੰ ਜੀ ਵੱਡੇ ਬਾਦਲ ਨੂੰ ਨੇ ਤਾਂ ਬਾਦਲ ਕਹਿੰਦੇ ਬੀਬਾ ਮੈਂ ਤਾਂ ਸੁਣਿਆ ਨਹੀਂ, ਤੁਸੀਂ ਦੱਸ ਦਿਓ ਕਿ ਕੀ ਗਾਲਾਂ ਕੱਢੀਆਂ ਸੀ। ਅਤੇ ਹੁਣ ਪੱਤਰਕਾਰ ਕੀ ਦੱਸਦੀ ਕਿ ਕੀ ਕੱਢਿਆ ਸੀ। ਹਾਂ ਵਿਭਾਗ ਪੱਤਰਕਾਰ ਹੁੰਦੀ ਦੱਸ ਦਿੰਦੀ ਕਿ ਐਂ ਕਿਹਾ ਸੀ ਜੀ, ਕਿਉਂਕਿ ਡਾਕਟਰ
तो पेट थोड़ी लुकदा, दाई तो पेट थोड़ी लिखता। सो पत्रकारों को भी दस देना चाहिए सी कि बाल साहब आह गल कढ़ी है तो की मतलब हुंदा, समझा दिओ मैनू जरा, है ना। सो पत्रकारों नू चाहे वह महिला है चाहे वह उन्हूं पब्लिकली गल समझा, अंग्रेजी से समझा देंगे। खैर ये कुछ होया सी विधानसभा च। साह सुरेंद्र सिंह जी सत श्री अकाल, तुसीं ऑनर हो। सत श्री अकाल टवाणा साहब, मेहरबानी मेहरबानी। मैदान काफ़ी भखिया होया तो इस दौरान की लगता है कि नवजोत सिंह सिद्धू जिहड़ा पहला आंगू हाइपर होए ने मजीठा के खिलाफ, कि उन्हां दी टैलीविजन रेटिंग घट रही सी, हुण तो बल्ले बल्ले सिद्धू साहब की होई है कि मजीठे नाल सिंह फस गए ने, क्योंकि किसान अंदोलन बहुत सारा होर सारा कुछ उधर कप्तान साहब जिहड़े ने प्रशांत किशोर नूं लियाए। सो मजीठा ते सिद्धू दे सिंघ फसणे ये समय की लोड़ सी, सिद्धू की मजबूरी सी ये सिंघ फसाने जो कुछ विधानसभा च होया, ते होर की है जरा एक्सप्लेन कर दिओ संखेप च, अगे चल के फिर तुसीं विस्तार च जाई जाना प्लीज़। की खबरां ने अज्ज, वेलकम। टमाणा साहब, सिद्धू साहब ने कल्ले मजीठिए ना सिंघ नहीं फसाए, उन्हें अपनी सरकार दे भी जिहड़े आ ओह सारे कपड़े उतार के रख दित्ते आ। किस तरह 1996-97 च पंजाब जिहड़ा सी ओह किन्ना कुकर जाई सी, जिस वेले अकाली सरकार गई उस वेले की सी, जदों कैप्टन साहब आए उस वेले पंजाब सर की सी, जदों कैप्टन साहब गए उदों की सी, ते फिर 2007 तो लैके 2017 तक की कुछ होया वो सारा कुछ कैप्टन साहब ने जिहड़ा वा क्लीयर कर दिता वा। सो इस करके टमाणा साहब गल बड़ी स्पष्ट आ, बहुत कुछ उन्हें अपनी सरकार का भी उतारिया। इहदे नाल नाल गल ये आ कि विधानसभा दे विच जिस तरह हरमिंदर गिल ते मजीठ विक्रम सिंह मजीठिए ने दोनों ने एक दूजे के कपड़े उतारन च उन्हें भी कोई कसर नहीं छड़ी। इहदे नाल टवाणा साहब उत्थे मीडिया का भी चेहरा नंगा होया, कि खास कर असीं सोशल मीडिया की गल करदे पर इलैक्ट्रॉनिक मीडिया के उत्ते किसी नूं पता ही नहीं कि अंदर कौन लड़िया की होया उहदा नाम की आ। उल्ट पुलट नाम दिते लोगों नूं पता ही नहीं, उहदा अगे जाके पूरा वेरवा देंगे। इहदे नाल नाल जिहड़ा किसानी अंदोलन आ ਹੁਣ ਦੀਪ ਸਿੱਧੂ ਤੇ ਲੱਖੇ ਸਧਾਣੇ ਨੂੰ ਛੱਡ ਕੇ ਇੱਕ ਜਿਹੜੇ ਕਹਿੰਦੇ ਸੀ ਕਲਾ ਵਰਤ ਗਈ ਆ, ਸੰਗਤ ਦਾ ਫੈਸਲਾ ਜਿਹੜਾ ਉਹ ਸਰ ਪ੍ਰਮਾਣਿਤ ਹੋਏਗਾ, ਮਤਲਬ ਉਹ ਜਿਹੜਾ ਸੀ ਉਹ ਫੈਸਲਾ ਕੋਈ ਫੈਸਲਿਆਂ ਤੋਂ ਬਾਅਦ ਹੁਣ ਉਹਨਾਂ ਨੇ ਇੱਕ ਨਵੀਂ ਟੀਮ ਤਿਆਰ ਕਰ ਲਈ ਆ। ਉਹ ਨਵੀਂ ਟੀਮ ਦੇ ਸਿਰ ਦੇ ਉੱਤੇ ਉਹ ਕਿਸਾਨੀ ਅੰਦੋਲਨ ਜਿਹੜਾ ਉਹਨੂੰ ਕੁਚਲਣ ਦੇ ਲਈ ਪੂਰੀ ਦੀ ਪੂਰੀ ਜਿਹੜੀ ਉਹ ਇਹਨਾਂ ਨੇ ਵਿਉਂਤਬੰਦੀ ਜਿਹੜੀ ਉਹ ਕਰ ਲਈ ਆ, ਲੱਗੇ ਹੋਏ ਆ। ਵੱਖਰੀ ਗੱਲ ਆ ਕਿ ਇਹਨਾਂ ਨੂੰ ਬਹੁਤ ਵਾਵੇਲਾ ਕਰਨ ਦੇ ਬਾਵਜੂਦ ਵੀ ਏਡੀ ਜਲਦੀ ਕਾਮਯਾਬੀ ਨਹੀਂ ਮਿਲਣੀ, ਪਰ ਇਹ ਸਾਰੇ ਦਾ ਸਾਰਾ ਲਾਣਾ ਉਹੀ ਆ ਜਿਨ੍ਹਾਂ ਨੇ ਸ਼ੰਭੂ ਤੋਂ ਮੋਰਚਾ ਲਾਇਆ ਸੀ, ਉਸ ਅੰਦੋਲਨ ਨੂੰ ਚਲਾਉਂਦੇ ਚਲਾਉਂਦੇ ਦਿੱਲੀ ਜਾ ਕੇ ਵਿੱਚ ਵੜਨਾ ਚਾਹੁੰਦੇ ਸੀ, ਪਰ ਬਦਕਿਸਮਤੀ ਇਹਨਾਂ ਦੀ ਬੁਕਤ ਨਹੀਂ ਪਈ। ਹੁਣ ਟਵਾਣਾ ਸਾਹਿਬ ਗੱਲ ਇਹ ਆ, ਚਾਹੇ ਨਿਊਜ਼ ਆਰਕ ਤੋਂ ਚੱਲੇ, ਅਸੀਂ ਕਹਿ ਦਿੰਦੇ ਹਾਂ ਕਿ ਉੱਥੇ ਦੇਖੋ ਜੀ ਇੱਕ ਅੰਮ੍ਰਿਤਸਰ ਟਾਈਮਸ ਪੇਪਰ ਜਿਹੜਾ ਉਹ ਛਪਦਾ, ਠੀਕ ਆ ਜੀ, ਉਹਦੇ ਉਹਨੂੰ ਛਪਾਉਣ ਵਾਲਾ ਕੌਣ ਆ, ਉਹਦਾ ਸੰਪਾਦਕ ਕੌਣ ਆ, ਉਹਨੂੰ ਪੰਜਾਬ ਤੋਂ ਸ਼ਹਿ ਕਿਹਦੇ ਵੱਲੋਂ ਮਿਲਦੀ, ਮਟੀਰੀਅਲ ਕਿਹਦੇ ਕੋਲ ਜਾਂਦਾ। ਅਸੀਂ ਕਹਿ ਦਿੰਦੇ ਹਾਂ ਕਿ ਨਿਊਯਾਰਕ ਤੋਂ ਇੱਕ ਦੂਸਰਾ ਚੈਨਲ ਦੇ ਉੱਪਰ ਜਿਹੜੀ ਆ ਉਹ ਪਹਿਲਾਂ ਕਿਸਾਨਾਂ ਦੇ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾਂਦਾ, ਮੁੜ ਕੇ ਉਹਨੂੰ ਇੱਥੇ ਆ ਕੇ ਇੱਕ ਇਤਿਹਾਸਕਾਰ ਜਿਹੜਾ ਉਹ ਸਾਰਾ ਕੁਛ ਚੱਕ ਲੈਂਦਾ। ਉਹ ਬੇਸਿਕਲੀ ਉਹਦੇ ਵੱਲੋਂ ਉੱਥੇ ਭੇਜਿਆ ਜਾਂਦਾ ਪਹਿਲਾਂ ਉਹ ਚੈਨਲ ਤੋਂ, ਉੱਥੋਂ ਜੋ ਕੁਛ ਬੋਲਿਆ ਜਾਂਦਾ ਉਹਨੂੰ ਮੁੜ ਕੇ ਇਹ ਜਸਟੀਫਾਈ ਕਰਦਾ, ਕਹਿੰਦਾ ਦੇਖੋ ਜੀ ਉੱਥੋਂ ਫਲਾਨੇ ਜਿਹੜਾ ਸੀਨੀਅਰ ਪੱਤਰਕਾਰ ਉਹਨੇ ਆ ਕੁਛ ਕਿਹਾ, ਜਦੋਂ ਕਿ ਭੇਜਿਆ ਇਹਨਾਂ ਦਾ ਇੱਥੋਂ ਹੁੰਦਾ। ਟਵਾਣਾ ਸਾਹਿਬ ਹੁਣ ਸਾਰਾ ਕੁਛ ਕਰਕੇ ਹੁਣ ਨਵਰੀਤ ਸਿੰਘ ਡਿਬਡਵਾ ਦੀ ਸ਼ਹੀਦੀ ਜਿਹੜੀ ਆ ਉਹਦੇ ਸਿਰ ਦੇ ਉੱਤੇ ਇਹ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰਤੀਆਂ, ਚਾਹੇ ਉਹ ਚ ਸੁਖਪਾਲ ਖਹਿਰਾ ਹੋਵੇ ਤੇ ਚਾਹੇ ਜਿਹੜੀ ਸ਼ੰਭੂ ਦੇ ਉੱਤੇ ਜਿੰਨੀ ਵੀ ਫੌਜ ਬੈਠੀ ਸੀ ਇਹਨਾਂ ਦੀ, ਜਿਹੜਾ ਕਿ ਸ਼ੰਭੂ ਦੇ ਵਿੱਚੋਂ ਪੋਲੀਟੀਕਲ ਪਾਰਟੀ ਕੱਢਣੀ ਚਾਹੁੰਦੇ ਸੀ ਉਹ ਹੁਣ ਦਿੱਲੀ ਜਾ ਕੇ ਕੱਢਣੀ ਚਾਹੁੰਦੇ। ਹੁਣ ਉਹਨਾਂ ਨੇ ਕੀ ਕੀਤਾ, ਰਮਨ ਆ ਜਿਹੜਾ ਸਟੂਡੈਂਟ ਫਾਰ ਸੋਸਾਇਟੀ ਦਾ ਇਸ ਵੇਲੇ ਪ੍ਰਧਾਨ ਆ, ਠੀਕ ਆ ਜੀ, ਕੰਨੂ ਪ੍ਰੀਆ ਉਹ ਜਿਹੜਾ ਸਾਡਾ ਹੋਣ ਵਾਲਾ ਸਾਲ 2020-21 ਲੰਘਿਆ, ਇਸ ਤੋਂ ਪਹਿਲਾਂ ਜਿਹੜਾ 19-20 ਸੀ ਉਹਦੇ ਵਿੱਚ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਟੂਡੈਂਟ ਕੌਂਸਲ ਦੀ ਪ੍ਰਧਾਨ ਜਿੱਤੀ ਸੀ, ਇਸ ਪਿਛਲੇ ਚ SOI ਜਿੱਤ ਗਈ ਸੀ, ਹਾਂਜੀ SFS ਸਟੂਡੈਂਟ ਫਾਰ ਸੋਸਾਇਟੀ। ਟਵਾਣਾ ਸਾਹਿਬ ਬੇਸਿਕਲੀ ਸਟੂਡੈਂਟ ਫਾਰ ਸੋਸਾਇਟੀ ਜਿਹੜੀ ਆ ਜਿਸ ਤਰ੍ਹਾਂ DSO ਆ, ਜਿਸ ਤਰ੍ਹਾਂ ਪੰਜਾਬ ਸਟੂਡੈਂਟ ਯੂਨੀਅਨ ਜਿਹਨੂੰ PSU ਬੋਲਦੇ ਤੇ PSU ਲਲਕਾਰ ਆ, ਇਹ ਵੀ ਉਸੇ ਕੈਟਾਗਰੀ ਚ ਉਹੀ ਆਈਡੀਓਲੋਜੀ ਉਹੀ ਸਾਰਾ ਕੁਝ ਖੱਬੇ ਪੱਖੀ ਧਿਰਾਂ ਦੀ ਸੋਸਾਇਟੀ ਹੈ ਇਹ ਜੀ।
ਮਤਲਬ ਖੱਬੇ ਪੱਖੀਆਂ ਤੋਂ ਵੀ ਅੱਗੇ ਵੱਧ ਕੇ ਆ ਟਵਾਣਾ ਸਾਹਿਬ, ਇੱਕ ਤਾਂ ਸੱਜੇ ਪੱਖੀ, ਉਹਦੇ ਬਾਅਦ ਖੱਬੇ ਪੱਖੀ, ਖੱਬੇ ਪੱਖੀਆਂ 'ਚ ਵੀ ਚਾਰ ਗਰੁੱਪ, ਤੇ ਖੱਬੇ ਪੱਖੀਆਂ ਤੋਂ ਅੱਗੇ ਨਕਸਲੀ, ਤੇ ਨਕਸਲੀਆਂ ਦਾ ਅੱਗੇ ਮਾਓਵਾਦੀ, ਤੇ ਮਾਓਵਾਦੀਆਂ ਤੋਂ ਅਗਲੇ ਬੰਨੇ ਨਾਗਾ ਰੈਡੀ, ਇਹਨੂੰ ਸਿਰੇ ਤੇ ਜਾ ਕੇ ਜਿਹੜੀ ਸੂਈ ਫਸਦੀ ਆ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਦੇਖੋ ਉਹਨਾਂ 'ਚ ਰਾਮਾਨਾ ਕੰਨੂਪੁਰੀ ਆ ਤੇ ਪਿੱਛੇ ਸੁਰਜੀਤ ਫੂਲ, ਜਿਹੜੇ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਬਾਹਰ ਦਾ ਰਸਤਾ ਦਿਖਾਇਆ ਸੀ। ਸੁਰਜੀਤ ਫੂਲ ਦੇ ਉੱਤੇ ਟਵਾਣਾ ਸਾਹਿਬ ਇੱਕੋ ਦੋਸ਼ ਸੀ ਕਿ ਉਹਨੇ ਕੱਲਾ 25 ਦੀ ਰਾਤ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਕਬਜ਼ਾ ਹੋਇਆ, ਉਹਦੇ ਉੱਤੇ ਇਹ ਵਿਦਿਆਰਥੀ ਜਥੇਬੰਦੀ ਜਿਹੜੀ ਇਹਦੇ ਕਾਰਕੁਨ ਵੀ ਕਾਬਜ ਸੀ, ਦੀਪ ਸਿੱਧੂ ਵਾਲੀਆਂ ਧਿਰਾਂ ਨਾਲ ਸੁਰਜੀਤ ਫੂਲ ਬੇਸਿਕਲੀ ਦੇ ਕਾਮਰੇਡ ਨੇ, ਸਿਰੇ ਦੇ ਨਾਗਾ ਰੈਡੀ ਗਰੁੱਪ ਹੈ, ਪਰ ਇਹ 25 ਦੇ ਉਸ ਕਬਜ਼ੇ ਦੇ ਵਿੱਚ ਟੇਢੇ ਤਰੀਕੇ ਨਾਲ ਇਹਦੀ ਜਥੇਬੰਦੀ ਦੇ ਇਹ ਸ਼ਾਮਲ ਸੀ। ਪਹਿਲਾਂ ਇਹਨਾਂ ਨੇ ਆਖਿਆ ਕਿ ਰਜਿੰਦਰ ਦੀਪ ਸਿੰਘ ਵਾਲਾ ਨੇ ਕਨੂ ਪਿਰਿਆ ਨੂੰ ਬੋਲਣ ਤੋਂ ਰੋਕਿਆ, ਸਿੰਘ ਇਹਨਾਂ ਦੇ ਵਿਦਿਆਰਥੀ ਜਥੇਬੰਦੀਆਂ ਦੇ ਕਾਮਰੇਡ ਜਥੇਬੰਦੀਆਂ ਦੇ ਆਲਰੇਡੀ ਫਸਦੇ ਨੇ, ਅਤੇ ਇਹ ਜਦੋਂ ਹਾਸ਼ੀਏ 'ਤੇ ਗਏ ਅਤੇ ਫਿਰ ਇਹ ਉਸ ਸਟੇਜ 'ਤੇ ਕਬਜ਼ਾ ਕਰਵਾਇਆ ਗਿਆ। ਦੀਪ ਸਿੱਧੂ ਹੋਰੀ ਉਦੋਂ ਕਿ ਹੋਰੀ ਇਹ ਸਾਰੇ ਆਏ, ਫਿਰ ਉਸੇ ਪਲੈਨਿੰਗ ਦੇ ਤਹਿਤ ਸੁਰਜੀਤ ਸਿੰਘ ਫੂਲ ਲਾਲ ਕਿਲ੍ਹੇ ਵੱਲ ਨੂੰ ਜਾਂਦਾ, ਰਿੰਗ ਰੋਡ ਨੂੰ ਜਾਂਦਾ, ਅਤੇ ਹੁਣ ਜੇ ਉਹਦੇ 'ਤੇ ਐਕਸ਼ਨ ਲਿਆ ਅਤੇ ਉਹ ਫਿਰ ਹੁਣ ਉਹਨਾਂ ਨੇ ਨਵਰੀਤ ਸਿੰਘ ਡਿਵਡ ਵਾਲਾ ਇਸ਼ੂ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਇਹ ਜਿਹੜੀਆਂ ਐਕਸਟ੍ਰੀਮ ਸਿੱਖ ਜਥੇਬੰਦੀਆਂ ਨੇ ਅਤੇ ਐਕਸਟ੍ਰੀਮ ਨਕਸਲਰ ਜਥੇਬੰਦੀਆਂ ਨੇ ਨਾਗਾ ਰੈਡੀ ਗਰੁੱਪ, ਇਹ ਹੁਣ ਇੱਕ ਹੋ ਗਏ ਨੇ, ਅਤੇ ਫਿਰ ਕਾਮਰੇਡ ਅਤੇ ਸਿੱਖਾਂ ਦੇ ਨਾਂ 'ਤੇ ਰੌਲਾ ਕਾਹਦਾ? ਤੁਸੀਂ ਤਾਂ ਇਕੱਠੇ ਹੋਏ ਬੈਠੇ ਹੋ, ਕਰੋ ਕਿਰਾਂ ਐਕਸਪਲੇਨ ਪਲੀਜ਼। ਟਵਾਣਾ ਸਾਹਿਬ ਮੈਂ ਉੱਥੇ ਆਉਣ ਲੱਗਾ। ਦੇਖੋ ਹੁਣ ਗੱਲ ਕੀ ਆ, ਕੱਲਾ ਇਹਨਾਂ 'ਤੇ ਇਹ ਇਲਜ਼ਾਮ ਨਹੀਂ, ਇਸ ਤੋਂ ਪਹਿਲਾਂ ਇਹਨਾਂ ਨੇ ਮਹੀਨਾ ਡੇਢ ਮਹੀਨਾ ਜਿਹੜਾ ਸੀ, ਤਕਰੀਬਨ 2 ਮਹੀਨੇ ਲਾਏ ਸੀ ਇਸ ਕੰਮ 'ਤੇ ਕਿ ਇਹ ਜਿਹੜੀ SFSC ਜਿਹੜੀ ਸਟੂਡੈਂਟ ਫਾਰ ਸੁਸਾਇਟੀ ਸੀ, ਇਸ ਜਥੇਬੰਦੀ ਨੇ ਪੂਰੇ ਦਾ ਪੂਰਾ ਸਿੰਘੂ ਬਾਰਡਰ ਜਿਹੜਾ ਉਹ ਘੁੰਮੇ ਸੀ, ਘੁੰਮ ਕੇ ਇਹਨਾਂ ਅਲੱਗ ਅਲੱਗ ਟਰਾਲੀ 'ਚ ਜਾ ਕੇ ਇੱਕ ਨਵੀਂ ਮੂਵਮੈਂਟ ਕੱਢਣ ਦੀ ਕੋਸ਼ਿਸ਼ ਕੀਤੀ ਸੀ ਕਿ ਆਪਾਂ ਜਿਹੜੇ ਕਿਸਾਨ ਆਗੂ ਨੇ ਇਹਨਾਂ ਤੋਂ ਬਾਹਰ ਜਾ ਕੇ ਇੱਕ ਯੂਥ ਦੀ ਅਲੱਗ ਤੋਂ ਸਟੇਜ ਲਾ ਲਈਏ। ਇਹਨਾਂ ਨੇ ਪੂਰੀ ਉਹਦੇ 'ਤੇ ਕੀਤੀ, ਜਿਹੜੇ ਸੰਯੁਕਤ ਕਿਸਾਨ ਮੋਰਚਾ ਸੀ ਜਿਹਦੇ ਨਾਲ ਟਵਾਣਾ ਸਾਹਿਬ ਟੋਟਲ ਯੂਥ ਦਾ 75% ਕੀ 80% ਯੂਥ ਉਹਨਾਂ ਦੇ ਨਾਲ ਅੱਜ ਵੀ ਖੜਾ ਵਾ, ਠੀਕ ਹੈ, ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਹਦਾ ਵੀ ਮੈਂ ਅੱਗੇ ਜਾ ਕੇ ਵੇਰਵਾ ਦਿਆਂਗਾ, ਠੀਕ ਹੈ। ਇਹਨਾਂ ਯੂਥ ਜਦੋਂ ਉਹਨਾਂ ਨਾਲ ਖੜਾ ਤੇ ਉਹ ਇਹਨਾਂ ਦੀ ਕਿਉਂ ਸੁਣਦੇ? ਇਹਨਾਂ ਨੇ ਉੱਥੇ ਅਲੱਗ ਸਟੇਜਾਂ ਦੀ ਗੱਲ ਕੀਤੀ, ਅਲੱਗ ਮੂਵਮੈਂਟ ਕੱਢਣ ਦੀ ਗੱਲ ਕੀਤੀ ਕਿ ਅਸੀਂ ਇੱਥੋਂ ਪੋਲੀਟੀਕਲ ਪਾਰਟੀ ਕੱਢ ਕੇ ਜਾ ਕੇ ਪੰਜਾਬ ਦੀ ਚੋਣ ਲੜੀਏ। ਹੁਣ ਟਵਾਣਾ ਸਾਹਿਬ ਦੇਖੋ ਗੱਲ ਕੀ ਆ, ਇੱਕ ਬੰਨੇ ਖਾਲਿਸਤਾਨ ਦੀ ਓਪਨਲੀ ਮੰਗ ਕਰਨ ਵਾਲੇ, ਇੱਕ ਬੰਨੇ ਖਾਲਿਸਤਾਨ ਦੀ ਉਹ ਮੰਗ ਕਰਨ ਵਾਲੇ ਜਿਨ੍ਹਾਂ ਨੇ ਖਾਲਿਸਤਾਨ ਦੀ ਮੂਵਮੈਂਟ ਦਾ ਬੇੜਾ ਗਰਕ ਕੀਤਾ ਸੀ। ਮਤਲਬ ਬੇੜਾ ਗਰਕ ਕੀਤਾ ਕਿੱਦਾਂ ਸੀ? ਸਰਕਾਰੀ ਸ਼ਹਿ ਤੇ ਸਰਕਾਰ ਨਾਲ ਰਲ ਕੇ ਜਿਹੜੇ ਨੌਜਵਾਨ ਉਸ ਵੇਲੇ ਹਥਿਆਰ ਚੱਕ ਕੇ ਚੱਲਦੇ ਸੀ, ਉਹਨਾਂ ਸਾਰਿਆਂ ਨੂੰ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ 'ਚ ਬੈਠ ਕੇ ਉਹਨਾਂ ਦਾ ਮਲੀਆ ਮੇਟ ਕਰਵਾ ਦਿੱਤਾ ਸੀ। ਇੱਕ ਉਹ ਧੇਰਾ, ਇੱਕ ਉਹਦੇ 'ਚੋਂ ਬਾਅਦ ਧੇਰਾ ਆ ਗਈ ਜਿਹੜੀ ਥੋੜੀ ਜਿਹੀ ਲਾਈਟ ਚੱਲਦੀ ਆ, ਉਹ ਕਹਿੰਦੀ ਆ ਨਹੀਂ ਜੀ ਵੱਧ ਅਧਿਕਾਰਾਂ ਦੀ ਗੱਲ ਕਰ ਲਓ, ਠੀਕ ਆ। ਇੱਕ ਆਉਂਦੀ ਆ ਜਿਹੜੀ ਕਹਿੰਦੀ ਸਾਡੀ ਹੋਂਦ ਦੀ ਲੜਾਈ ਆ, ਠੀਕ ਆ, ਉਹ ਕਹਿੰਦੇ ਕਾਨੂੰਨ ਕਾਨਾਨ ਛੱਡੋ, ਆਪਣੀ ਹੋਂਦ ਦੀ ਲੜਾਈ ਲੜ ਲਈਏ। ਉਸ ਤੋਂ ਬਾਅਦ ਆਉਂਦੇ ਆ ਜਿਹੜੇ ਕਹਿੰਦੇ ਯਾਰ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਉਹ ਮਿਲ ਜਾਣ, ਠੀਕ ਆ, ਉਹਨਾਂ ਨੂੰ ਇਹ ਨੀ ਪਤਾ ਭਲੇ ਮਾਨਸੋ ਜਿਹੜੇ ਪਹਿਲੇ ਉਹ ਤਾਂ ਬਚਾ ਲਓ, ਵੱਧ ਦੀ ਮਿਲ ਲਾਣਾ ਬੀਜੇਪੀ ਨੂੰ ਰਾਸ ਆ ਰਿਹਾ ਨਾ, ਜਾਂ ਬੀਜੇਪੀ ਦੇ ਇਸ਼ਾਰੇ ਤੇ ਹੋ ਰਿਹਾ, ਕਿਉਂਕਿ ਜੇ ਇਸ ਅੰਦੋਲਨ ਦੇ ਵਿੱਚ ਇਹ ਵੱਖ ਵੱਖ ਧਿਰਾਂ ਉਭਰਨਗੀਆਂ, ਪੰਜਾਬੀ ਬੋਲਦੇ ਇਲਾਕੇ ਜੀ, ਪੰਜਾਬ ਦਾ ਮਸਲਾ ਜੀ, ਖਾਲਿਸਤਾਨ ਜੀ, ਖੁਦਮੁਖਤਾਰੀ ਜੀ, ਅਤੇ ਅੰਦੋਲਨ 'ਚ ਡੈਂਟ ਪਏਗਾ, ਇਹ ਸਾਰੀਆਂ ਧਿਰਾਂ ਇਕਜੁੱਟ ਹੋ ਕੇ ਕੀ ਕੜੀ ਘੋਲ ਸਕਦੀਆਂ ਨੇ ਦੁਬਾਰਾ ਜੀ? ਹਾਂ ਟਵਾਣਾ ਸਾਹਿਬ ਮੈਂ ਉੱਥੇ ਆਉਣ ਲੱਗਾ। ਹੁਣ ਦੇਖੋ ਜੀ, ਕਿਸਾਨ ਜਥੇਬੰਦੀਆਂ ਦੇ ਵਿੱਚ ਤਕਰੀਬਨ ਇਹ ਜਿਹੜੀਆਂ 32 ਨੇ, ਇਹਦੇ ਵਿੱਚ 15 ਜਥੇਬੰਦੀਆਂ ਜਿਹੜੀਆਂ ਉਹ ਸੱਜੇ ਪੱਖੀ, ਖੱਬੇ ਪੱਖੀ, ਉਹਦੇ 'ਚ ਨਕਸਲਾਈਟ, ਮਾਓਵਾਦੀ ਤੇ ਨਾਗਾ ਰੈਡੀ ਗਰੁੱਪ, ਜਿਹੜਾ ਉਹ ਆਈਡੀਓਲੋਜੀ ਉਹਨਾਂ ਦੀ ਹੈਗੀ ਆ, ਪਰ ਇਹ ਕਿਸੇ ਵੀ ਉਹਨਾਂ ਜਿਹੜੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ ਇਹ ਉਹਨਾਂ ਨਾਲ ਸੰਬੰਧਿਤ ਨਹੀਂ, ਸਿਵਾਏ ਨਰਭੈ ਸਿੰਘ ਢੁੱਡੀ ਕੇ ਵਾਲੀ ਇੱਕ ਜਥੇਬੰਦੀ ਤੋਂ, ਠੀਕ ਆ, ਜਿਹਦੇ 'ਚ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਾ ਆਉਂਦਾ, ਜਿਹੜਾ ਵਾਈਸ ਪ੍ਰੈਜੀਡੈਂਟ ਆ। ਹੁਣ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਨਾਲ ਪੰਜਾਬ ਸਟੂਡੈਂਟ ਯੂਨੀਅਨ ਖੜੀ, PSU, ਠੀਕ ਹੈ। ਹੁਣ ਇੱਕ PSU ਆ, ਇੱਕ PSU ਲਲਕਾਰ ਆ, ਇੱਕ SFS ਆ ਜਿਹੜੀ ਇਕੱਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਆ। ਜਦੋਂ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਕਾਲਜਾਂ 'ਚ ਆ ਜੇ, ਉੱਥੇ ਇੱਕ DSO ਆ, DSO ਵੀ PSU, PSU ਲਲਕਾਰ ਤੇ DSO, ਇਹ ਤਕਰੀਬਨ ਇੱਕੋ ਜਿਹੀ ਆਈਡੀਓਲੋਜੀ ਆ। ਮਤਲਬ ਕੋਈ 2-4% ਉੱਪਰ ਨੂੰ ਆ, ਕੋਈ ਥੱਲੇ ਨੂੰ ਆ, ਇਹ ਹਾਲਾਤ ਆ, ਇੱਕੋ ਆਈਡੀਓਲੋਜੀ ਆ, ਉਹਦੇ 'ਚ ਥੋੜਾ ਬਹੁਤਾ ਇਹਨਾਂ ਦਾ ਅੰਤਰ ਆ, ਇਸ ਤੋਂ ਜ਼ਿਆਦਾ ਨਹੀਂ ਹੈ।
ਉਹਦੇ ਨਾਲ ਹੀ ਟਵਾਣਾ ਸਾਹਿਬ ਇੱਕ ਹੋਰ ਜਥੇਬੰਦੀ ਆ ਜਿਹੜੀ ਦੂਸਰਾ DTF ਆ ਉਹ ਅਧਿਆਪਕਾਂ ਦੀ ਆ ਪੰਜਾਬ ਦੇ ਸਕੂਲਾਂ ਦੇ ਅਧਿਆਪਕ ਕਾਲਜਾਂ ਦੇ ਤੇ ਯੂਨੀਵਰਸਿਟੀਆਂ ਦੇ ਉਹਨੂੰ ਡੈਮੋਕਰੇਟਿਕ ਟੀਚਰ ਫਰੰਟ ਆ ਜਿਹੜੀ DSO ਉਹ ਡੈਮੋਕਰੇਟਿਕ ਸਟੂਡੈਂਟ ਆਰਗੇਨਾਈਜੇਸ਼ਨ ਬੋਲੀ ਜਾਂਦੀ ਆ ਉਹਨੂੰ ਵੀ ਨਕਸਲੀ ਕਹਿੰਦੇ ਆ ਸਾਰੇ ਹੁਣ ਇਹਦੇ ਬਾਅਦ AISF SFI ਤੇ ਦੂਸਰੀ AIYF ਉਹ ਵੀ ਕਾਮਰੇਡਾਂ ਦੀਆਂ ਜਥੇਬੰਦੀਆਂ ਨੇ ਹੁਣ ਕੋਈ ਦੋ ਰਿਹਾ ਨੀ ਇਸ ਵੇਲੇ ਪੰਜਾਬ ਦੇ ਕਿ ਇੰਡੀਆ ਦੇ ਮੋਸਟਲੀ ਕਾਲਜਾਂ ਦੇ ਵਿੱਚ ਤੇ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦਾ ਪੂਰਾ ਬੋਲਬਾਲਾ ਵਾ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੁਣ ਟਵਾਣਾ ਸਾਹਿਬ ਗੱਲ ਇਹ ਆ ਜਦੋਂ ਬਾਕੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿੰਨੀਆਂ ਧਿਰਾਂ ਉਹਦੇ ਨਾਲ ਖੜੀਆਂ ਨੇ ਚਾਹੇ AISF ਆ SFI ਆ AIYF ਆ PSU ਆ PSU ਲਲਕਾਰ ਆ DSO ਆ DTF ਆ ਜਿਹੜੀ ਅਧਿਆਪਕਾਂ ਦੀ ਜਥੇਬੰਦੀ ਉਹ ਸਾਰੀਆਂ ਖੜੀਆਂ ਨੇ ਕੱਲੀ ਪ੍ਰੋਬਲਮ ਕਿਹਨੂੰ ਆ SFS ਨੂੰ ਸਟੂਡੈਂਟ ਫਾਰ ਸੋਸਾਇਟੀ ਨੂੰ ਕਿਉਂਕਿ ਇਹਨਾਂ ਦੀ ਬਣਦੀ ਨਹੀਂ ਹੈ ਕਨੂਪ੍ਰਿਆ ਗਰੁੱਪ ਦੀ ਕੱਲੀ ਬਣਦੀ ਨਹੀਂ ਹੈ ਹਰਜਿੰਦਰ ਸਿੰਘ ਦੀਪ ਸਿੰਘ ਵਾਲਾ ਇਹ ਉਹਨੂੰ ਟਾਰਗੇਟ ਕਰਦੇ ਆ ਦੂਸਰੀ ਗੱਲ ਉੱਥੇ ਨਾ ਬਣਨ ਦਾ ਕਾਰਨ ਕੀ ਆ ਸਟੇਜ ਤੋਂ ਰੌਲਾ ਪਿਆ ਨਾ ਜਦੋਂ ਕਨੂਪ੍ਰਿਆ ਨੂੰ ਬੋਲਣ ਨਹੀਂ ਦਿੱਤਾ ਅਸਲ ਦਾ ਫਾਟਕ ਉਦੋਂ ਹੀ ਪਿਆ ਨਾ ਜੀ ਜਦੋਂ ਇਹਨਾਂ ਨੇ ਜਿਹੜਾ ਇਹਨਾਂ ਦੇ ਸਿੱਖ ਵਿਚਾਰਧਾਰਾ ਵਾਲਾ ਜਿਹੜਾ ਇਹ ਮਹਿਕਮਾ ਪੰਜਾਬੀ ਆ ਫਿਰ ਇਹਨਾਂ ਨੇ ਇਸ਼ੂ ਬਣਾ ਲਿਆ ਕਿ ਦੇਖੋ ਹਿੰਦੂ ਕੁੜੀ ਨੂੰ ਬੋਲਣ ਨਹੀਂ ਦਿੱਤਾ ਗਿਆ ਮਤਲਬ ਹਿੰਦੂ ਸਿੱਖ ਦਾ ਮਸਲਾ ਇਹਨਾਂ ਨੇ ਖੜਾ ਕੀਤਾ ਸਿੱਖ ਜਥੇਬੰਦੀਆਂ ਨੇ ਮੈਂ ਇਸ ਤੋਂ ਅੱਗੇ ਆਉਣਾ ਕੀ ਆ ਜਿਹੜਾ ਨਰਭੈ ਸਿੰਘ ਢੁੱਡੀ ਕੇ ਆ ਜਿਹੜੀ ਉਹਦੀ ਕਿਸਾਨ ਯੂਨੀਅਨ ਆ ਉਹਦੀ ਕਿਸਾਨ ਯੂਨੀਅਨ ਤੇ ਅਜਮੇਰ ਸਿੰਘ ਜਿਹੜਾ ਇਹਨੂੰ ਇਹ ਭੀਸ਼ਮ ਪਤਾਮਾ ਕਹਿੰਦੇ ਨੇ ਇਹ ਦੋਨੋਂ ਪਹਿਲਾਂ ਇੱਕੋ ਵਿਚਾਰਧਾਰਾ ਦੇ ਸੀ ਸਟੂਡੈਂਟ ਲਾਈਫ ਚ ਇੱਕੋ ਚੀਜ਼ ਸੀ ਇਕੱਠੇ ਰਹੇ ਉਹਨਾਂ ਨੇ ਹੌਲੀ ਹੌਲੀ ਜਾ ਕੇ ਆਪਣੀ ਕਿਸਾਨ ਜਥੇਬੰਦੀ ਬਣਾ ਲਈ ਤੇ ਇਹ ਨਕਸਲਾਈਟ ਤੋਂ ਅੰਡਰਗਰਾਊਂਡ ਤੋਂ ਨਿਕਲਦੇ ਪੂਰੀ ਸਿੱਖ ਮੂਵਮੈਂਟ ਨੂੰ ਭਣਦੇ ਮੁੜ ਕੇ ਆ ਕੇ ਖਾਲਿਸਤਾਨੀ ਬਣੇ ਤੇ ਖਾਲਿਸਤਾਨੀ ਤੋਂ ਪਹੁੰਚਦੇ ਕਿਤੇ ਦੇ ਕਿਤੇ ਪਹੁੰਚੇ ਉਹ ਨੇ ਇੱਕ ਬੰਨੇ ਉਹ ਧਿਰ ਖੜੀ ਆ ਹੁਣ ਬੇਸਿਕਲੀ ਇਹਨਾਂ ਦੇ ਝਗੜੇ ਜਿਹੜੇ ਨੇ ਜਦੋਂ ਇਹ ਅੱਜ ਜਿਹੜੇ 85 ਸਾਲ ਨੂੰ ਟੱਪ ਗਏ ਨੇ ਇਹ ਜਦੋਂ ਵਿਦਿਆਰਥੀ ਹੁੰਦੇ ਸੀ ਇਹਨਾਂ ਦੀ ਖਿੱਚੋ ਤਾਣ ਉਸ ਟਾਈਮ ਦੀ ਆ ਜਿਹੜੀ ਕਿਸਾਨ ਨੂੰ ਬਰਬਾਦ ਕਰਨ ਨੂੰ ਤਿਆਰ ਬੈਠੀ ਆ ਹੁਣ ਟਵਾਣਾ ਸਾਹਿਬ ਇੱਥੇ ਗੱਲ ਇਹ ਆ ਦੇਖੋ ਜੇ PSU ਲਲਕਾਰ ਤੇ DTF ਤੇ DSO ਉਹਨਾਂ ਦੀ ਨਕਸਲੀ ਸੋਚ ਆ ਸਾਰਿਆਂ ਦੀ ਤੇ ਫਿਰ ਨਕਸਲੀ ਸੋਚ ਤਾਂ SFS ਦੀ ਆ ਸਟੂਡੈਂਟ ਫਾਰ ਸੋਸਾਇਟੀ ਦੀ ਵੀ ਆ ਇੱਕੋ ਆਈਡੀਓਲੋਜੀ ਦੀ ਇਹ ਸਾਰੇ ਮਤਲਬ ਚੱਲਦੇ ਆ ਹੁਣ ਟਵਾਣਾ ਸਾਹਿਬ ਇੱਥੇ ਆ ਕਿ ਮੈਂ ਪਹਿਲਾਂ ਸਿੱਖਾਂ ਦੀਆਂ ਜਥੇਬੰਦੀਆਂ ਦੀ ਨਾਂ ਲਈ ਉਹਦੇ ਵਿੱਚ ਇਹ ਇੱਕ ਜਥੇਬੰਦੀ ਵੀ ਐਂਟਰ ਹੋਈ ਆ ਹੁਣ ਇਹ ਸਾਰੀਆਂ ਜਥੇਬੰਦੀਆਂ ਦੇਖੋ ਦੀਪ ਸਿੱਧੂ ਜੇਲ੍ਹ 'ਚ ਆ ਲੱਖਾ ਸਦਾਣਾ ਜਿਹੜਾ ਉਹ ਇਸ ਵੇਲੇ ਫਰਾਰ ਆ ਸਰਕਾਰ ਨੇ ਉਹਨਾਂ ਦੋ 'ਚ ਵੀ ਪਾੜਾ ਪਾ ਕੇ ਉਹਨਾਂ ਇੱਕ ਦਾ ਫੇਸਬੁੱਕ ਅਕਾਊਂਟ ਟੋਟਲ ਸੋਸ਼ਲ ਮੀਡੀਆ ਜਿਹੜਾ ਬਲੌਕ ਕਰ ਦਿੱਤਾ ਲੱਖੇ ਦਾ ਬੰਦ ਕਰ ਦਿੱਤਾ ਲੱਖਾ ਤਾਂ ਜੋ ਹੋਰ ਸਰਗਰਮ ਨਾ ਹੋ ਸਕੇ ਜਿਹਨੂੰ ਵਾਰਿਆ ਜਾ ਰਿਹਾ ਮਨਜਿੰਦਰ ਸਿੰਘ ਸਿਰਸਾ ਉਹਦੀ ਸਪੋਰਟ ਤੇ ਖੜਾ ਹੋ ਗਿਆ ਠੀਕ ਹੈ ਟਵਾਣਾ ਸਾਹਿਬ ਹੁਣ ਅੱਛਾ ਇੱਕ ਸਵਾਲ ਵੀ ਆਇਆ ਸੀਗਾ ਬਾਈ ਜੀ ਦਾ ਬਲ ਉੱਥੋਂ ਉਹ ਕਹਿੰਦੇ ਵੀ ਜਿਹੜਾ ਮਨਜਿੰਦਰ ਸਿੰਘ ਸਿਰਸਾ ਦਾ ਇਹ ਕਹਿਣਾ ਕਿ ਅਸੀਂ ਦੀਪ ਸਿੱਧੂ ਨੂੰ ਵੀ ਰਿਹਾ ਕਰਾਵਾਂਗੇ ਹਾਲਾਂਕਿ ਦੀਪ ਸਿੱਧੂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਮੇਰੇ ਕੋਲ ਵਕੀਲ ਹੈਗੇ ਮੈਂ ਆਪਣੇ ਤੌਰ 'ਤੇ ਮਨਜਿੰਦਰ ਸਿੰਘ ਸਿਰਸਾ ਦਾ ਦੀਪ ਸਿੱਧੂ ਦੇ ਹੱਕ 'ਚ ਬੋਲਣਾ ਕਿਤੇ ਇਹ ਭਾਜਪਾ ਦਾ ਕਨੈਕਸ਼ਨ ਨਹੀਂ ਕਿਉਂਕਿ ਭਾਜਪਾ ਦਾ ਉਹ MLA ਪਹਿਲਾਂ ਰਿਹਾ ਹਾਲਾਂਕਿ ਅਕਾਲੀ ਦਲ ਦੀਪ ਸਿੱਧੂ ਦੇ ਹੱਕ 'ਚ ਨਹੀਂ ਹੈ ਹੈ ਨਾ ਪੰਜਾਬ ਦਾ ਜਿਹੜਾ ਅਕਾਲੀ ਦਲ ਆ ਉਹ ਦੀਪ ਸਿੱਧੂ ਦੇ ਹੱਕ 'ਚ ਨਹੀਂ ਹੈ ਕਿਉਂਕਿ ਦੀਪ ਸਿੱਧੂ ਆਪਣੀ ਸ਼ੰਭੂ ਸਟੇਜ ਤੋਂ ਸੁਖਦੇਵ ਸਿੰਘ ਢੀਂਡਸਾ ਗਰੁੱਪ ਨੂੰ ਸਪੋਰਟ ਕਰਦਾ ਰਿਹਾ ਉਹਨਾਂ ਦਾ ਬੇਟਾ ਵੀ ਅਤੇ ਉਹ ਵੀ ਉੱਥੋਂ ਸੰਬੋਧਨ ਕਰਦੇ ਰਹੇ SGPC ਇਲੈਕਸ਼ਨ ਵਾਲੇ ਲਾਣੇ ਨੂੰ ਸਪੋਰਟ ਕੀਤਾ ਕਿਉਂਕਿ ਦੀਪ ਸਿੱਧੂ ਨੂੰ ਜਿਹੜੀਆਂ ਫਿਲਮਾਂ 'ਚ ਫਾਈਨਾਂਸ ਕੀਤਾ ਸੰਧੂ ਟਰਾਂਸਪੋਰਟ ਵਾਲਿਆਂ ਨੇ ਕੀਤਾ ਜੋ ਪਰਮਿੰਦਰ ਸੰਧੂ ਦੇ ਸਹੁਰਾ ਸਾਹਿਬ ਨੇ ਅਤੇ ਇਹ ਅਕਾਲੀ ਦਲ ਦੀਪ ਸਿੱਧੂ ਨੂੰ ਸਪੋਰਟ ਨਹੀਂ ਕਰ ਰਿਹਾ ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਵਾਲਾ ਸਪੋਰਟ ਕਰ ਰਿਹਾ ਕਿ ਉਹ ਭਾਜਪਾ ਦਾ ਲਗਾ ਆਇਆ ਉਹਨਾਂ ਦੇ ਵਿੱਚ ਸਪੋਰਟ ਕਰਨ 'ਚ ਇਹ ਵਿਚਾਰਧਾਰਾ ਇੱਥੇ ਥੋੜ੍ਹਾ ਜਿਹਾ ਡਿਫਾਈਨ ਕਰੋ ਇਹਨੂੰ ਮਨਜਿੰਦਰ ਸਿੰਘ ਸਿਰਸਾ ਕਿਉਂ ਦੀਪ ਸਿੱਧੂ ਦੀ ਸਪੋਰਟ ਦੇ ਆ ਹਾਂ ਟਵਾਣਾ ਸਾਹਿਬ ਮੈਂ ਪਹਿਲੀ ਕੰਪਲੀਟ ਕਰਕੇ ਫਿਰ ਮਨਜਿੰਦਰ ਸਿਰਸਾ ਵੱਲ ਜਾਣਾ ਹੁਣ ਗੱਲ ਕੀ ਆ ਕਿਸਾਨੀ ਅੰਦੋਲਨ ਨੂੰ ਹੁਣ ਜਿਹੜੀ ਉਹਦੇ ਬਰਾਬਰ ਧਿਰ ਖੜੀ ਕਰੀ ਜਾ ਰਹੀ ਆ ਅਗਲੇ ਦਿਨਾਂ 'ਚ ਹੁਣ ਨਵਰੀਤ ਸਿੰਘ ਡਿਬਡਬਾ ਦੀ ਯਾਦਗਾਰ ਜਿਹੜੀ ਆ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਤੇ 7 ਤਰੀਕ ਨੂੰ ਮਨਾਈ ਜਾਵੇਗੀ ਜਿਹ 'ਚ ਕਨੂਪ੍ਰਿਆ ਵੀ ਹੋਏਗੀ ਇਹ ਰਮਨ ਜਿਹੜਾ ਸਭ ਤੋਂ ਵੱਧ ਕੁਫਰ ਜਿਹੜਾ ਉਹ ਤੋਲ ਰਿਹਾ ਕਿਸਾਨ ਜਥੇਬੰਦੀਆਂ ਦੇ ਵਿਰੁੱਧ ਕਿ ਦੇਖੋ ਕਿਸਾਨ ਜਥੇਬੰਦੀਆਂ ਨੇ ਨੌਜਵਾਨ ਮਰਵਾ ਤੇ ਨੌਜਵਾਨ ਜੇਲ੍ਹਾਂ 'ਚ ਡੱਕ ਦਿੱਤੇ ਨਹੀਂ ਉਹ ਤਾਂ ਅੱਜ ਵੀ 24 ਬੰਦੇ ਰਿਹਾ ਹੋਏ ਨੇ ਉਹ ਤਾਂ ਤੁਸੀਂ ਵੀ ਵਕੀਲ ਹੋ ਕੇ ਦੂਜੀ ਸਟੇਟ ਦਾ ਮਸਲਾ ਕਾਗਜ਼ ਪੱਤਰ ਲਿਆਉਂਦਿਆਂ ਦੇਰੀ ਲੱਗਦੀ ਹੈ
ਤੇ ਇਹ ਤਾਂ ਹੁਣ ਨਵਦੀਪ ਕੌਰ ਨੂੰ ਵੀ ਬਲਾਤਕਾਰ ਕਰਵਾ ਦਿੱਤਾ ਇਹਨਾਂ ਨੇ ਤਾਂ ਥਾਣੇ 'ਚ ਕਚਹਿਰੀਆਂ ਉਹਦਾ ਜੇਲ੍ਹ ਦੇ ਵਿੱਚ ਇਹ ਤਾਂ ਉਭਾਰ ਰਹੇ ਨੇ। ਇਹ ਠੀਕ ਹੈ ਕਿ ਕੁਛ ਲੋਕ ਨੇ ਜਿਹੜੇ ਉਹਨਾਂ ਦੀ ਜ਼ਮਾਨਤ ਨੂੰ ਦੇਰੀ ਹੋ ਰਹੀ ਹੈ ਕਿਉਂਕਿ ਕੇਸ ਗੰਭੀਰ ਹੈ, ਸਟੇਟ ਦੂਜੀ ਹੈ, ਕਾਗਜ਼ ਪੱਤਰਾਂ ਦਾ ਜ਼ਮਾਨਤਾਂ ਦਾ ਪ੍ਰੋਸੈਸ ਹੁੰਦਾ, ਪਰ ਅੱਜ ਵੀ 24 ਵਿਅਕਤੀ ਰਿਲੀਜ਼ ਹੋਏ ਨੇ, ਲਗਾਤਾਰ ਜਿਹੜੇ ਨੇ ਰਿਲੀਜ਼ ਤਾਂ ਹੋ ਰਹੇ ਨੇ, ਪਰ ਇਹ ਉਹਨਾਂ ਨੂੰ ਇਸ਼ੂ ਬਣਾ ਰਹੇ ਨੇ, ਉਹਨਾਂ ਦੇ ਹਮਦਰਦ ਬਣਦੇ ਨੇ। ਸੋਰੀ, ਅੱਜ 22 ਬੰਦੇ ਤਿਹਾੜ ਜੇਲ੍ਹ 'ਚੋਂ ਰਿਹਾ ਹੋਏ ਨੇ, ਮੇਰੇ ਕੋਲ ਨਾਵਾਂ ਦੀ ਲਿਸਟ ਆਪਣੇ ਰਾਤ ਹੀ ਆ ਗਈ ਸੀਗੀ। ਸੋ ਇਹ ਜਿਹੜੇ 22 ਬੰਦੇ ਹੋਰ ਰਿਹਾ ਹੋ ਗਏ ਨੇ ਕੱਲ੍ਹ, ਉਹ ਰੂਟੀਨ 'ਚ ਹੋ ਰਹੇ ਨੇ, ਪਰ ਇਹ ਇਹਨਾਂ ਨੂੰ ਉਭਾਰ ਰਹੇ ਨੇ ਇਹ ਤਰ੍ਹਾਂ ਕਿ ਦੇਖੋ ਜੀ ਕਿਸਾਨ ਕੁਛ ਕਰ ਨਹੀਂ ਰਹੇ। ਉਹ ਭਾਈ ਅਦਾਲਤ ਦਾ ਕੰਮ ਹੈ, ਟਾਈਮ ਹਰ ਚੀਜ਼ ਨੂੰ ਲੱਗਦਾ ਹੈ, ਤੁਹਾਡੇ 'ਤੇ ਇੱਕ ਸਾਜ਼ਿਸ਼ਾਂ ਦਾ ਕੇਸ ਹੈ ਜਾਂ ਕੋਈ ਵੀ ਕੇਸ ਹੈ, ਉਹਨੂੰ ਦੇਰੀ ਤਾਂ ਹੋਣੀ ਹੋਣੀ ਹੈ, ਇੱਕਦਮ ਥੋੜ੍ਹੀ ਜ਼ਮਾਨਤ ਹੋ ਜਾਣੀ ਹੈ। ਦੇਰੀ ਤਾਂ ਤੁਸੀਂ ਹੁਣ ਵੇਖੋ ਕਿ ਸੂਰਤ ਸਿੰਘ ਖਾਲਸਾ, ਉਹਦਾ ਮੁੰਡਾ ਤੁਸੀਂ ਤਾਂ ਜ਼ਿਆਦਾ ਜਾਣਦੇ ਹੋ, ਭੋਲੇ ਹੋਰੀ, ਜਿਹੜਾ ਕਤਲ ਹੋ ਗਿਆ ਸੀ ਸੂਰਤ ਸਿੰਘ ਖਾਲਸਾ ਦਾ, ਬਾਬੇ ਸੂਰਤੇ ਦਾ ਮੁੰਡਾ, ਅਮੈਰੀਕਾ 'ਚ 4-5 ਸਾਲ ਹੋ ਗਏ ਨੇ, ਘਰ ਦੇ ਬਾਹਰ ਗੋਲੀਆਂ ਮਾਰੀਆਂ, ਅਜੇ ਤੱਕ ਅਮੈਰੀਕਾ ਦੀ FBI ਉਹਦੇ ਕਤਲਾਂ ਨੂੰ ਨਹੀਂ ਲੱਭ ਸਕੀ ਯਾਰ। ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਕੁਛ ਕੇਸ ਗੰਭੀਰ ਹੁੰਦੇ ਨੇ, ਦੇਰੀ ਹੋ ਸਕਦੀ ਹੈ, ਪਰ ਇਹ ਧਿਰਾਂ ਹੁਣ ਜਾਣ ਬੁੱਝ ਕੇ ਉਹਦਾ ਨਜ਼ਲਾ ਕਿਸਾਨਾਂ 'ਤੇ ਕਿ ਲੀਡਰਾਂ ਨੇ ਸਾਡੇ ਬੰਦੇ ਮਰਾ ਤੇ ਜੀ, ਫਲਾਂ ਕਰ ਦਿੱਤਾ ਜੀ, ਜੇਲ੍ਹਾਂ 'ਚ ਡਕਾ ਤੇ ਜੀ, ਲੋਕਾਂ ਨੂੰ ਹਾਈਪਰ ਕੀਤਾ ਜਾ ਰਿਹਾ ਉਹਨਾਂ ਦੇ ਵਿਰੁੱਧ। ਜੀ ਕੰਟੀਨਿਊ ਪਲੀਜ਼। ਹਾਂ ਟਵਾਣਾ ਸਾਹਿਬ, 100 ਦਾ ਅੰਕੜਾ ਪਾਰ ਕਰ ਚੁੱਕਿਆ ਜਿਹੜਾ ਕਿਸਾਨ ਅਤੇ ਨੌਜਵਾਨ ਜੇਲ੍ਹ ਤੋਂ ਬਾਹਰ ਆ ਚੁੱਕੇ ਆ। ਹੁਣ ਮੈਂ ਪਹਿਲਾਂ ਕਿਹਾ ਸੀ 5 ਤਰੀਕ, ਵੱਧ ਤੋਂ ਵੱਧ 8 ਤਰੀਕ ਹੋਏਗੀ। 8 ਤਰੀਕ ਤੱਕ ਜਿੰਨੇ ਵੀ ਵਿਅਕਤੀ 26 ਜਨਵਰੀ ਵਾਲੇ ਇਸ ਪੂਰੇ ਦੇ ਪੂਰੀ ਘਟਨਾ 'ਚ ਅਰੈਸਟ ਹੋਏ ਸੀ ਉਹ ਸਾਰੇ ਬਾਹਰ ਆ ਜਾਣਗੇ। ਮਤਲਬ ਇੱਕ ਗੱਲ ਤਾਂ ਇਹ ਮੰਨ ਕੇ ਚੱਲੋ ਕਿ ਕਿਸਾਨੀ ਅੰਦੋਲਨ ਜਿਹੜਾ ਕਿ ਭਾਰਤ ਸਰਕਾਰ ਦੇ ਵਿਰੁੱਧ ਲੜਿਆ ਜਾ ਰਿਹਾ ਸੀ, ਉਹਦੇ 'ਚ ਸਾਨੂੰ ਨੌਜਵਾਨਾਂ ਦੀ ਤੇ ਕਿਸਾਨਾਂ ਦੀ ਰਿਹਾਈ ਦੇ ਲਈ 1.5 ਮਹੀਨੇ ਤੋਂ ਵੱਧ ਦਾ ਸਮਾਂ ਸਾਡਾ ਬਰਬਾਦ ਹੋ ਗਿਆ। ਕਿਹਦੀ ਬਦੌਲਤ ਹੋਇਆ ਇਹ ਅੱਜ ਲੱਖ ਸਪਸ਼ਟੀਕਰਨ ਦੇਣ, ਕਰਤੂਤਾਂ ਇਹਨਾਂ ਦੀਆਂ ਸੀ, ਜੇ ਇਹ ਚੱਜ ਨਾਲ ਚੱਲਦੇ ਤੇ ਸ਼ਾਇਦ ਇਹ ਕੁਛ ਨਾ ਹੁੰਦਾ। ਹੁਣ ਟਵਾਣਾ ਸਾਹਿਬ ਉਹਦੇ ਤੇ ਅੱਗੇ ਵੀ ਆਵਾਂਗਾ ਸਾਰੇ ਸਾਬਕਾ ਤੇ। ਹੁਣ ਜਿਹੜੀਆਂ ਇਹ ਧਿਰਾਂ ਨੇ, ਇਹ ਧਿਰਾਂ ਹੁਣ ਨਵਰੀਤ ਨੂੰ ਮੋਹਰੇ ਲਾ ਕੇ ਇਹਨਾਂ ਇਨਸਾਫ਼ ਕਿਹਨੇ ਦੇਣਾ ਉਹ ਤਾਂ ਆਪਾਂ ਨੂੰ ਪਤਾ। ਆਪਾਂ ਪੰਜਾਬ ਦੇਖਿਆ ਟਵਾਣਾ ਸਾਹਿਬ, ਜਿੰਨੇ ਮਰਜ਼ੀ ਆ ਜਾਣ ਮੇਰੇ ਕੋਲ ਤਾਂ ਪੂਰੇ ਪੂਰੇ ਅੰਕੜੇ ਪਏ ਆ ਕਿ ਕਿਹੜੇ ਕਿਹੜੇ ਘਰ ਦਾ ਚਿਰਾਗ ਬੁੱਝਿਆ, ਕਿਹੜੇ ਘਰ 'ਚ ਘਾਹ ਉੱਗਿਆ ਹੋਇਆ। ਮੈਂ ਤਾਂ ਇਕੱਲਾ ਇਕੱਲੇ ਦਾ ਕੱਢ ਕੇ ਦੇ ਦੂੰਗਾ, ਠੀਕ ਹੈ। ਮੇਰੇ ਕੋਲ ਤਾਂ, ਮੈਂ ਤਾਂ 22 ਸਾਲ ਲਾਏ ਆ, ਪੂਰੇ ਪੰਜਾਬ ਦਾ ਇੱਕ ਇੱਕ ਘਰ ਫਰੋਲਿਆ, ਕਿਹਦੇ 'ਚੋਂ ਕੀ ਕੁਛ ਹੋਇਆ, ਮੇਰੇ ਕੋਲ ਤਾਂ ਸਾਰਾ ਕੁਛ ਪਿਆ। ਪਰ ਬਦਕਿਸਮਤੀ ਕਿਸੇ ਨੇ ਕਦੀ ਕਿਸੇ ਦੀ ਸਾਰ ਨਹੀਂ ਲਈ, ਉਹ ਵੱਖਰੀ ਗੱਲ ਆ ਕਿ ਉਹਨਾਂ ਦੇ ਨਾਂ ਤੇ ਮਾਇਆ ਇਕੱਠੀ ਕਰਕੇ ਕਿਸੇ ਨੇ ਟਰਾਂਸਪੋਰਟ ਬਣਾ ਲਈ, ਕਿਸੇ ਨੇ ਆਪਦੇ ਪੈਟਰੋਲ ਪੰਪ ਕੋਈ 100 ਬਣਾ ਗਿਆ, ਕੋਈ 150 ਬਣਾ ਗਿਆ, ਕਿਸੇ ਨੇ 200 ਲਾ ਲਿਆ, ਉਹ ਕਰਕੇ ਆਪਦੀ ਐਸ਼ ਪ੍ਰਸਤੀ ਆ, ਹੋਰ ਕੁਛ ਨਹੀਂ ਆ। ਹੁਣ ਟਵਾਣਾ ਸਾਹਿਬ ਇਸ ਤੋਂ ਅਗਲੀ ਗੱਲ, ਮਨਜਿੰਦਰ ਸਿੰਘ ਸਿਰਸੇ ਤੇ ਜਾਣਾ, ਹੁਣ ਇਹਨਾਂ ਸਾਰਿਆਂ ਤੋਂ ਅੱਕਿਆ ਹੋਇਆ ਨੇ ਇੱਕ ਜੋਗਿੰਦਰ ਸਿੰਘ ਗਰਾਹਾਂ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ। ਜੋਗਿੰਦਰ ਸਿੰਘ ਗਰਾਹਾਂ ਕਹਿੰਦੇ ਕਿ ਭਾਈ ਤੈਨੂੰ ਕਿਹਨੇ ਕਿਹਾ ਸੀਗਾ ਉੱਥੇ ਜਾ ਕੇ ਕੇਸਰੀ ਨਿਸ਼ਾਨ ਸਾਹਿਬ ਚਲਾ, ਜੇ ਚਲਾ ਤਾ ਤੇ ਫਿਰ ਕਹਿੰਦਾ ਆ ਕੇ ਜਥੇਬੰਦੀਆਂ ਸਾਂਭਣ, ਕਹਿੰਦਾ ਤੇਰੀਆਂ ਲੱਤਾਂ ਕੰਬਦੀਆਂ ਸੀ, ਕਿਉਂ ਗਿਆ ਸੀ, ਤੇ ਜੇ ਚੱਲ ਗਿਆ ਸੀ ਫਿਰ ਖੜਦਾ, ਠੀਕ ਹੈ। ਪਹਿਲੀ ਗੱਲ ਇਹ। ਦੂਸਰੀ ਗੱਲ ਟਵਾਣਾ ਸਾਹਿਬ ਇਹਦੇ 'ਚ ਦੇਖੋ, ਮਨਜੀਤ ਸਿੰਘ ਧਨੇਰ ਆ, ਉਹਨੇ ਕਿੱਡੀ ਵੱਡੀ ਇੱਕ ਕੁੜੀ ਜਿਹੜੀ ਕਿਰਨਜੀਤ ਕੌਰ, ਕਿਰਨਜੋਤ ਕੌਰ ਸੀਗੀ, ਜਿਹਦੇ ਲਈ ਉਹਨੇ ਸੰਘਰਸ਼ ਲੜਿਆ ਸੀ, ਉਸ ਕੇਸ ਦੇ ਵਿੱਚ ਉਹਨੂੰ ਨਜਾਇਜ਼ ਉਲਝਾ ਕੇ ਉਮਰ ਕੈਦ ਕਰਾਈ ਗਈ, ਉਹ ਵੱਖਰੀ ਗੱਲ ਆ। ਉਹਦੇ ਮਗਰ ਇੱਕ ਸੰਗਠਨ ਖੜਾ ਹੋਇਆ ਤੇ ਉਹਨੂੰ 2 ਵਾਰ ਮਾਫ਼ੀ ਦੇਣੀ ਪਈ ਪੰਜਾਬ ਸਰਕਾਰ ਨੂੰ, ਉਮਰ ਕੈਦ ਦੇ ਕੈਦੀ ਨੂੰ ਬਾਹਰ ਕੱਢਣਾ ਪਿਆ। ਹੁਣ ਟਵਾਣਾ ਸਾਹਿਬ ਉਹਦੇ ਜਵਾਈ ਦੀ ਡੈਥ ਹੋ ਜਾਂਦੀ ਆ, ਡੈਥ ਹੋ ਗਈ, ਘਰੇ ਭੋਗ ਪਿਆ, ਅਗਲੇ ਦਿਨ ਸਵੇਰੇ ਜਗਰਾਉਂ ਦੀ ਰੈਲੀ ਜੀ 'ਚ ਉਹਨੇ ਜਾਣਾ। ਉਸ ਬੰਦੇ ਨੂੰ ਕਮੈਂਟ ਕੀ ਭੇਜਿਆ ਗਿਆ ਅਖੌਤੀ ਵੱਲੋਂ, ਕਿ ਕਹਿੰਦੇ ਕਿ ਭਾਈ ਤੇਰਾ ਚੰਗਾ ਹੋਇਆ, ਤੇਰੀ ਕੁੜੀ ਰੰਡੀ ਹੋ ਗਈ, ਹੁਣ ਤੇਰੀ ਕੁੜੀ ਤੇ ਮੈਂ ਚਾਦਰ ਪਾ ਲੂੰਗਾ। ਫਿਰ ਉਹ ਕੱਲ ਸਟੇਜ ਤੋਂ ਗਰਜਿਆ, ਉਹ ਕਹਿੰਦਾ ਪਿਓ ਦਾ ਪੋਤਾ ਤੇ ਆ ਜਾ, 50,000 ਦਊਂਗਾ ਤੇ ਆ ਜਾ ਸਾਹਮਣੇ ਆ, ਨਾਲੇ ਮੇਰੇ ਤੈਨੂੰ ਮੈਂ ਦੱਸਾਂ। ਮਤਲਬ ਉਹਨਾਂ ਰੱਜ ਕੇ ਕੱਲ ਜਿੰਨੀ ਕੁ ਇਹਨਾਂ ਦੀ ਖਿੱਲੀ ਅਖੌਤੀਆਂ ਦੀ ਉਡਾਉਣੀ ਸੀ। ਫਿਰ ਮਨਜੀਤ ਸਿੰਘ ਧਨੇਰ ਰੱਜ ਕੇ ਫਿਰ ਬੋਲਿਆ ਕੱਲ, ਉਹ ਇਹਨਾਂ ਦੀ ਮਾਂ ਭੈਣ ਇੱਕ ਕੀਤੀ, ਫਿਰ ਇਸ ਜਿਹੜਾ ਮਲੰਗ ਟੋਲਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਟਵਾਣਾ ਸਾਹਿਬ, ਕਿ ਇਹ ਇੱਕ ਦੇ ਬਾਅਦ ਇੱਕ ਕਰਤੂਤਾ ਕਰਦੇ ਕਿਸੇ ਦੀ ਧੀ ਭੈਣ ਦੇ ਲਈ, ਤੁਸੀਂ ਕਮੈਂਟ ਕੀ ਕਰ ਰਹੇ ਹੋ, ਪਰ ਮੂੰਹ ਲੁਕੋ ਕੇ ਕਰਦੇ ਹੋ। ਦੇਖੋ ਜੀ, ਤੇਰੀ ਕੁੜੀ ਤੇ ਮੈਂ ਚਾਦਰ ਪਾ ਲੂ, ਬਸ਼ਰਮ ਟੋਲਿਓ, ਤੁਸੀਂ ਕੋਈ ਸ਼ਰਮ ਕਰੋ, ਤੁਹਾਨੂੰ ਕੋਈ ਚੜੀ ਲੱਥਣੀ ਆ ਕੁਛ ਵੀ, ਕਿਸੇ ਦੀ ਧੀ ਭੈਣ ਆ, ਠੀਕ ਆ, ਉਹਦੇ ਨਾਲ ਇੰਸੀਡੈਂਟ ਵਾਪਰ ਗਿਆ। ਉਹ ਕਹਿੰਦਾ ਵੀ ਮੇਰੇ ਘਰੇ ਜਵਾਈ ਦਾ ਭੋਗ ਪਿਆ, ਅਸੀਂ ਭੋਗ ਪਾ ਕੇ ਅਗਲੇ ਦਿਨ ਸਵੇਰੇ ਜਗਰਾਉਂ ਦੀ ਰੈਲੀ ਮੈਂ ਉਹਦੇ 'ਚ ਜਾਣਾ, ਤੇ ਤੁਸੀਂ ਉਹਨੂੰ ਇਹ ਮੈਸੇਜ ਦੇ ਰਹੇ ਹੋ ਕਿ ਤੇਰੀ ਕੁੜੀ ਤੇ ਕੋਈ ਗੱਲ ਨੀ ਗੀ, ਹੁਣ ਜੇ ਤੇਰਾ ਜਵਾਈ ਮਰ ਗਿਆ ਤੇ ਤੇਰੀ ਕੁੜੀ ਤੇ ਮੈਂ ਚਾਦਰ ਪਾ ਲੂ, ਸ਼ਰਮ ਆਉਣੀ ਚਾਹੀਦੀ ਆ।
ਇਹੋ ਜਿਹਾ ਨੇ ਬਹੁਤ ਕਾਲਣਾ ਘਾਲੀ ਆ। ਹੁਣ ਕਿਰਨਜੀਤ ਕੌਰ ਸੀ ਮਹਿਲ ਕਲਾਂ ਵਾਲੀ ਬੱਚੀ, ਅਤੇ ਕਿੰਨਾ ਉਸ ਬੱਚੀ ਦਾ ਤੁਸੀਂ ਕਿ ਅਰਹਰ ਦੇ ਖੇਤ 'ਚ ਕੁਛ ਮਸਟੰਡੇ ਜਿਵੇਂ ਉਹਨੂੰ ਲੈ ਗਏ ਸੀ ਚੁੱਕ ਕੇ, ਮਾਸਟਰ ਦੀ ਉਹ ਬੇਟੀ ਸੀ ਉਹਦੇ, ਮਤਲਬ ਸੁਰਿੰਦਰ ਵੀਰ ਜੀ ਉਹਦੇ ਨੌਹਾਂ ਦੇ ਵਿੱਚੋਂ ਉਹਨਾਂ ਬਲਾਤਕਾਰੀਆਂ ਦਾ ਖੂਨ ਲੱਭਿਆ ਗਿਆ ਸੀਗਾ, ਉਹਦੇ ਨੌਹਾਂ ਦੇ ਵਿੱਚੋਂ ਉਹਨਾਂ ਦਾ ਮਾਸ, ਕਿਉਂਕਿ ਜੋ ਲੜਕੀ ਨੇ ਉਹਨਾਂ ਦਾ ਮੁਕਾਬਲਾ ਕੀਤਾ ਉਹਨਾਂ ਮੁਸਟੰਡਿਆਂ ਦਾ, ਹਾਲਾਂਕਿ ਉਹਨਾਂ ਦੇ ਵਿੱਚੋਂ ਕੁਛ ਕੁ ਨੂੰ ਅੱਗੇ ਜਾ ਕੇ ਭਾਵੇਂ ਆਮ ਆਦਮੀ ਪਾਰਟੀ ਨੇ ਸ਼ਾਮਿਲ ਕਰ ਲਿਆ ਸੀਗਾ, ਪਰ ਉਦੋਂ ਮਨਜੀਤ ਧਨੇਰ ਹੋਰਾਂ ਨੇ ਇਹ ਗੁੰਡਿਆਂ ਦੇ ਵਿਰੁੱਧ ਜਿਹੜੀ ਐਕਸ਼ਨ ਕਮੇਟੀ ਬਣਾਈ ਸੀ ਉਹਦੇ 'ਚ ਸਜ਼ਾ ਵੀ ਝੱਲੀ, ਕਿਉਂਕਿ ਉਹਨਾਂ ਲੋਕਾਂ ਦਾ ਇੱਕ ਦਾਦੇ ਦੀ ਮੌਤ ਹੋ ਗਈ ਸੀ, ਸੋ ਅਕਾਊਂਟਰ ਬਰਾਬਰ ਪੈਰਲਰ ਕੇਸ ਹੋ ਗਏ। ਸੋ ਲੋਕ ਹਿੱਤਾਂ ਲਈ ਲੜੇ ਸੀ, ਉਹ ਦੂਜਿਆਂ ਦੀਆਂ ਧੀਆਂ ਦੇ ਵਾਸਤੇ ਉਹ ਲੜਿਆ, ਪਰ ਉਹਨੇ ਫਿਰ ਹਿੱਕ ਠੋਕ ਕੇ ਆਖਿਆ ਕਿ ਭਾਈ ਜੇ ਕਿਸੇ ਨੂੰ ਵਹਿਮ ਆ ਜਾਓ ਮੈਂ ਇਨਾਮ ਦਿੰਦਾ, ਲੈ ਜਾਓ ਆ ਕੇ ਤੁਹਾਨੂੰ ਦੇ ਦਾਂਗੇ ਚਾਦਰ ਪਾਉਣ। ਮਤਲਬ ਹਾਲਾਤ ਕਿੱਥੋਂ ਤੱਕ, ਪੰਜਾਬੀ ਜਿਹੜੇ ਕਦੇ ਦੂਸਰੇ ਦੀਆਂ ਇੱਜ਼ਤਾਂ ਬਚਾ ਕੇ ਲਿਆਉਂਦੇ ਸੀ, ਉਹ ਕਿੱਦਾਂ ਦੇ ਪੰਜਾਬੀ ਨਜਾਇਜ਼ ਔਲਾਦਾਂ ਪੈਦਾ ਹੋ ਗਈਆਂ ਕਿ ਮਤਲਬ ਇੱਕ ਜਿਹੜੀ ਕਿਸੇ ਦੀ ਧਿਆਣੀ ਹੈ ਉਹ ਵਿਧਵਾ ਹੋ ਗਈ ਹੈ, ਉਹਦਾ ਸੁਹਾਗ ਉਜੜ ਗਿਆ, ਅਤੇ ਕਿੱਦਾਂ ਕਿੱਦਾਂ ਦਾ ਗੰਦ ਘੋਲ ਰਹੇ ਨੇ ਇਸ ਤਰ੍ਹਾਂ ਦੇ ਲੋਕ। ਇਹ ਆਪਣੇ ਆਪ ਨੂੰ ਮਤਲਬ ਇਨਸਾਨ ਕਹਾਉਣ ਦੇ ਕਾਬਲ ਨਹੀਂ ਹੈਗੇ, ਇੰਨੀ ਰੰਝ ਇੰਨੀ ਨਫ਼ਰਤ ਵੱਧ ਗਈ ਹੈ ਸਾਡੇ ਮਨਾਂ ਦੇ ਵਿੱਚ। ਹੁਣ ਰਵੀ ਸਿੰਘ ਖਾਲਸਾ ਪੀਸ ਪੀਸ ਦੀ ਗੱਲ ਕਰੀ ਜਾਂਦੇ ਨੇ, ਤੁਸੀਂ ਉਹਨਾਂ ਦੀ ਵਾਲ 'ਤੇ ਜਾ ਕੇ ਦੇਖੋ, ਤੁਸੀਂ ਗੱਲ ਕਰਕੇ ਵੇਖੋ ਕਿ ਕਿਵੇਂ ਜਿਹੜਾ ਹੈਗਾ ਉੱਥੇ ਤੁਹਾਨੂੰ ਜਲੀਲ ਕੀਤਾ ਜਾਂਦਾ ਹੈ ਨਾ। ਸੋ ਇਸ ਕਰਕੇ ਇੱਦਾਂ ਪੀਸ ਜਾਂ ਇੱਦਾਂ ਸ਼ਾਂਤੀ ਜਾਂ ਇੱਦਾਂ ਪ੍ਰਚਾਰ ਨਹੀਂ ਆਉਣਾ, ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਸਾਨੂੰ ਕਹਿਣਾ ਪੈਣਾ, ਇਹ ਸਾਡੇ ਸਿੱਖ ਸਿਧਾਂਤ ਦਾ ਹਿੱਸਾ ਹੈ। ਅਸੀਂ ਜੁਕਾਮੀ ਆ ਪੱਤਰਕਾਰੀ ਟੋਭੇ 'ਚ ਇੱਟ ਵਾਲਾ ਫਾਰਮੂਲਾ ਨਹੀਂ ਲਾਗੂ ਕਰ ਸਕਦੇ ਜੀ। ਕੰਟੀਨਿਊ ਪਲੀਜ਼। ਹਾਂ ਟਵਾਣਾ ਸਾਹਿਬ, ਹੁਣ ਆ ਜੀ ਅਸੀਂ ਦਿੱਲੀ ਤੇ, ਜਿਹੜੀ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਹੋਈ ਆ। ਦੇਖੋ ਟਵਾਣਾ ਸਾਹਿਬ, ਉੱਥੇ ਮਨਜੀਤ ਸਿੰਘ ਜੀ ਕੇ ਅਲੱਗ ਹੋ ਚੁੱਕਿਆ ਇਸ ਅਕਾਲੀ ਦਲ ਬਾਦਲ ਤੋਂ, ਕੋਈ ਦੋ ਰਹਿਆ ਨਹੀਂ ਕਿ 2017 ਮਾਰਚ ਦੀ ਜਿਹੜੀ ਚੋਣ ਲੜੀ ਗਈ ਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ, ਉਹ ਮਨਜੀਤ ਸਿੰਘ ਜੀ ਕੇ ਦੇ ਸਿਰ ਤੇ ਲੜੀ ਗਈ ਸੀ। ਅਕਾਲੀ ਦਲ ਦਾ ਪ੍ਰਧਾਨ, ਅਕਾਲੀ ਦਲ ਦਾ ਸਰਪ੍ਰਸਤ ਤੇ ਪੰਜਾਬ ਦੀ ਪੂਰੀ ਲੀਡਰਸ਼ਿਪ ਚੋਂ ਕਿਸੇ ਦੀ ਵੀ ਫੋਟੋ ਉੱਥੇ ਨਹੀਂ ਸੀ ਲਾਈ ਗਈ। ਉਹ ਚੋਣ ਇਹ ਗਰੁੱਪ ਜਿਹੜਾ ਉਹ ਜਿੱਤ ਗਿਆ ਸੀ। ਹੁਣ ਚੋਣ ਮਾਰਚ ਦੇ ਵਿੱਚ ਡਿਊ ਆ, ਉੱਥੋਂ ਦੀ ਮਾਰਚ ਦੇ ਵਿੱਚ ਚੋਣ ਹੋਣੀ ਆ। ਤੇ ਟਵਾਣਾ ਸਾਹਿਬ, ਉਹ ਸਾਰੀ ਇਲੈਕਸ਼ਨ ਪ੍ਰੋਸੈਸ ਦਾ ਕਰਕੇ ਜਿਹੜਾ RSS ਤੇ BJP ਉਹ ਇਸ ਵਕਤ ਸਪੋਰਟ ਜਿਹੜੀ ਆ ਮਨਜੀਤ ਸਿੰਘ GK ਦੀ ਕਰ ਰਿਹਾ। ਕਾਂਗਰਸ ਦੇ ਨਾਲ ਸੰਬੰਧਿਤ ਆ ਸਰਨਾ ਧੜਾ ਜਿਹੜਾ ਵਾ, ਉਹ ਕਾਂਗਰਸ ਨਾਲ ਸੰਬੰਧਿਤ ਆ। ਰਹਿ ਗਈ ਗੱਲ ਮਨਜਿੰਦਰ ਸਿੰਘ ਸਿਰਸਾ ਦੀ, ਮਨਜਿੰਦਰ ਸਿੰਘ ਸਿਰਸਾ ਜਿਹੜਾ ਉਹ ਅਕਾਲੀ ਦਲ ਬਾਦਲ ਨਾਲ ਖੜਾ, ਤੇ ਬਾਦਲ ਅਕਾਲੀ ਦਲ ਦੀ ਜਿਹੜੀ ਦਿੱਲੀ 'ਚ ਤੋੜ ਵਿਛੋੜਾ ਹੋਇਆ ਸੀ, ਕਿਉਂਕਿ ਹਰਿਆਣੇ 'ਚ ਤੇ ਇਹਨਾਂ ਦੀ ਗੱਲ ਹੀ ਨਹੀਂ ਸੀ ਬਣ ਸਕੀ ਪਹਿਲੇ ਦਿਨ, ਅਲਾਇੰਸ ਨਹੀਂ ਸੀ ਨਾ ਰਾਜਸਥਾਨ 'ਚ ਹੋ ਸਕਿਆ ਸੀ, ਜਿਹੜਾ ਦਿੱਲੀ 'ਚ ਅਲਾਇੰਸ ਸੀ ਉਹ ਵੀ ਮਨਜਿੰਦਰ ਸਿੰਘ ਸਿਰਸਾ ਦੀਆਂ ਗਲਤੀਆਂ ਬਦੌਲਤ ਇਹਨਾਂ ਦਾ ਟੁੱਟਿਆ ਸੀ। ਤੇ ਇਸ ਕਰਕੇ ਮਨਜਿੰਦਰ ਸਿੰਘ ਸਿਰਸਾ ਭਾਵੇਂ BJP ਵੱਲੋਂ ਜਿੱਤਿਆ ਹੋਇਆ MLA ਸੀ ਪਿਛਲੀ ਵਾਰ, ਪਰ ਉਹ ਉੱਥੇ ਉਹਨਾਂ ਦੀ ਦਾਲ ਨਹੀਂ ਗਲੀ। ਇਸ ਵਕਤ ਮਨਜਿੰਦਰ ਸਿੰਘ ਸਿਰਸਾ ਅਲੱਗ ਥਲੱਗ ਪੈ ਰਿਹਾ ਸੀ, ਤੇ ਉਹਨੂੰ ਕੁਛ ਨਾ ਕੁਛ ਮੁੱਦੇ ਚਾਹੀਦੇ ਸੀ, ਜਿਹਦਾ ਕਰਕੇ ਉਹਨੇ ਦੀਪ ਸਿੱਧੂ ਦੀ ਸਪੋਰਟ ਕਰਨੀ ਜਿਹੜੀ ਆ ਉਹ ਮੁਨਾਸਬ ਸਮਝੀ। ਦੂਜੀ ਗੱਲ ਉਹਨਾਂ ਨੂੰ ਸੀ ਵੀ ਸ਼ਾਇਦ ਇਸੇ ਤਰੀਕੇ ਨਾਲ ਦਿੱਲੀ ਦੀ ਸੰਗਤ ਸਾਨੂੰ ਦੁਬਾਰਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਿਹੜੀ ਚੋਣ ਆ ਉਹਦਾ ਜਿਹੜਾ ਦੁਬਾਰਾ ਕਾਰਜ ਭਾਗ ਜਿਹੜਾ ਉਹ ਸੌਂਪ ਦੇਵੇ, ਪਰ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦਾ ਕੁਛ ਹੋਊਗਾ। ਇਸੇ ਕਰਕੇ ਮਨਜਿੰਦਰ ਸਿੰਘ ਸਿਰਸਾ, ਤੁਸੀਂ ਦੇਖੋ ਕਿਸਾਨੀ ਅੰਦੋਲਨ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜੋ ਵੀ ਮਦਦ ਕਰ ਸਕਦਾ ਸੀ ਉਹਨੇ ਤਨਦੇਹੀ ਨਾਲ ਕੀਤੀ ਆ, ਉਹ ਭਾਵੇਂ ਉਹਨੇ ਆਪਣੇ ਘਰੋਂ ਨਹੀਂ ਕੀਤੀ ਕਮੇਟੀ ਦੇ ਫੰਡ ਚੋਂ ਕੀਤੀ ਆ, ਪਰ ਉਹਨੇ ਨਿਰੰਤਰ ਜਿਹੜੀ ਆ ਉਹ ਸੇਵਾ ਦੇ ਵਿੱਚ ਉਹ ਹਾਜ਼ਰ ਰਿਹਾ, ਦਿਨ ਰਾਤ ਦਿੱਲੀ ਸਰਕਾਰ ਦੇ ਵਿਰੁੱਧ ਵੀ ਜਾ ਕੇ, ਦਿੱਲੀ ਕੇਂਦਰ ਸਰਕਾਰ ਦੇ ਵਿਰੁੱਧ ਜਾ ਕੇ ਵੀ ਉਹ ਪੂਰੇ ਦੇ ਵਿੱਚ ਸ਼ਾਮਲ ਰਿਹਾ। ਹੁਣ ਉਹ ਜਾਂਦੀ ਵਾਰ ਇਹ ਸੀ ਕਿ ਉਹ ਦੀਪ ਸਿੱਧੂ ਦੀ ਮਦਦ ਕਰਨਾ ਚਾਹੁੰਦਾ ਸੀ, ਜਦੋਂ ਕਿ ਪੰਜਾਬ 'ਚ ਅਕਾਲੀ ਦਲ ਉਹਦੀ ਮਦਦ ਨਹੀਂ ਕਰਨਾ ਚਾਹੁੰਦਾ, ਉਹਨਾਂ 'ਚ ਵਿਰੋਧਾਭਾਸ ਸੀਗਾ। ਪਰ ਇਹ ਆ ਕਿ ਮਨਜਿੰਦਰ ਸਿੰਘ ਸਿਰਸਾ ਦੀਪ ਸਿੱਧੂ ਦੀ ਸਪੋਰਟ 'ਤੇ ਆਇਆ, ਉਹ ਵੱਖਰੀ ਗੱਲ ਆ ਕਿ ਦੀਪ ਸਿੱਧੂ ਕੱਲ੍ਹ ਸਪੋਰਟ ਲੈਂਦਾ ਨਹੀਂ ਲੈਂਦਾ ਉਹ ਵੱਖਰੀ ਗੱਲ, ਕਿਉਂਕਿ ਉਹਦਾ ਪਰਿਵਾਰ ਕਹਿ ਚੁੱਕਿਆ ਅਸੀਂ ਆਪਣੇ ਲੈਵਲ 'ਤੇ ਕੇਸ ਲੜਨੇ ਆ। ਔਰ ਇਸੇ ਕਰਕੇ ਟਵਾਣਾ ਸਾਹਿਬ, ਜਦੋਂ ਉਹਦੇ ਪਰਿਵਾਰ ਨੇ ਕਿਹਾ ਅਸੀਂ ਆਪਣੇ ਸਿਰ ਤੇ ਕੇਸ ਲੜਨੇ ਆ, ਇਹਦਾ ਮਤਲਬ ਇੱਕ ਸਪਸ਼ਟ ਆ ਕਿ ਜਿਹੜੀ ਦੀਪ ਸਿੱਧੂ ਨੇ ਐਪਲੀਕੇਸ਼ਨ ਦਿੱਤੀ ਸੀ, ਇੱਕ ਮੇਰੀ ਜਾਨ ਨੂੰ ਖਤਰਾ,
ਤੇ ਦੂਸਰੀ ਦਿੱਤੀ ਸੀ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਮੈਂ ਤਾਂ ਕੇਵਲ ਤੇ ਕੇਵਲ ਜਿਹੜੀ ਉੱਥੇ ਭੀੜ ਸੀ ਉਹਨੂੰ ਸ਼ਾਂਤ ਕਰਨ ਗਿਆ ਸੀ, ਮੇਰਾ ਉੱਥੇ ਨਿਸ਼ਾਨ ਸਾਹਿਬ ਚਲਾਉਣ ਦੇ ਵਿੱਚ ਕੋਈ ਵੀ ਰੋਲ ਨਹੀਂ ਆ। ਇਹ ਉਹਦੇ ਪਰਿਵਾਰ ਦੀ ਪੂਰੀ ਪਲਾਨਿੰਗ ਆ ਜਿਹਦਾ ਕਰਕੇ ਇਹ ਕੁਛ ਜਿਹੜਾ ਉੱਥੇ ਵਾਪਰਿਆ ਵਾ। ਹੁਣ ਇਹ ਕੁਛ ਤਾਂ ਟਵਾਣਾ ਸਾਹਿਬ ਦਿੱਲੀ ਦੀ ਸਿਆਸਤ ਆ, ਕਿਉਂਕਿ ਉੱਥੋਂ ਦੀ ਸਿਆਸਤ ਦੇ ਮੁਤਾਬਕ ਇਹ ਜਿਹੜੀਆਂ ਗੋਟੀਆਂ ਉਹ ਫਿੱਟ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਿਹੜੀ ਚੋਣ ਆ ਉਹਦੇ ਵਿੱਚ ਇਹਦਾ ਲੇਖਾ ਜੋਖਾ ਜਿਹੜਾ ਉਹ ਇੱਥੇ ਕੋ ਨਿਪਟਦਾ ਵਾ। ਹੁਣ ਟਵਾਣਾ ਸਾਹਿਬ ਇਸ ਤੋਂ ਅਗਲੀ ਗੱਲ ਹੁਣ ਆ ਜੀ ਆ ਪੰਜਾਬ ਵਿਧਾਨ ਸਭਾ ਵੱਲ। ਟਵਾਣਾ ਸਾਹਿਬ ਪਹਿਲੀ ਗੱਲ ਤੇ ਵਿਧਾਨ ਸਭਾ ਦੇ ਵਿੱਚ ਨਵਜੋਤ ਸਿੱਧੂ ਦੇ ਤੇ ਆਪਣੇ ਦੇ ਸਿੰਘ ਫਸਣੇ ਜਿੱਥੋਂ ਤੱਕ ਵਿਕਰਮ ਮਜੀਠੀਏ ਦੇ, ਦੂਸਰੀ ਗੱਲ ਹਰਮਿੰਦਰ ਗਿੱਲ ਤੇ ਮਜੀਠੀਏ ਦੇ ਜਿਹੜੇ ਉਹ ਵੀ ਸਿੰਘ ਫਸੇ। ਦੇਖੋ ਗੱਲ ਤਾਂ ਇਹ ਸੀ, ਬਜਟ ਸੈਸ਼ਨ ਸੀ, ਆਖਰੀ ਬਜਟ ਸੀਗਾ ਇਸ ਮੌਜੂਦਾ ਸਰਕਾਰ ਦਾ, ਪਰ ਉਹਦੇ ਵਿੱਚ ਜੋ ਕੁਛ ਵੀ ਹੋਇਆ ਪਹਿਲੀ ਗੱਲ ਤੇ ਗਵਰਨਰ ਦੇ ਭਾਸ਼ਣ ਦਾ ਵਿਰੋਧ ਨਹੀਂ ਹੋਣਾ ਚਾਹੀਦਾ, ਇਹ ਵਿਧਾਨ ਸਭਾ ਦੀ ਤੇ ਲੋਕ ਸਭਾ ਦੀ ਮਰਿਆਦਾ। ਪਰ ਬਦਕਿਸਮਤੀ ਉਹ ਕੁਛ ਹੋਇਆ, ਵਿਧਾਨ ਸਭਾ ਦੇ ਅੰਦਰ ਇਹ ਕੁਛ ਹੋਇਆ ਕਿ ਮੋਦੀ ਦਾ ਦੱਲਾ ਵਾਪਸ ਜਾਏ, ਮੋਦੀ ਦਾ ਦੱਲਾ ਉਹ ਸਾਰਾ ਕੁਛ ਹੋਇਆ। ਕਾਂਗਰਸ ਨੇ ਵੀ ਗਵਰਨਰ ਹਾਊਸ ਦਾ ਕਰਾਉ ਕਰਨ ਗਏ, ਅਕਾਲੀ ਦਲ ਵਿਧਾਨ ਸਭਾ ਦਾ ਕਰਾਉ ਕਰਨ ਗਿਆ, ਸਾਰੇ ਹੱਥ ਕੰਡੇ ਜਿਹਨੇ ਅਪਣਾਉਣੇ ਸੀ ਉਹਨਾਂ ਅਪਣਾਏ। ਪਰ ਆਮ ਲੋਕਾਂ ਦੇ ਉੱਤੇ ਲਾਠੀਚਾਰਜ ਹੋਇਆ, ਪਾਣੀ ਦੀਆਂ ਪਛਾੜਾਂ ਚੱਲੀਆਂ, ਪਰ ਲੀਡਰਾਂ ਦਾ ਕੱਖ ਵੀ ਨਹੀਂ ਵਿਗੜਿਆ। ਹੁਣ ਦੇਖੋ ਉੱਥੇ ਕੀ ਹੋਇਆ ਵਿਧਾਨ ਸਭਾ ਚ, ਟਵਾਣਾ ਸਾਹਿਬ ਹਰਮਿੰਦਰ ਗਿੱਲ ਨੇ ਛੋਤਾ ਕਿ ਨਨਕਾਣਾ ਸਾਹਿਬ ਦਾ ਸਾਕਾ ਠੀਕ ਆ, ਸਾਰਿਆਂ ਨੂੰ ਪਤਾ 100 ਸਾਲ ਪੂਰਾ ਹੋਇਆ ਉਹਨੂੰ, 260 ਤੋਂ ਵੱਧ ਉਸ ਵੇਲੇ ਜਿਹੜੇ ਸਿੱਖ ਸੀਗੇ ਜਿਨ੍ਹਾਂ ਨੂੰ ਉੱਥੇ ਕਤਲ ਕਰ ਦਿੱਤਾ ਗਿਆ ਸੀ, ਜਿਹਨੂੰ ਅਸੀਂ ਕਹਿੰਦੇ ਕਿ ਸ਼ਹਾਦਤ ਹੋਈ ਸੀ ਉਸ ਵੇਲੇ ਨਨਕਾਣਾ ਸਾਹਿਬ, ਜਦੋਂ ਨਰੈਣੂ ਮਹੰਤ ਜਿਹੜਾ ਸੀਗਾ ਉਹ ਤੇ ਉਹਦੇ ਚੇਲੇ ਚਾਟ ਰਿਹਾ ਨੇ ਉੱਥੇ, ਲਕਸ਼ਮਣ ਸਿੰਘ ਧਾਰੋਵਾਲੀ ਦੀ ਅਗਵਾਈ ਚ ਜਿਹੜਾ ਜੱਥਾ ਗਿਆ ਸੀ, ਜਿਹਦਾ ਮੈਂ ਤੁਹਾਨੂੰ ਪਹਿਲਾਂ ਹੀ ਵੇਰਵਾ ਦਿੱਤਾ ਸੀ ਟਵਾਣਾ ਸਾਹਿਬ, ਕੁੱਲ ਉੱਥੇ 86 ਅਜੇ ਤੱਕ ਨਾਮ ਸਾਹਮਣੇ ਆਏ ਆ, ਜਦੋਂ ਕਿ ਉੱਥੇ ਤਕਰੀਬਨ 260 ਕੀ ਮੇਰੇ ਹਿਸਾਬ ਦੇ ਨਾਲ ਉਹ ਸ਼ਾਇਦ 300 ਤੋਂ ਉੱਪਰ ਦਾ ਅੰਕੜਾ ਹੋਵੇ। ਪਰ ਬਦਕਿਸਮਤੀ ਅੱਜ ਤੱਕ ਸਾਡੇ ਇਤਿਹਾਸਕਾਰਾਂ ਨੇ ਖੋਜ ਹੀ ਨੀ ਕੀਤੀ 100 ਸਾਲ ਚ ਕਿ ਬਾਕੀ ਨਾਂ ਲੱਭ ਸਕੇ, ਲੱਭੇ ਹੀ ਨੀ। ਅੱਜ ਤੱਕ ਕੁੱਲ 86 ਨਾਂ ਨੇ, ਉਹੀ ਪ੍ਰਚਾਰੇ ਜਾਂਦੇ ਕਾ 86 ਨੇ, 86 ਤੋਂ ਵੱਧ ਕਿਸੇ ਕੋਲ ਨਾਮ ਹੈ ਹੀ ਨੀ। ਉੱਥੇ ਜਿਸ ਵੇਲੇ ਹਰਮਿੰਦਰ ਸਿੰਘ ਗਿੱਲ ਨੇ ਇਹ ਮੁੱਦਾ ਵਿਧਾਨ ਸਭਾ ਚ ਚੱਕਿਆ ਤਾਂ ਮਜੀਠੀਆ ਇੱਕਦਮ ਆ ਕੇ ਬੋਲ ਪਿਆ ਕਿ ਮੇਰੇ ਦਾਦੇ ਪੜਦਾਦੇ ਤੇ ਕਿਉਂ ਨਾਂ ਲਾਇਆ ਜਾ ਰਿਹਾ। ਤੇ ਉਸ ਵੇਲੇ ਉਹਨੇ ਕਿਹਾ ਕਿ ਸੁੰਦਰ ਸਿੰਘ ਮਜੀਠੀਆ ਜਿਹੜਾ ਸੀ ਇਹਦੀ ਨਰੈਣੂ ਮਹੰਤ ਦੇ ਨਾਲ ਕੀ ਲੈਣ ਦੇਣ ਸੀ, ਇਹ ਉਹਦਾ ਜਵਾਬ ਦੇਣ। ਤੇ ਜਦੋਂ ਉੱਥੇ ਆ ਕੇ ਉਹਨੇ ਪਲਟਵਾਰ ਜਿਹੜਾ ਸੀ ਕੀਤਾ ਮਜੀਠੀਆ ਨੇ, ਮਜੀਠੀਆ ਨੇ ਕਿਹਾ ਕਿ ਭਾਈ ਤੂੰ ਅਜੀਤ ਸਿੰਘ ਸੰਧੂ ਜਿਹੜਾ SSP ਤਰਨ ਤਾਰਨ ਸੀ ਉਹਦੇ ਨਾਲ ਰਲ ਕੇ ਕਿੰਨੇ ਨੌਜਵਾਨ ਜਿਹੜੇ ਸੀ ਉਹਨਾਂ ਨੂੰ ਇਸ ਦੁਨੀਆਂ ਤੋਂ ਤੋਰਿਆ, ਉਹ ਦੱਸ ਦੇ ਤੂੰ ਕਿੰਨੇ ਝੂਠੇ ਮੁਕਾਬਲੇ ਤੂੰ ਬਣਵਾਏ ਆ ਅਜੀਤ ਸਿੰਘ ਸੰਧੂ ਨਾਲ ਰਲ ਕੇ, ਤੂੰ ਸਾਰੀਆਂ ਸਟੇਜਾਂ ਤੋਂ ਖਾੜਕੂਆਂ ਦੇ ਵਿਰੁੱਧ ਬੋਲਦਾ ਰਿਹਾ, ਮਤਲਬ ਦੋਨੋਂ ਜਣੇ ਇੱਕ ਦੂਜੇ ਦੇ ਕੱਪੜੇ ਲਾਉਣ ਤੇ ਤੁਲ ਪਏ। ਤੇ ਫਿਰ ਹਰਮਿੰਦਰ ਗਿੱਲ ਰੁਕਿਆ ਨੀ, ਹਰਮਿੰਦਰ ਗਿੱਲ ਨੇ ਕਹਿ ਤਾ ਕਿ ਜਿਹੜੀ ਤੁਹਾਡੇ ਕੋਲ 27 ਪਿੰਡ ਮਜੀਠੇ ਚ ਸੀ ਜਿਹੜੇ ਤੇਰੇ ਦਾਦੇ ਦੇ ਭਰਾਵਾਂ ਨੇ ਵੇਚ ਦਿੱਤੇ ਸੀ ਉਹ ਖਾਧੇ ਗਏ, ਉਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਸਰ ਦੀ ਉਪਾਧੀ ਮਿਲੀ ਸੀ ਤੇਰੇ ਦਾਦਿਆਂ ਪੜਦਾਦਿਆਂ ਨੂੰ ਉਹ ਕਿੱਦਾਂ ਮਿਲੀ ਸੀ, ਤੇ ਜਿਹੜਾ ਤੁਹਾਡਾ ਸੁੰਦਰ ਨਗਰ ਵਾਲਾ ਫਾਰਮ ਆ ਉਹ ਤੁਹਾਨੂੰ ਕਿਹਨੇ ਦਿੱਤਾ ਸੀ ਉਹਦਾ ਇੱਥੇ ਜਵਾਬ ਦੇ ਕੇ ਜਾ। ਪਰ ਟਵਾਣਾ ਸਾਹਿਬ ਇਹਨਾਂ ਦੋਨਾਂ ਗੱਲਾਂ ਨੂੰ ਛੱਡ ਕੇ ਦੋਨਾਂ ਨੇ ਇੱਕ ਦੂਜੇ ਦੇ ਕੱਪੜੇ ਲਾਉਣ ਦੇ ਵਿੱਚ ਕੋਈ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡੀ। ਕੇਵਲ ਤੇ ਕੇਵਲ ਜਿਹੜਾ ਉੱਥੇ ਟੋਟਲ ਸੈਸ਼ਨ ਸੀ ਉਹਨੂੰ ਇਹਨਾਂ ਨੇ ਹੰਗਾਮੇ ਦੀ ਭੇਟ ਚੜਾ ਦਿੱਤਾ। ਅਖੀਰ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਗੱਲ ਕਹਿਣੀ ਪਈ ਕਿ ਤੁਸੀਂ ਜੋ ਕੁਛ ਕਰਨਾ ਘੱਟੋ ਘੱਟ ਮਰਿਆਦਾ ਜਿਹੜੀ ਵਿਧਾਨ ਸਭਾ ਦੀ ਉਹ ਤਾਂ ਕਾਇਮ ਰਹਿਣ ਦਿਓ, ਬਾਕੀ ਜੋ ਕੁਛ ਕਰਨਾ ਉਹ ਆਪਦਾ ਕਰੀ ਜਾਓ, ਪਰ ਵਿਧਾਨ ਸਭਾ ਦੀ ਮਰਿਆਦਾ ਜਿਹੜੀ ਉਹ। ਵੈਸੇ ਜੇ ਲਾਈਵ ਹੁੰਦਾ TRP ਬਹੁਤ ਜਾਂਦੀ, ਕਮਾਈ ਸੋਹਣੀ ਆ ਸਕਦੀ ਹੈ ਕਪਤਾਨ ਸਾਹਿਬ ਨੂੰ, ਕਿਉਂਕਿ ਅਸੀਂ ਤਾਂ ਸਲਾਹ ਦਿੰਦੇ ਹਾਂ ਕਿ ਭਾਈ ਵਿਧਾਨ ਸਭਾ ਦਾ ਹਰ ਸੈਸ਼ਨ ਲਾਈਵ ਕਰੋ, ਕਿੰਨੇ ਚੈਨਲ ਨੇ ਸਾਰਿਆਂ ਨੂੰ ਕਹੋ ਲਾਈਵ ਕਰੋ, ਤੁਹਾਨੂੰ ਪੈਸੇ ਵੀ ਦੇਣਗੇ ਅਗਲੇ, ਨਾਲੇ ਇਤਿਹਾਸ 'ਚ ਰਹੇਗਾ ਕਿ ਕੌਣ ਕੀ ਕਰਦਾ ਹੈ, ਲਾਈਵ ਹੋਣਾ ਚਾਹੀਦਾ। ਪਰ ਗੱਲ ਇਹ ਹੈ ਨਾ ਕਿ ਹੁਣ ਸਰਕਾਰਾਂ ਚਾਹੁੰਦੀਆਂ ਨਹੀਂ। ਅਸਲ ਦੇ ਵਿੱਚ ਜੋ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੋਨੇ ਪਾਸਿਓਂ ਦੁਖੀ ਹੈ, ਇੱਕ ਤਾਂ ਕਪਤਾਨ ਸਾਹਿਬ ਨਹੀਂ ਉਹਨੂੰ ਕੁਛ ਕਰਨ ਦਿੰਦੇ, ਉਹਦੇ ਤੋਂ ਅਹੁਦਾ ਵੀ ਲੈ ਲਿਆ, ਇਹਨੇ ਬਾਈਕਾਟ ਕਰਕੇ ਵੀ ਵੇਖ ਲਿਆ, ਨਵਜੋਤ ਸਿੰਘ ਸਿੱਧੂ ਦਾ ਗ੍ਰਾਫ ਘੱਟ ਰਿਹਾ 'ਚ ਕੋਈ ਦੋਰਾਵਾਂ ਨਹੀਂ ਹੈ।
क्योंकि किसान अंदोलन ज होर बहुत सारे कारण करके पहले तो बोलिया ही नहीं आप अकाल चैनल से जिते भी सके गल करी दी सी ग्लोबल से भी करी दी कि सिद्धू हुण क्यों चुप्पा हुण क्यों नहीं बोलता बीजेपी के खिलाफ चलो वो बोलिया पर इस दौरान वो जिहड़ा गुराफ है वह घटिया वो कोलो शो भी खुस गया सारे पासों ये मजीठी के खिलाफ एको ही मुद्दा सीगा जिहड़ा वह कैश कर सकता सी क्योंकि मोदी खिलाफ जिन्ना बोलिया उन्ना की बोल सकता है तो दूसरा हुण मजीठी के खिलाफ जो बोलेगा लोगों च उहदी साख जिहड़ी आ वधेगी उहदी टीआरपी वधेगी ये उहदी मजबूरी सी इसे करके वह सदन च आया दूसरा कप्तान साहब ने उन्हों नकारा कर दिता भावें सेंटर वाले लख कही जान तू सटार प्रचारक है पर पले की है कुछ भी नहीं तो उधर हुण प्रशांत किशोर ला के इस गल स्पष्ट हो गई है कि कप्तान साहब नहीं खड़ा छड्डण वाले बाई तक क्योंकि कप्तान साहब कांग्रेस नूं तां रास आउंदे ही आउंदे ने मजबूरी है तो मोदी साहब नूं ज़्यादा रास आउंदे ने ये जड़ा हैगा सिद्धू ते नवजोत दा पेचा पैना ये उहदी मजबूरी सी ते ये सिद्धू इस सैगमेंट नूं होर वधाएगा की लगदा है जी ਟਵਾਣਾ ਸਾਹਿਬ ਇਹਦੇ ਤੇ ਆਉਣ ਤੋਂ ਪਹਿਲਾਂ ਮੈਂ ਮੀਡੀਆ ਤੇ ਇੱਕ ਗੱਲ ਕਰ ਲਾਂ ਤੁਸੀਂ ਕਿਹਾ ਆਪਾਂ ਟਾਈਮ ਓਵਰ ਲੈ ਰਹੇ ਹਾਂ ਅੱਜ ਥੋੜਾ ਜਿਹਾ ਕੋਈ ਨਹੀਂ ਕੋਸ਼ਿਸ਼ ਕਰੋ ਜਿੰਨਾ ਕੁ ਹੋ ਸਕੇ ਆਪਾਂ ਕੋਈ ਨਹੀਂ ਨਿਬੇੜਾਂਗੇ ਪਰ ਟਵਾਣਾ ਸਾਹਿਬ ਮੈਂ ਜਲਦੀ ਸਮੇਟਦਾ ਮੈਂ ਉਹਦੇ ਤੇ ਇੱਕ ਗੱਲ ਕਰਦੇ ਹਾਂ ਜਦੋਂ ਮੈਂ ਕੱਲ ਦੇਖ ਰਿਹਾ ਸੀ ਮੀਡੀਆ ਦਾ ਜਲੂਸ ਨਿਕਲ ਰਿਹਾ ਸੀ ਟਵਾਣਾ ਸਾਹਿਬ ਕਿਸੇ ਨੂੰ ਇਹ ਨਹੀਂ ਸੀ ਪਤਾ ਜਿਹੜਾ ਹਰਮਿੰਦਰ ਗਿੱਲ ਬੋਲ ਰਿਹਾ ਉਹ ਹਰਮਿੰਦਰ ਸਿੰਘ ਗਿੱਲ ਸੀ ਜਾਂ ਕੀ ਸੀ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਤੇ ਕਲਿੱਪ ਚੱਲ ਰਹੀ ਸੀ ਕਿ ਹਰਮਿੰਦਰ ਜੱਸੀ ਤੇ ਵਿਕਰਮ ਮਜੀਠੀਏ ਚ ਤੂੰ ਤੂੰ ਮੈਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਹਰਮਿੰਦਰ ਜੱਸੀ ਜਿਹੜਾ ਤਲਵੰਡੀ ਸਾਬੋ ਤੋਂ ਪਹਿਲਾਂ ਜਿੱਤਿਆ ਸੀ ਫਿਰ ਮੌੜ ਜਿਹੜਾ ਮੌੜ ਤੋਂ ਹਾਰ ਗਿਆ ਸੀ ਸਰਸੇ ਵਾਲੇ ਦਾ ਕੁੜਮ ਸੀ ਭਾਈ ਉਹ ਐਤਕੀ ਹਾਰਿਆ ਹੋਇਆ ਇਸ ਮੀਡੀਆ ਨੂੰ ਇੰਨੀ ਵੀ ਸ਼ਰਮ ਨਹੀਂ ਆਈ ਜਿਹਨੇ ਉੱਥੋਂ ਰਿਪੋਰਟਿੰਗ ਕੀਤੀ ਅੰਦਰੋਂ ਉਹਨੂੰ ਨਹੀਂ ਆਈ ਤੇ ਜਿਹੜੇ ਚਲਾਉਣ ਵਾਲੇ ਸੀ ਉਹਨੂੰ ਨਹੀਂ ਆਈ ਟਵਾਣਾ ਸਾਹਿਬ ਇਹ ਹਾਲਤ ਸੀ ਦੂਸਰੀ ਗੱਲ ਸਾਰਿਆਂ ਨੂੰ ਪਤਾ ਕਿ ਕਵਰ ਸੰਧੂ ਜਿਹੜਾ ਉਹ ਮੀਡੀਆ ਤੇ ਵਿੱਚ ਰਿਹਾ ਉਹਦੇ ਬਾਅਦ ਉਹ ਆਮ ਆਦਮੀ ਪਾਰਟੀ ਦਾ MLA ਤੇ ਅੱਜ ਕੱਲ ਆਮ ਆਦਮੀ ਪਾਰਟੀ ਤੋਂ ਬਾਹਰ ਆ ਉਹਨਾਂ ਦਾ ਇੱਕ ਤਿੰਨ ਜਣਿਆਂ ਦਾ ਅਲੱਗ ਗਰੁੱਪ ਆ ਟਵਾਣਾ ਸਾਹਿਬ ਮਤਲਬ ਉਹਦੇ ਤੇ ਚੱਲ ਰਹੀ ਸੀ ਕਵਰਪਾਲ ਸੰਧੂ ਨੇ ਠੀਕ ਹੈ ਜੀ ਕਵਰਪਾਲ ਸੰਧੂ ਨੇ ਸਾਰਿਆਂ ਨੂੰ ਨਸੀਹਤ ਦਿੱਤੀ ਮੈਂ ਹੈਰਾਨ ਵੀ ਕਵਰਪਾਲ ਸੰਧੂ ਕਿਹੜਾ ਜਲੂਸ ਨਿਕਲਦਾ ਕੱਲ ਦੇਖਿਆ ਵੀ ਇਹਨਾਂ ਦਾ ਏਡਾ ਵੱਡਾ ਜਲੂਸ ਕਿ ਰਿਪੋਰਟਿੰਗ ਕਰਨ ਵਾਲੇ ਨੂੰ ਨੀ ਪਤਾ ਉਹਦਾ ਨਾਮ ਉੱਥੇ ਕੀ ਆ ਤੁਸੀਂ 500 ਜੇ ਬੰਦੇ ਹੋ ਫਿਰ ਅਕੀਦਾ ਸਾਹਿਬ ਨੇ ਠੀਕ ਕਿਹਾ ਸੀ ਨਾ ਪੱਤਰਕਾਰ ਦੀ ਮੌਤ ਵੀ ਸਰਕਾਰ ਜਿਹੜਾ ਉਹ ਆਪਦਾ ਆਈ ਕਾਰਡ ਦਿਖਾ ਕੇ ਤੇ ਕੁਲਚੇ ਵਾਲੇ ਰੇਹੜੀ ਤੋਂ 2 ਕੁਲਚੇ ਫ੍ਰੀ ਚ ਖਾ ਕੇ ਮਾਣ ਮਹਿਸੂਸ ਕਰਦਾ ਵੀ ਮੈਂ ਪੱਤਰਕਾਰ ਹਾਂ ਮਤਲਬ ਲਾਹਨਤ ਆ ਇਹੋ ਜਿਹੀ ਜਰਨਲਿਜ਼ਮ ਤੇ ਮੈਂ ਹੈਰਾਨ ਸੀ ਕਿ ਦੱਸੋ ਇਹ ਕੀ ਕਰ ਰਹੇ ਹੋ ਇਹ ਬੋਧੀ ਮੀਡੀਆ ਤੋਂ ਅੱਗੇ ਵੀ ਫੋਮ ਬਣ ਗਈ ਹੈ ਕੋਈ ਨਹੀਂ ਕੰਟੀਨਿਊ ਜੀ ਤੇ ਨਾਲ ਨਾਲ ਕਿਸਾਨ ਅੰਦੋਲਨ ਦਾ ਵੀ ਤੇ ਪੰਜਾਬ ਦੀ ਸਿਆਸਤ ਦੋਨੇ ਕੰਟੀਨਿਊ ਕਰਨਾ ਮੈਂ ਤੁਹਾਨੂੰ ਡਿਸਟਰਬ ਨਹੀਂ ਕਰਾਂਗਾ ਥੋੜੀ ਦੇਰ ਪਲੀਜ਼ ਤੁਸੀਂ ਆਪਣੇ ਰਿਦਮ ਚ ਆ ਕੇ ਨਾ ਕਿਸਾਨ ਅੰਦੋਲਨ ਵੀ ਕਰ ਦਿਓ ਕੰਪਲੀਟ ਪਲੀਜ਼ ਥੋੜਾ ਜਿਹਾ ਬਸ ਹੁਣ ਮੈਂ ਇੱਥੇ ਹੀ ਲੱਗਾ ਦੇਖੋ ਹੁਣ ਆ ਗਿਆ ਮੈਂ ਨਵਜੋਤ ਸਿੱਧੂ ਦੇ ਉੱਤੇ ਦੇਖੋ ਨਵਜੋਤ ਸਿੱਧੂ ਨੇ ਜਿਹੜੇ ਵਿਕਰਮ ਮਜੀਠੀ ਨਾਲ ਸਿੰਘ ਫਸਾਉਣੇ ਸੀ ਉਹ ਫਸਾਉਣ ਦਾ ਕਾਰਨ ਸੀ ਇੱਕ ਤਾਂ ਕੈਪਟਨ ਸਾਹਿਬ ਨੇ ਉਹਨੂੰ ਹਾਸ਼ੀਏ ਤੇ ਲੈ ਲਿਆ ਟਵਾਣਾ ਸਾਹਿਬ ਹਾਸ਼ੀਏ ਤੇ ਲੈਣ ਤੋਂ ਬਾਅਦ ਨਵਜੋਤ ਸਿੱਧੂ ਦੀ ਇੱਕ ਮਜਬੂਰੀ ਹੋ ਗਈ ਸੀ ਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਹੁਣ ਲਿਆ ਕੇ PK ਨੂੰ ਵਾੜਤਾ ਮਤਲਬ ਜਾਣੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਆਉਂਦਾ ਤੇ ਨਵਜੋਤ ਸਿੱਧੂ ਦਾ ਹੜਬੜਾਹਟ ਚ ਆਉਣਾ ਸੁਭਾਵਿਕ ਸੀ ਦੂਜੀ ਗੱਲ ਉਹ ਪਹਿਲੇ ਦਿਨੋਂ ਉਹਦੀ ਮਜੀਠੀਏ ਨਾਲ ਵਿਗੜੀ ਹੋਈ ਸੀ ਉਹ ਚਾਹੁੰਦਾ ਸੀ ਕਿ ਮੈਂ ਕਾਂਗਰਸ 'ਚ ਆਇਆ ਤੇ ਵਿਕਰਮ ਮਜੀਠੀਆ ਜਿਹੜਾ ਉਹ ਜੇਲ੍ਹ ਜਾਵੇ ਪਰ ਬਦਕਿਸਮਤੀ ਕਿਉਂਕਿ ਵਿਕਰਮ ਮਜੀਠੀਏ ਦੇ ਫਾਦਰ ਦੀ ਤੇ ਕੈਪਟਨ ਸਾਹਿਬ ਦੀ ਆਪਸ 'ਚ ਬਹੁਤ ਪੁਰਾਣੀ ਦੋਸਤੀ ਹੈ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਫਾਦਰ ਦੀ ਤੇ ਵਿਕਰਮ ਮਜੀਠੀਏ ਦੇ ਦਾਦੇ ਦੀ ਵੀ ਆਪਸ 'ਚ ਪੁਰਾਣੀ ਦੋਸਤੀ ਹੈ ਅਗਲੀ ਗੱਲ ਕਿ ਵਿਕਰਮ ਮਜੀਠੀਆ ਜਿਹੜਾ YPS ਸਕੂਲ ਆ ਪਟਿਆਲੇ ਵਾਲਾ ਉਹਦੇ ਵਿੱਚ ਕੈਪਟਨ ਦੇ ਕੋਟੇ ਦੇ ਵਿੱਚ ਉਹ ਪੜ੍ਹ ਕੇ ਗਿਆ ਹੋਇਆ ਕਿਉਂਕਿ ਪਰਿਵਾਰਕ ਰਿਸ਼ਤੇ ਸੀ ਪਰਿਵਾਰਕ ਰਿਸ਼ਤਿਆਂ 'ਚ ਉਹ ਇਸ ਸਕੂਲ ਦਾ ਸਟੂਡੈਂਟ ਰਿਹਾ ਇਸ ਕਰਕੇ ਉਹਦੇ ਵਿਰੁੱਧ ਜੋ ਮਰਜ਼ੀ ਹੋ ਜਾਏ ਲੋਕਾਂ ਨੂੰ ਦਿਖਾਉਣ ਲਈ ਜਿੰਨਾ ਮਰਜ਼ੀ ਭੰਡੀ ਪ੍ਰਚਾਰ ਕਰ ਲੈਣ ਜੋ ਮਰਜ਼ੀ ਕਰਨ ਜਿੱਥੇ ਮਿਲਦੇ ਨੇ ਦੋਨੋਂ ਚਾਚਾ ਭਤੀਜਾ ਬਣ ਕੇ ਮਿਲਦੇ ਨੇ ਇਸ ਕਰਕੇ ਟਵਾਣਾ ਸਾਹਿਬ ਉਹ ਜੋ ਕੋ ਨਵਜੋਤ ਸਿੱਧੂ ਚਾਹੁੰਦਾ ਸੀ ਉਹ ਕੁਛ ਨਹੀਂ ਸੀ ਹੋਣਾ ਕਿਉਂਕਿ ਆਪਾਂ ਨੂੰ ਦੇਖਦਾ ਸੀ ਕਿ ਕਿਸ ਤਰੀਕੇ ਦੇ ਨਾਲ 2017 ਦੇ ਵਿੱਚ ਸਰਕਾਰ ਜਿਹੜੀ ਆ ਉਹ ਹੋਂਦ 'ਚ ਆਈ ਆ ਕਿਸ ਤਰ੍ਹਾਂ ਅਕਾਲੀ ਦਲ ਦਾ ਉਹਨੂੰ ਕੀ ਯੋਗਦਾਨ ਰਿਹਾ ਉਹ ਸਾਰਾ ਕੁਛ ਪਤਾ ਹੁਣ ਨਵਜੋਤ ਸਿੱਧੂ ਨੇ ਪੰਜਾਬ ਜਿੱਤੇਗਾ ਤਾਂ ਉਹਦੇ ਉੱਤੇ ਉਹਨੇ ਪੂਰੇ ਅੰਕੜੇ ਲੈ ਆਉਂਦੇ ਟਵਾਣਾ ਸਾਹਿਬ ਅੰਕੜੇ ਵੀ ਚੁਕਾਉਣ ਵਾਲੇ ਆ ਦੇਖੋ 1996-97 ਦੇ ਵਿੱਚ 97 'ਚ ਜਦੋਂ ਕਾਂਗਰਸ ਦੀ ਸਰਕਾਰ ਜਾਂਦੀ ਆ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਸਰਕਾਰ ਬਣਦੀ ਆ
तीन सीएम 1992 तो 97 तक रहे, पहला बेअंत सिंह, फिर हरचरण सिंह बराड़ ते उहदे बाद रजिंदर कौर पट्टण। जिदन प्रकाश सिंह बादल 1997 च वागडोर सामदिया, उदन पंजाब दे सिर 15,250 करोड़ का करजा सी। ते जिस दिन बादल साहब यह 2007 दे विच छड़दे आ, उस वेले टवाणा साहब 32,498 करोड़ हो गया सी, यानी कि पहले दिन नालों डबल तो भी वध गया सीगा। और टवाणा साहब इस तो अगली गल, कैप्टन साहब जदों आके 2000 अपने च छड़दे ने 7 दे विच, ते जदों प्रकाश सिंह बादल अगली बार सामदे ने उदों 48,344 करोड़ यह करजा टप गया सी। और वड्डी गल इथों तक तां ठीक सी टवाणा साहब, पर 2007 दे विच जदों प्रकाश सिंह बादल ने सांभिया ते कैप्टन साहब ने छड्डिया 48,344 करोड़, पर 2017 दे विच टवाणा साहब यह अंकड़ा 1,87,000 करोड़ नूं क्रॉस कर गया। तुसी अंदाजा ला लो कि 48,344 करोड़, 1,87,000 करोड़ 2021 मौजूदा समय दे विच जेड़ा यह पंजाब दे सिर करजा 2,48,000 करोड़ दा, ते जेड़ियां प्रॉपर्टियां गहने रखी हुई जे सारा कुछ पा लांगे 3,73,000 करोड़ बनता इस वेले मौजूदा। अजे एक साल पिया, इस साल दे विच किन्ने सौ करोड़ का जेड़ा ओह, किन्ने सौ तो नहीं कहा, किन्ने हजारां करोड़ का करजा जेड़ा पंजाब सरकार चकेगी, मौजूदा समय ते 62,000 करोड़ की आमदन, खर्चा जेड़ा 67,000 करोड़ आ, ठीक है, तुसी कित्थों पूरा करोगे, जेड़ा पिछे तुहाडे दे उत्ते 3,73,000 करोड़ तो वध तुहाडे सिर ते करजा पिया, उहदियां किस्तां वी तारनियां तुसीं, इह इन्ना तुहाडा खर्चा मौजूदा वा, मौजूदा समें च खर्चा ते प्लस तुहाडियां जिहड़ियां उह तुसीं किस्तां तारनियां हो। हुण टवाणा साहब गल साडी समस्या कित्थे खड़ी आ, वी माइनिंग आ, माइनिंग च रेता बजरी ते मिट्टी तीन चीजां ने, इहदे तों प्रॉफिट होणी सी, तिन्ने चीजां ही मलिया मेट कर दित्तियां गईआं, तिन्नां दे विच ਤੁਸੀਂ ਦੇਖੋ ਦਰਿਆਵਾਂ ਦਾ ਹਾਲ ਕੀ ਆ, ਮਾੜਾ ਜਿਹਾ ਪਾਣੀ ਆਉਂਦਾ ਲੋਕ ਡੁੱਬ ਜਾਂਦੇ ਆ। ਟਵਾਣਾ ਸਾਹਿਬ ਜੇ ਉਹ ਸਾਰਾ ਕੁਛ ਸਰਕਾਰੀ ਹੱਥ 'ਚ ਲੈ ਲਿਆ ਜਾਵੇ ਤੇ ਸਰਕਾਰ ਵੱਲੋਂ ਵੇਚਿਆ ਜਾਵੇ, ਲੋਕਾਂ ਨੂੰ ਸਸਤੇ ਭਾਅ ਤੇ ਰੇਤਾ ਬਜਰੀ ਮਿਲੇ, ਤੇ ਜਿਹੜੀ ਮਿੱਟੀ ਦੀ ਮਾਈਨਿੰਗ ਆ ਉਹਦੀ ਵੀ ਰਾਇਲਟੀ ਜਿਹੜੀ ਸੂਬਾ ਸਰਕਾਰ ਨੂੰ ਜਾਂਦੀ ਆ, ਕਿਉਂਕਿ ਜਿਹੜਾ ਮਾਈਨਿੰਗ ਡਿਪਾਰਟਮੈਂਟ ਆ ਉਹਦੇ ਥਰੂ ਤੁਸੀਂ ਪੱਟ ਸਕਦੇ, ਅਦਰਵਾਈਜ਼ ਤੁਸੀਂ ਆਪਣੇ ਖੇਤਾਂ 'ਚੋਂ ਮਿੱਟੀ ਨਹੀਂ ਪੱਟ ਸਕਦੇ। ਤੇ ਟਵਾਣਾ ਸਾਹਿਬ ਸਰਕਾਰ ਜਿਹੜੀ ਪੈਰਾਂ ਸਿਰ ਆ ਜੇ। ਅਗਲੀ ਗੱਲ ਜਿਹੜੀ ਐਕਸਾਈਜ ਪਾਲਿਸੀ ਆ ਉਹਦੇ ਚ ਕੀ ਆ ਕਿ ਐਕਸਾਈਜ ਦੇ ਅੰਦਰ ਸ਼ਰਾਬ ਦੀਆਂ ਫੈਕਟਰੀਆਂ ਲੋਕਾਂ ਨੇ ਛੋਟੀਆਂ ਛੋਟੀਆਂ ਲਾਈਆਂ, ਪਿਛਲੇ ਕੋਰੋਨਾ ਦੌਰ ਚ ਕਿੰਨੀਆਂ ਫੜੀਆਂ ਗਈਆਂ, ਪਟਿਆਲੇ ਚ ਕੀ ਕੁਛ ਹੋਇਆ, ਉਹਦੇ ਇਲਾਵਾ ਜਿਹੜੀ ਘਰ ਦੀ ਕੱਢ ਕੇ ਵੇਖਦੀ ਉਹ ਅਲੱਗ, ਉਹਦੇ ਬਾਅਦ ਟਵਾਣਾ ਸਾਹਿਬ ਹਰਿਆਣੇ ਤੋਂ ਤੇ ਚੰਡੀਗੜ੍ਹ ਤੋਂ ਆ ਕੇ ਸ਼ਰਾਬ ਵੇਖਦੀ ਉਹ ਵੀ ਐਕਸਾਈਜ ਨੂੰ ਮਾਰ ਰਹੀ ਆ, ਫਿਰ ਹੁਣ ਸਾਡੇ ਕੋਲ ਬਚਿਆ ਕੀ? ਉਹਦੇ ਬਾਅਦ ਰੈਵਨਿਊ ਸੀਗਾ, ਰੈਵਨਿਊ ਟਵਾਣਾ ਸਾਹਿਬ ਕੇਵਲ ਤੇ ਕੇਵਲ ਸਾਡੇ ਕੋਲ ਇੱਕ ਚੀਜ਼ ਬਚਦੀ ਆ, ਉਹ ਵੀ ਤਾਂ ਬਚੀ ਕਿ ਪਿਛਲੇ ਸਮੇਂ 'ਚ ਸਰਕਾਰ ਨੇ ਇੱਕ ਕਾਇਮ ਕਰ ਦਿੱਤਾ ਕਿ ਭਾਈ ਅਸੀਂ ਕਲੈਕਟਰ ਰੇਟ ਆ, ਕਲੈਕਟਰ ਰੇਟ ਤੋਂ ਘੱਟ ਰਜਿਸਟਰੀ ਨਹੀਂ ਹੋਏਗੀ, ਕਲੈਕਟਰ ਰੇਟ ਫਿਕਸ ਹੋ ਗਏ ਉਹ ਤੇ ਰਜਿਸਟਰੀ ਹੁੰਦੀ ਹੈ, ਨਹੀਂ ਤੇ ਹਮੇਸ਼ਾ ਕੀ ਸੀਗਾ ਕਿ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਥੱਲੇ ਵਾਲਾ ਅਮਰਾ ਰਲ ਕੇ ਤੇ ਆਮ ਰੇਟਾਂ ਦੇ ਉੱਤੇ ਜਿਹੜੀ ਸੀਗੀ ਉਹ ਕਰਕੇ ਚਲੇ ਜਾਂਦੇ ਸੀਗੇ ਜਿਹੜੀ ਰਜਿਸਟਰੀ ਸੀ, ਤੇ ਸਰਕਾਰ ਨੂੰ ਉਹਦਾ ਕੁਛ ਨਹੀਂ ਸੀ ਮਿਲਦਾ। ਹੁਣ ਟਵਾਣਾ ਸਾਹਿਬ ਵੱਡੀ ਗੱਲ ਕੀ ਆ, ਦੇਖੋ ਬਿਜਲੀ ਸਾਡਾ ਬਿੱਲ ਕਿੱਥੇ ਪਹੁੰਚ ਗਿਆ, ਐਜੂਕੇਸ਼ਨ ਦਾ ਸਾਡਾ ਬੁਰਾ ਹਾਲ ਹੋ ਗਿਆ, ਹੈਲਥ ਦਾ ਸਾਡਾ ਬੁਰਾ ਹਾਲ ਆ, ਠੀਕ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਸਾਡੀ ਓਵਰਆਲ 33,000 ਕਰੋੜ ਰੁਪਇਆ ਸਾਨੂੰ ਸਾਰਾ ਆਉਂਦਾ, ਤੇ ਤੁਸੀਂ ਅੰਦਾਜ਼ਾ ਲਾਓਗੇ ਕਿ ਤਾਮਿਲਨਾਡੂ ਇਕੱਲੇ ਦੇ ਵਿੱਚ 32,000 ਕਰੋੜ ਇਕੱਲੇ ਐਕਸਾਈਜ਼ ਤੋਂ ਆਉਂਦਾ, ਤੇ ਸਾਡੇ ਪੰਜਾਬ ਦੇ ਮੁਤਾਬਕ ਉੱਤੇ ਸਿਰਫ 7% ਵਿਕਰੀ ਆ ਸ਼ਰਾਬ ਦੀ, ਤੇ ਉਹਨਾਂ ਦਾ 32,000 ਕਰੋੜ ਆ ਤੇ ਸਾਡਾ 4,000 ਕਰੋੜ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਅਸੀਂ ਕਿੱਥੇ ਬੈਠੇ ਹਾਂ। ਟਵਾਣਾ ਸਾਹਿਬ ਜਿਹੜਾ ਪ੍ਰਾਈਵੇਟ ਹੱਥਾਂ 'ਚ ਸਾਰਾ ਕੁਛ ਜਾ ਰਿਹਾ, ਜਿੰਨੀ ਦੇਰ ਤੱਕ ਇਹ ਬੰਦ ਨਹੀਂ ਕੀਤਾ ਜਾਊਗਾ,
ਪ੍ਰਾਈਵੇਟ ਟਰਾਂਸਪੋਰਟ ਜਿਹੜੀ ਚਮਕ ਰਹੀ ਆ, ਜਿਹੜੀ PRTC ਆ ਪੈਪਸੂ ਰੋਡ ਤੇ ਪੰਜਾਬ ਰੋਡ ਵਿੱਚ ਆ, ਦੋਨੋਂ ਘਾਟੇ 'ਚ ਪਈਆਂ ਨੇ, ਤੇ ਫਿਰ ਉਹ ਸਾਰਾ ਕੁਛ ਬੰਦ ਕਰ ਦੇਣਾ ਚਾਹੀਦਾ। ਹੁਣ ਗੱਲ ਤੇ ਆ ਵੀ ਨਵਜੋਤ ਸਿੱਧੂ ਦਾ ਕਲਪਣਾ ਤੇ ਇਹ ਆਉਣਾ ਤੇ ਨਵਜੋਤ ਸਿੱਧੂ ਦਾ ਹਾਸੀਏ ਤੇ ਜਾਣਾ ਇਹ ਸੁਭਾਵਿਕ ਸੀ ਸਾਰਾ ਕੁਛ, ਕਿਉਂਕਿ ਇਹ ਨਵਜੋਤ ਸਿੱਧੂ ਨੂੰ ਖੁੱਡੇ ਲੈਣ ਲਾਇਆ ਜਾਂਦਾ ਸੀ, ਉਹ ਜਿਸ ਤਰ੍ਹਾਂ ਕੱਲ ਭੜਕਿਆ ਜੋ ਕੁਛ ਕੀਤਾ ਉਹ ਉਹਦਾ ਕਰਨਾ ਸੁਭਾਵਿਕ ਸੀ। ਹੁਣ ਗੱਲ ਅਗਲੀ ਕਿ ਨਵਜੋਤ ਸਿੱਧੂ ਜਾਏਗਾ ਕਿੱਧਰ ਟਵਾਣਾ ਸਾਹਿਬ, ਆਮ ਆਦਮੀ ਪਾਰਟੀ ਵੀ ਦੇਖ ਰਹੀ ਆ ਕਿ ਨਵਜੋਤ ਸਿੱਧੂ ਜਿੰਨਾ ਕੁ ਡਿਮੋਰਲਾਈਜ਼ ਹੁੰਦਾ ਉਹ ਹੋ ਜਾਵੇ ਤੇ ਐਂਡ ਦੇ ਉੱਤੇ ਜਾ ਕੇ ਆਮ ਆਦਮੀ ਪਾਰਟੀ ਵੀ ਉਹਨੂੰ ਚੋਗਾ ਪਾਉਣ ਦੀ ਕੋਸ਼ਿਸ਼ ਕਰੇਗੀ ਜਦੋਂ ਸਾਰੇ ਰਸਤੇ ਬੰਦ ਹੋਣਗੇ। ਅਗਲੀ ਗੱਲ ਕਿ ਜਿਸ ਵੇਲੇ ਪ੍ਰਗਟ ਸਿੰਘ ਸੂਬਾ ਸਰਕਾਰ ਦੇ ਵਿਰੁੱਧ ਬੋਲਿਆ ਸੀ, ਪ੍ਰਗਟ ਸਿੰਘ ਆਪਣੀ ਬੋਲੀ ਨਹੀਂ ਸੀ ਬੋਲਿਆ, ਪ੍ਰਗਟ ਸਿੰਘ ਉਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਭਾਸ਼ਾ ਬੋਲਿਆ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਇਸਦੇ ਬਾਅਦ ਕੀ ਕਹਿਣਾ। ਪਹਿਲਾਂ ਪ੍ਰਗਟ ਸਿੰਘ ਨੇ ਅਰੈਕਟ ਕੀਤਾ, ਉਹਦੇ ਬਾਅਦ ਨਵਜੋਤ ਸਿੰਘ ਸਿੱਧੂ ਸਾਹਮਣੇ ਆਇਆ, ਕਿਤੇ ਨਾ ਕਿਤੇ ਗਿਣੀ ਮਿਤੀ ਸਾਜਿਸ਼ ਸੀ ਜਿਹਦੇ ਤਹਿਤ ਉਹ ਸਾਰਾ ਕੁਛ ਬੋਲਿਆ ਗਿਆ। ਪਰ ਟਵਾਣਾ ਸਾਹਿਬ ਓਵਰਆਲ ਕੁੱਲ ਮਿਲਾ ਕੇ ਆ ਕਿ ਅੱਜ ਦੀ ਘੜੀ ਦੇ ਵਿੱਚ ਕਾਂਗਰਸ ਤੇ ਅਕਾਲੀ ਆਹਮੋ ਸਾਹਮਣੇ ਆ, ਬਾਕੀ ਕਿਹੜੀ ਧਿਰ ਉੱਭਰਦੀ ਆ ਉਹ ਬਾਅਦ ਚ ਦੇਖਣ ਵਾਲੀ ਗੱਲ ਆ। ਤੇ ਇਹਦੀ ਇੱਕ ਛੋਟੀ ਜਿਹੀ ਉਦਾਹਰਣ ਦੇ ਕੇ ਇੱਥੇ ਹੀ ਵਾਇੰਡ ਅਪ ਕਰਾਂਗਾ ਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਸਹਿਿੰਦਰ ਕੌਰ ਦਾ ਮੈਰਿਜ ਹੋਈ ਆ, ਠੀਕ ਆ, ਉੱਥੇ ਪਰਿਵਾਰ ਦੇ ਇਕੱਲੇ ਮੈਂਬਰ ਸੀ ਹਾਜ਼ਰ ਸੀਗੇ, ਜਿਹੜਾ ਇਹਨਾਂ ਦਾ ਉੱਥੇ ਆਲਾ ਵਾ ਕੀ ਕਹਿੰਦੇ ਆ ਜਿਹੜਾ ਸ਼ਿਸ਼ਮਾਲਾ ਸ਼ਾਹੀ ਮਹਿਲ ਸ਼ਿਸ਼ਮਾਲਾ ਜਿਹੜਾ ਡੈਮ ਦੇ ਉੱਥੇ ਜੰਗਲ ਚ ਡੈਮ ਦੇ ਕਿਨਾਰੇ ਜਿਹੜਾ ਇਹਨਾਂ ਨੇ ਬਣਾਇਆ ਹੋਇਆ। ਹਾਂ ਮੈਂ ਉਹੀ ਦੱਸਣ ਲੱਗਾ, ਦੇਖੋ ਚਲੋ ਪਹਿਲਾਂ ਇਹਨਾਂ ਨੇ ਸਾਰੇ MLA ਤੇ ਮਿਨਿਸਟਰਾਂ ਦੀ ਜਿਹੜੀ ਸੀ ਉਹ ਪਾਰਟੀ ਕਰ ਦਿੱਤੀ, ਉਹਦੇ ਬਾਅਦ 26, 27, 28 ਤਿੰਨ ਦਿਨ ਦਾ ਪ੍ਰੋਗਰਾਮ ਸੀ, ਮੈਰਿਜ ਹੋ ਗਈ, ਗੱਲ ਖਤਮ। 1, 2, 3 ਤੇ 4 ਦਿਨ 4 ਮਾਰਚ ਤੱਕ, ਅੱਜ 3 ਹੋ ਗਈ, ਕੱਲ ਤੱਕ ਲਗਾਤਾਰ ਜਿਹੜੇ ਇੰਡੀਆ ਤੋਂ ਮਹਿਮਾਨ ਆਉਣੇ ਆ, ਜਿਹੜੇ ਵਿਦੇਸ਼ ਤੋਂ ਆਉਣੇ ਆ, ਉਹ ਸਾਰੇ ਆਏ ਆ। ਉਹਨਾਂ ਤੋਂ ਵੀ ਆਏ ਕੁਛ ਪਾਕਿਸਤਾਨ ਨਾਲ ਵੀ ਵਧੀਆ, ਉਹ ਆਏ ਹੋਣਗੇ, ਉਹ ਗੁਪਤਾ ਉਹਨਾਂ ਨੂੰ ਤਾਂ ਕੋਠੀ ਦਿੱਤੀ ਹੋਈ ਆ ਅਲੱਗ ਨਾ ਜੀ, ਉਹ ਬਾਦਲਾਂ ਵਾਲੇ ਚ ਨਹੀਂ ਠਹਿਰਨੇ, ਉਹ ਗੁੱਤ ਦਿੱਤੀ। ਹੁਣ ਗੱਲ ਇਹ ਆ ਟਵਾਣਾ ਸਾਹਿਬ, ਅਲੱਗ ਅਲੱਗ ਉਹਨਾਂ ਨੇ ਕਿਹਾ ਕਿ COVID-19 ਕਰਕੇ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਨਹੀਂ ਕੀਤਾ ਜਾ ਸਕਦਾ, ਅਲੱਗ ਅਲੱਗ ਪਾਰਟੀਆਂ, ਪਰ ਜਿੰਨੇ ਮਹਿਮਾਨ ਆਏ ਉਹਨਾਂ ਨੂੰ ਜਿਹੜਾ 7-star ਸੁਖ ਵਿਲਾਸ ਬਣਾਇਆ ਹੋਇਆ ਸੁਖਬੀਰ ਸਿੰਘ ਬਾਦਲ ਦਾ, ਉਹ ਬੁੱਕ ਕੀਤਾ ਹੋਇਆ ਸਾਰੇ ਦਾ ਸਾਰਾ, ਤੇ ਸਾਰੇ ਮਹਿਮਾਨ ਉਹਦੇ ਚ ਠਹਿਰਾਏ ਹੋਏ ਆ। ਇੱਕ ਸੁਰਿੰਦਰ ਵੀਰ, ਇੱਕ ਮੁਹਾਵਰਾ ਕਹਿੰਦੇ ਸੀ ਕਿ ਜੇ ਟੱਟੂ ਹੀ ਕਰਨਾ ਤਾਂ ਕੁੜਮਾਂ ਦਾ ਹੀ ਕਿਉਂ ਕਰਨਾ, ਪਰ ਹੁਣ ਜੇ ਟੱਟੂ ਹੀ ਕਰਨਾ ਤਾਂ ਵਿਰੋਧੀਆਂ ਦਾ ਕਿਉਂ ਕੀਤਾ ਜਾ ਰਿਹਾ, ਇਹ ਗੱਲ ਸਮਝੋ ਬਾਹਰ ਹੈ, ਇਹਦਾ ਮਤਲਬ ਫਿਰ ਉਹ 25-75 ਇੱਕੋ ਹੀ ਗੱਲ ਹੈ। ਨਹੀਂ 25-75 ਨਹੀਂ, ਮੈਨੂੰ ਚੰਡੀਗੜ੍ਹ ਚ ਹੋਰ ਵੀ ਹੋਟਲ ਨੇ, ਨਹੀਂ ਮੈਨੂੰ ਤਾਂ 60-40 ਹੋ ਲੱਗਦਾ, ਮੈਨੂੰ 25-75 ਵੀ ਨਹੀਂ ਲੱਗਦਾ। ਪਤਾ ਕੀ ਆ, ਦੇਖੋ ਪੋਲੀਟੀਕਲ ਵਿਰੋਧੀ ਆ, ਤੇ ਜਦੋਂ ਪੋਲੀਟੀਕਲ ਵਿਰੋਧੀ ਵੀ ਤੁਹਾਡੇ ਕੰਪਰੋਮਾਈਜ਼ ਚ ਹੋਣ ਤਾਂ ਫੇਰ ਟਵਾਣਾ ਸਾਹਿਬ ਸਾਰਾ ਕੁਛ ਸਾਹਮਣੇ ਆ। ਪਰ ਬਦਕਿਸਮਤੀ ਮੈਂ ਫੇਰ ਕਹਿਣਾ, ਪੰਜਾਬ ਦਾ ਪਾਣੀ ਫ੍ਰੀ ਚ ਗਿਆ, ਤੁਸੀਂ ਰੇਤਾ ਬਜਰੀ ਤੇ ਮਾਈਨਿੰਗ ਤਿੰਨੋਂ ਪੱਠਾ ਬਿਠਾਤਾ, ਤੁਸੀਂ ਜੋ ਅਕਸੈਜ ਸੀ, ਜੇ ਅਕਸੈਜ ਸਰਕਾਰੀ ਹੱਥਾਂ ਚ ਲੈ ਲੈਂਦੇ ਟਵਾਣਾ ਸਾਹਿਬ, ਜੋ ਅਕਸੈਜ ਦੇ ਅੰਦਰ ਕਪੜੇ ਨੇ ਉਹ ਕਿਤੇ ਵੀ ਨਹੀਂ, ਜੋ ਮਾਈਨਿੰਗ ਚ ਕਪੜੇ ਨੇ ਉਹ ਕਿਤੇ ਵੀ ਨਹੀਂ। ਤੁਸੀਂ ਮੈਂ ਕਹਿੰਦਾ ਰੈਵਨਿਊ ਨੂੰ ਛੱਡ ਦੋ, ਸਾਰੇ ਨੂੰ ਰੈਵਨਿਊ ਨੂੰ ਨਾ ਛੇੜੋ, ਕੱਲੀ ਤੁਸੀਂ ਐਕਸਾਈਜ਼ ਪਾਲਿਸੀ ਤੇ ਕੱਲੀ ਜਿਹੜੀ ਮਾਈਨਿੰਗ ਆ ਇਹਨੂੰ ਸਾਂਭਲੋ ਤੇ ਤੁਸੀਂ ਸਰਕਾਰ ਨੂੰ ਪੈਰਾਂ ਸਿਰ ਲਿਆ ਸਕਦੇ ਹੋ। 40-50 ਹਜ਼ਾਰ ਕਰੋੜ ਰੁਪਈਆ ਨਿਕਲਦਾ ਸਿੱਧਾ ਸਿੱਧਾ ਇਹਨਾਂ ਦੋਨਾਂ ਚੋਂ। ਮੈਂ ਕਿਹਾ ਟਵਾਣਾ ਸਾਹਿਬ, ਜਿਸ ਤਰ੍ਹਾਂ ਤੁਹਾਡੇ ਕਰਜ਼ੇ ਚ ਦਲ ਦਲ ਹੋਈ ਜਾਂਦੀ ਆ, ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ, ਹੁਣ ਤਾਂ ਗੱਲ ਤੇ ਆ ਵੀ ਅੰਕੜਾ ਜਿਹਾ ਜਦੋਂ ਆਹ 2022 ਖਤਮ ਹੋਊਗਾ ਉਦੋਂ ਦੇਖਿਆ ਜਾਊਗਾ ਕਿੰਨਾ, ਜਦੋਂ 2022 ਦਾ ਬਜਟ ਆਊਗਾ ਵੀ ਪੁਰਾਣਾ ਕਿੰਨਾ ਵਾ, ਤੇ ਉਸ ਵੇਲੇ ਦੇਖਿਆ ਜਾਊ ਜਿਹੜਾ ਜੰਮਣ ਲੱਗਾ ਜਵਾਕ ਆ ਇਸ ਪੰਜਾਬ ਚ, ਉਹਦੇ ਜੰਮਦੇ ਦੇ ਸਿਰ ਉਹ ਕਿੰਨਾ ਕਰਜ਼ਾ ਲੈ ਕੇ ਆ ਰਿਹਾ, ਇਹ ਵੀ ਦੇਖਣਾ ਪਏਗਾ। ਇਸ ਕਰਕੇ ਟਵਾਣਾ ਸਾਹਿਬ, ਕਿਤੇ ਨਾ ਕਿਤੇ ਹਾਲਾਤ ਇਹ ਆ ਕਿ ਜੋ ਸਾਡੀ ਹਾਲਾਤ ਬਣ ਗਈ ਆ, ਜੋ ਇਹਨਾਂ ਸਰਕਾਰਾਂ ਨੇ ਬਣਾਤੀ ਆ, ਵੱਧ ਤੋਂ ਵੱਧਤਰ ਬਣਾਤੀ ਆ, ਚਾਹੇ ਉਹ ਭਾਰਤ 'ਚ ਬਣਾਤੀ ਚਾਹੇ ਪੰਜਾਬ 'ਚ ਬਣਾਤੀ ਆ, ਕੋਈ ਵੀ ਵਧੀਆ ਸਾਨੂੰ ਮਾਹੌਲ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਕੇਵਲ ਤੇ ਕੇਵਲ ਸਰਕਾਰਾਂ ਨੇ ਆਪਣੀਆਂ ਰੋਟੀਆਂ ਸੇਕੀਆਂ ਤੇ ਰੋਟੀਆਂ ਸੇਕ ਕੇ ਤੁਰਦੇ ਬਣਦੇ, ਇਹਦੇ ਇਲਾਵਾ ਕੁਛ ਨਹੀਂ, ਤੇ ਲੋਕ ਜਿਹੜੇ ਨੇ ਭੇਡਾਂ ਬੱਕਰੀਆਂ ਦੀ ਤਰ੍ਹਾਂ ਆਏ 5 ਸਾਲ ਬਾਅਦ ਜਿਹੜੇ ਉਹ ਮੁੰਨੇ ਜਾਂਦੇ ਨੇ। ਜੀ 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 ਬਿਲਕੁਲ ਸੁਰਿੰਦਰ ਜੀ, ਤੁਸੀਂ ਬਹੁਤ ਤਫਸੀਲ ਦੇ ਵਿੱਚ ਸਾਰੀ ਗੱਲਬਾਤ ਕੀਤੀ ਹੈ, ਅਤੇ ਮਿਹਰਬਾਨੀ, ਸ਼ਾਮੀ ਫਿਰ ਭਾਰਤੀ ਸਮਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਹਾਜ਼ਰੀ ਲਵਾਵਾਂਗੇ, ਅਤੇ ਤਦ ਤੱਕ ਤੁਹਾਡਾ ਅਤੇ ਸਾਡਾ ਰੱਬ ਰੱਖਾ। ਮਿਹਰਬਾਨੀ ਸੁਰਿੰਦਰ ਭਾਅ ਜੀ।
ਸਤਿ ਸ਼੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ ਟਵਾਣਾ ਸਾਹਿਬ, ਮਿਹਰਬਾਨੀ। ਸੋ ਦੋਸਤੋ, ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਅਤੇ ਵਕਾਲਤ ਨਾਲ ਵਾਵਸਥਾ ਸਾਹਿਬ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ, ਵੇਲਾ ਤੁਹਾਡੇ ਤੋਂ ਵਿਦਾਇਗੀ ਦਾ। ਅਤੇ ਕੋਈ ਵੀ ਸਾਹ ਸੁਨੇਹਾ ਪਾਉਣਾ ਹੋਵੇ ਤਾਂ 9800-63-096-55 'ਤੇ ਸਟੂਡੀਓ 'ਚ ਕਾਲ ਕੀਤੀ ਜਾ ਸਕਦੀ ਹੈ, ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ, ਰਿਕਾਰਡਡ ਸੁਨੇਹਾ ਵਟਸਐਪ 'ਤੇ ਛੱਡਿਆ ਜਾ ਸਕਦਾ, ਵਟਸਐਪ ਕਾਲ ਕੀਤੀ ਜਾ ਸਕਦੀ ਹੈ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਤੁਸੀਂ tiwanaradio.com ਵੈਬਸਾਈਟ 'ਤੇ ਵੀ ਜਾ ਸਕਦੇ ਹੋ, ਵੈਬਸਾਈਟ 'ਤੇ ਵੀ ਇਸ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ, ਜਾਂ ਵੈਬਸਾਈਟ 'ਤੇ ਤੁਹਾਨੂੰ ਸਾਡੀਆਂ ਐਪਸ ਮਿਲ ਗਈਆਂ, ਐਪ ਸਟੋਰ 'ਤੇ ਜਾ ਕੇ ਜਾਂ ਵੈਬਸਾਈਟ ਤੋਂ ਉਹ ਐਪਸ ਨੇ ਜਿਹੜੀਆਂ ਐਂਡਰਾਇਡ ਅਤੇ ਆਈਫੋਨ ਐਪਸ ਨੇ ਉਹ ਡਾਊਨਲੋਡ ਕਰ ਸਕਦੇ ਹੋ। ਅਤੇ ਜੇ ਤੁਸੀਂ ਅਮੈਰੀਕਾ ਦੇ ਵਿੱਚ ਹੋ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਕਾਲ ਟੂ ਲਿਸਨ ਨੰਬਰ ਹੈ 667-930-9960, ਯਾਨੀ ਕਿ 667-930-9260 'ਤੇ ਕਾਲ ਕਰਕੇ ਵੀ ਪ੍ਰੋਗਰਾਮ ਸੁਣ ਸਕਦੇ ਹੋ। ਰਿਪੀਟ ਪ੍ਰੋਗਰਾਮ ਸੁਣਨੇ ਹੁਣ ਤਾਂ ਟਿਵਾਣਾ ਰੇਡੀਓ ਦਾ ਯੂਟਿਊਬ ਪੇਜ ਹੈ, ਉਸ ਦਾ ਵੀ ਲਿੰਕ ਤੁਹਾਨੂੰ ਉੱਥੇ ਮਿਲੇਗਾ। ਅਤੇ ਇਸ ਪ੍ਰੋਗਰਾਮ ਨੂੰ ਸਾਡੇ ਯੂਟਿਊਬ ਪੇਜ 'ਤੇ ਵੀ ਲਾਈਵ ਕੀਤਾ ਜਾਂਦਾ, ਅਤੇ ਨਾਲ ਨਾਲ ਮੇਰਾ ਆਪਣਾ ਪਰਮਿੰਦਰ ਸਿੰਘ ਟਿਵਾਣਾ ਦਾ ਜਿਹੜਾ ਫੇਸਬੁੱਕ ਪੇਜ ਹੈ ਉਸ 'ਤੇ ਵੀ ਲਾਈਵ ਕੀਤਾ ਜਾਂਦਾ। ਕਦੇ ਕਦੇ ਦਿੱਕਤ ਆਉਂਦੀ ਹੈ, ਕਦੇ ਕਦੇ ਕਰ ਦਈਦਾ, ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਇੰਡੀਅਨ ਟਾਈਮ, ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਆਪਾਂ ਲਾਈਵ ਹੁੰਦੇ ਹਾਂ। ਇਸ ਤੋਂ ਅੱਗੜ ਪਿਛੜੇ ਪ੍ਰੋਗਰਾਮ ਰਿਪੀਟ ਚੱਲਦੇ ਨੇ। ਅਤੇ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਓ ਆਗਿਆ। ਅਤੇ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪੋਂਸਰ ਨੇ ਬਾਈ ਜੀ ਸੁਖੀ ਘੁੰਮਣ US ਤੋਂ, ਬੇਕਰਸਫੀਲਡ ਤੋਂ, ਜਿਨ੍ਹਾਂ ਦਾ ਬਿਜ਼ਨਸ ਹੈ ਟਰੱਕ ਵਾਸ਼ ਵੀ ਹੈਗਾ, ਨਾਲ ਇੰਡੀਅਨ ਰੈਸਟੋਰੈਂਟ ਵੀ ਹੈ, ਅਤੇ ਤੁਸੀਂ ਉੱਥੇ ਬ੍ਰੇਕਫਾਸਟ ਦਾ ਆਨੰਦ ਲੈ ਸਕਦੇ ਹੋ, ਲਜ਼ੀਜ਼ ਖਾਣਿਆਂ ਦਾ ਆਨੰਦ ਲੈ ਸਕਦੇ ਹੋ, ਅਤੇ ਨਾਲ ਨਾਲ ਟਰੱਕ ਵਾਸ਼ ਵੀ ਕਰਾ ਸਕਦੇ ਹੋ। ਜਿੱਥੇ ਪਹਿਲਾਂ ਯੂਨੀਅਨ ਡਰਾਈਵਿੰਗ ਟਰੱਕ ਸਕੂਲ ਹੁੰਦਾ ਸੀ, ਅਤੇ ਉਸੇ ਜਗ੍ਹਾ 'ਤੇ ਇਹ ਉਹਨਾਂ ਦਾ ਕਾਰੋਬਾਰ ਹੈ। ਜਿੱਥੇ ਤੁਸੀਂ ਆਪਣਾ ਟਰੱਕ ਸਟੋਪ ਹੈ ਉੱਥੇ ਤੁਸੀਂ ਜਿਹੜਾ ਟਰੱਕ ਵਾਸ਼ ਕਰਾ ਸਕਦੇ ਹੋ, ਅਤੇ ਇੰਡੀਅਨ ਰੈਸਟੋਰੈਂਟ ਦੇ ਵਿੱਚ ਭਾਰਤੀ ਪੰਜਾਬੀ ਬ੍ਰੇਕਫਾਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ ਸਵਾਦ ਲਈ ਖਾਣੇ, ਦੇਸੀ ਘਿਓ ਦੇ ਪਰੌਂਠੇ, ਦਹੀਂ, ਅਤੇ ਖਾਸ ਕਰਕੇ ਟਰੱਕ ਵਾਸ਼ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ। ਸੋ ਬੇਕਰਸਫੀਲਡ ਦੇ ਵਿੱਚ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ, ਉਸ ਜਗ੍ਹਾ 'ਤੇ ਹੈ ਇਹ ਕਾਰੋਬਾਰ, ਜਿਸ ਦਾ ਨਾਂ ਹੈ ਯੂਨੀਅਨ ਵਿਲੇਜ ਟਰੱਕ ਸਟੋਪ, 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜਿਪ ਕੋਡ 95307 USA। ਅਤੇ ਸੁਖੀ ਘੁੰਮਣ ਹੋਰਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਫੋਨ ਨੰਬਰ 661-304-7500 'ਤੇ ਸੰਪਰਕ ਕੀਤਾ ਜਾ ਸਕਦਾ, ਸਾਡੇ ਇਸ ਪ੍ਰੋਗਰਾਮ ਦੇ ਸਪੋਂਸਰ ਨੇ। ਅਤੇ ਤੁਸੀਂ ਵੀ ਆਪਣੇ ਵਪਾਰ ਕਾਰੋਬਾਰ ਦੀ ਐਡਵਰਟਾਈਜ਼ ਕਰਨੀ ਹੋਵੇ, ਇਸ਼ਤਿਹਾਰ ਲਾਉਣਾ ਹੋਵੇ ਤਾਂ ਆਪਦਾ ਸਵਾਗਤ ਹੈ। ਅਤੇ ਜਾਂ ਫਿਰ ਤੁਸੀਂ ਸਬਸਕ੍ਰਿਪਸ਼ਨ ਲੈਣੀ ਹੋਵੇ ਤਾਂ ਇਸ ਅਦਾਰੇ ਨੂੰ ਸਪੋਰਟ ਕਰਨੀ ਹੋਵੇ ਤਾਂ ਵੀ ਤੁਹਾਡਾ ਸਵਾਗਤ ਹੈ। ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਤੋਂ ਇੱਥੇ ਹੀ ਆ ਗਿਆ ਚਾਹਵਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।